ਪੰਜਾਬੀ ਪੌਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਲਓ ਵੀ ਮੱਲੋ ਜਿਹਦਾ ਸਭ ਤੋਂ ਵੱਡਾ ਇੰਤਜ਼ਾਰ ਸੀਗਾ ਸੁਖਜਿੰਦਰ ਸਿੰਘ ਲੋਪੋ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਸੀ ਇਹਦੇ ਵਿੱਚ ਥੋੜੀ ਜਿਹੀ ਅਸੀਂ ਸਾਡੀ ਵੀ ਗਲਤੀ ਆ ਹਾਲਾਂਕਿ ਅਸੀਂ ਪਹਿਲਾ ਪੌਡਕਾਸਟ ਹੀ ਇਹਨਾਂ ਨਾਲ ਸ਼ੂਟ ਕਰਨਾ ਸੀ ਉਹ ਬਾਈ ਦਾ ਥੋੜਾ ਜਿਹਾ ਕੋਈ ਪਲਾਨ ਨਹੀਂ ਬਣਿਆ ਬਾਈ ਕਿਤੇ ਹੋਰ ਜੇ ਮੈਚ ਬਿਜ਼ੀ ਸੀ ਤੇ ਬਾਈ ਨਾਲ ਅੱਜ ਕਰਾਂਗੇ ਖੁੱਲੀਆਂ ਗੱਲਾਂ ਬਾਤਾਂ ਤੇ ਬਹੁਤ ਸਾਰੇ ਵਿਸ਼ੇ ਆ ਇੱਕ ਦੋ ਸਵਾਲ ਵੀ ਆ ਜਿਵੇਂ ਉਹ ਗੱਲ ਆ ਵੀ ਪੱਤਰਕਾਰੀ ਵਾਲੀ ਗੱਲ ਨਹੀਂ ਜਾਂਦੀ ਤੇ ਜਿਹੜੀਆਂ ਹੋਰ ਗੱਲਾਂ ਬਾਤਾਂ ਆਂ ਉਹ ਬਾਈ ਨੂੰ ਪੁੱਛਾਂਗੇ ਹਨਾ ਬਹੁਤ ਸਾਰੀਆਂ ਗੱਲਾਂ ਬਾਤਾਂ ਰਹਿ ਜਾਂਦੀ ਪੁੱਛਣ ਵਾਲਿਆਂ ਅੱਜ ਮੈਨੂੰ ਲੱਗਦਾ ਵੀ ਮੈਂ ਪੁੱਛ ਵੀ ਲਵਾਂ ਤੇ ਉਹ ਗੱਲਾਂ-ਬਾਤਾਂ ਜੋ ਗੱਲਾਂ-ਬਾਤਾਂ ਨਿਕਲ ਵੀ ਆਉਣਗੀਆਂ ਸੁਖਜਿੰਦਰ ਭਾਈ ਸਵਾਗਤ ਹੈ ਸਤਿ ਸ਼੍ਰੀ ਅਕਾਲ ਜਿਉਂਦਾ ਰਹੇ ਮੈਂ ਤਾਂ ਇਹੀ ਕਹਿ ਸਕਦਾ ਹਾਂ ਸੁਣਨ ਵਾਲਿਆਂ ਨੂੰ ਵੀ ਅੱਜ ਸਾਡਾ ਰੱਟਾ ਹੀ ਪੈ ਸਕਦਾ ਸਵਾਲ ਮੇਰੇ ਵੀ ਕਈ ਹੈ ਤੇਰੇ ਪ੍ਰਤੀ ਮੈਂ ਵੀ ਉਹ ਪੁੱਛੂੰਗਾ ਮਾਰਦੇ ਫਿਰਦਾ ਮਾਰਦੇ ਅਜ ਐ ਨਹੀਂ ਗੱਲ ਵੀ ਅੱਜ ਗੱਲ ਇਧਰੋਂ ਵੀ ਐ ਨਹੀਂ ਗੱਲ ਵੀ ਕੱਲੇ ਮੈਂ ਤੀਰ ਰੋਕੂੰਗਾ ਅੱਜ ਹੋ ਸਕਦਾ ਵੀ ਇਧਰੋਂ ਵੀ ਆਏ ਡਾਲੇਗਾ ਮੈਨੂੰ ਮੰਨ ਕੇ ਚਲਾ ਆ ਵੀ ਐ ਮੇਰੇ ਵੀ ਹੋਣਗੇ ਹਾਂ ਚਲੋ ਸਵਾਲ ਤਾਂ ਕੀ ਆ ਮੈਂ ਤਾਂ ਪਹਿਲੀ ਗੱਲਬਾਤ ਇਹੀ ਆ ਵੀ ਤੁਸੀਂ ਥੋੜਾ ਜਿਹਾ ਲੇਟ ਕਿਉਂ ਹੋ ਗਏ ਸਾਡੇ ਕੋਲੇ ਆਉਣ ਚਾਹਾਂ ਕਿੰਨੇ ਦਿਨਾਂ ਦਾ ਫੋਨ ਫਾਨ ਕਰੀ ਜਨਾ ਕੀ ਚੱਕਰ ਪੈ ਗਿਆ ਨਹੀਂ ਨਹੀਂ ਮੈਨੂੰ ਐ ਸੀਗਾ ਵੀ ਯਾਰ ਇਹ ਕਰਦੇ ਕੀ ਐ ਕੀ ਹੁੰਦਾ ਪੌਡਕਾਸਟ ਕੀ ਹੁੰਦਾ ਮੈਨੂੰ ਵੀ ਇੰਟਰਵਿਊ ਹੀ ਹੁੰਦੀ ਆ ਮੈਨੂੰ ਮੈਨੂੰ ਸੱਚੀ ਮੈਨੂੰ ਇਹ ਗੱਲ ਦਾ ਪਤਾ ਨਹੀਂ ਸੀ ਵੀ ਕੀ ਹੁੰਦਾ ਕੀ ਐ ਇਹ ਕਿਉਂ ਕਰਦੇ ਹੁੰਦੇ ਆ ਕਾਹ ਤੋਂ ਕਰਦੇ ਹੁੰਦੇ ਆ ਇਹਦਾ ਕੀ ਮਸਲਾ ਇਹਦਾ ਫਰਕ ਕੀ ਆ ਦੂਜੇ ਨਾਲ ਪਹਿਲਾਂ ਤਾਂ ਮੈਨੂੰ ਐ ਜੇ ਲੱਗਦਾ ਸੀਗਾ ਵੀ ਵੀ ਜਿਵੇਂ 2020 ਟਵেন্টি ਟੈਸਟ ਮੈਚ ਤੇ ਵੰਡੇ ਹੁੰਦਾ ਹਾਂ ਵੀ ਤਿੰਨਾਂ ਦਾ ਵੀ ਅਕਸਰ ਪਲੇਅਰ ਆ ਯਾਰ ਖੇਡਦਾ ਤੇ ਉਸ ਕਮੈਂਟਰੀਆਂ ਨੂੰ ਤੋਂ ਐ ਵੀ ਸੁਣਿਆ ਵਾ ਸੀਗਾ ਵੀ ਆ ਜੀ ਟੈਸਟ ਮੈਚ ਵਾਲਾ ਹੀ ਆ ਆਹ 20 20 ਵਾਲਾ ਹੀ ਆ ਵਨਡੇ ਵਾਲਾ ਹੀ ਆ ਤੇ ਮੈਨੂੰ ਐ ਲੱਗਿਆ ਵੀ ਯਾਰ ਆਪਾਂ 20 20 ਵੀ ਖੇਡੇ ਵੇ ਆ ਵੀ ਵਨਡੇ ਵੀ ਖੇਡੇ ਵੇ ਆ ਇਹ ਟੈਸਟ ਮੈਚ ਆ ਹਾਂ ਇਹ ਟੈਸਟ ਮੈਚ ਤੇ ਵੀ ਪਹਿਲਾਂ ਜੇ ਜਨ ਚੜੇ ਨਹੀਂ ਤਾਂ ਚੜਦੇ ਤਾਂ ਦੇਖ ਲ ਗਏ ਫਿਰ ਮੈਂ ਜਨ ਜੰਨਾ ਚੜਦੀਆਂ ਦੇਖੀਆਂ ਪਹਿਲਾਂ ਗੱਲ ਲਰ ਕੇ ਦੇਖੇ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਵੀ ਐਡੀ ਵੀ ਗੱਲ ਹੈ ਨਹੀਂ ਕੀ ਹਾਂ ਤੇ ਚੜ ਜਾਗੇ ਜਾਨਾ ਹਾਂ ਪਰ ਇਹ ਵੀ ਵਧੀਆ ਹੋ ਗਿਆ ਉਹ ਸਾਡੇ ਨਾ ਜਿਵੇਂ ਹੁਣ ਗੱਲ ਆਇਆ ਸੀ ਇੱਕ ਦੋ ਬੰਦੇ ਹੋਰ ਆਇਆ ਹਨ ਉਹ ਕਹਿੰਦੇ ਯਾਰ ਖਾਲੀ ਆ ਬੜਾ ਲੱਗਦਾ ਹੈ ਕੰਮ ਸਟੂਡੀਓ ਦਾ ਠੀਕ ਆ ਪਰ ਆ ਦੇਖੋ ਹੁਣ ਹੁਡੇ ਮਗਰ ਆ ਵਧੀਆ ਤੁਹਾਨੂੰ ਵੀ ਥੋੜਾ VIP ਲੁੱਕ ਦੇਤੀ ਅੱਜ ਅਸੀਂ ਆ ਆ ਜਿਹੜੇ ਆਹ ਕਾਹ ਤੋਂ ਲਾਇਆ ਜਿਹੜੇ ਐ ਜੇ ਹੁੰਦੇ ਆ ਮਗਰਲੇ ਪਾਸੇ ਸੂਈਆਂ ਜਿਹਾ ਇਹ ਬਾਈ ਇਹ ਹੈਗੀ ਆ ਕਾਸਟਿਕ ਸ਼ੀਟ ਕਹਿੰਦੇ ਇਹਨੂੰ ਅੰਗਰੇਜ਼ੀ ਦੇ ਵਿੱਚ ਇਹ ਕਹਿੰਦੇ ਆ ਵੀ ਜਿਹੜੀ ਤੁਹਾਡੀ ਆਵਾਜ਼ ਜਦੋਂ ਨਿਕਲਦੀ ਹੈ ਮੂੰਹ ਚੋਂ ਹਨ ਇਹ ਬੈਕ ਨਹੀਂ ਆਉਂਦੀ ਇੱਕੋ ਨਹੀਂ ਆਉਂਦੀ ਗੂੰਜ ਨਹੀਂ ਆਉਂਦੀ ਇਹ ਅਬਜ਼ਰਵ ਕਰਦਾ ਵਾ ਇਹਨੂੰ ਜਿਵੇਂ ਆਪਦੇ ਚ ਬੋ ਦਿੱਲੀ ਤੋਂ ਲਿਆ ਫਿਰ ਪੰਗਾ ਹੀ ਦਿੱਲੀ ਤੋਂ ਮਗਾਇਆ ਗਿਆ ਸੌਦਾ ਪਤਾ ਜਾਣੇ ਦਾ ਕੁੱਲ ਮਿਲਾ ਕੇ ਦਫ਼ਤਰ ਚੰਗਾ ਬਣ ਗਿਆ ਹਾਂ ਫੀਲ ਚੰਗਾ ਆ ਰਿਹਾ ਹਾਂ ਗੱਲਾਂ ਜੋ ਪੁੱਛਣੀਆਂ ਚਾਵੇਂ ਉਹ ਤੂੰ ਪੁੱਛ ਲੈ ਜੋ ਕਰਾਉਣਾ ਚਾਵੇਂ ਉਹ ਕਰਾ ਲੈ ਅੱਜ ਕੰਮ ਖੁੱਲ ਹੈ ਖੁੱਲੀ ਕਿਤਾਬ ਪਈ ਹੈ ਤੇਰੇ ਸਾਹਮਣੇ ਕੋਈ ਤਿਆਰੀ ਕਰਕੇ ਨਹੀਂ ਆਇਆ ਕੁਸ ਮੈਂ ਸੋਚਿਆ ਨਹੀਂ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਰਤਨ ਮੈਂ ਥੋਂ ਕੀ ਪੁੱਛੂ ਕੀ ਗੱਲਾਂ ਹੋਣਗੀਆਂ ਹੂੰ ਹੁਣ ਤੱਕ ਵੀ ਦਿਮਾਗ ਮੇਰਾ ਜਮਾ ਖਾਲੀ ਪਿਆ ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਾਈ ਹਾਂ ਜਿਵੇਂ ਹੁਣ ਅਸੀਂ ਪੌਡਕਾਸਟ ਸ਼ੁਰੂ ਕਰਾਇਆ ਜਿਵੇਂ ਗੱਲ ਰੌਂਤੇ ਵਾਲਾ ਜਿਹੜਾ ਪੌਡਕਾਸਟ ਸੀਗਾ ਹਨਾ ਉਹ ਅਸਲੀ ਪੌਡਕਾਸਟ ਆਪਾਂ ਕਹਿ ਦਈਏ ਜਾਂ ਇੱਕ ਦੋ ਮੁੰਡਿਆਂ ਨਾਲ ਅਸੀਂ ਹੋਰ ਕਰਾਇਆ ਜਿਵੇਂ ਇੱਕ ਜੈਕ ਸਰਾ ਮੁੰਡਾਗਾ ਜੈਕ ਨਾਮਾ ਪੇਜ ਚਲਾਉਂਦਾ ਉਹਦਾ ਅੱਜ ਆਪਾਂ ਰਿਲੀਜ਼ ਕਰਾਇਆ ਜਦੋਂ ਇਹ ਸ਼ੂਟ ਕਰ ਰਹੇ ਹਾਂ ਹੁਣ ਜਿਹੜੀ ਅਸਲ ਗੱਲ ਆ ਜਿਵੇਂ ਲੋਕਾਂ ਨੇ ਜਿਹੜੇ ਬਾਹਰ ਮੁੰਡੇ ਆਪਣੇ ਕੈਨੇਡਾ ਅਮਰੀਕਾ ਗਏ ਆ ਜਾਂ ਡਰਾਈਵਰੀ ਤੇ ਆਪਾਂ ਕਹਦੀਏ ਵੀ ਟਰੱਕ ਚਲਾਉਂਦੇ ਆ ਜਾਂ ਟੈਕਸੀਆਂ ਚਲਾਉਂਦੇ ਆ ਉਹ ਜਦੋਂ ਪੌਡਕਾਸਟ ਦਾ ਸੀ ਅਨਾਉਂਸ ਕਰਿਆ ਉਹਨਾਂ ਦਾ ਰਿਸਪੌਂਸ ਬਹੁਤ ਆਇਆ ਪਹਿਲੇ ਹੀ ਵੀ ਕਿਉਂਕਿ ਉਹ ਸੁਣਦੇ ਆ ਉਹ ਅੰਗਰੇਜ਼ੀ ਬੰਦਿਆਂ ਨੂੰ ਸੁਣਦੇ ਆ ਜਿਹੜੇ ਵੈਸਟ ਦੇ ਵਿੱਚ ਕਰ ਰਹੇ ਆ ਪੌਡਕਾਸਟ ਹਿੰਦੀ ਕਰਦੇ ਆ ਪਰ ਹਿੰਦੀ ਵਾਲਿਆਂ ਨੇ ਕੀ ਕਰਿਆ ਹੁਣ ਜਿਵੇਂ ਰਣਵੀਰ ਵਾਲਾ ਹਵਾਦੀ ਆ ਜਾਂ ਹੋਰ ਉਹ ਥੋੜਾ ਜਿਹਾ ਨਾ ਪੌਡਕਾਸਟ ਨੂੰ ਇੰਟਰਵਿਊ ਫਾਰਮੈਟ ਚ ਲਿਆਏ ਹਾਲਾਂਕਿ ਇੰਟਰਵਿਊ ਫਾਰਮੈਟ ਨਹੀਂ ਹੁੰਦਾ ਪਰ ਇੱਕ ਆਪਣੇ ਜਿਹੜੇ ਮੁੰਡੇ ਆਪਾਂ ਬਾਹਰ ਕਹਨੇ ਆ ਵੀ ਬਾਹਰ ਜਾ ਰਹੇ ਆ ਉਹਨਾਂ ਨੂੰ ਨੌਲੇਜ ਬਹੁਤ ਆ ਗਿਆਨ ਬੜਾ ਪੁੱਛ ਕਿਵੇਂ ਉਹ ਕਹਿੰਦੇ ਵੀ ਸੁਖਜਿੰਦਰ ਲੋਪੋ ਕਦੋਂ ਆਊਗਾ ਉਹਦਾ ਕਾਰਨ ਇਹ ਸੀਗਾ ਉਹਨਾਂ ਨੂੰ ਪਤਾ ਹੈਗਾ ਵੀ ਜਿਹੜਾ ਸੁਖਜਿੰਦਰ ਲੋਪੋ ਆ ਜੇ ਮੈਂ ਆਪਾਂ ਪਿਆਬੀ ਜਿਠੇਟ ਕਹਿੰਦੇ ਨੇ ਵੀ ਬੰਦਾ ਗੱਲੜੀ ਆ ਗੱਲੜੀ ਨਹੀਂ ਵੀ ਉਹ ਕਹਿੰਦਾ ਗੱਲਾਂ-ਬਾਤਾਂ ਵਿੱਚੋਂ ਨਿਕਲਦੀਆਂ ਆਂ ਗਿਆ ਤੁਹਾਡੇ ਬਾਰੇ ਵੀ ਪਤਾ ਲੱਗੂ ਵੀ ਇਹਦੀ ਸੋਚ ਕੀ ਆ ਵੀ ਕੈਮਰੇ ਵਾਲਾ ਬੰਦਾ ਤਾਂ ਨਹੀਂ ਕਿਤੇ ਉਹ ਕਹਿੰਦਾ ਕੈਮਰੇ ਪੜਦੇ ਤੇ ਹਰ ਇੱਕ ਬੰਦਾ ਸਿਆਣਾ ਬੰਦਾ ਹੁੰਦਾ ਸਿਆਣੀ ਗੱਲ ਕਰਦਾ ਪਰ ਪੌਡਕਾਸਟ ਲੰਬੀ ਗੱਲ ਦੇ ਵਿੱਚ ਉਹ ਗੱਲ ਨਿਕਲੇ ਆਉਂਦੀ ਆ ਕਈ ਵਾਰੀ ਕੁਛ ਹਾਂ ਕਈ ਵਾਰੀ ਬੰਦੇ ਨੂੰ ਆਇ ਲੱਗਦਾ ਵੀ ਮਸਾਲਾ ਇੰਨਾ ਕਿ ਤਾ ਨਹੀਂ ਕਿਤੇ ਵੀ ਮਸਾਲਾ ਤਾਂ ਨਹੀਂ ਮੁੱਕ ਜਾਂਦਾ ਉਹ ਵੀ ਬੰਦਾ ਕੁਛ ਕਰਨ ਜੋਗਾ ਹੈਗਾ ਵਿੱਚ ਕੁਛ ਹੈਗਾ ਵੀ ਲੰਮੀ ਗੱਲਬਾਤ ਚ ਤਾਂ ਵੀ ਹੀ ਨਿਕਲਦਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਹਾਂ ਮੰਨ ਕੇ ਚੱਲ ਵੀ ਪਰਦੇ ਤੇ ਤਾਂ ਆਪਾਂ ਕਰਨੀ ਸਿਆਣੀ-ਸਿਆਣੀ ਗੱਲ ਤੇ ਘਰੇ ਆ ਕੇ ਖੜਕਾਉਣੇ ਭਾਂਡੇ ਹਾਂ ਜਾਂ ਗਵੰਡੀਆਂ ਨਾਲ ਖੜਕਦੇ ਭਾਂਡੇ ਆਪਾਂ ਕਹਿ ਦਈਏ ਹਨਾ ਵੀ ਕਿਤੇ ਉਹ ਦੋ ਪਰਸਨੈਲਿਟੀ ਵਾਲਾ ਬੰਦਾ ਤਾਂ ਨਹੀਂ ਜਿਵੇਂ ਲੀਡਰਾਂ ਬਾਰੇ ਕਿਹਾ ਜਾਂਦਾ ਜਾਂ ਬਹੁਤ ਗੱਲਾਂ ਬਾਰੇ ਕਿਹਾ ਜਾਂਦਾ ਹੈਗਾ ਹਨਾ ਇਹ ਆਏ ਆ ਪਰ ਇਹ ਥੋੜਾ ਜਿਹਾ ਪੰਜਾਬ ਲਈ ਥੋੜੀ ਜਿਹੀ ਖਤਰਨਾਕ ਟੀਵੀ ਪੋਡਕਾਸਟ ਜਿਵੇਂ ਹੁਣ ਮੈਂ ਸ਼ਬਦ ਬੋਲਦਾ ਵੀ ਲੀਡਰਾਂ ਬਾਰੇ ਕਿਹਾ ਜਾਂਦਾ ਉਹ ਜਿਵੇਂ ਨੋਟਿਸ ਨੁਟਿਸ ਆ ਜਾਂਦੇ ਡਾਫੂ ਡੂਫਾਮੇਸ਼ਨ ਆਏ ਆ ਵੀ ਥੋੜੀ ਜਿਹੀ ਗੱਲ ਨਿਕਲ ਜਾਂਦੀ ਹੈ ਇਹ ਚ ਉਹ ਕੱਟਣੀ ਜ਼ਰੂਰੀ ਆ ਕੱਟਣੀ ਵੀ ਜ਼ਰੂਰੀ ਆ ਵੀ ਇਹ ਪੋਡਕਾਸਟ ਨੂੰ ਆਪਾਂ ਐਂ ਕਹਿ ਸਕਦੇ ਪੋਸਟਮਾਰਟਮ ਹੀ ਕਹਿ ਸਕਦੇ ਆ ਵੀ ਗੱਲਾਂ ਬਾਤਾਂ ਦੇ ਵਿੱਚ ਬੰਦਾ ਫੜਿਆ ਜਾਂਦਾ ਹਾਂ ਕਿ ਭਾਈ ਜਦੋਂ ਲੰਮੀ ਗੱਲਬਾਤ ਹੁੰਦੀ ਆ ਤੇ ਗੱਲ ਨੂੰ ਗੱਲ ਬੰਦੇ ਦੀ ਕੱਟ ਜਾਂਦੀ ਆ ਹਾਂ ਮੈਂ ਤੈਨੂੰ ਦੱਸਦਾ ਵੀ ਗੱਲ ਨੂੰ ਗੱਲ ਕੱਟਣ ਵਾਲੀ ਗੱਲ ਸੁਣ ਲੈ ਮੇਰੀ ਤੇਰੀ ਗ ਹੂੰ ਮੈਂ ਨਾ ਕੇਰਾ ਬਾਗੇ ਪੁਰਾਣੇ ਨੂੰ ਜਾਵਾਂ ਬੱਸ ਦੇ ਵਿੱਚ ਚੜਿਆ ਹਾਂ ਚੜਿਆ ਮੈਂ ਤੇ ਇੱਕ ਨਾ ਆਪਣੇ ਪਿੰਡਾਂ ਦੇ ਵਿੱਚ ਹੁੰਦੇ ਆ ਬੰਦੇ ਵੀ ਜਿਹੜੇ ਉਹ ਹੁੰਦੇ ਆ ਵੀ ਜਿਨ੍ਹਾਂ ਨੇ ਹਰੇਕ ਥਾਂ ਜਾ ਕੇ ਚੌਦਰਪੂਆ ਹੀ ਕਰਨਾ ਠੀਕ ਹੈ ਵੀ ਉਹਨਾਂ ਦੀ ਗੱਲ ਕਿਉਂ ਗੱਲ ਕੱਟ ਜਾਂਦੀ ਹੈ ਗੱਲ ਨੂੰ ਗੱਲ ਕੱਟਣ ਵਾਲੀ ਗੱਲ 'ਚ ਆ ਗਈ ਹਾਂ ਉਹਨੇ ਕੀ ਕਿਹਾ ਬੱਸ ਸੇ ਚੜਿਆ ਮਾੜੀ ਈ ਪੀੜ ਉਹ ਕਹਿਣ ਜੇ ਲੱਗ ਗਿਆ ਜਿਵੇਂ ਉਈ ਆ ਆਪ ਹੀ ਚ ਉਧਰ ਪੋਣਾ ਜਾ ਆ ਭਾਈ ਐਂ ਜੇ ਹੋਜੋ ਮੁੰਡਿਓ ਥੋੜਾ ਜਿਹਾ ਮਾੜਾ ਜਿਹਾ ਗਾਹਾ ਹੋਜੋ ਬੀਬੀ ਤੂੰ ਇੱਥੇ ਝੋਲਾ ਰੱਖ ਲਾ ਉਹ ਐਂ ਜੇ ਸੈਟਿੰਗ ਜੀ ਕਰਾਉਣ ਲੱਗ ਗਿਆ ਹੂੰ ਸੈਟਿੰਗ ਜੀ ਕਰਾਉਂਦਾ ਕਰਾਉਂਦਾ ਚਲੋ ਜੀ ਉਹ ਬਾਵਾ ਸੈਟਿੰਗ ਸ਼ੂਟਿੰਗ ਜੀ ਕਰਾਈ ਉਦੋਂ ਬਾਅਦ ਬਸ ਪਿੰਡ ਨੰਗੀ ਕੋਸ ਮਾੜਾ ਜਿਹਾ ਖੁੱਲਾ ਜਿਹਾ ਹੋ ਗਿਆ ਕੰਮ ਹੂੰ ਬਹਿ ਗਿਆ ਫਿਰ ਉਹ ਭਾਈ ਕੁੜਗੇ ਆ ਮਾੜਾ ਜਿਹਾ ਜਵਾਕ ਨੂੰ ਫਾੜੇ ਦਾ ਬਾਹਰ ਬਾਹਰ ਕੱਢਦਾ ਹੈ ਇਹ ਆਏ ਹੋ ਜੂ ਆਏ ਜੇ ਬੱਚ ਹੋ ਕਰੇ ਜੇ ਦੇਈ ਜਾਵੇ ਆ ਭਾਈ ਬਸ ਫਲਾਨੇ ੱਡੇ ਤੇ ਆਉਣ ਆਉਣ ਆਲੀ ਆ ਉੱਤਰ ਜੋ ਜਿਹੜਾ ਉੱਤਰਾ ਬੈਠਾ ਨਾ ਰਹਿ ਜੋ ਉਹਨੇ ਤਾਂ ਕਨੈਕਟਰ ਦਾ ਜਿਹੜਾ ਅੱਧਾ ਕੰਮ ਖੋ ਲਿਆ ਆ ਕੇ ਫੇਰ ਫੇਰ ਉਹਨੇ ਥੋੜਾ ਜਿਹਾ ਆਏ ਨਾਲ ਬੈਠਾ ਸੀਗਾ ਡਰਾਈਵਰ ਤੇ ਸਾਹਮਣੇ ਵਾਲੀ ਲੰਮੀ ਸੀਟ ਤੇ ਹੂੰ ਉਹਨੂੰ ਕੋਸ਼ ਜਿਹੜੀ ਚੀਜ਼ ਆ ਜਦੋਂ ਬਾਹ ਬੂਹ ਦੇਖਣੀ ਹੁੰਦੀ ਸੀ ਨਾ ਉਸ ਹੀਸੇ ਵਿੱਚ ਦੀ ਦਿਸ ਜਾਂਦੀ ਸੀ ਇਧਰ ਨਾਲ ਹੀ ਸੀਸਾ ਹੁੰਦਾ ਨਾ ਸਮਝ ਗਿਆ ਉਸ ਹੀਸੇ ਵਿੱਚ ਦੀ ਦੇਖ ਕੇ ਤੇ ਮੈਂ ਬੋਲ ਦਿਆ ਕਰੇ ਫੇਰ ਉਹਨੇ ਹੋ ਕਰਾ ਦਿੱਤਾ ਹੂੰ ਆ ਭਾਈ ਕਿਸੇ ਦੀ ਪੂਰੀ ਆ ਬਾਹਰ ਲੰਕਦੀ ਠੰਡ ਜਿਹੇ ਦਿਨ ਸੀ ਪੂਰੀ ਲਈ ਫਿਰੇ ਤੇ ਪੂਰੀ ਆ ਲੰਕਦੀ ਬਾਹਰ ਜੇ ਕਿਸੇ ਚੀਜ਼ ਚ ਟਰਾਲੀ ਚ ਅੜ ਗਈ ਤੇ ਫਹਾ ਆ ਜੂ ਭਾਈ ਕਿਸੇ ਨੇ ਕੋਈ ਗੱਲ ਨਾ ਕੋਲੀ ਫੇਰ ਬੋਲਿਆ ਆ ਪੂਰੀ ਲੰਕਦੀ ਆ ਭਾਈ ਮੈਂ ਤੁਹਾਡੇ ਫਾਇਦੇ ਦੀ ਗੱਲ ਕਰਦਾ ਫੇਰ ਨਾ ਸੁਣੀ ਫਿਰ ਤੀਜੀ ਗਾਰ ਕਹਿੰਦਾ ਓਏ ਇਹ ਤਾਂ ਮੇਰ ਕੋਈ ਸੀ ਹੈ ਓਏ ਉਹ ਗੱਲ ਆ ਵੀ ਕਈ ਵਾਰੀ ਬੰਦੇ ਦੀ ਉਹ ਉਹ ਉਹਦਾ ਕੀ ਸੀ ਵੀ ਉਹਨੇ ਕਿਹਾ ਸ਼ੀਸ਼ੇ ਵਿੱਚ ਤਾਂ ਦੇਖ ਲਈ ਉੱਡੀ ਜਾਂਦੀ ਐ ਧਿਆਨ ਨਹੀਂ ਕੀਤਾ ਵੀ ਮੇਰ ਕੋਈ ਆ ਤੇ ਕਈ ਵਾਰੀ ਬੰਦੇ ਦੀ ਗੱਲ ਐ ਗੱਲ ਕੱਟੀ ਜਾਂਦੀ ਆ ਕਈ ਵਾਰੀ ਆਪਾਂ ਦਾ ਆਪ ਹੀ ਫੜ ਜਾਂਦਾ ਆਪ ਗਲਤ ਹੁੰਦਾ ਇਹ ਪੋਡਕਾਸਟ ਨੂੰ ਤੇਰੇ ਨੂੰ ਪੋਸਟਮਾਰਟ ਕਹਿ ਸਕਦੇ ਆ ਹਾਂ ਉਵੇਂ ਵੀ ਕਹ ਸਕਦੇ ਬਾਕੀ ਇਹ ਆ ਜਾਣਾ ਇੱਕ ਗੱਲ ਤੋਂ ਲੈ ਕੇ ਆਪਾਂ ਦੂਜੀ ਗੱਲ ਤੇ ਵੀ ਜਾ ਸਕਦੇ ਆ ਐ ਨਹੀਂ ਵੀ ਇੱਕ ਗੱਲ ਪੂਰੀ ਲਾਉਣੀ ਆ ਬੰਦੇ ਨੇ ਹਾਂ ਸਰੇ ਲਾਉਣੀ ਹਾਂ ਸਰੇ ਲਾਉਣੀ ਆ ਕਮੋ ਸਹੀ ਗੱਲ ਰਤਨ ਤੇ ਗੱਲ ਸਿਰੇ ਲੱਗਣੀ ਵੀ ਨਹੀਂ ਚਾਹੀਦੀ ਹੁੰਦੀ ਮੈਨੂੰ ਐ ਲੱਗਦਾ ਹੁੰਦਾ ਵੀ ਗੱਲ ਚੋਂ ਗੱਲ ਨਿਕਲਣੀ ਵੀ ਚਾਹੀਦੀ ਹੁੰਦੀ ਹੈ ਗੱਲ ਚੋਂ ਗੱਲ ਕੱਢਣੀ ਵੀ ਚਾਹੀਦੀ ਹੁੰਦੀ ਆ ਗੱਲਾਂ ਚੋਂ ਹੀ ਗੱਲਾਂ ਬਣਦੀਆਂ ਮੈਂ ਨਾ ਪਿੱਛੇ ਜੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਸੀ ਜਿਹੜੇ ਮੈਨੂੰ ਐ ਲੱਗਦਾ ਮੈਨੂੰ ਕੋਈ ਸਵਾਲ ਕਰੇ ਤੇ ਮੈਂ ਉਹਨੂੰ ਦੱਸਾਂ ਜ਼ਰੂਰ ਹੂੰ ਮੇਰੇ ਮਨ 'ਚ بڑا ਵਿਚਾਰ ਚੱਲਦਾ ਹੁੰਦਾ ਵੀ ਯਾਰ ਮੈਨੂੰ ਕੋਈ ਐ ਪੁੱਛੇ ਵੀ ਯਾਰ ਤੂੰ ਰੱਬ ਨੂੰ ਮੰਨਦਾ ਹੂੰ ਵੀ ਮੈਂ ਯਾਰ ਰੱਬ ਤੇ ਗੱਲ ਕਰਾਂ ਯਾਰ ਮੈਨੂੰ ਐ ਲੱਗਦਾ ਹੁੰਦਾ ਵੀ ਯਾਰ ਅਸੀਂ ਵੀ ਯਾਰ ਧਰਮ ਵਾਲੇ ਆ ਹਨਾ ਵੀ ਮੈਂ ਵੀ ਰੱਬ ਤੇ ਗੱਲ ਕਰਾਂ ਮੈਂ ਖੁੱਲਾ ਮੰਨ ਚਾ ਦੋ ਜੀ ਜੋ ਮਰਜੀ ਮੈਂ ਰੱਬ ਤੇ ਗੱਲ ਕਰਾਂ ਹਾਂ ਮੈਨੂੰ ਸਵਾਲ ਪੁੱਛੇ ਪਰ ਉਹ ਕਿਸੇ ਨੂੰ ਕਹਿਣਾ ਵੀ ਔਖਾ ਕਿਉਂਕਿ ਮੈਂ ਖੋਦ ਦੋ ਭਾਵੇਂ ਵੀ ਕਿਸੇ ਨਾਲ ਪਲਾਂਟ ਇੰਟਰਵਿਊ ਕਰਦਾ ਹਣਾ ਜਿਆਦਾ ਮੇਰੇਆਂ ਪਲਾਂਟ ਹੁੰਦੇ ਆ ਪਰ ਮੈਂ ਮੈਨੂੰ ਆ ਤੱਕ ਯਾਰ ਮੈਂ ਕਿਸੇ ਨਾਲ ਪਲਾਂਟ ਨਹੀਂ ਕਰ ਸਕਦਾ ਵੀ ਜੇ ਜੇ ਮੇ ਕੋਈ ਮੇਰੀ ਇੰਟਰਵਿਊ ਕਰਨਾ ਹੋਵੇ ਤਾਂ ਉਹ ਮੈਥੋਂ ੱੱਕੇ ਨਾ ਪੁੱਛੇ ਵੀ ਕਹੇ ਯਾਰ ਤੂੰ ਆਹ ਕਹਿ ਦੱਸ ਆਹ ਹਣਾ ਮੈਂ ਜਦੋਂ ਵੀ ਕਿਸੇ ਨਾਲ ਤੁਹਾਡੇ ਨਾਲ ਵੀ ਹੋਇਆ ਉਹਨਾਂ ਵੀ ਮੈਨੂੰ ਐ ਲੱਗਦਾ ਹੁੰਦਾ ਵੀ ਰਤਨ ਮੈਨੂੰ ਉਹ ਗੱਲ ਪੁੱਛੇ ਜਿਹੜੀ ਮੈਂ ਨਹੀਂ ਦੱਸਣੀ ਚਾਹੁੰਦਾ ਹਾਂ ਤੋ ਮੈਨੂੰ ਹਲਾਉਂਦੇ ਵੀ ਯਾਰ ਮੈਨੂੰ ਰੱਬ ਬਾਰੇ ਪੁੱਛ ਇਹਨਾਂ ਤੇ ਮੈਂ ਰੱਬ ਬਾਰੇ ਜ਼ਰੂਰ ਦੱਸਾਂ ਵੀ ਮੇਰਾ ਰੱਬ ਬਾਰੇ ਕੀ ਮੈਂ ਰੱਬ ਕਿੱਥੇ ਦੇਖਿਆ ਪਰ ਇਹ ਫਾਰਮੈਟ ਇਹਦਾ ਇੱਥੇ ਆਪਾਂ ਖੁੱਲੀ ਗੱਲ ਕਰੀ ਸਕਦੇ ਮੈਂ ਮੈਂ ਤੈਨੂੰ ਮੈਂ ਤੈਨੂੰ ਦੱਸਦਾ ਵੀ ਮੈਂ ਰੱਬ ਕੀ ਦੇਖਿਆ ਮੈਂ ਰੱਬ ਬਾਰੇ ਇੱਕ ਬੱਕਰੀ ਚੀਂ ਦੇਖੀ ਹੂੰ ਮੈਂ ਮੈਂ ਰੱਬ ਨੂੰ ਮਿਲਿਆ ਤਾਂ ਮੈਂ ਵੱਖਰਾ ਦੇਖਿਆ ਉਹਨੂੰ ਜੀ ਆਮ ਬੰਦਿਆਂ ਨਾਲੋਂ ਜਿੰਨੇ ਵੀ ਦੁਨੀਆ 'ਚ ਹੂੰ ਮੈਂ ਇਹ ਰੱਬ ਬਾਰੇ ਦੇਖਿਆ ਵੀ ਰੱਬ ਹਨ ਹੂੰ ਇਹ ਬਾਲੇ ਤਰ੍ਹਾਂ ਦਾ ਹੂੰ ਇੱਕ ਤਰ੍ਹਾਂ ਦਾ ਨਹੀਂ ਉਹ ਵੀ ਆਮ ਉਪਨਦੇ ਕਹਿੰਦੇ ਬਾਲੇ ਤਰ੍ਹਾਂ ਦਾ ਪਰ ਉਹ ਬਾਲੇ ਤਰ੍ਹਾਂ ਦਾ ਸੱਚੀ ਹੂੰ ਮੰਨ ਲਾ ਯਾਰ ਆ ਚੀਜ਼ ਨੂੰ ਰੱਬ ਤੋਂ ਵੀ ਮੰਨਦਾ ਹੂੰ ਮੈਂ ਵੀ ਮੰਨਦਾ ਆ ਤੇਰਾ ਵੀ ਰੱਬ ਇਹੀ ਹੈ ਮੇਰਾ ਵੀ ਰੱਬ ਇਹੀ ਹੈ ਜੀ ਮੈਂ ਆ 500 ਰੁਪਏ ਕਮਾਉਣ ਵਾਲਾ ਹੂੰ ਤੂੰ ਆ 5 ਲੱਖ ਰੁਪਏ ਕਮਾਉਣ ਵਾਲਾ ਬੰਦਾ ਹੂੰ ਹੁਣ ਜਿਹੜਾ ਤਾਂ ਮੈਂ ਆ ਜੀ ਮੇਰਾ ਮਾਏ ਯਾਰ ਮੈਨੂੰ ਇਹਦਾ ਦਿੱਕਤ ਤਾਂ ਨਹੀਂ ਤੁਹਾਨੂੰ ਕੋਈ ਨਹੀਂ 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 ਪਾ ਦਿੱਕਤ ਪੈ ਗਿਆ ਇੱਕ ਮੈਂ ਦੱਸ ਦਿੰਦਾ ਉਹ ਦਿਓ ਤੁਹਾਡਾ ਸਟੈਂਡ ਗਲਤ ਪਿਆ ਇਹਨੂੰ ਲੋਟ ਕਰ ਲਓ ਨਹੀਂ ਨਹੀਂ ਕਰੋ ਸੂਤ ਯਾਰ ਪਤਾ ਗੱਲ ਕੀ ਹੁੰਦੀ ਹੈ ਉਹ ਹਿੱਲੀ ਜਾਂਦਾ ਮੈਨੂੰ ਐ ਲੱਗ ਜਾਂਦਾ ਉਹਦੇ ਉਹ ਸਟੈਂਡ ਉੱਚਾ ਹੋਇਆ ਪਿਆ ਆਹ ਦੇ ਕਿਉਂ ਮੰਨਦੇ ਨਹੀਂ ਗੱਲ ਤੁਸੀਂ ਨਹੀਂ ਮੰਨ ਜੋ ਮੰਨ ਜੋ ਮੰਨ ਤੇ ਐਂ ਚੱਲੂ ਨਹੀਂ ਨਹੀਂ ਮੈਂ ਮੈਨੂੰ ਐ ਜਦੋਂ ਤੂੰ ਉਹ ਮੈਨੂੰ ਐ ਉਹ ਮੈਂ ਕਿਹਾ ਹਿੱਲੀ ਜਾਂਦਾ ਕਰਦੀ ਆ ਮੈਨੂੰ ਐ ਲੱਗਦਾ ਵੀ ਯਾਰ ਉਹ ਗੱਲ ਜੀ ਭੇਡਦੀ ਆ ਨਹੀਂ ਨਹੀਂ ਕੁਛ ਨਹੀਂ ਹੁੰਦਾ ਧਿਆਨ ਭੇਡਦਾ ਹਾਂ ਉਹ ਗੱਲ ਥੋੜੀ ਜਿਹੀ ਜ਼ਿਆਦਾ ਉਹ ਸੈਂਸਟਿਵ ਸੀ ਨਾ ਮੁੱਦਾ ਹਾਂ ਇਹ ਮੁੱਦਾ ਮੁੱਦਾ ਸੈਂਸਟਿਵ ਸੀ ਤੇ ਮੈਂ ਮੈਂ ਦੇਖਿਆ ਵੀ ਯਾਰ ਨਾ ਰੱਬ ਥੋਡੇ ਰੱਬ ਦੀ ਪਾਵਰ ਹੈ ਨਾ ਜਿਹੜੀ ਹੂੰ ਉਹ ਸਿਰਫ ਉਨੂੰ ਹੀ ਆ ਜਿੰਨੀ ਤੇਰੀ ਆ ਹੂੰ ਗੱਲ ਦੇਖਣ ਵਾਲੇ ਨੂੰ ਸ਼ਾਇਦ ਹਜੇ ਸਮਝ ਨਹੀਂ ਆਈ ਉਹ ਸੁਣਨ ਵਾਲੇ ਨੂੰ ਵੀ ਤੇਰੇ ਰੱਬ ਦੀ ਸਮਰੱਥਾ ਸਿਰਫ ਉਨੂੰ ਹੀ ਆ ਜਿੰਨੀ ਤੇਰੀ ਆ ਹਾਂ ਮੈਂ ਤੈਨੂੰ ਇਹਦਾ ਹੀ ਉਦਾਹਰਨ ਦਿੰਨਾ ਹੂੰ ਮੰਨ ਲਾ ਮੈਂ ਕਮਾਉਣਾ ਸਿਰਫ 500 ਰੁਪਇਆ ਜੀ ਮੈਂ ਵੀ ਇਸ ਚੀਜ਼ ਨੂੰ ਰੱਬ ਮੰਨਦਾ ਜੀ ਪੀਬੀਸੀ ਕੋਈ ਵੀ ਰੱਬ ਆ ਠੀਕ ਹੈ ਤੂੰ ਕਮਾਉਣਾ 5 ਲੱਖ ਰੁਪਇਆ ਹੂੰ ਤੂੰ ਵੀ ਇਸੇ ਚੀਜ਼ ਨੂੰ ਰੱਬ ਮੰਨਦਾ ਹੂੰ ਮੈਂ ਸਵੇਰੋਂ ਕੰਮ ਤੇ ਨਿਕਲਿਆ ਜੀ ਮੈਨੂੰ 500 ਰੁਪਇਆ ਕੰਮ ਤੇ ਤੁਰੇ ਜਾਂਦੇ ਨੂੰ ਕੋਈ ਬੰਦਾ ਕਹਿੰਦਾ ਯਾਰ ਗੱਡੀ ਨੂੰ ਮੜਾ ਏ ੱਤਕਾ ਲਵਾ ਦੇ ਹੂੰ ਮੈਂ ਲਵਾਤਾ ਹੂੰ ਉਹ ਮੈਨੂੰ 500 ਰੁਪਇਆ ਦੇ ਗਿਆ ਮੈਂ ਇਸ ਰੱਬ ਨੂੰ ਕੀ ਕਹਿਣਾ ਕਿ ਸ਼ੁਕਰਾ ਤੇਰਾ ਤੂੰ ਬੜਾ ਮਿਹਰਬਾਨ ਆ ਐਂ ਕਿਰਪਾ ਬਣਾਈ ਰੱਖੀ ਸ਼ਾਮ ਨੂੰ ਮੈਂ 1000 ਬਣਾਇਆ ਤੇ ਮੈਨੂੰ ਸ਼ਾਮ ਨੂੰ ਮੈਂ ਫੇਰ ਸ਼ਾਮ ਨੂੰ 1000 ਗਿਣਿਆ ਤੇ ਮੈਂ ਕਹੂੰਗਾ ਸ਼ੁਕਰ ਆ ਯਾਰ ਅੱਜ ਤਾਂ ਨਜ਼ਾਰਾ ਆ ਗਿਆ ਹੂੰ ਸੁਆਦ ਆ ਗਿਆ ਉਧਰ ਤੂੰ 5 ਲੱਖ ਕਮਾਉਣ ਵਾਲਾ ਹੂੰ ਸਵੇਰੋਂ ਨਿਕਲਿਆ ਤੈਨੂੰ ਤੁਰੇ ਜਾਂਦੇ ਨੂੰ ਦਰਵਾਜ਼ੇ 'ਚੋਂ 500 ਦਾ ਨੋਟ ਡੱਗ ਪਿਆ ਤੂੰ ਐਸ ਰੱਬ ਦਾ ਕੋਈ ਸ਼ੁਕਰ ਨਹੀਂ ਕੀਤਾ ਤੈਨੂੰ ਗਾਂਹ ਜਾ ਕੇ 5 ਲੱਖ ਰੁਪਏ ਦਾ ਨਫਾ ਹੋ ਗਿਆ ਤੇਰੇ ਕਾਰੋਬਾਰ 'ਚ ਜ਼ਿਆਦਾ ਹਾਂ ਅੱਗੇ ਤੋਂ 5 ਲੱਖ ਦਾ ਹੀ ਕਰਦਾ ਹੂੰ ਤੇ ਸ਼ਾਮ ਨੂੰ ਹੋ ਗਿਆ 10 ਲੱਖ 10 ਹੋ ਗਿਆ ਤੂੰ ਫੇਰ ਕੀਤਾ ਸ਼ੁਕਰ ਹੈ ਹੂੰ ਮਾਲਕਾ ਆ ਬਣਾ ਕੇ ਰੱਖੀ ਆ ਸਵਾਦ ਆ ਲਹਿਰ ਬਣੀ ਰਵੇ ਹੂੰ ਹੁਣ ਸ਼ਾਮ ਨੂੰ ਕੀ ਹੋਇਆ ਮੇਰੇ ਕੋਲ ਜਦੋਂ ਮੈਂ ਉਧਰੋਂ 1000 ਬਣਾ ਕੇ ਤੁਰਿਆ ਆਉਂਦਾ ਸੀ ਹੂੰ ਤਾਂ ਮੇਰਾ ਯਾਰ ਦੇਖਿਆ ਮੈਂ 500 ਰੁਪਏ ਦਾ ਡੱਗ ਪਿਆ ਹੂੰ ਮੈਂ ਫੇਰ ਇਹਨੂੰ ਲਾਂਭਾ ਦਿੱਤਾ ਵੀਰ ਲਿਜਾਣੇ ਸੀ ਤਾਂ ਫੇਰ ਦਿੱਤੇ ਕਿਉਂ ਹੂੰ ਹੈ ਇਹ ਕੀ ਗੱਲ ਆ ਯਾਰ ਸਵੇਰੋਂ ਦੇ ਤੇ ਆਥਣੇ ਲੈ ਗਿਆ ਹੂੰ ਤੂੰ 10 ਲੱਖ ਰੁਪਏ ਦਾ ਨਫਾ ਲੈ ਕੇ ਆ ਰਿਆ ਤੇਰਾ 500 ਡੱਗ ਪਿਆ ਤੂੰ ਕੋਈ ਸ਼ੱਕਵਾ ਨਹੀਂ ਕਰਨਾ ਜੀ ਰੱਬ ਐਕਾ ਮੇਰੇ ਲਈ ਮੇਰੇ ਲਈ ਉਹਦੀ ਸਮਰੱਥਾ 500 ਵਾਲੀ ਆ ਹੂੰ ਮੈਂ 500 ਤੇ ਉਹਦਾ ਸ਼ੁਕਰ ਕਰਦਾ ਮੈਂ 500 ਤੇ ਉਹਦੀ ਉਹ ਕਰਦਾ ਹੂੰ ਤੇਰੀ ਪੰਜ ਤੇਰੀ ਤੇਰਾ ਵੀਰਾ ਬੋਹੀ ਆ ਤੂੰ ਉਹਦਾ 5 ਲੱਖ ਤੇ ਕਰਦਾ ਅਮਾਨੀ ਸ਼ਾਇਦ 5 ਕਰੋੜ ਤੇ ਕਰਦਾ ਹੋਊ 500 ਕਰੋੜ ਤੇ ਕਰਦਾ ਹੋਊ ਰੱਬ ਉਹਦਾ ਵੀ ਉਹੀ ਆ ਹੂੰ ਇਹਦਾ ਮਤਲਬ ਕੀ ਹੈ ਯਾਰ ਇਹਦਾ ਮਤਲਬ ਮੈਨੂੰ ਐ ਲੱਗਿਆ ਵੀ ਥੋੜੇ ਰੱਬ ਦੀ ਸਮਰੱਥਾ ਜੇ ਤੁਸੀਂ ਵੱਡੀ ਕਰ ਜੇ ਤੁਸੀਂ ਰੱਬ ਤੋਂ ਬਾਲਾ ਵੱਡਾ ਕੁਝ ਚਾਹੁੰਦੇ ਆ ਹਾਂ ਤਾਂ ਤੁਹਾਨੂੰ ਆਪ ਦੀ ਸਮਰੱਥਾ ਵੱਡੀ ਕਰਨੀ ਪਊ ਬਿਲਕੁਲ ਵੀ ਰੱਬ ਸਿਰਫ ਉਨਾ ਹੀ ਪਲੱਸ ਕਰ ਸਕਦਾ ਜਿੰਨਾ ਤੂੰ ਪਲੱਸ ਕਰ ਸਕਦਾ ਹੂੰ ਵੀ ਰੱਬ ਉਹ ਕਹੇਗਾ ਵੀ ਉਹ ਬੋਨਸ ਆ ਵੀ ਜਿਵੇਂ ਮੰਨ ਲਾ ਯਾਰ ਤੂੰ 10000 ਰੁਪਏ ਤਨਖਾਹ ਲੈਣਾ ਕਿਸੇ ਕੰਪਨੀ ਤੋਂ ਹੂੰ ਤੇ ਕੰਪਨੀ ਤੈਨੂੰ 2 ਕੋਹ 1000 ਪੈਨਸ਼ਨ ਹੀ ਦੇ ਸਕਦੀ ਆ ਜੇ ਤੁਸੀਂ ਕੰਪਨੀ ਤੋਂ 2 ਲੱਖ ਰੁਪਇਆ ਤਨਖਾਹ ਲੈਣਾ ਤੈਨੂੰ 20000 ਪੈਨਸ਼ਨ ਮਿਲ ਜੂ ਹੂੰ ਤੇ ਹੀ ਮਿਲ ਜੂਗੀ 50 ਵੀ ਮਿਲ ਜੂਗੀ ਹੂੰ ਤਾਂ ਮੈਨੂੰ ਐ ਲੱਗਦਾ ਵੀ ਰੱਬ ਵਾਲਾ ਜਿਹੜਾ ਬੋਨਸ ਆ ਉਹ ਜਿੰਨਾ ਵੱਡਾ ਬੰਦਾ ਚਾਹੁੰਦਾ ਓਨੇ ਬੰਦੇ ਨੂੰ ਵੱਡੀ ਸਮਰੱਥਾ ਕਰਨੀ ਪੈਂਦੀ ਆ ਹੂੰ ਵੀ ਮੇਰਾ ਮੈਨੂੰ ਐ ਲੱਗਦਾ ਵੀ ਰੱਬ ਨੂੰ ਜਿੰਨਾ ਬੰਦਾ ਰੱਬ ਤੋਂ ਵੱਡਾ ਮੰਗਣਾ ਚਾਹੁੰਦਾ ਉਹ ਆਪਦੀ ਦਿਨਚਰਿਆ ਵਾਲੀ ਸਮਰੱਥਾ ਵੱਡੀ ਕਰ ਲੇ ਪਰ ਇਹਦੇ ਚ ਸੋ ਰਜਿੰਦਰ ਭਾਈ ਇਹੀ ਆ ਵੀ ਜਿਹੜੀ ਮਿਹਨਤ ਆ ਹਾਂ ਮਿਹਨਤ ਮਿਹਨਤ ਦਾ ਅਸਲ ਹੈ ਜਣਾ ਮੈਂ ਮੈਂ ਤੇਰੀ ਦਿਨਚਰਿਆ ਜਿੰਨੀ ਤੂੰ ਮਤਲਬ ਜਿੰਨੀ ਤੂੰ ਦਿਹਾੜੀ ਮਤਲਬ ਵੱਡੀ ਪਾ ਸਕਦਾ ਹਮ ਰੱਬ ਤੈਨੂੰ ਨਾਲ ਉਹਨਾ ਬੋਨਸ ਹੀ ਦੇ ਸਕਦਾ ਹਮ ਵੀ ਜੇ ਤੂੰ ਦਿਹਾੜੀ 500 ਰੁਪਏ ਪਾਉਣ ਵਾਲਾ ਬੰਦਾ ਹੈ ਹਮ ਤੇ ਤੂੰ ਭਾਈ ਉਹ 500 ਰੁਪਏ ਕਿਤੇ ਖਪਾ ਕੇ ਹਮ ਤੇ ਉਦਾਂ ਹੀ ਚਾਹੁੰਦਾ ਕਿ 5 ਲੱਖ ਰੁਪਏ ਆ ਜੇ ਹਮ ਜਿਵੇਂ ਆਮ ਤੌਰ ਤੇ ਲਾਟਰੀਆਂ ਪਾਉਂਦੇ ਆਪਾਂ ਹਮ ਤਾਂ ਉਹ ਮੇਰੇ ਹਿਸਾਬ ਨਾਲ ਨਜਾਇਜ਼ ਬੋਨਸ ਮੰਗਣ ਵਾਲੀ ਗੱਲ ਆ। ਹੂੰ। ਤੈਨੂੰ ਉਹ ਹਜ਼ਾਰ ਹੀ ਦੇ ਸਕਦਾ। ਤੇਰੇ ਜਿਹੜਾ ਮੈਂ ਦੁਨੀਆ 'ਚ ਤੁਰ ਫਿਰ ਕੇ ਜੀ ਇੱਕ ਆਪਾਂ ਤਜਰਬਾ ਜਾਂ ਨਹੀਂ ਕਰ ਲੈਂਦੇ ਹੁੰਦੇ। ਹਾਂ ਸਮਝ ਗਿਆ ਗੱਲ ਥੋੜੀ। ਦੁਨੀਆ 'ਚ ਉਹ ਵੀ ਜੋ ਸਿਸਟਮ ਚੱਲਦਾ ਹੈ ਉਸ ਹਿਸਾਬ ਨਾਲ ਮੈਨੂੰ ਐਂ ਲੱਗਦਾ ਵੀ ਰੱਬ ਸਿਰਫ ਤੇਰੇ ਦਿਨ ਦੀ ਕਮਾਈ ਨੂੰ ਡਬਲ ਹੀ ਕਰ ਸਕਦਾ। ਹੂੰ। ਵੀ ਜਿੰਨੀ ਤੂੰ ਉਹਦੇ ਤੋਂ ਡਬਲ ਚਾਹੁੰਦਾ ਜੇ ਤੂੰ ਕਰੋੜ ਰੁਪਈਆ ਚਾਹੁੰਦਾ ਤਾਂ ਤੈਨੂੰ ਕਰੋੜ ਰੁਪਈਆ ਦਿਹਾੜੀ ਦਾ ਕਮਾਉਣਾ ਪਊ ਫਿਰ ਉਹ ਦੋ ਕਰ ਦੂਗਾ। ਦੋ ਕਰ ਦੂਗਾ। ਬੀਬੀ ਦੀ ਸਮਰੱਥਾ ਇਹ ਹੈ ਆ ਵੀ ਮੈਂ ਮੇਰਾ ਮੈਨੂੰ ਐ ਲੱਗਦਾ ਹੁੰਦਾ ਵੀ ਹੋਰ ਸਾਰਾ ਡਰ ਭੈ ਤੋਂ ਲੈ ਕੇ ਵੀ ਜਿਹੜਾ ਰੱਬ ਤੋਂ ਮੰਗਣ ਵਾਲਾ ਜਿਹੜਾ ਮਤਲਬ ਆਪਾਂ ਕੀ ਕਹਿੰਦੇ ਨੇ ਸੁੱਖ ਸੁੱਖਣ ਵਾਲਾ ਸਿਸਟਮ ਵੀ ਮੇਰਾ ਆ ਹੋ ਜੇ ਵੀ ਉਹ ਉਦੋਂ ਡਬਲ ਜਿਹਾ ਕਰ ਸਕਦਾ ਵੀ ਜੇ ਤੂੰ ਭਾਈ ਨੰਬਰ 70% ਮੰਗਦਾ ਤਾਂ ਤੇਰੀ 35 40% ਵਾਲੀ ਤਾਂ ਚਾਈ ਦੀ ਆ ਵੀਰ ਤੋ ਤੇਰਾ ਕੋ ਦਾ ਦੂ ਲੱਗ ਸਕਦਾ ਵੀ ਜੇ ਤੂੰ 70% ਨੰਬਰ ਉ ਮੰਗਦਾ ਨਾ ਬੈਠਾ ਗੱਲੇ ਡੱਬੇ ਦੇ ਚੜਾਵੇ ਨਾ ਵੀ ਫੇਰ ਕੋਈ ਹਸਾਬ ਕਿਤਾਬ ਨਹੀਂ ਫੇਰ ਮੈਨੂੰ ਐ ਲੱਗਦਾ ਵੀ ਗਲਤ ਆ ਕੰਮ ਉਹ ਕਈ ਵਾਰ ਐ ਵੀ ਕਹਿੰਦੇ ਵੀ 70% ਨੰਬਰ ਆਏ ਨਾ ਡੱਬੇ ਵੀ 70 ਹੀ ਚੜਾਏ ਹਾਂ ਹਾਂ ਡੱਬੇ ਡੱਬੇ ਵੀ 1% ਦਾ ਏ 1 ਨਹੀਂਗਾ ਵੀ ਅਸਲ ਦੇ ਵਿੱਚ ਮੈਨੂੰ ਐ ਲੱਗਦਾ ਹੁੰਦਾ ਵੀ ਰੱਬ ਉਹਨਾ ਕੀ ਕਰ ਸਕਦਾ ਜਿੰਨਾ ਤੂੰ ਕਰ ਸਕਦਾ ਐਦੂੰਗਾ ਹਾਂ ਨੀਗਾ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਮੈਨੂੰ ਯਾਰ ਇਹ ਸਵਾਲ ਪੁੱਛੇ ਮੇਰੇ ਅੰਦਰ ਇੱਕ ਚੀਜ਼ ਰਹਿੰਦੀ ਹੁੰਦੀ ਸੀ ਵੀ ਯਾਰ ਮੈਨੂੰ ਐ ਲੱਗਦਾ ਵੀ ਕੋਈ ਬੰਦਾ ਯਾਰ ਮੈਨੂੰ ਪੁੱਛੇ ਨਾ ਤੇ ਮੈਂ ਉਹਨੂੰ ਦੱਸਾਂ ਜ਼ਰੂਰ ਵੀ ਸ਼ਾਇਦ ਹੋ ਸਕਦਾ ਕਿਸੇ ਬੰਦੇ ਦੇ ਕੰਮ ਆ ਜੇ ਵੀ ਕਈ ਬੰਦਾ ਵੀ ਹੋ ਸਕਦਾ ਵੀ ਮੰਗੀ ਕਰੋੜ ਜਾਂਦਾ ਹੋਵੇ ਤੇ ਕੰਮ 500 ਦਾ ਬਣਾ ਕਰਦਾ ਹੋਵੇ ਵੀ ਉਹ ਕਿਤੇ ਘਰੇ ਬੈਠਾ ਇਹਨਾਂ ਡਿੱਕੀ ਜਾਵੇ ਉਹ ਥੋੜਾ ਐ ਹੋ ਗਿਆ ਨਾ ਹੁਣ ਲੋਟਰੀਆਂ ਲੂਟਰੀਆਂ ਵਾਲਾ ਸਿਸਟਮ ਬੜਾ ਚੱਲਦਾ ਉਧਰ ਕਰਕੇ ਵੀ ਤਾਂ ਹੋ ਗਿਆ ਕੇ ਨਹੀਂ ਹਾਂ ਬਈ ਮੈਨੂੰ ਐ ਲੱਗਿਆ ਵੀ ਲੋਕਾਂ 'ਚ ਇਹ ਚੀਜ਼ ਹੈਗੀ ਆ ਤੇ ਇਹ ਚੀਜ਼ ਨੂੰ ਕਿਤੇ ਨਾ ਕਿਤੇ ਵੀ ਆਪਾਂ ਨੂੰ ਸਮਝਾ ਕੇ ਸਮਝਾਉਣਾ ਚਾਹੀਦਾ ਉਹ ਕਰਨਾ ਤਾਂ ਸਾਰਾ ਲੋਕਾਂ ਨੇ ਹੁੰਦਾ ਜਿਆਦਾ ਦੀ ਉਮੀਦཅ ਹੀ ਕਰਨਾ ਹੁੰਦਾ ਹਰੇਕ ਨਹੀਂ ਕਰਨਾ ਹੁੰਦਾ ਆਪਾਂ ਵੀ ਕੰਮ ਕਰਦੇ ਆ ਯੂਟਿਊਬ ਦਾ ਕੰਮ ਕਰਦੇ ਆ ਸਾਰੇ ਕਦ ਜਿਆਦਾ ਦੀ ਉਮੀਦཅ ਹੀ ਕਰਦੇ ਆ ਪਰ ਜਿਆਦਾ ਦੀ ਉਮੀਦ ਦੇ ਵਿੱਚ ਗਲਤ ਕਰਨਾ ਜਾਂ ਜਿਆਦਾ ਦੀ ਉਮੀਦ ਦੇ ਵਿੱਚ ਸਹੀ ਕਰਨਾ ਇਹ ਵੀ ਇੱਕ ਫਰਕ ਆ ਦੂਜੀ ਗੱਲ ਯਾਰ ਚਲੋ ਹੁਣ ਤੁਸੀਂ ਲਾਟਰੀਆਂ ਵਾਲੇ ਪਾਸੇ ਵੀ ਲਿਆਏ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਯਾਰ ਵੀ ਮਤਲਬ ਲਾਟਰੀ ਆ ਜਿਹੜੀ ਹਮ ਇੱਕ ਮੱਛੀ ਆ ਹਮ ਰਤਨ ਬਾਈ ਹਮ ਜਿਹੜੀ ਮੱਛੀ ਆ ਉਹ ਸੋਚਦੀ ਆ ਕੁੰਡੀ ਨੂੰ ਦੇਖ ਕੇ ਕਿ ਕਿਸੇ ਨੇ ਮੇਰਾ ਢਿੱਡ ਭਰਨ ਲਈ ਹਮ ਆਟਾ ਸਿੱਟਿਆ ਜੀ ਮੱਛੀ ਇਹ ਸੋਚਦੀ ਆ ਕਿ ਮੇਰਾ ਢਿੱਡ ਭਰਨ ਲਈ ਕਿਸੇ ਨੇ ਆਟਾ ਸਿੱਟਿਆ ਹਮ ਪਰ ਉਹਨੂੰ ਨਹੀਂ ਪਤਾ ਕਿ ਆਟਾ ਸਿੱਟਣ ਵਾਲੇ ਨੇ ਆਪਣਾ ਢਿੱਡ ਭਰਨ ਲਈ ਸਿੱਟਿਆ ਹਮ ਠੀਕ ਆ ਨਾ ਇਹ ਤਾਂ ਫਿਰ ਹੁਣ ਕੁੰਡੀ ਵਾਲੇ ਦੀ ਤੇ ਮੱਛੀ ਦੀ ਲੜਾਈ ਆ ਠੀਕ ਹੈ ਕਿ ਨਹੀਂ ਵੀ ਉਹਦੇ ਵਿੱਚ ਮੱਛੀ ਕਿੰਨਾ ਕੁ ਬੱਚਦੀ ਆ ਹੂੰ ਹੂੰ ਉਹ ਅਸਲ ਦੇ ਵਿੱਚ ਆਟਾ ਕੁੰਡੀ ਨੂੰ ਲਕੋ ਕੇ ਤੇ ਸਿੱਟਿਆ ਤਾਂ ਉਹ ਤਾਂ ਵਾਲੇ ਨੇ ਆਪਣਾ ਢਿੱਡ ਭਰਨ ਲਈ ਆ ਹੂੰ ਮੱਛੀ ਨੂੰ ਮੱਛੀ ਦਾ ਸੋਚਣਾ ਬਣਦਾ ਤਾਂ ਮੈਨੂੰ ਐ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਮੱਛੀ ਗਲਤ ਹੋ ਸਕਦੀ ਆ ਆਟਾ ਸਿੱਟਣ ਵਾਲਾ ਗਲਤ ਨਹੀਂ ਹੋ ਸਕਦਾ ਹੂੰ ਜੀ ਸਮਝੇ ਗੱਲ ਜਿੰਨੇ ਜਿਆਦਾ ਉਹਦੇ ਚ ਆਊਗੀ ਓਨਾਂ ਜਿਆਦਾ ਕਿਨਾਰੇ ਤੇ ਲੋਕ ਫਿਸ਼ਿੰਗ ਕਰਨ ਬੈਠਣਗੇ ਫਿਸ਼ਿੰਗ ਕਰਨ ਦਾ ਸ਼ੌਂਕ ਸਾਰਿਆਂ ਨੂੰ ਹੁੰਦਾ ਹੈ ਗੱਲ ਤਾਂ ਫਿਰ ਮੱਛੀ ਦੀ ਆਹ ਗੱਲ ਚਾਹੇ ਕੋਈ ਕਹੇ ਚਾਹੇ ਨਾ ਕਹੇ ਸ਼ੌਂਕ ਤਾਂ ਸਭ ਨੂੰ ਹੀ ਹੁੰਦਾ ਹੀ ਹੈ ਹਾਂ ਸ਼ੌਂਕ ਤਾਂ ਸਭ ਨੂੰ ਹੁੰਦਾ ਹੈ ਵੀ ਹਰੇਕ ਬੰਦੇ ਨੂੰ ਹੁੰਦਾ ਮੈਨੂੰ ਵੀ ਆਪਦੇ ਕਾਰੋਬਾਰ ਦਾ ਸ਼ੌਂਕ ਆ ਕੋਈ ਮੰਨ ਜਾਂਦੇ ਕਈ ਮੰਨਦੇ ਨਹੀਂ ਹਾਂ ਮੈਨੂੰ ਵੀ ਆਪਦੇ ਕਾਰੋਬਾਰ ਚ ਸ਼ੌਂਕ ਆ ਪਰ ਕਿਤੇ ਨਾ ਕਿਤੇ ਮੈਨੂੰ ਐਂ ਲੱਗਦਾ ਹੁੰਦਾ ਵੀ ਯਾਰ ਜਦੋਂ ਕੰਮ ਕੋਈ ਵੀ ਬੰਦਾ ਯਾਰ ਕੋਈ ਵੀ ਕੰਮ ਕਰਦਾ ਯਾਰ ਵੀ ਰਤਨ ਕੰਮ ਤੂੰ ਕੋਈ ਵੀ ਕਰਦਾ ਯਾਰ ਕੋਈ ਵੀ ਕਰਦਾ ਹ ਬੀ ਕੰਮ ਕੋਈ ਵੀ ਨਹੀਂ ਗਲਤ ਸਾਰੇ ਕੰਮ ਹੀ ਕਿਤੇ ਨਾ ਕਿਤੇ ਗਲਤ ਆ ਹਮ ਸਾਰੇ ਕੰਮ ਦਾ ਕਿਤੇ ਨਾ ਕਿਤੇ ਯਾਰ ਜਿਹੜੀ ਦੁਨੀਆ ਆ ਯਾਰ ਇਹਦੇ ਤੇ ਜਿਹੜਾ ਕਿਰਤੀ ਆ ਉਹੀ ਇੱਕ ਬੰਦਾ ਜਿਹੜਾ ਥੱਲੇੋਂ ਜ਼ਮੀਨ ਚੋਂ ਅੰਨ ਅਗਾਉਂਦਾ ਬਾਕੀ ਤਾਂ ਸਾਰਿਆਂ ਨੇ ਉੱਪਰ ਲੈਣੇ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਤੋਂ ਖੋਣਾ ਹੀ ਆ ਹਮ ਠੀਕ ਹੈ ਕਿ ਨਹੀਂ ਵੀ ਜਿਵੇਂ ਹੁਣ ਆਪਾਂ ਵੀ ਆਹ ਕੰਮ ਕਰੀ ਜਾਂਦੇ ਆ ਇਹਦੇ ਵਿੱਚ ਵੀ ਜੋ ਆਉਣਾ ਹਮ ਉਹ ਐਡਵਰਟਾਈਜ਼ਮੈਂਟ ਦਾ ਆਉਣਾ ਜੋ ਐਡਵਰਟਾਈਜ਼ਮੈਂਟ ਦਾ ਆਉਣਾ ਉਹ ਲੋਕਾਂ ਤੇ ਪੈਣਾ ਲੋਕਾਂ ਤੇ ਜਿਹੜਾ ਪੈਣਾ ਉਹ ਗਾਂ ਕਿਰਤੀ ਤੇ ਪੈਣਾ ਤਾਂ ਅਖੀਰ ਨੂੰ ਕਿਰਤੀ ਉਹ ਹੀ ਬੰਦਾ ਦੁਨੀਆ ਤੇ ਦੋ ਹੀ ਚੀਜ਼ਾਂ ਜਿਹੜੀਆਂ ਪੈਸਾ ਪੈਦਾ ਕਰਦੀਆਂ ਇਹਨੂੰ ਆਪਾਂ ਬਾਅਦ ਚ ਕਰਾਂਗੇ ਆਪਾਂ ਇਹ ਮਾੜਾ ਜਿਹਾ ਆਪਾਂ ਪਹਿਲਾਂ ਵਾਲੇ ਪਾਸੇ ਆ ਜਾਂਦੇ ਆਂ ਵੀ ਬੰਦਾ ਕੋਈ ਵੀ ਗਲਤ ਨਹੀਂ ਹੁੰਦਾ ਜਾਂ ਤਾਂ ਆਪਾਂ ਇਹ ਕਹਿ ਲਈ ਜਾਂ ਸਾਰੇ ਕੰਮ ਹੀ ਕਿਤੇ ਨਾ ਕਿਤੇ ਗਲਤ ਹੁੰਦੇ ਆ ਪਰ ਮੈਨੂੰ ਐ ਲੱਗਦਾ ਹੁੰਦਾ ਵੀ ਬੰਦਾ ਸ਼ਾਮ ਨੂੰ ਕਿਤੇ ਆਪਦੇ ਸ਼ੀਸ਼ੇ ਦੇ ਮੂਹਰੇ ਖੜ ਕੇ ਯਾਰ ਦੋ ਸਵਾਲ ਪੁੱਛ ਲੇ ਵੀ ਇੱਕ ਯਾਰ ਮੈਂ ਖੁਸ਼ ਹਾਂ ਤੇ ਦੂਜਾ ਬੰਦਾ ਇਹ ਪੁੱਛ ਲੇ ਵੀ ਮੈਂ ਕਿਸੇ ਨੂੰ ਨਾਰਾਜ਼ ਕਰਕੇ ਤਾਂ ਨਹੀਂ ਖੁਸ਼ ਹੂੰ ਹੂੰ ਸਹੀ ਹੈ ਹਨਾ ਜੇ ਜੇ ਉਹਨੂੰ ਐ ਲੱਗੇ ਯਾਰ ਵੀ ਮੈਂ ਕਿਸੇ ਨੂੰ ਨਾਰਾਜ਼ ਕਰਕੇ ਖੁਸ਼ ਹਾਂ ਤਾਂ ਉਹਦੀ ਖੁਸ਼ੀ ਉਹ ਕੋਈ ਬਾਲੇ ਚਿਰਦੀ ਨਹੀਂ ਹੁੰਦੀ ਹੂੰ ਉਹ ਬਾਲੀ ਲੰਬੀ ਨਹੀਂ ਜਾਊਗੀ ਉਹ ਉਹਦੀ ਖੁਸ਼ੀ ਕੋਈ ਉਹਨੂੰ ਨਾਰਾਜ਼ ਕਰਨ ਲੱਗ ਜੂਗੀ ਅਸੀਂ ਸ਼ੀਸ਼ੇ 'ਚ ਖੜ ਕੇ ਅੱਖਾਂ ਚੱਖੇ ਨਹੀਂ ਪੈਂਦੀਆਂ ਹਾਂ ਹਾਂ ਜਿਹੜਾ ਰਤਨ ਗੱਲ ਹੈਗੀ ਆ ਮਤਲਬ ਆਪਾਂ ਕਰਦੀ ਸੀਗੇ ਵੀ ਬਹੁਤ ਬਹੁਤ ਲੋਕਾਂ ਦੇ ਮਨ 'ਚ ਭਲੇਖਾ ਹੁੰਦਾ ਕਾਰੋਬਾਰ ਨੂੰ ਲੈ ਕੇ ਹੂੰ ਦੁਨੀਆ ਨੂੰ ਲੈ ਕੇ ਆਮ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਹੁੰਦਾ ਵੀ ਇਹ ਦੁਨੀਆ ਕਿਵੇਂ ਚੱਲਦੀ ਆ। ਹੂੰ ਮੈਂ ਇਹ ਚੀਜ਼ਾਂ ਨੂੰ ਬਹੁਤ ਪੜ੍ਹਨ ਦੀ ਕੋਸ਼ਿਸ਼ ਕਰਦਾ ਹੁਣ ਆ ਯਾਰ ਮੈਨੂੰ ਆ ਲੱਗਦਾ ਹੁੰਦਾ ਵੀ ਯਾਰ ਵੀ ਚਲੋ ਕਾਰੋਬਾਰ ਕਰਦੇ ਆ ਦੇਖਣ ਵਾਲ ਨੂੰ ਆ ਲੱਗਦਾ ਵੀ ਕੁੱਤੇ ਬਿੱਲੇ ਦਿਖਾਉਂਦਾ ਆ ਤਾਂ ਪਤਾ ਨਹੀਂ ਵੀ ਮਤਲਬ ਇੰਨੀ ਕਿ ਜਾਣਕਾਰੀ ਬੰਦੇ ਨੂੰ ਹੈਗੀ ਆ ਨਾ ਤੇ ਪਰ ਨਾ ਮੈਂ ਬਹੁਤ ਕੋਸ਼ਿਸ਼ ਕਰਦਾ ਹੁਣ ਦੁਨੀਆ ਤੇ ਨਾ ਰਤਨ ਭਾਈ ਦੋ ਹੀ ਮਤਲਬ ਦੋ ਤਰ੍ਹਾਂ ਦੇ ਦੋ ਹੀ ਥਾਵਾਂ ਤੇ ਪੈਸਾ ਪੈਦਾ ਹੁੰਦਾ ਪੂਰੀ ਦੁਨੀਆ ਤੇ ਹੂੰ ਇੱਕ ਖਣਿਜ ਪੈਸਾ ਪੈਦਾ ਕਰਦਾ ਤੇ ਇੱਕ ਅੰਨ ਪੈਸਾ ਪੈਦਾ ਕਰਦਾ ਹੂੰ ਮਤਲਬ ਇੱਕ ਜ਼ਮੀਨ ਪੈਸਾ ਪੈਦਾ ਕਰਦੀ ਹੈ ਤੇ ਇੱਕ ਖਾਨ ਪੈਸਾ ਪੈਦਾ ਕਰਦੀ ਹੈ ਉਸ ਤੋਂ ਬਾਅਦ ਉਹ ਸਾਰਾ ਪੈਸਾ ਡਿਵਾਈਡ ਹੀ ਹੁੰਦਾ ਪੂਰੀ ਦੁਨੀਆ 'ਚ ਪੂਰੀ ਦੁਨੀਆ 'ਚ ਹੋਰ ਕਿਸੇ ਵੀ ਥਾਂ ਤੋਂ ਪੈਸਾ ਪੈਦਾ ਹੀ ਨਹੀਂ ਹੁੰਦਾ ਹੂੰ ਠੀਕ ਹੈ ਨਹੀਂ ਦੁਨੀਆ ਤੇ ਜਿੱਥੇ ਖਣਿਜ ਨਿਕਲਦਾ ਉਹ ਹੈਗਾ ਤੇਲ ਹੋ ਗਿਆ ਕੋਲਾ ਹੋ ਗਿਆ એનર્ਜੀ એનર્ਜੀ ਹੂੰ એનર્ਜੀ ਹੂੰ ਤੇਲ ਹੋ ਗਿਆ ਕੋਲਾ ਹੋ ਗਿਆ ਗੈਸ ਹੋ ਗਈ ਜਾਂ ਤਾਂ ਉਥੋਂ ਪੈਸਾ ਪੈਦਾ ਹੁੰਦਾ ਕਿਉਂਕਿ ਉਹਨੇ ਕੀ ਕਰਨਾ ਉਹਨੇ ਮਸ਼ੀਨਰੀ ਨੂੰ ਚਲਾਉਣਾ ਮਸ਼ੀਨਰੀ ਨੇ ਅੱਗੇ ਫਸਲ ਪੈਦਾ ਕਰਨੀਆਂ ਲੋਕਾਂ ਨੂੰ ਲੈ ਕੇ ਜਾਣਾ ਲੋਕਾਂ ਨੂੰ ਢੋਣਾ ਢਵਾਉਣਾ ਇਹ ਪੈਸਾ ਪੈਦਾ ਕਰਨ ਨਹੀਂ ਇਹ ਪੈਸੇ ਨੂੰ ਸਿਰਫ ਵੰਡਣਾ ਤਾਂ ਕੀ ਕਰਦਾ ਖਣਜ ਸਾਡੇ ਖੇਤਾਂ 'ਚ ਟਰੈਕਟਰਾਂ ਨੂੰ ਚਲਾਉਂਦਾ ਤੇ ਟਰੈਕਟਰ ਅੰਨ ਨੂੰ ਪੈਦਾ ਕਰਦੇ ਆ ਅਸਲ ਦੇ ਵਿੱਚ ਮਤਲਬ ਜੇ ਤੁਸੀਂ ਇਦੋਂ ਵੀ ਨੇੜੇ ਜਾਓ ਤਾਂ ਸਿਰਫ ਪੈਸਾ ਪੈਦਾ ਖੇਤਾਂ 'ਚੋਂ ਹੀ ਹੁੰਦਾ ਊਰਚੋਂ ਹੀ ਪੈਸਾ ਪੈਦਾ ਹੁੰਦਾ ਤਾਂ ਖਣਿਜ ਉਹ ਪੈਸੇ ਨੂੰ ਪੈਦਾ ਕਰਨ 'ਚ ਮਦਦ ਕਰਦਾ ਇਸ ਕਰਕੇ ਦੋ ਚੀਜ਼ਾਂ ਨੂੰ ਤੁਸੀਂ ਪੈਸਾ ਮੰਨ ਸਕਦੇ ਆ ਬਾਕੀ ਸਾਰੇ ਥਾਵਾਂ ਤੇ ਪੈਸਾ ਡਵਾਈਡ ਹੀ ਹੁੰਦਾ ਜਿਹੜੀ ਜਿਹੜੇ ਦੁਨੀਆਂ ਦੇ ਅਰਬ ਕੰਟਰੀ ਆ ਜੀ ਮੈਂ ਅਰਬ ਕੰਟਰੀਆਂ 'ਚ ਗਿਆ ਹੂੰ ਤੇ ਮੈਂ ਆਮ ਹੀ ਜਦੋਂ ਮਤਲਬ ਸੁਤੇ ਆਪਾਂ ਗੱਲਾਂ ਕਰਦੇ ਆ ਆਪਸ ਵਿੱਚ ਜਿਵੇਂ ਹੁਣ ਆਪਾਂ ਹੁਣ ਕਰੀ ਜੰਨੇ ਆ ਤਾਂ ਮੈਂ ਨਾ ਯਾਰ ਆਮ ਕਹਿਣਾ ਹੁੰਦਾ ਜਿਵੇਂ ਕਈ ਬੰਦੇ ਕਹਿਣਗੇ ਯਾਰ ਤੂੰ ਕਤਰ ਜਾ ਕੇ ਆ ਤੈਨੂੰ ਕਤਰ ਕਿਹੋ ਜਿਹਾ ਲੱਗਿਆ ਹੂੰ ਤਾਂ ਮੈਂ ਕਹਿਣਾ ਉਹਨਾਂ ਯਾਰ ਵੀ ਜਿਹੜਾ ਕਤਰ ਆ ਨਾ ਹੂੰ ਉਹ ਸਦਰੇ ਅਮੀਰ ਲੋਕਾਂ ਦਾ ਦੇਸ਼ ਆ ਹੂੰ ਬੇਅਕਲੇ ਅਮੀਰ ਦੇਸ਼ ਲੋਕਾਂ ਦਾ ਦੇਸ਼ ਆ ਜਿਹੜੇ ਉੱਥੋਂ ਦੇ ਬਸ਼ਿੰਦ ਮੂਲ ਹੂੰ ਬਸ਼ਿੰਦੇ ਉਹਨਾਂ ਦੀ ਗੱਲ ਕਰਦਾ ਜਿਹੜੇ ਉੱਥੇ ਕਿਰਤ ਕਰਦੇ ਆ ਉਹਨਾਂ ਦੀ ਗੱਲ ਨਹੀਂ ਕਰਦਾ ਮੈਂ ਹੂੰ ਉਹ ਤਾਂ ਬਹੁਤ ਆਕਲ ਵਾਲੇ ਆ ਜਿਹੜੇ ਉੱਥੇ ਕਿਰਤ ਕਰਦੇ ਆ ਪਰ ਜਿਹੜੇ ਉੱਥੋਂ ਦੇ ਮੂਲ ਆ ਉਹ ਨਹੀਂਗੇ ਕਿਉਂ ਹੂੰ ਕਿਉਂਕਿ ਉੱਥੇ ਪੈਸਾ ਪੈਦਾ ਹੁੰਦਾ ਹੂੰ ਪੈਸਾ ਪੈਦਾ ਹੋਇਆ ਕੰਪਨੀਆਂ ਨੇ ਕੰਪਨੀ ਨੂੰ ਪਤਾ ਲੱਗਿਆ ਕਿ ਉੱਥੋਂ ਪੈਸਾ ਪੈਦਾ ਹੁੰਦਾ ਤਾਂ ਕੰਪਨੀਆਂ ਨੇ ਕੀ ਕਰਤਾ ਕਿ ਕਿਸੇ ਨੇ ਸ਼ਾਰਟਾਂ ਵੇਚਣੀਆਂ ਉੱਥੇ ਸ਼ੁਰੂ ਕਰਤੀਆਂ ਕਿਸੇ ਨੇ ਉੱਥੇ ਪੱਥਰ ਵੇਚਣਾ ਸ਼ੁਰੂ ਕਰਤਾ ਕਿਸੇ ਨੇ ਉੱਥੇ ਗੱਡੀਆਂ ਵੇਚਣੀਆਂ ਸ਼ੁਰੂ ਕਰਤੀਆਂ ਤਾਂ ਕਿਸੇ ਨੇ ਕੁਝ ਪੈਸਾ ਐਵੇਂ ਪੈਦਾ ਹੋ ਰਿਹਾ ਉੱਥੋਂ ਤੇ ਇਧਰਲੇ ਪਾਸੇ ਸਾਰੇ ਲੋਕ ਉੱਥੋਂ ਪੈਸਾ ਕੱਢ ਕੇ ਲਿਆ ਰਹੇ ਆ ਕੁਝ ਪੈਸਾ ਜਿਹੜਾ ਉੱਥੋਂ ਦੀਆਂ ਕੰਪਨੀਆਂ ਉੱਥੇ ਕੰਮ ਕਰਨ ਬਦਲੇ ਕਹਿੰਦੇ ਵੀ ਸ਼ੇਖਾਂ ਨਾਲ ਸਾਡਾ ਆਪਦਾ ਪੈਸਾ ਸ਼ੇਅਰ ਕਰੋ ਵੀ ਕਹਿੰਦੇ ਆ ਜੀ ਤੁਸੀਂ 50% ਤੋਂ ਤੁਹਾਨੂੰ ਇਹ ਸਾਰ ਰੱਖਣੇ ਪੈਣਾ ਤਾਂ ਉਹ ਜਿਹੜਾ ਸ਼ੇਖਾਂ ਨੇ 50% ਕਮਾਇਆ ਉਹ 50% ਉਹ ਕਹਿੰਦੇ ਆ ਜੀ ਉਹ ਸ਼ੇਖਾਂ ਨੇ ਗੱਡੀਆਂ ਖਰੀਦ ਲਈਆਂ ਉਹ ਵੀ ਬਾਹਰ ਚਲੇ ਗਿਆ ਪੈਸਾ ਫਿਰ ਦੇਸ਼ ਚੋਂ ਸ਼ੇਖਾਂ ਨੇ ਮਤਲਬ ਕੀ ਕੀਤਾ ਕਿ ਚੰਗੇ ਲੀੜੇ ਖਰੀਦ ਲਏ ਬਹੁਤ ਸ਼ੇਖ ਦੂਜੇ ਦੇਸ਼ਾਂ ਦੇ ਵਿੱਚ ਮौज-ਮਸਤੀ ਕਰਨ ਵੀ ਜਾਂਦੇ ਆ ਤਾਂ ਉਹ ਬਾਕੀ ਦਾ 50 ਵੀ ਉਹੀ ਲੈ ਕੇ ਕੱਢ ਕੇ ਹੂੰ ਹੁਣ ਉਥੋਂ ਪੈਸਾ ਪੈਦਾ ਹੋ ਰਿਹਾ ਤੇ ਬਾਹਰ ਨੂੰ ਜਾ ਰਿਹਾ ਇਹ ਉਸ ਦੇਸ਼ ਦੀ ਦਿਖਦੀ ਅਮੀਰੀयत ਆ ਹੂੰ ਪਰ ਜਦੋਂ ਇਧਰੋਂ ਪੈਸਾ ਪੈਦਾ ਹੋਣਾ ਬੰਦ ਹੋਇਆ ਹੂੰ ਤੇ ਉਧਰਲੇ ਪਾਸੇ ਜਾਣਾ ਤਾਂ ਬੰਦ ਹੋ ਜੂ ਉਹ ਤਾਂ ਵਸੀਲਾ ਕੋਈ ਹੋਰ ਲੱਭ ਲੂ ਤੇ ਇਧਰਲੇ ਕੀ ਕਰਨਗੇ ਹੂੰ ਇਨਾਂ ਕੋਲੇ ਤਾਂ ਜੁੜਿਆ ਹੀ ਨਹੀਂ ਜਿਹੜੇ ਮੂਲ ਨੇ ਉਹ ਕੀ ਕਰਨਗੇ ਉਹ ਮੂਲ ਆ ਉਹ ਕੀ ਕਰਨਗੇ ਮੈਂ ਤਾਂ ਹੀ ਕਹਿਣਾ ਹੁਣਾ ਮਤਲਬ ਆਮ ਬੰਦਿਆਂ ਨਾਲ ਗੱਲ ਕਰਦਾ ਹੁਣਾ ਕਿ ਉਹਨਾਂ ਨੂੰ ਮਤਲਬ ਉਹਨਾਂ ਨੇ ਕੀ ਕਰ ਲਿਆ ਬਾਈ ਜਿਹੜੀ ਸੈਰ ਗਾਂ ਆਪਾਂ ਕਹਿੰਦੇ ਵੀ ਉਹ ਸੈਰ ਬਗਾ ਬਣ ਗਈ ਉਹ ਬਣ ਗਈ ਸੈਰ ਗਾਂ ਵੀ ਕਿੰਨਾ ਕਚਰ ਤੂੰ ਦੋ ਵਾਰੀ ਕਿਸੇ ਚੀਜ਼ ਨੂੰ ਤਿੰਨ ਵਾਰੀ ਦੇਖਿਆਵੇਂਗਾ ਨਾ ਤੇਰਾ ਡਰਾਫਟ ਖਤਮ ਹੋ ਜਾਂਦਾ ਹੂੰ ਹੂੰ ਦਿਲਚਸਪੀ ਖਤਮ ਹੋ ਜਾਂਦੀ ਐ ਨਹੀਂ ਗੱਲ ਵੀ ਤੂੰ ਪੂਰੀ ਦੁਨੀਆ ਨੂੰ ਸੈਰ ਕਰਨ ਵਾਸਤੇ ਸੱਦੀ ਜਾਵੇਂਗਾ ਹੂੰ ਵੀ ਇਹ ਵੀ ਗੱਲ ਨਹੀਂ ਕੀ ਅਕਸਰ ਪੈਸਾ ਜਿੱਥੋਂ ਤਰਾ ਪੈਦਾ ਹੋ ਰਿਆ ਹੁਣ ਕੀ ਹੋ ਪੰਗਾ ਪੈਣਾ ਅਰਬ ਕੰਟਰੀਆਂ ਨੂੰ ਅਰਬ ਕੰਟਰੀਆਂ ਨੂੰ ਹੁਣ ਪੰਗਾ ਇਹ ਪੈਣਾ ਹੁਣ ਡੀਜ਼ਲ ਪੈਟਰੋਲ ਦਾ ਆ ਗਿਆ ਲੀਥੀਅਮ ਲੋਕੇ ਤਾਂ ਸੋਲਰ ਵਾਲੀਆਂ ਤਾਂ ਲੋਕੇ ਗੱਟੀਆਂ ਬਣਾਉਣ ਲੱਗੇ ਹੈ ਤੇ ਉਹ 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 ਜੱਭ ਹੀ ਪੈਣਾ ਟਰੈਕਟਰ ਤਾਂ ਬੈਟਰੀਆਂ ਵਾਲੇ ਆਉਣ ਲੱਗੇ ਟਰੱਕ ਬੈਟਰੀਆਂ ਵਾਲੇ ਆਉਣ ਲੱਗੇ ਜਿਹੜਾ ਅਮਰੀਕਾ ਵਾਲਾ ਉਹ ਦੁਨੀਆ ਤੇ ਸਰਦਾਰੀ ਕਰਦਾ ਯਾਰ ਉਹਨਾਂ ਨੇ ਲੀਥੀਅਮ ਤੇ ਕਰ ਲਈ ਹੂੰ ਉਹਨੇ ਲੀਥੀਅਮ ਕੰਟਰੋਲ ਕਰ ਲਿਆ ਜਿਹੜਾ ਅਫਗਾਨਿਸਤਾਨ ਦੇ ਵਿੱਚ ਉਹਦਾ ਚੱਕਰ ਸੀਗਾ ਉਹਨੂੰ ਲੀਥੀਅਮ ਦੀਆਂ ਪਹਾੜੀਆਂ ਤੇ ਕਬਜ਼ਾ ਕਰ ਲਿਆ ਉਹਨੇ ਹੂੰ ਪਹਿਲਾਂ ਉਹਦਾ ਅਰਬ ਕੰਟਰੀਆਂ ਦੇ ਤੇਲ ਨਾ ਸੀਗਾ ਉਹਨੂੰ ਵੀ ਪਤਾ ਲੱਗ ਗਿਆ ਵੀ ਇਹ ਚੀਜ਼ ਮੁੱਕੂਗੀ ਹੁਣ ਆਪਾਂ ਇਧਰਲੇ ਪੈਸੇ ਵੀ 40 ਸਾਲਾਂ ਦਾ ਰਹਿ ਗਿਆ 20 ਸਾਲਾਂ ਦਾ ਰਹਿ ਗਿਆ ਆਹ ਹੋ ਇਹਨਾਂ ਦਾ ਮੁੱਕਣਾ ਹੀ ਆ ਉਹ 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 ਹੈਲਤੀ ਆ ਯਾਰ ਉਹ ਮੁਲਕ ਮਤਲਬ ਆਪਾਂ ਐਵੇਂ ਤਾਂ ਨਹੀਂ ਕਹਿੰਦੇ ਨੰਬਰਦਾਰ ਹੂੰ ਉਹ ਹੈਲਤੀ ਵੀ ਆ ਦਿਮਾਗੀ ਵੀ ਆ ਯਾਰ ਦਿਮਾਗੀ ਆ ਉਹਨਾਂ ਨੂੰ ਪਤਾ ਉਹ ਅਕਲ ਵਾਲੇ ਹੂੰ ਅਕਲ ਵਾਲੇ ਲੋਕਾਂ ਦੇ ਇਹ ਭੋਲੇ ਸੀ ਹੂੰ ਹੁਣ ਜਦੋਂ ਤੱਕ ਇਹਨਾਂ ਨੂੰ ਕਹਾਣੀ ਸਮਝ ਆਈ ਵੀ ਯਾਰ ਪੈਸਾ ਤਾਂ ਯਾਰ ਸਾਰਾ ਹੀ ਚਲੇ ਆ ਗਿਆ ਬਾਹਰ ਆਪਣੇ ਕੋਲੇ ਬੈਂਕ ਬੈਲੈਂਸ ਤਾਂ ਕੁਝ ਰਹਿ ਹੀ ਨਹੀਂ ਗਈ એનર્ਜੀ ਆਪਣੇ ਕੋਲੇ ਹੂੰ ਤਾਂ ਤੇਰੇ ਸਾਹਮਣੇ ਆ ਵੀ ਉਹਨਾਂ ਨੂੰ ਹੁਣ ਹੁਣ ਦਿਮਾਗ ਚ ਆਉਂਦਾ ਹੁਣ ਆਪਣੇ ਮੋਲਖ ਚ ਆਇਆ ਹੂੰ ਆਪਣੇ ਮੋਲਖ ਦੇ ਵਿੱਚ ਯਾਰ 12000 700 ਪਿੰਡ ਆਪਣੇ ਪੰਜਾਬ ਦੇ ਵਿੱਚ ਹੂੰ ਹੁਣ ਜਿਹੜੀ ਚੀਜ਼ ਦੀ ਮਤ ਦੀ ਘਾਟ ਆ ਆਪਾਂ ਨੂੰ ਵੀ ਆਪਾਂ ਵੀ ਉਹਨਾਂ ੱਚ ਆ ਜਾਨੇ ਅਰਬ ਕੰਟਰੀਆਂ ਵਾਲਿਆਂ ਵਾਂਗੂ ਹਮ ਆਪਾਂ ਜਿਹੜੀ ਚੀਜ਼ એનર્ਜੀ ਖਰਾਬ ਕਰ ਰਹੇ ਆ ਉਹ 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 ਚੀਜ਼ ਤੇ ਕਿਸੇ ਨੂੰ ਧਿਆਨ ਹੀ ਨਹੀਂ ਗਾ ਹਜੇ ਤੱਕ ਵੀ ਨਹੀਂ ਕਿਸੇ ਦਾ ਧਿਆਨ ਹਮ ਅਰਬ ਕੰਟਰੀਆਂ ਦੇ ਵਿੱਚ ਜਿਵੇਂ ਤੇਲ ਮੁਕਰਿਆ ਹਮ ਆਪਣੇ ਪੈਸਾ ਪੈਦਾ ਕਰਨ ਵਾਲੀ ਕੀ ਚੀਜ਼ ਹੈ ਜ਼ਮੀਨ ਹਮ ਦੁਨੀਆ 'ਚ ਸਭ ਤੋਂ ਅੱਬਲ ਪੈਸਾ ਪੈਦਾ ਕਰਨ ਵਾਲੀ ਚੀਜ਼ ਪੈੜੀ ਆ ਹਮ ਹੁਣ 12700 ਪਿੰਟ ਹੈ ਹਮ ਇੱਕ ਪਿੰਡ 3 ਕਿੱਲੇ ਰੋਕ ਲੈਂਦਾ 36000 ਕਿੱਲਾ ਰੋਕ ਗਿਆ ਇੱਕ ਸ਼ਹਿਰ 20 ਕਿੱਲੇ 50 ਰੋਕ ਲੈਂਦਾ 40000 ਕਿੱਲਾ ਰੋਕ ਗਿਆ ਜੇ 4000 ਕਿੱਲਾ ਸ਼ਹਿਰ ਰੋਕਣ ਤੇ 36000 ਕਿੱਲਾ ਪਿੰਡ ਰੋਕਣ ਇੱਕ ਪਿੰਡ ਤੋਂ ਥੋੜਾ ਰਾਮਪੁਰੇ ਜੀ ਬੈਠੇ ਆ ਤੋ ਨਿਸ਼ਾਨੀ ਲਾਇਆ ਅੱਜ ਦੀ ਤਰੀਕ ਤੇ ਵੀ ਆ ਖੇਤਾਂ ਤੱਕ ਲਾਇਨ ਆ ਤੋ ਅਗਲੇ ਸਾਲ ਨਿਸ਼ਾਨੀ ਲਾਈ ਤੈਨੂੰ ਪਤਾ ਲੱਗੂ ਕਿੰਨਾ ਵੱਧ ਗਿਆ ਗਾਹਾਂ ਨੂੰ ਰਾਮਪੁਰਾ ਤੇ ਚਾਰ ਛਪੇਰੇ ਨੂੰ ਨਿਸ਼ਾਨੀ ਲਾਈ ਤੈਨੂੰ ਪਤਾ ਲੱਗੂ ਹੁਣ ਆਪਣੇ ਲੋਕ ਕੀ ਕਰ ਰਿਹਾ ਆਪਣੇ ਲੋਕ ਸਭ ਤੋਂ ਉਪਜਾਊ ਜ਼ਮੀਨ ਨੂੰ ਰੋਕ ਰਹੇ ਹੁਣ 36000 ਕਿੱਲਾ ਰੋਕ ਗਿਆ 40000 ਕਿੱਲਾ ਰੋਕ ਗਿਆ 40000 ਕਿੱਲਾ ਇੱਕ ਪਿੰਡ ਕੋਲੇ ਐਵਰੇਜ 2 2000 ਏਕੜ ਦੀ ਜ਼ਮੀਨ ਹੁੰਦੀ ਆ ਐਵਰੇਜ ਇੱਕ ਪਿੰਡ ਕੋਲੇ 2000 ਏਕੜ ਹੁੰਦੀ ਆ 40000 ਨਾਲ ਹਰ ਸਾਲ 20 ਪਿੰਡ ਉੱਜੜ ਰਹੇ ਹੂੰ ਬੀ ਪਿੰਡ ਹਰ ਸਾਲ ਉੱਜੜ ਰਿਹਾ ਏ ਜ਼ਮੀਨ ਵੱਲੋਂ ਹੂੰ ਤੇ ਜ਼ਮੀਨ ਮਤਲਬ ਲਗਾਤਾਰ ਘੜੀ ਜਾਂਦੀ ਘੜੀ ਜਾਂਦੀ ਘੜੀ ਜਾਂਦੀ ਏ ਹੂੰ ਤੇ ਇਹ ਪੂਰੀ ਦੁਨੀਆ ਦੀ ਸਮੱਸਿਆ ਵੈਸੇ ਕੋਈ ਆਏ ਨਹੀਂ ਗੱਲ ਵੀ ਇਹ ਆਪਣਾ ਪਰ ਆਪਾਂ ਰਾਜੇ ਆ ਹੂੰ ਇਸ ਪੱਖ ਤੋਂ ਕਿ ਆਪਣੇ ਕੋਲੇ ਹਜੇ ਵੀ ਓਨੀ ਜ਼ਮੀਨ ਆ ਕਿ ਪੂਰੇ ਇੱਕ ਦੇਸ਼ ਦੀ ਅਕਾਣਮੀ ਨੂੰ ਖੜਾ ਕਰਨ ਦੀ ਯੋਗਤਾ ਰੱਖਦੀ ਆਪਣੀ ਜ਼ਮੀਨ ਪਰ ਮੈਂ ਇੱਕ ਗੱਲ ਕਹਿਣਾ ਇੱਥੇ ਤੈਨੂੰ ਰਤਨ ਗਾਰੰਟੀ ਨਾ ਕਹਿਣਾ ਇੱਕ ਗੱਲ ਵੀ ਆਪਣੇ ਕੋਲੇ ਹਜੇ ਵੀ ਜਿੰਨੀ ਹੈਗੀ ਆ ਜੇ ਬਾਈ ਚਾਂਸ ਕੋਈ ਆ ਖੇਤੀ ਨੂੰ ਕੰਕਰੀਟ ਜੰਗਲ ਬਣਨ ਤੋਂ ਰੋਕ ਕੇ ਕਿਤੇ ਕੋ ਕਾਨੂੰਨ ਕਨਾਨ ਪਾਣ ਜੇ ਕੋਈ ਖੂਤ ਆ ਜੇ ਗੱਲ ਬਾਤ ਉਹ ਕਿਤੇ ਆਪਾਂ ਹੀ ਗੱਲਾਂ ਕਰੀ ਜੈਨੇ ਕਿਸੇ ਦੇ ਕੰਨੂ ਹੀ ਪੈ ਜੇ ਗੱਲ ਕੋਈ ਮੰਗ ਹੀ ਜਨਰੇਟ ਹੋ ਜੇ ਮੰਨ ਲਓ ਲੋਕ ਹੀ ਸੁਣਨਗੇ ਆਪਾਂ ਨੂੰ ਕਿ ਮੰਤਰੀ ਨੇ ਤਾਂ ਸੁਣਨਾ ਨਹੀਂ ਤਾਂ ਲੋਕ ਕਿ ਕਈ ਵਾਰੀ ਕੋਈ ਮੰਤਰੀ ਦਾ ਯਾਰ ਵੀ ਸੁਣਦਾ ਹੁੰਦਾ ਉਹੀ ਕੰਨੀ ਪਾਣਦਾ ਹੁੰਦਾ ਉਹ ਅਕਲ ਵਰਤੋ ਉਹ 40000 ਕਿੱਲਾ ਰੁਕ ਚੱਲਿਆ ਹਨਾ ਤੇ ਉਹ ਜੇ ਮੰਨ ਕੇ ਚੱਲ ਵੀ ਰੋਕ ਜੇ ਕੰਮ ਵਧਣ ਨੂੰ ਰੁਕ ਜੇ ਇੱਕ ਗੱਲ ਮੇਰੀ ਗਾਰੰਟੀ ਨਾਲ ਕਹਿੰਦਾ ਅੱਜ ਤੋਂ 15 ਸਾਲਾਂ ਨੂੰ ਜਿਹਦੇ ਕੋਲ ਕਿਲਾ ਜ਼ਮੀਨ ਦਾ ਹੋਇਆ ਉਹ ਸ਼ੇਖ ਹੀ ਹੋਊਗਾ ਹੂੰ ਜਿਵੇਂ ਆਪਾਂ ਨਾ ਐਂ ਨਹੀਂ ਕਹਿੰਦੇ ਹੁੰਦੇ ਆਪਣੀ ਸੁਣਨ ਚਾਹੀਆਂ ਗੱਲਾਂ ਵੀ ਫਲਾਨੇ ਸ਼ੇਖਾਂ ਕੋਲ ਤਾਂ ਖੂਹ ਹੁੰਦੇ ਆ ਖੂਹ ਹੁੰਦੇ ਆ ਖੂਹ ਹੁੰਦੇ ਤੇਲ ਦੇ ਤੇ ਤੇਲ ਵਾਲਾ ਖੂਹ ਹੁੰਦਾ ਉਹ ਤਾਂ ਤਾਂ ਇਹ ਨਹੀਂ ਪਤਾ ਸ਼ੇਖ ਦਾ ਤਾਂ ਐਂ ਕਰ ਦੇਣ ਜਿਉਂ ਕਰਦਾ ਐਂ ਹੁੰਦਾ ਨਾ ਹੂੰ ਇਹ ਆਪਣੇ ਕੋਲੇ ਤੇਲ ਦੇ ਖੂਹ ਆ ਇੱਕ ਕਿਲਾ ਜ਼ਮੀਨ ਦਾ ਜਿਹੜਾ ਹੂੰ ਇਹ ਆਉਣ ਵਾਲੇ ਦਿਨਾਂ 'ਚ ਇਹਦੀ ਐਡੀ ਵੱਡੀ ਕੀਮਤ ਆ ਜ਼ਮੀਨ ਦੀ ਕਿਹੜੀ 20 ਸਾਲਾਂ ਨੂੰ ਇਹ ਤਾਂ ਇੱਕ ਫਰਜੀ ਜੀ ਡਾਊਨ ਫਾਲ ਲਿਆਂਦਾ ਵਾ ਹੂੰ ਬੇ ਲੋਕ ਜਿਹੜੇ ਨੇ ਨਿਕਲਣਾ ਛੱਡਣਾ ਛੁੱਟਣਾ ਉਹ ਨਿਕਲ ਜਾਣ ਹੂੰ ਵੱਡੇ ਲੋਕਾਂ ਦਾ ਇਹਦਾ ਜਦੋਂ ਬੂਸਟ ਆ ਗਿਆ ਇਹਦਾ ਰੁਪਈਆਂ ਦੀਆਂ ਪੰਡਾਂ ਦੀਆਂ ਪੰਡਾਂ ਰੁਪਈਆਂ ਦੀਆਂ ਲੋਕਾਂ ਦੇ ਘਰੇ ਡੇਗਣੀਆਂ ਹੂੰ ਪੰਡ ਭਰ ਕੇ ਯਾਰ ਜਿਹਦੇ ਘਰੇ ਦਾਣੇ ਨਾ ਹੋਏ ਹੂੰ ਆਉਣ ਵਾਲੇ ਦਿਨਾਂ 'ਚ ਦਾਣੇ ਨਾ ਹੋਏ ਹੂੰ ਤੇਰੇ ਘਰੇ ਦਾਣੇ ਹੈ ਨਹੀਂ ਜੀ ਤੇ ਤੂੰ ਕਹਿਣਾ ਬੋਰੀ ਰੁਪਈਆਂ ਦੀ ਲੈ ਲੈ ਮੈਨੂੰ ਬੋਰੀ ਦਾਣਿਆਂ ਦੀ ਦੇ ਦੇ ਦਾਣੇ ਦੇ ਦੇ ਹੂੰ ਤੇਰੇ ਘਰੇ ਬੋਰੀਆਂ ਤਾਂ 7-5 ਪਈਆਂ ਪੈਸਾਂ ਦੀਆਂ ਹੂੰ ਤੇ ਤੇਰੇ ਘਰੇ ਬੋਰੀ ਦਾਣੇ ਦੀ ਹੈ ਨਹੀਂ ਤੇ ਤੂੰ ਤਾਂ ਬੋਰੀ ਦੇਵੇਂਗਾ ਆਹ ਪੈਸੇ ਥੋੜੀ ਖਾਣੇ ਦਾਣੀ ਖਾਣੇ ਆ ਪੈਸੇ ਪੈਸੇ ਥੋੜੇ ਖਾਣੇ ਆ ਹਾਂ ਅਖੀਰ ਨੂੰ ਦਾਣੇ ਖਾਣੇ ਆ ਹੂੰ ਟੱਬਰ ਤਾਂ ਦਾਣੇ ਖਾ ਕੇ ਬਚੂ ਹੂੰ ਇਹ ਸਾਰਿਆਂ ਨਾਲੋਂ ਮਹਿੰਗੀ ਚੀਜ਼ ਪੰਜਾਬ ਦੇ ਵਿੱਚ ਇਹ ਹੈ ਹੂੰ ਜਿਹੜਾ ਬੰਦਾ ਇਹ ਬਚਾਉਂਦਾ ਇਹਨੂੰ ਵਿਚਾਲੂ ਇਹਦੀ ਕਦਰ ਵੀ ਉਹ ਉਹ ਚੀਜ਼ਾਂ ਛੱਡ ਦਿਓ ਵੀ ਜਿਵੇਂ ਬੰਦੇ ਨੂੰ ਆਏ ਜਿਲੇ ਵੀ ਵੀ ਆਹਾ ਮੇਰੀ ਮਾਂ ਐ ਮੈਨੂੰ ਐਂ ਲੱਗਦਾ ਵੀ ਬੰਦੇ ਨੂੰ ਐਂ ਸੋਚ ਕੇ ਸਾਂਭਣੀ ਚਾਹੀਦੀ ਐ ਵੀ ਇਹ ਮੇਰੇ ਜਵਾਕਾਂ ਦੀ ਮਾਂ ਐ ਕਿਉਂਕਿ ਬੰਦਾ ਆਪਦੀ ਮਾਂ ਨੂੰ ਤਾਂ ਨਾਥ ਆਸ਼ਰਮ ਚ ਛੱਡਿਆ ਹੁੰਦਾ ਹੁੰਦਾ ਆਪਦੇ ਜਵਾਕਾਂ ਦੀ ਮਾਂ ਨੂੰ ਨਹੀਂ ਛੱਡ ਕੇ ਆਉਂਦਾ ਹੁੰਦਾ ਮੈਨੂੰ ਐਂ ਲੱਗਦਾ ਵੀ ਹੁਣ ਜਮੀਨ ਨੂੰ ਆਪਦੀ ਮਾਂ ਨਾਲ ਸਮਝੋ ਹੁਣ ਆਪਦੇ ਜਵਾਕਾਂ ਦੀ ਮਾਂ ਸਮਝੋ ਫੇਰ ਬਚੂ ਇਹ ਆਪਦੀ ਮਾਂ ਨੂੰ ਤਾਂ ਅਗਲਾ ਝਟ ਜਦੋਂ ਬਹੂ ਰੋਸਦੀ ਅਗਲਾ ਝਟ ਪਾਸੇ ਹੋ ਜਾਂਦਾ ਹਾਂ ਸਮਾਜ ਦਾ ਫਰਕ ਤਾਂ ਆਈ ਆ ਹੈ ਹਾਂ ਹਾਂ ਤੇ ਆਪਦੀ ਜਵਾਕਾਂ ਦੀ ਮਾਂ ਨਾਉ ਨਹੀਂ ਪਾਸੇ ਹੁੰਦਾ ਛਿੱਤਰ ਖਾਈ ਜਉਨੈ ਤਾਂ ਮੈਨੂੰ ਐ ਲੱਗਦਾ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਐ ਮੈਂ ਬਸ ਅੱਜ ਗੱਲਾਂ ਤੁਰਪੀਆਂ ਯਾਰ ਗੱਲ ਉਹ ਤੁਰਪੀ ਮੈਨੂੰ ਲੱਗਦਾ ਵੀ ਇੰਟਰਵਿਊ ਹੁੰਦੀ ਗੱਲਾਂ ਆ ਆ ਗੱਲਾਂ ਨਹੀਂ ਸੀ ਹੋਣ ਕਿਉਂਕਿ ਤੂੰ ਹੋਰ ਦਵਾ ਲੈਣਾ ਸੀ ਕੋੜਾ ਤੇ ਮੈਨੂੰ ਉਹਦੇ ਮਗਰ ਮਗਰ ਮੈਨੂੰ ਮਗਰ ਮਗਰ ਆਉਣਾ ਪੈਣਾ ਸੀਗਾ ਵੀ ਰਾਤਾਂ ਨੇ ਜਦੋਂ ਗੱਲ ਪੁੱਛੀ ਆਹਾ ਤੇ ਮੈਂ ਤੋੜਾਂ ਕਿਵੇਂ ਹਾਂ ਹਨਾ ਗੱਲਾਂ ਜੋ ਗੱਲਾਂ ਤੁਰ ਪੈਂਦੀਆਂ ਹੁਣ ਇੱਕ ਗੱਲ ਹੁਣ ਜਿਹੜੀ ਪੁੱਛਣੀ ਆ ਅਸਲ ਗੱਲ ਘੋੜਿਆਂ ਤੇ ਤਾਂ ਹੁਣ ਤੁਸੀਂ ਆਏ ਹੋ ਮਤਲਬ 2 ਸਾਲ 3 ਸਾਲ 4 ਸਾਲ 5 ਸਾਲ ਹੋ ਸਕਦਾ ਤੁਸੀਂ ਪਹਿਲਾਂ ਵੀ ਰਖਦੇ ਹੋ ਬਹੁਤ ਕਿਤੇ ਤੁਸੀਂ ਦੱਸਿਆ ਵੀ ਹੋ ਜਿਹੜੇ ਪਹਿਲਾਂ ਵਾਲੀ ਜ਼ਿੰਦਗੀ ਆ ਇੱਥੋਂ ਤੱਕ ਪਹੁੰਚ ਗਏ ਤੁਸੀਂ ਹਨਾ ਕਰਿਆ ਬਹੁਤ ਕੁਛ ਆ ਜਾਣਦੇ ਸਾਰੇ ਆ ਹਨਾ ਟਲਾਨ ਵੀ ਦੇਖੀ ਆ ਚੜ੍ਹਾਈ ਵੀ ਦੇਖੀ ਆ ਫਿਰ ਆਪਾਂ ਕਹიდੀਏ ਵੀ ਉਹ ਮੱਧਮ ਜਾਲਾ ਵੀ ਐਵਰੇਜ ਆ ਵੀ ਦੇਖਿਆ ਹੈਗਾ ਕੀ ਲੱਗਦਾ ਕੀ ਸਿੱਖ ਜੇ ਲਿਆ ਜਾਂ ਕੀ ਕਿਵੇਂ ਜੇ ਆ ਵੀ ਆ 40 45 ਸਾਲ ਤਾਂ ਮੈਂ ਮੈਨੂੰ ਇਹ ਇਹ ਚੀਜ਼ ਚ ਇੱਕ ਬਹੁਤ ਸਵਾਦ ਆ ਇੱਕੇਰ ਜ਼ੀਰੋ ਬੜੀ ਤਕੜੀ ਚੀਜ਼ ਲੱਗੀ ਮੈਨੂੰ ਸਾਰੀ ਜ਼ਿੰਦਗੀ ਹੂੰ ਜੋ ਜ਼ੀਰੋ ਤੋਂ ਆ ਹਾਂ ਤਨ ਜ਼ੀਰੋ ਇੰਨੇ ਨਿਆਰੇ ਵਾਲੀ ਚੀਜ਼ ਆ ਨਾ ਜ਼ੀਰੋ ਤਾਂ ਨਿਆਰੇ ਵਾਲੀ ਚੀਜ਼ ਆ ਇੰਨੀ ਸਵਾਲ ਵਾਲੀ ਚੀਜ਼ ਆ ਨਾ ਜ਼ੀਰੋ ਹੂੰ ਅ ਜਿੱਦ ਤੇ ਤੂੰ ਦੇਖੀ ਤੁਸੀਂ ਟਾਕਿੰਗ ਵਿਦ ਰਤਨ ਚਲਾਇਆ। ਉਹੀ ਆਪਾਂ ਇਹ ਗੱਲ ਹਾਂ ਇਹੀ ਗੱਲ ਮੈਂ ਕਰਨੀ ਸੀ। ਮੈਂ ਤੁਹਾਨੂੰ ਕਹਿਆ ਜ਼ੀਰੋ ਤੋਂ ਚੱਲ। ਹਾਂ ਜ਼ੀਰੋ ਤੋਂ ਆਪਾਂ ਨੂੰ ਬੰਦੇ ਕਹਿੰਦੇ ਪੇਜ ਲੈ ਲਓ ਖਰੀਦ ਲਓ ਐਂ ਕਰ ਲਓ ਉਹ ਆਪਦੇ ਵਾਲੇ ਤੋਂ ਬਣਾ ਲਓ। ਠੀਕ ਹੈ ਨਾ। ਜਿਹੜਾ ਜਿਹੜਾ ਹੈਗਾ ਦੂਜੀ ਹੁਣ ਆਪਾਂ ਹਾਂ ਕਰ ਲਿਆ। ਹਾਂ ਇਹ ਫਿਰ ਜ਼ੀਰੋ ਤੋਂ ਕਰ ਲਿਆ। ਜ਼ੀਰੋ ਤੋਂ। ਯਾਰ ਜ਼ੀਰੋ ਪੰਣਣੀ ਬਾਲਾ ਸਵਾਦ ਵਾਲਾ ਕੰਮ ਜ਼ਿੰਦਗੀ ਸਵਾਦ ਵਾਲਾ ਕੰਮ ਇਹ ਜ਼ੀਰੋ ਪੰਣਣੀ ਆ। ਹੂੰ। ਮੈਂ ਕਹਿੰਨਾ ਵੀ ਜਿਹੜਾ ਬੰਦਾ ਕਹਿੰਦਾ ਨਾ ਵੀ ਮੈਂ ਜ਼ੀਰੋ ਤੇ ਆ। ਹੂੰ। ਉਹ ਉਹਦੇ ਕੋਲੇ ਸਾਰਾ ਕੁਝ ਜਿੱਤਣ ਨੂੰ ਹੀ ਪਿਆ ਮੂਰੇ ਹੂੰ ਮੈਦਾਨ ਖਾਲੀ ਪਿਆ ਹਾਂ ਜਿੱਤਣ ਨੂੰ ਹੀ ਪਿਆ ਉਹ ਉਹ ਉਹਦੇ ਕੋਲੇ ਸਾਰਾ ਮਤਲਬ ਜਿੱਤੋਂ ਤਾਂ ਬੈਠੇ ਆ ਨਾ ਉਹਦੇ ਨਾਲੋਂ ਜ਼ਿਆਦਾ ਫਿਕਰ ਹੂੰ ਮੈਂ ਆਮ ਆਪਦੇ ਮਿੱਤਰਾਂ ਨੂੰ ਇਹ ਗੱਲ ਕਹਿਣਾ ਹੁੰਨਾ ਹੂੰ ਬਈ ਜਿੰਨਾ ਫਿਕਰ ਹੂੰ ਮਤਲਬ ਮੈਨੂੰ ਜਿੰਨੀ ਘੈਂਟ ਨੀਂਦ ਜਦੋਂ ਕੰਮ ਨਹੀਂ ਚੱਲਦਾ ਸੀ ਹੂੰ ਉਦੋਂ ਹੁੰਦੀ ਸੀ ਨਾ ਹੁਣ ਚੱਲਦੇ ਵੇਲੇ ਨਹੀਂ ਆਉਂਦੀ ਹੂੰ ਜਿੰਨੀ ਘੰਟ ਮਤਲਬ ਉਦੋਂ ਕਿਤੇ ਨਾ ਕਿਤੇ ਸੀਗਾ ਕੀ ਕਰ ਲਾਂਗੇ ਹੂੰ ਤਾਂ ਇਸੇ ਗੱਲ ਦਾ ਫਿਕਰੀ ਹੈ ਪਿੱਛੇ ਨਾ ਮੁੜੇ ਹੂੰ ਸਹੀ ਹੈ ਵੀ ਜਿਹੜੀ ਨਾ ਪੂਸ਼ ਭਾਰੀ ਹੋਈ ਜਾਂਦੀ ਆ ਹਾਂ ਇਹ ਸਗਾਂ ਦੀ ਤੰਗੀ ਵਾਲਾ ਕੰਮ ਹੀ ਆ ਹਾਂ ਜਿਹੜਾ ਬੰਦਾ ਥੱਲੇ ਬੈਠਾ ਨਾ ਹਾਂ ਮੈਂ ਜ਼ਿੰਦਗੀ 'ਚ ਮਤਲਬ ਇਹ ਚੀਜ਼ ਦੇਖ ਲਈ ਵੀ ਜਿਹੜੀ ਨਾ ਪੜ੍ਹਾਈ ਸਕੂਲ ਸਕਾਲ 'ਚ ਹੁੰਦੀ ਆ ਹੂੰ ਇਹ ਜਿਹੜੇ ਨਜਰਾਂ ਜਿਹੜਾ ਪਿਛਲੇ ਜੇ ਬੈਂਚ ਵਾਲੇ ਆ ਹੂੰ ਬੈਕ ਬੈਂਚ ਵਾਲਾ ਉਹ ਕਹਟ ਨਿਕਲ ਜਾਂਦੇ ਆ ਐਂ ਹੁੰਦਾ ਜਿਹੜੇ ਮੂਰਲੇ ਬੈਂਚ ਵਾਲੇ ਉਹ ਕਲਰਕ-ਕਲਰਕ ਲੱਗ ਜਾਂਦੇ ਆ ਕਿਤੇ ਹੂੰ ਨੌਕਰੀ ਨਾ ਕਰੀ ਤੇ ਭੜ ਜਾਂਦੇ ਆ ਹਾਂ ਜਿਹੜੇ ਮਗਰਲੇ ਬੈਂਚ ਵਾਲੇ ਆ ਹਾਂ ਉਹ ਮਾਲਕ ਬਣ ਜਾਂਦੇ ਕਈ ਰ ਉਸ ਫੈਕਟਰੀ ਤੇ ਹਾਂ ਐਂ ਜਿਹੜੀ ਚ ਪਹਿਲੇ ਬੈਂਚ ਵਾਲਾ ਕਲਰਕ ਲੱਗਿਆ ਹੁੰਦਾ ਹੂੰ ਕਿਉਂਕਿ ਵਲਤੀ ਹੁੰਦੇ ਆ ਹੂੰ ਉਹਨਾਂ ਨੇ ਸਮਝਿਆ ਹੁੰਦਾ ਯਾਰ ਉਹਨਾਂ ਨੇ ਮਤਲਬ ਹਰ ਇੱਕ ਚੀਜ਼ ਨੂੰ ਲਿਆ ਹੁੰਦਾ ਯਾਰ ਉਹ ਦੇਖਿਆ ਹੁੰਦਾ ਕੱਲਾ ਕਲਾਸ ਚ ਬਲੈਕਬੋਰਡ ਤੇ ਧਿਆਨ ਨਹੀਂ ਹੁੰਦਾ ਉਹਦਾ ਧਿਆਨ ਕਿੱਰ ਲੱਗ ਜਾਂਦੀ ਜੇ ਕੋਈ ਬਾਹਰਲੇ ਪਾਸੇ ਛੋਟਾ ਗੱਡੀ ਜੁੜੀ ਜਾਂਦਾ ਤੇ ਉਹਦਾ ਉਹ ਧਿਆਨ ਉੱਚ ਵੀ ਜਾਈ ਜਾਂਦਾ ਹੁੰਦਾ ਯਾਰ ਵੀ ਉਹਦਾ ਚੱਕਾ ਜਾਂ ਡੈਕ ਮਾਰਦਾ ਤੁਰਿਆ ਜਾਂਦਾ ਇਧਰ ਲਹੂਗਾ ਇਧਰ ਲਹੂਗਾ ਉਹ ਕਈ ਰੀ ਨਾਲ ਦੇ ਨਾਲ ਆਹੀ ਗੱਲਾਂ ਕਰੀ ਜਾਂਦਾ ਹੁੰਦਾ ਹਨਾ ਵੀ ਉਹ ਕਈ ਵਾਰੀ ਕੀ ਹੁੰਦਾ ਕਿ ਜਿਹੜਾ ਉਹ ਹੁੰਦੇ ਨਾ ਜਿਹੜੇ ਬੰਦੇ ਉਹ ਸਰਬਪੱਖੀ ਵਿਕਾਸ ਕਰ ਜਾਂਦੇ ਆ ਜਿਹੜੇ ਚੌੜ ਵਾਲੇ ਬੰਦੇ ਹੁੰਦੇ ਆ ਮੈਂ ਉਹਨਾਂ ਚੋਂ ਸੀ ਮਤਲਬ ਕਾਂ ਜਾਂ ਕਿਤੇ ਨਾ ਕਿਤੇ ਘਰ ਤੇ ਮਤਲਬ ਮਾੜੇ ਪਾਸੇ ਜ਼ਰੂਰ ਹੁੰਦਾ ਪਰ ਮੈਂ ਇੱਕ ਗੱਲ ਦੇਖਿਆ ਯਾਰ ਵੀਰ ਜਿਹੜੇ ਨਾ ਬੰਦੇ ਹੁੰਦੇ ਆ ਕੁਝ ਕਰਨ ਵਾਲੇ ਯਾਰ ਉਹਨਾਂ ਨੂੰ ਐਂ ਲੱਗਦਾ ਹੀ ਹੁੰਦਾ ਯਕੀਨ ਹੀ ਹੁੰਦਾ ਮੈਨੂੰ ਇਹ ਗੱਲ ਪੱਕੀ ਆ ਇਹ ਤਾਂ ਪੱਕੀ ਗੱਲ ਆ ਮੈਂ ਸੱਚੀ ਮੈਨੂੰ ਨਾ ਮੈਨੂੰ ਦੇਖ ਕੇ ਵੀ ਜੇ ਕਿਸੇ ਨੇ ਮੈਨੂੰ ਮੈਲ ਮੂਲ ਪੈਣਾ ਹੂੰ ਉਹਨੇ ਵੀ ਕਹਿਣਾ ਮੈਂ ਜਦੋਂ 10ਵੀਂ ਚ ਪੜ੍ਹਦਾ ਹੁੰਦਾ ਸੀ ਤੇ 10ਵੀਂ ਦੀ ਪਾਰਟੀ ਸੀ ਨਾ ਹੂੰ ਤੇ 9ਵੀਂ ਵਾਲਿਆਂ ਨੇ ਨਾ ਇੱਕ ਮਤਲਬ ਗੀਤ ਦਾ ਮੁਖੜਾ ਲਿਖਦੇ ਹੁੰਦੇ ਸੀ ਉਹ ਲਿਖਦੇ ਹੁੰਦੇ ਆ ਵੀ ਆਹ ਬੰਦੇ ਤੇ ਆਹ ਜੱਜਦਾ ਆ ਜਿੱਦਾਂ ਮੇਰੇ ਤੇ ਉਹਨਾਂ ਨੇ ਲਿਖਤਾ ਬਈ Papa ਕਹਤੇ ਹੈ ਬੜਾ ਨਾਮ ਕਰੇਗਾ ਬੇਟਾ ਹਮਾਰਾ ਐਸਾ ਕੰਮ ਕਰੇਗਾ ਜਦੋਂ ਉਹਨਾਂ ਨੇ ਬੋਲਿਆ ਮੈਂ ਖੜਾ ਹੋ ਗਿਆ ਹੂੰ ਮੈਂ ਖੜਾ ਹੋ ਗਿਆ ਉਹ ਕਹਿੰਦੇ ਹਾਂ ਤੇਰੇ ਤੇ ਲਿਖਿਆ ਹਾਂ ਪਤਨ ਤਾਂ ਉਹਨੇ ਮੇਰਾ ਮਾਨ ਰੱਖਣ ਦੇ ਮਾਰੇ ਨੇ ਕਹਿਤਾ ਹਾਂ ਤੇ ਪਤਾ ਨਹੀਂ ਮੈਂ ਮੈਨੂੰ ਆਈ ਸੀ ਵੀ ਮੈਂ ਤਾਂ ਕੁਛ ਕਰ ਹੀ ਲੈਣਾ ਨਾਲੇ ਉਹ ਤੋਂ ਪਤਾ ਹੈ ਨਹੀਂ ਸੀ ਵੀ ਕੀ ਕਰ ਲੈਣਾ ਪਰ ਆਈ ਸੀ ਲੱਗਦਾ ਪਰ ਪੰਗੇ ਪੰਗੇ ਬਹੁ ਲਾ ਜਾਣਾ ਤੁਸੀਂ ਮੈਂ ਕਹਿੰਨਾ ਵੀ ਨਾ ਥੱਲੇ ਵਾਲਾ ਕੰਮ ਹੋਇਆ ਹੀ ਨਹੀਂ ਹੂੰ ਰਤਨ ਦਰੀਆਂ ਜੀਆਂ ਚੜੀਆਂ ਹੀ ਨਹੀਂ ਹੂੰ ਮੈਂ ਤੈਨੂੰ ਮੈਂ ਦੱਸਦਾ ਗੱਲ ਵੀ ਜਦੋਂ ਮਤਲਬ ਘਰੋਂ ਨਿਕਲ ਗਏ ਜਦੋਂ ਘਰਦਿਆਂ ਦੇ ਖੰਭਾਂ ਜੋਤ ਇੱਕ ਘਰਦਿਆਂ ਦੀ ਬਹੁ ਮਾੜੀਆਂ ਗੱਲਾਂ ਹੁੰਦੀਆਂ ਘਰਦਿਆਂ ਆਤਾਂ ਮਾੜੀਆਂ ਹੁੰਦੀਆਂ ਇਹ ਹੋਣਾ ਨਹੀਂ ਚਾਹੀਦਾ ਹੁੰਦਾ ਸਾਡੇ ਘਰਦਿਆਂ ਵੀ ਕੁਛ ਆਤਾਂ ਮਾੜੀਆਂ ਸੀ ਵੀ ਜਿਵੇਂ ਮੰਨ ਲਓ ਕਿਤੇ ਖੇਡਣ ਵੀ ਗਏ ਆ ਉਹ ਸਟ ਨਾਲ ਲੱਗ ਜੇ ਓਏ ਉਹ ਨਾ ਹੋ ਜੇ ਜੇ ਕੌਡੀ ਖੇਡਣ ਗਏ ਆ ਤਾਂ ਚਰੀਟ ਉਹ ਚਰੀਟ ਦਾ ਲੇਖਾ ਦੇਣਾ ਹੀ ਔਖਾ ਹੋ ਜਾਣਾ ਘਰੇ ਮਤਲਬ ਬੰਦੇ ਨੂੰ ਵਧਣ ਹੀ ਨਹੀਂ ਦੇਣਾ ਯਾਰ ਮਤਲਬ ਬੰਦੇ ਨੇ ਕਿੱਥੇ ਤੁਸੀਂ ਕਹੋ ਯਾਰ ਕਿੱਡੀ ਗੱਲ ਆ ਯਾਰ ਬੰਦਿਆਂ ਦੀ ਭਾਈਦियां ਹੁੰਦੀਆਂ ਹੂੰ ਵੀ ਲੱਤ ਪਾਹਣ ਟੁੱਟੀ ਤੋਂ ਉਹ ਮੈਂ ਤਾਂ ਡਰਦੇ ਨਹੀਂ ਨਾ ਕਿਸੇ ਨੂੰ ਪੈਣਾ ਹੂੰ ਬਈ ਯਾਰ ਜੇ ਕਿਤੇ ਆ ਤਕੜਾ ਐ ਸੱਟ ਮਾਰਦੀ ਤਕੜੇ ਨੂੰ ਢਾ ਕੇ ਤਕੜਾ ਬਣਦਾ ਹੁੰਦਾ ਬੰਦਾ ਘਰੇ ਜਾ ਕੇ ਕੀ ਕਹਾਂਗੇ ਬਈ ਤਕੜੇ ਨੇ ਜੇ ਯਾਰ ਜੇ ਮੇਰੇ ਸੱਟ ਮਾਰਦੀ ਹੂੰ ਕੋਈ ਘਰੇ ਛਰੀਟ ਦਾ ਲੇਖਾ ਦੇਣਾ ਯਾਰ ਜੇ ਛਰੀਟ ਵੱਜ ਗਈ ਹਾਂ ਤੇ ਮੈਂ ਮਤਲਬ ਉਹ ਚੀਜ਼ ਚ ਫੇਲ ਹੋ ਗਿਆ ਹੂੰ ਕੌਡੀ ਚ ਹੂੰ ਮੈਂ ਲਾ ਲਿਆ ਸਾਬ ਤਿੰਨ ਚਾਰ ਸਾਲ ਟੱਕਰਾਂ ਮਾਰ ਕੇ ਬਈ ਪਹਿਲੀ ਤਾਂ ਗੱਲ ਤੂੰ ਨਹੀਂ ਬਣਨ ਵਾਲਾ ਜੇ ਤੂੰ ਬਣਨ ਵਾਲਾ ਵੀ ਹੋਇਆ ਤੇ ਘਰ ਦੇਣੇ ਬਣਨ ਕੁਝ ਨਹੀਂ ਦੇਣਾ ਹੂੰ ਬਈ ਤਾਂ ਸੱਟਾਂ ਤੋਂ ਬਿਨਾ ਬਣਿਆ ਨਹੀਂ ਜਾਂਦਾ ਹੂੰ ਹਨ ਜਦੋਂ ਮਾੜੇ ਖੰਭਾ ਜੋ ਬਾਹਰ ਨਿਕਲੇ ਨਾ ਉਦੋਂ ਲੱਗਿਆ ਵੀ ਆਪਾਂ ਦਾ ਵੀ ਥੱਲੇ ਜੇ ਕੰਮ ਨਹੀਂ ਹੋਣਾ ਫਾਈਨੰਸ ਦਾ ਕੰਮ ਸੀ ਮੈਂ ਤਨਖਾਹ ਤੇ ਲੱਗ ਗਿਆ ਹੂੰ 28 2005 ਨੂੰ ਮੈਂ ਪਹਿਲੀ ਵਾਰ ਜੌਬ ਤੇ ਲੱਗਿਆ 2005 ਚ 1200 ਰੁਪਏ ਤਨਖਾਹ ਸੀ 40 ਰੁਪਏ ਦਿਹਾੜੀ ਹੂੰ ਤੇ ਮੈਨੂੰ ਲੱਗਿਆ ਪਰ ਮੈਨੂੰ ਐਂ ਜੇ ਲੱਗਦਾ ਸੀ ਵੀ ਜਦੋਂ ਨਾ ਯਾਰ ਵੀ ਉਹ ਮਾਲਕ ਬੈਠਾ ਹੁੰਦਾ ਇਹਨੂੰ ਢਾਲੀਵਾਲ ਸਾਹਿਬ ਕਹਿੰਦੇ ਵੀ ਢਾਲੀਵਾਲ ਸਾਹਿਬ ਵਾਲਾ ਗੱਲ ਜਿਹੜੀ ਫੀਲਿੰਗ ਆ ਉਹ ਵਾਲੀ ਵੱਡੀ ਆ ਹਾਂ ਵੀ ਮੇਰੇ ਚ ਉਹ ਤੁਸੀਂ ਵੀ ਢਾਲੀ ਵਾਲਾ ਹਾਂ ਹਾਂ ਅਸੀਂ ਵੀ ਢਾਲੀ ਵਾਲਾ ਤੂੰ ਵੀ ਢਾਲੀ ਵਾਲਾ ਇਹ ਢਾਲੀ ਵਾਲ ਘੈਂਟ ਹੁੰਦੇ ਆ ਬੰਦੇ ਹਾਂ ਤੇ ਹੁਣ ਬੜਾ ਨਹੀਂ ਕਹ ਲਿਆ ਹੋਰ ਬਸ ਲੱਗੇ ਚਲ ਕਹਿ ਸਕਦੇ ਆ ਯਾਰ ਕਹਿ ਸਕਦੇ ਹਾਂ ਨੇ ਕਹਿਣਾ ਚਾਹੀਦਾ ਯਾਰ ਐ ਸੁਣੋ ਕੈਂਟ ਹੁੰਨੇ ਆਪਾ ਨਹੀਂ ਨਹੀਂ ਕੈਂਟ ਹੁੰਨੇ ਆ 48 ਵਾਲ ਸਾਹ ਹੁੰਨੇ ਆਪਾ ਸਾਹ ਹੁੰਨੇ ਆ ਮੈਨੂੰ ਐ ਜਿਹਾ ਲੱਗਿਆ ਯਾਰ ਵੀਰ ਅਧਰ ਨੇ ਪੀ ਸੱਚੀ ਯਾਰ ਵੀ ਇਹ 48 ਵਾਲ ਸਾਹ ਵਾਲਾ ਜਿਹੜਾ ਕੰਮ ਆਣਾ ਯਾਰ ਇਹ ਬਹੁਤ ਕੈਂਟ ਹਾਂ ਉਹ 48 ਫਾਈਨਾਂਸ ਸੀਗੀ ਉਹ ਜਿਹੜੀ ਫਾਈਨਾਂਸ ਦਾ ਨਾਮ ਸੀ ਹੂੰ ਤਾਂ ਮੈਂ ਯਾਰ 48 ਵਾਲ ਯਾਰ ਬਹੁਤ ਕੈਂਟ ਕੰਮ ਆ ਇਹ ਜ਼ਰੂਰ ਮਤਲਬ ਐਂ ਹੀ ਰੱਖਣਾ ਹੂੰ ਉਹ ਫਿਰ ਮਤਲਬ ਘਰ ਕਰਾ ਕੇ ਗੰਡ ਤੋਂ ਪਸੀ ਬਲੈਂਸ ਪਰ ਖੋਲਤੀ ਨਿੱਕੀ ਜੀ ਬ੍ਰਾਂਚ ਹੂੰ ਉਹ ਤੇ ਮੈਂ ਤਾਂ ਯਾਰ ਉਹ ਬੰਦੇ ਦੀ ਫੈਲ ਵੀ ਨਾ ਭਰਨੀ ਜਿਹੜੇ ਬੰਦੇ ਨੇ ਐਂ ਕਹਿਣਾ ਵੀ ਢਾਲੀਵਾਲ ਸਾਹਿਬ ਆਪਾਂ ਲੋਨ ਕਰਾਉਣਾ ਹੂੰ ਮੈਂ ਕਹਣਾ ਕੋਈ ਗੱਲ ਹੀ ਨਹੀਂ ਯਾਰ ਤੇਰੀ ਨਹੀਂ ਵਾਲੀ ਜੇ ਜੁਰਮਾਨਾ ਕਰਨੀ ਢਾਲੀਵਾਲ ਸਾਹਿਬ ਕਹਿੰਦਾ ਅੱਛਾ ਸਾਹਿਬ ਕੀ ਨੇ ਸਾਹਿਬ ਵਾਲੇ ਚੱਕਰਾਂ 'ਚ ਪਹਿਲੀ ਯਾਰ ਬਾਰੇ ਡਿਫਾਲਟ ਰੈਂਟ ਬੁਲਟਰਾ ਦੇ ਕੇਸ ਕਰਦੇ ਸੀ ਸਾਹਿਬ ਕਹਿੰਦਾ ਤੇ ਫੈਲ ਪਾਸ ਹਾਂ ਸਾਹਿਬ ਸਾਹਿਬ ਮਤਲਬ ਸਾਉ ਦੀ ਭੁੱਖ ਜਿਹੜੀ ਸੀਗੀ ਦਾ ਮਤਲਬ ਮਨ 'ਚ ਰਹਿੰਦੀ ਹੁੰਦੀ ਹੈ ਵੀ ਯਾਰ ਆਹ ਤਾਂ ਆਹ ਉਹਦਾ ਵੱਡੇ ਵੱਡੇ ਲੀਡਰਾਂ ਨੂੰ ਦੇ ਦਿਆ ਹੈਗੀ ਹੀ ਹੈ ਗੱਲ ਫਿਰ ਫਿਰ ਉਹ ਇੰਨਾ ਜ਼ਰੂਰ ਮੈਂ ਦੇਖ ਲਿਆ ਸਾਹਬ ਕਿਤਾਬ ਜਾ ਹਾਂ ਵੀ ਨਾ ਬਾਲੇ ਬਾਰੇ ਹਾਂ ਮੈਂ ਦੇਖਿਆ ਵੀ ਜਿਹੜੇ ਨਲਕੇ ਪਾਣੀ ਵੀ ਦੇਣੋਂ ਹਟ ਜਾਂਦੇ ਆ ਮੈਂ ਫਾਈਨਾਂਸ ਦੇ ਕੰਮ ਵਿੱਚ ਇੱਕ ਚੀਜ਼ ਸਿੱਖੀ ਹਾਂ ਵੀ ਜਿਹੜਾ ਨਲਕਾ ਪਾਣੀ ਵੀ ਦੇਣੋਂ ਹਟ ਜੇ ਨਾ ਹਾਂ ਤੂੰ ਉਹਦੇ ਉੱਤੋਂ ਦੀ ਇੱਕ ਬਾਲਟੀ ਪਾ ਲਾ ਜੀ ਫਿਰ ਭਾਵੇਂ ਉਹ ਤੋਂ 30 ਬਾਲਟੇ ਕਾਟ ਲਾ ਹਾਂ ਬੇ ਕੰਮ ਮੈਂ ਸਿੱਖਿਆ ਤੂੰ ਦੇਖੋ ਵੀ ਕਿੱਡਾ ਬੰਦਾ ਮੰਨ ਕੇ ਚਲੋ ਹਾਈਲਾਈਟਡ ਹੋਵੇ ਹੂੰ ਉਹਨੇ 15 ਸਾਲ ਫਾਈਨਾਂਸ ਦਾ ਕੰਮ ਕੀਤਾ ਹੋਵੇ ਹੂੰ ਰੇੜੀਆਂ ਫੜੀਆਂ ਵਾਲਿਆਂ ਨਾਲ ਦੁਕਾਨਾਂ ਵਾਲਿਆਂ ਨਾਲ ਅੱਜ ਤੱਕ ਮੇਰਾ ਕੋਈ ਗਾਹਕ ਨਾ ਸਾਹਮਣੇ ਆਇਆ ਹੋਵੇ ਕੈਮਰੇ ਦੇ ਵੀ ਯਾਰ ਇਹ ਬੰਦਾ ਬੜਾ ਮਾੜਾ ਸੀ ਹੂੰ ਕਦੇ ਆਇਆ ਹਾਲਾਂਕਿ ਮੈਂ ਰਾਜਨੀਤੀ ਚ ਵੀ ਰਿਆਂ ਉਦੋਂ ਤਾਂ ਬਦਨਾਮ ਕਰਨਾ ਬਹੁਤ ਸੌਖਾ ਹੁੰਦਾ ਹੂੰ ਹੂੰ ਕਦੇ ਨਹੀਂ ਆਇਆ ਮੇਰਾ ਗਾਹਕ ਮੈਂ ਕਰਦਾ ਕੀ ਸੀ ਮੈਂ ਐਂ ਕਰਦਾ ਸੀ ਹੂੰ ਮੈਨਾਂ ਮੇਰਾ ਫਾਰਮੂਲਾ ਸੀ ਤੇ ਬੜਾ ਕਾਮਯਾਬ ਫਾਰਮੂਲਾ ਸੀ ਮੈਨੂੰ ਐਂ ਲੱਗਦਾ ਵੀ ਕੰਮ ਆਊਗਾ ਲੋਕਾਂ ਦੇ ਜੇ ਹੁਣ ਗੱਲ ਸੁਣਦੇ ਆ ਤਾਂ ਕਈ ਵਾਰੀ ਕਿਸੇ ਬੰਦੇ ਦਾ ਆੜਿਆ ਹੀ ਕੰਮ ਹੁੰਦਾ ਹਾਂ ਮੇਰਾ ਨਾ ਕੇਰਾ ਕੀ ਹੋਇਆ ਕਿ ਇੱਕ ਦੁਕਾਨਦਾਰ ਦੇ ਹੁਣ ਕਿਸੇ ਦਾ ਨਾਮ ਲਾਵਾਂਗੇ ਤਾਂ ਪਾਪ ਲੱਗੂਗਾ ਯਾਰ ਹਨਾ ਕਿਉਂਕਿ ਹਰੇਕ ਬੰਦਾ ਟੁੱਟਿਆ ਵਈ ਪੈਸੇ ਲੈਂਦਾ ਤਾਂ ਕੇਰਾ ਇੱਕ ਦੁਕਾਨਦਾਰ ਤੇ ਨਾ ਮਤਲਬ ਮੈਂ ਲੋਨ ਕਰ ਬੈਠਾ 30000 ਰੁਪਏ ਦਾ ਤਾਂ 30000 ਦਾ ਲੋਨ ਸਾਡੇ ਮਤਲਬ ਮੁਤਾਬਕ ਇੱਕ ਵੱਡਾ ਲੋਨ ਹੁੰਦਾ ਵੱਡਾ ਲੋਨ ਹੁੰਦਾ ਸੀ ਵੀ 3000 ਰੁਪਏ ਡੇਲੀ ਕੈਸਟ ਦੁਕਾਨਦਾਰ ਤੋਂ ਮੋੜਨੀ ਤੇ ਉਹ ਭਾਈ ਕੀ ਹੋਇਆ ਕਿ ਯਾਰ ਉਹ ਬੰਦੇ ਦੇ ਉਹਨੇ ਦੋ ਤਿੰਨਾਂ ਪਾਸੋਂ ਤੋਂ ਹੋਰ ਵੀ ਚੱਕੇ ਹੋਏ ਸੀ ਹੂੰ ਉਹ ਇੰਨੀਆਂ ਕਸਤਾਂ ਮੋੜਦੇ ਉਹ ਮਹੀਨੇ 'ਚ ਭਾਂਡੇ ਵੇਕਣ ਵਾਲੇ ਹੋ ਗਏ ਹੂੰ ਡਿਫਾਲਟਰ ਹੋ ਗਿਆ ਫੋਨ ਕਰਕੇ ਫੋਨ ਨਾ ਚੱਕਿਆ ਕਰੇ ਹੂੰ ਤੇ ਦੁਕਾਨ ਦਾ ਸ਼ਟਰ ਡਾਊਨ ਹੂੰ ਮੈਂ 20 ਦਿਨ ਬੋਟਕਨਾ ਮਾਰੀਆਂ ਮੈਨੂੰ ਪ੍ਰੈਸ਼ਰ ਹੋ ਗਿਆ ਦਿਮਾਗ ਤੇ ਹੂੰ ਕਦੇ ਮੇਰਾ ਦਿਮਾਗ ਕਰੇਗਾ ਇਹਦਾ ਜਿੰਦਾ ਲਾ ਦਿਆਂ ੱੱਕਾ ਕਰਾਂ ਹੂੰ ਕਦੇ ਮੈਨੂੰ ਆਏ ਲੱਗੇ ਇਹਦਾ ਮੋਟਰਸਾਈਕਲ ਫੜਨਾ ਉਹ ਕਾਰਾਂ ਚੋਂ ਕਰਾ ਹਣਾ ਦਿਮਾਗ 'ਚ ਸਾਰਾ ਕੁਝ ਆਉਂਦਾ ਪੈਸੇ ਕੱਢਣ ਵਾਸਤੇ ਬਿਲਕੁਲ ਇੱਕ ਦਿਨ ਮੈਨੂੰ ਬੰਦਾ ਟੱਕਰ ਗਿਆ ਹੂੰ ਉਹ ਮੋਟਰਸਾਈਕਲ ਤੇ ਆਉਂਦਾ ਮੇਰਾ ਰਾਤ ਦਾ ਹੋ ਗਿਆ ਇਹਨੂੰ ਰੋਕ ਕੇ ਦਾ ਕਰਤੇ ਆ ਪਰੇਸ਼ਨ ਹੂੰ ਮਨ ਰੋਕ ਲਿਆ ਮੈਂ ਕਿਵੇਂ ਆ ਉਹਦੇ ਨਾਲ ਉਹਦੇ ਘਰ ਵਾਲੀ ਹੂੰ ਮੈਂ ਕਿਵੇਂ ਆ ਬੋਰਿਆ ਉਹ ਡਰ ਗਿਆ ਹੂੰ ਮੈਨੂੰ ਥੋੜਾ ਜਿਹਾ ਐ ਲੱਗਿਆ ਕਿ ਉਹਦਾ ਪਰਿਵਾਰ ਆ ਨਾਲ ਯਾਰ ਹੂੰ ਇਹ ਚਿਤਨਾ ਪੇਸ਼ ਆਉਣਾ ਚਾਹੀਦਾ ਹੂੰ ਮੈਂ ਉਹਨੂੰ ਕਿਹਾ ਮੈਂ ਕਿਆ ਬਵਰਿਆ ਤੂੰ ਕਿਉਂ ਨਹੀਂ ਫੋਨ ਚੱਕਦਾ ਯਾਰ ਹੂੰ ਤਾਂ ਕੀ ਹੋ ਗਿਆ ਯਾਰ ਹੂੰ ਪੈਸੇ ਹੀ ਆ ਯਾਰ ਹੂੰ ਕਿੱਡੀ ਗੱਲ ਆ ਮੈਂ ਤੇਰੇ ਨਾਲ ਲੜੂੰਗਾ ਫਿਰ ਲੈ ਲੂੰਗਾ ਹੂੰ ਫਿਰ ਤੂੰ ਮੈਨੂੰ ਦੇ ਦੇਂਗਾ ਕਿੱਥੋਂ ਦੇ ਦੇਂਗਾ ਹੂੰ ਤੇਰੇ ਕੋਲ ਜਦੋਂ ਹੈ ਹੀ ਨਹੀਂ ਹੂੰ ਛਾੜਨਾ ਯਾਰ ਪੈਸਾ ਨੂੰ ਖੜਾ ਹੂੰ ਦੁਕਾਨ ਤਾਂ ਖੋਲ ਉਹ ਕਨਬਈ ਮਿਹਰਤ ਜੀ ਖੋਲ ਲੈਣਾ ਉਹਨੇ ਅੱਜ ਹੀ ਖੋਲ ਲਈ ਮੈਂ ਦੂਜੇ ਦਿਨ ਫੇਰ ਉੱਠ ਗਿਆ ਮੈਂ ਕਿਹਾ ਯਾਰ ਇਹ ਚਿੱਤ ਚ ਨਾ ਰੱਖੀ ਕਿਸ਼ਤ ਮੰਗਣਾ ਆਉ ਹੂੰ ਤੁਮ ਨੂੰ ਮੈਂ ਆਇਆ ਦੱਸ ਬਈ ਕਿੰਨੇ ਕ ਸੌਦੇ ਨਾਲ ਕੰਮ ਚੱਲੂ ਹੂੰ ਉਹ ਮੈਨੂੰ ਕਹਿੰਦਾ ਯਾਰ 10000 ਨਾਲ ਚੱਲੂ ਹੂੰ ਮੈਂ ਕਹਾ ਚੱਕ 15000 ਰੁਪਇਆ ਹੂੰ ਕੰਮ ਚਲਾ ਹੂੰ ਉਹਨੇ ਕੰਮ ਚਲਾ ਲਿਆ ਉਹ 15 ਵੀ ਮੜਾਇਆ ਉਹ 30 ਵੀ ਉਹ 30 ਵੀ ਮੜਾਇਆ ਕਿਸ਼ਤਾਂ ਵੀ ਅੱਡ ਉਹਦੋਂ ਮਗਰੋਂ ਮੈਂ ਉਹਦੇ ਨਾਲ 6-7 ਸਾਲ ਕੰਮ ਕੀਤਾ ਹੂੰ ਕਾਮ ਕੀਦਾ ਮਤਲਬ ਯਾਰ ਕੰਮ ਕਰਨ ਦਾ ਤਰੀਕਾ ਯਾਰ ਵੀ ਮੈਂ ਉਹ ਨਲਕੇ ਚ ਪਾਣੀ ਪਾ ਕੇ ਦੇਖਾ ਫਿਰ ਮੈਂ ਉਸ ਤੋਂ ਬਾਅਦ ਬਹੁਤ ਨਲਕਿਆਂ ਚ ਉਤੋਂ ਦੀ ਪਾਣੀ ਪਾ ਕੇ ਤੇ ਬਹੁਤ ਬਾਲਟੀਆਂ ਕੱਢੀਆਂ ਹਮ ਕਿਰ ਤੱਕਾ ਨਹੀਂ ਕੋਈ ਚੀਜ਼ ਦਿਮਾਗ ਬੜੀ ਚੀਜ਼ ਯਾਰ ਸੈਂਪੀ ਬੜੀ ਚੀਜ਼ ਯਾਰ ਪੋਜੀਟਿਵ ਨਰਜੀ ਬੜੀ ਚੀਜ਼ ਹਮ ਤਾਂ ਮੈਂ ਚ ਬੜਾ ਪੋਜੀਟਿਵ ਸੀ ਮਤਲਬ ਡਿਫਾਲਟ ਨਰਟ ਬੁਲਟ ਨਾਲੇ ਕੇਸ ਤਾਂ ਮੈਂ ਬੜਾ ਪੋਜੀਟਿਵ ਸੀ ਯਾਰ ਮੈਂ ਤਾਂ ਅਗਲੇ ਦਿਨ ਘਰੇ ਜਾ ਕੇ ਬਹਿ ਜਾਣਾ ਤੇ ਰਾਜਨੀਤੀ ਵਾਲੇ ਚ ਮੁੜ ਕੇ ਮੈਂ ਉਹ ਦਰਮਤ ਲੋ ਮਤਲਬ ਐ ਪੂਰਾ ਹੋ ਗਿਆ ਘੈਂਟ ਕੰਮ ਪੈਸੇ ਪੂਹੇ ਬਣਨ ਲੱਗੇ ਤੇ ਪੈਸੇ ਵੀ ਬਣਨ ਲੱਗੇ ਵੀ ਉਹਨਾਂ ਦਿਨਾਂ 'ਚ ਪੈਸੇ ਬਣਨ ਲੱਗੇ ਵੀ ਜਿਨ੍ਹਾਂ ਦਿਨਾਂ 'ਚ 5-7000 ਰੁਪਇਆ ਵੀ ਬੰਦੇ ਨੂੰ ਤਨਖਾਹ ਆਗਲਾ ਕਹਿੰਦਾ ਰਾਜਾ ਵੀ ਮੁੰਡਾ ਫੌਜ 'ਚ ਕਿਸੇ ਦਾ ਭਰਤੀ ਹੋ ਗਿਆ ਤਾਂ ਅਗਲਾ ਕਹਿੰਦਾ ਜ਼ਿੰਦਗੀ ਬਣ ਗਈ ਬਾਈ 25-30000 ਤਨਖਾਹ ਆਉਣ ਲੱਗੀ ਤਾਂ ਉਹਨਾਂ ਦਿਨਾਂ ਦੇ ਵਿੱਚ ਪੈਸੇ ਬਣਾਉਣ ਲੱਗੇ ਤੇ ਪੈਸੇ ਬਣਾਉਣ ਲੱਗੇ ਪੂਰੇ ਚੰਗੇ ਤਾਂ ਫਿਰ ਮੈਨੂੰ ਐ ਲੱਗਿਆ ਵੀ ਯਾਰ ਰਾਜਨੀਤੀ ਆ ਗਈ ਉਹ ਤੁਹਾਨੂੰ ਬਦਲਾ ਫਿਰ ਮੈਨੂੰ ਆਇਆ ਲੱਗਿਆ ਯਾਰ ਇਹ ਹੱਸਣ ਪਤਾ ਨਹੀਂ ਕਿਉਂ ਲੱਗ ਜਾਂਦੇ ਇਹ ਚਲੋ ਹੱਸਣਾ ਵੀ ਚਾਹੀਦਾ ਇਹਨਾਂ ਨੂੰ ਐਂ ਲੱਗਦਾ ਨਾ ਮੈਨੂੰ ਐਂ ਸਮਝਦੇ ਮੈਨੂੰ ਜਾਦਾ ਬੰਦੇ ਸੀਰੀਅਸ ਨਹੀਂ ਲੈਂਦੇ ਨਹੀਂ ਨਹੀਂ ਮੈਨੂੰ ਜਾਦਾ ਬੰਦੇ ਹੱਸਦੇ ਹੀ ਆ ਮੈਨੂੰ ਦੇ ਇੱਕ ਸ਼ਬਦ ਤੇ ਹੱਸ ਪਏ ਹਾਂ ਸ਼ਬਦ ਮੈਂ ਜਾਂਦੇ ਤੇ ਹੱਸ ਤੇ ਤੇਰੇ ਤੇਰੀ ਹੱਸੇ ਤੇ ਉਹ ਮੈਨੂੰ ਐਂ ਜੇ ਲੱਗਿਆ ਵੀ ਯਾਰ ਆ ਕਰਨਾ ਚਾਹੀਦਾ ਹਾਂ ਮੈਂ ਸ਼ੁਰੂ ਹੋ ਗਿਆ ਉਤੋਂ ਬਲਾਸਪਰ ਉਦੋਂ ਧਰਮ ਵੀਰ ਗਾਂਧੀ ਜੀ ਸੀਗੇ ਉਤੋਂ ਬਲਾਸਪਰ ਚੱਕ ਲਾ ਝੰਡਾ ਹੈ ਟਾਲੀ ਵਾਲ ਸਾਹਬ ਨੇ ਹਾਂ ਟਾਲੀ ਵਾਲ ਸਾਹਬ ਉਧਰ ਹੋ ਗਏ ਸਟੇਜਾਂ ਸਟੂਜਾਂ ਮੈਂ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਣਾ ਵੀ ਜਾਫੀ ਚੰਦਰੇ ਸੀ ਹੂੰ ਬਈ ਮਤਲਬ 14 ਚ ਤੁਰਦੇ ਆ ਹਾਂ 13 ਚ ਤੁਰਦੇ ਆ ਹੂੰ ਤੇ 14 ਤੱਕ ਵੀ ਜਾਣੇ ਦਾ ਵੀ ਜਫਾ ਸਿੱਧਾ ਕੇਜਰੀ ਬਾਲ ਨੇ ਪਾ ਲਿਆ ਜਾ ਕੇ ਅੱਛਾ ਬਈ ਭਗਵਾਨ ਤਮਾਨ ਹੋਣਾ ਨਾ ਐ ਸਿੱਧਾ ਹੀ ਐ ਹਾਂ ਫੇਸ ਟੂ ਫੇਸ ਹਾਂ ਸਾਹਮਣੀ ਵੜਾਈਂ ਦੁਰੀਆਂ ਦੁਰੀਆਂ ਵਾਲਾ ਕੰਮ ਨਹੀਂ ਉੱਥੇ ਵੀ ਹੋਇਆ ਹਾਂ ਸਵਾਦ ਹਾਂ ਵੀ ਆਏ ਨਹੀਂ ਗੱਲ ਵੀ ਪੂਰਾ ਕੰਮ ਕਰੜਾ ਤੇ ਫਿਰ ਮਤਲਬ ਕੁਝ ਗੱਲਾਂ ਐ ਵੀ ਸੀਗੀਆਂ ਮੈਂ ਤੁਹਾਨੂੰ ਦੱਸਦਾ ਗੱਲ ਵੀ ਇੱਕ ਸਮਾਸ਼ੇ ਵਾਲਾ ਵੀ ਪਾਰ ਰਿਆ ਹੂੰ ਜ਼ਿੰਦਗੀ ਦਾ ਹੂੰ ਉਹ ਕਿਉਂ ਹੋਇਆ ਪਾ ਮੇਰੇ ਦਿਮਾਗ 'ਚ ਕੀ ਚੱਲਦਾ ਹੁੰਦਾ ਮੇਰੇ ਦਿਮਾਗ 'ਚ ਐ ਚੱਲਦਾ ਹੁੰਦਾ ਸੀ ਵੀ ਅਸੀਂ ਜਿਹੜੀ ਮਤਲਬ 17 ਸਰਕਾਰ ਬਣਾਉਣੀ ਆ ਨਾ ਹੂੰ ਉਹਦਾ ਇੱਕ ਮਾਡਲ ਲੋਪੋ ਪਿੰਡ ਚ ਤਿਆਰ ਕਰ ਦਿੱਤੀ। ਹੂੰ। ਵੀ ਉਹ ਉਹ ਕਿਵੇਂ ਕਾਨੂੰਨਾ ਸਰਕਾਰ ਦਾ ਇੱਕ ਮਾਡਲ ਤਿਆਰ ਕਰ ਦਿੱਤੀ। ਹੂੰ। ਤਾਂ ਉਹਦੇ ਲਈ ਗਰੀਬਾਂ ਦੇ ਇਲਾਜ ਕਰਾਉਣੇ, ਮਤਲਬ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਹੀ ਨਾ। ਐਂਬੂਲੈਂਸ ਬਣਾਤੀ ਪਿੰਡ ਦੇ ਵਿੱਚ, ਫਾਇਰ ਬ੍ਰਿਗੇਡ ਬਣਾ ਲਈ ਪਿੰਡ ਦੇ ਵਿੱਚ, ਸਫਾਈ ਕੰਮ ਸ਼ੁਰੂ ਕਰ ਲਿਆ। ਲਾਜ ਸ਼ੁਰੂ ਕਰ ਲਿਆ। ਬਸ ਮਤਲਬ ਵੀ ਪਿੰਡ ਚ ਜੋ ਚੀਜ਼ ਆ ਇਹਨੂੰ ਇੱਕ ਮਾਡਲ ਦੇ ਤੌਰ ਤੇ ਪੇਸ਼ ਕਰਦੀ ਹੈ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਸਾਰੇ ਪੰਜਾਬ ਚਵੇਂ ਕਰਾਂਗੇ ਹਾਂ 17 ਚਾਹੇ ਚੱਕ ਦੇਣਾ ਕੰਮ ਠੀਕ ਹੈ ਕਿ ਨਹੀਂ ਫਿਰ ਉਹ ਉਹ ਚੱਲਿਆ ਕੰਮ ਹਾਂ ਆਏ ਹਸਰਤ ਵੀ ਰਹੀ ਵੀ ਆਪਾਂ ਐਮ ਐਲ ਏ ਮਲੇ ਬਣ ਜਾਣਾ ਕੋਈ ਗੱਲ ਹੀ ਨਹੀਂ ਫਿਰ ਆਪਾਂ ਕਰ ਲਾਂਗੇ ਸਿੱਧਾ ਜਿਗਾਰਮੈਂਟ ਹਾਂ ਮੈਂ ਲੈ ਕੇ ਉਹਦੀ ਉਹੀ ਗੱਲ ਤੇ ਟਿਕਟ ਦਾ ਵੀ ਕਹਿੰਦੇ ਰੌਲਾ ਬਾਉ ਪਿਆ ਹਾਂ ਹਾਂ ਮੈਂ ਕਿ ਬਣੀ ਜਾਣਾ ਕੋਈ ਡਿੱਕਾ ਨਹੀਂ ਗੱਡੀ ਗੱਲ ਨਹੀਂ ਫਿਰ ਉਹ ਨਹੀਂ ਬਣਿਆ ਗਿਆ ਹਾਂ ਨਹੀਂ ਬਣਿਆ ਗਿਆ ਕੁਛ ਰੱਟੇ ਰੁੱਟੇ ਪੈ ਗਏ ਕੁਝ ਚੀਜ਼ਾਂ ਹੁੰਦੀਆਂ ਦਿਮਾਗ ਦੇ ਵਿੱਚ ਆਕਣ ਨਹੀਂ ਬੰਦਾ ਹੁੰਦਾ ਵੀ ਯਾਰ ਵੀ ਯਾਰ ਆਪਾਂ ਗਲਤ ਹੋ ਗਏ ਯਾਰ ਹੂੰ ਬਈ ਬਾਲਾ ਗਾਂ ਨਾਂਗੇ ਯਾਰ ਵੀ ਕੰਮਕਾਰ ਵੀ ਉਹ ਇੰਨੇ ਸਨ ਦੇ ਵਿੱਚ 14 ਤੋਂ 17 ਦੇ ਸਨ ਚ ਤੇ ਉਧਰ ਫਨਾਂਸ ਵਾਲੇ ਭਾਂਡੇ ਪੂਰੀ ਚ ਪੈ ਗਈ ਓਹ ਕਮਾਈ ਵਾਲਾ ਕੰਮ ਰੋਕ ਲਿਆ ਹੂੰ ਕਮਾਈ ਵਾਲਾ ਕੰਮ ਰੋਕ ਲਿਆ ਤੇ ਬਾਈ ਰਾਜਨੀਤੀ ਹੂੰ ਜਾਂ ਤਾਂ ਜਮਾਂ ਲੰਗਦੀ ਆ ਹੂੰ ਜਾਂ ਸ਼ਾਹ ਦੀ ਆ ਹੂੰ ਮੈਂ ਵਿਚਾਲੇ ਲਟਕ ਗਿਆ ਹੂੰ ਨਾ ਤਾਂ ਮੈਂ ਮਲੰਗ ਹੋਇਆ ਤੇ ਨਾ ਮੈਂ ਹੋਣਾ ਚਾਹੁੰਦਾ ਸੀ ਉਹ ਫਿਰ ਗੱਲ ਫੇਸ ਟੂ ਫੇਸ ਜਿਹੜੀ ਗੱਲ ਉਹ ਦਿੱਲੀ ਵਾਲੀ ਬੰਨ ਗੱਲ ਫੇਸ ਟੂ ਫੇਸ ਠੀਕ ਹੈ ਕਿ ਨਹੀਂ ਤੇ ਮੈਂ ਦੱਸਦਾ ਉਹ ਹੀ ਗੱਲ ਕਿ ਮੈਂ ਯਾਰ ਮੈਂ ਨਾ ਤਾਂ ਮਲੰਗ ਹੋਣਾ ਚਾਹੁੰਦਾ ਸੀ ਅਸਲ 'ਚ ਯਾਰ ਮੈਂ ਇਹ ਗੱਲ ਪਹਿਲਾਂ ਵੀ ਕਹਿ ਚੁੱਕਿਆ ਕਿ ਰਾਜਨੀਤੀ ਨਹੀਂ ਸੀ ਮਾੜੀ ਹੂੰ ਮਤਲਬ ਮੈਂ ਹੀ ਕਾਬਲ ਨਹੀਂ ਸੀ ਰਾਜਨੀਤੀ ਦੇ ਮੈਂ ਤਾਂ ਛੱਡਤੀ ਮੈਂ ਐਵੇਂ ਬਲੇਮ ਕਰਾਣਾ ਹੁਣ ਇਹ ਗੱਲ ਪਾਪ ਹੋਊਗਾ ਹੂੰ ਵੀ ਯਾਰ ਵੀ ਉਹ ਮਾਰੇ ਸੀ ਮੈਂ ਤਾਂ ਛੱਡਦੀ ਹੂੰ ਇਹ ਗਲਤ ਆ ਯਾਰ ਮੈਨੂੰ ਐ ਲੱਗਦਾ ਵੀ ਇਹ ਜਮਾਂ ਹੀ ਗਲਤ ਆ ਹੂੰ ਮਤਲਬ ਮੈਂ ਹੀ ਕਾਬਲ ਨਹੀਂ ਸੀ ਮੈਂ ਉਹ ਰਾਜਨੀਤੀ ਚ ਫਾਰਮੈਟ ਦੇ ਵਿੱਚ ਫਿੱਟ ਨਹੀਂ ਸੀ ਬੈਠਦਾ ਮੈਨੂੰ ਐ ਲੱਗਦਾ ਸੀ ਮੈਂ ਇੰਨਾ ਪ੍ਰੈਸ਼ਰ ਆ ਜਿਹੜਾ ਇਹ ਚੀਜ਼ ਨੂੰ ਚੱਲ ਨਹੀਂ ਸਕਦਾ ਹੂੰ ਤੈਨੂੰ ਪਾਸੇ ਹਟ ਜਾ ਯਾਰ ਛੱਡੇ ਨੂੰ ਯਾਰ ਤੇ ਤੇ ਤੂੰ ਨਹੀਂ ਕਰ ਸਕਦਾ ਮਤਲਬ ਮੈਨੂੰ ਉਦੋਂ ਵੀ ਦਿਮਾਗ ਦੇ ਵਿੱਚ ਐਂ ਲੱਗਦਾ ਸੀ ਮੈਂ ਨਹੀਂ ਕਰ ਸਕਦਾ ਇਹਦਾ ਮਤਲਬ ਜੋ ਕਰ ਰਹੇ ਆ ਉਹ ਮੇਰੇ ਨਾਲ ਘੈਂਟ ਆ ਠੀਕ ਹੈ ਕਿ ਨਹੀਂ ਪਰ ਮੈਂ ਨਹੀਂ ਕਰ ਸਕਦਾ ਡਰ ਕੇ ਇਹ ਤਾਂ ਨਹੀਂ ਕਹੀ ਜਾਂਦੇ ਹੈ ਡਰ ਕੇ ਨਹੀਂ 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 ਦੇਖੋ ਡਰ ਕੇ ਕਹਿਣ ਦੀ ਗੱਲ ਇਹ ਹੁੰਦੀ ਆ ਵੀ ਜਿਹੜੀ ਡਰ ਕੇ ਕਹਿਣ ਵਾਲੀਆਂ ਗੱਲਾਂ ਹੁੰਦੀਆਂ ਵੀ ਆਪਾਂ ਰਾਜਨੀਤਿਕ ਖੇਡ ਦੀ ਗੱਲ ਕਰਦੇ ਆ ਆਪਾਂ ਰਾਜਨੀਤਿਕ ਸੁਭਾਅ ਦੀ ਗੱਲ ਨਹੀਂ ਕਰਦੇ ਵੀ ਜਿਹੜੇ ਬੰਦੇ ਦਾ ਸੁਭਾਅ ਚੰਗਾ ਹੈ ਕਿ ਮਾੜਾ ਉਹਤੇ ਵੀ ਆਪਾਂ ਆ ਜਾਾਂਗੇ ਆ ਉਹ ਉੱਤੇ ਆ ਜਾਂਦੇ ਆਪਾਂ ਪਰ ਇਹ ਗੱਲ ਆ ਵੀ ਇੱਕ ਰਾਜਨੀਤਿਕ ਪਲੇਅਰ ਹੋਣਾ ਉਹਦੇ ਚ ਪਲੇਅਰ ਲਈ ਤੇਰੇ ਚ ਸਾਰੇ ਗੁਣ ਹੀ ਹੋਣੇ ਚਾਹੀਦੇ ਯਾਰ ਹੂੰ ਤੇਰੇ ਜੋ 19 ਚਲਾਕੀ ਵੀ ਹੋਣੀ ਚਾਹੀਦੀ ਆ ਕਮੀਨਗੀ ਵੀ ਹੋਣੀ ਚਾਹੀਦੀ ਚੋਰ ਵਾਲੇ ਸਾਧ ਵਾਲੇ ਸਾਰਾ ਕੁਝ ਸਾਰੇ ਗੁਣ ਹੋਣੇ ਚਾਹੀਦੇ ਆ ਤਾ ਕਿਤੇ ਨਾ ਕਿਤੇ ਉਹ ਚੀਜ਼ ਤੂੰ ਬਹੁਤ ਪਿੱਛੇ ਸੀਗੇ ਤਾਂ ਹਟ ਗਏ ਜਿਹੜੀ ਗੱਲ ਕਰਦੇ ਆ ਤੁਸੀਂ ਵੀ ਵੀ ਭੈ ਹੂੰ ਵੀ ਰਾਜਨੀਤੀ ਤੋਂ ਭੈ ਜੇ ਉਹ ਭੈ ਹੁੰਦਾ ਤਾ ਦੂਜੀਆਂ ਪਾਰਟੀਆਂ ਦੇ ਖਿਲਾਫ ਵੀ ਨਹੀਂ ਤੁਰਦੇ ਸੀ ਉਦੋਂ ਉਹਨਾਂ ਦੀ ਵੀ ਸਰਕਾਰਾਂ ਹੀ ਸੀ ਹੂੰ ਉਦੋਂ ਸੁਖਬੀਰ ਹੁਣੀ ਵੀ ਰਾਜੀ ਸੀ ਹੂੰ ਉਦੋਂ ਬਾਅਦ ਕੈਪਟਨ ਹੁਣੀ ਵੀ ਰਾਜੀ ਸੀ ਹਾਂ ਠੀਕ ਹੈ ਕਿ ਨਹੀਂ ਜੇ ਮਨ ਚ ਭੈ ਪੂ ਵਾਲੀ ਗੱਲ ਆ ਜਾਂ ਹੁਣ ਅੱਜ ਆਪਾਂ ਨੂੰ ਐ ਲੱਗਦਾ ਹੋਵੇ ਵੀ ਪਤ ਨਹੀਂ ਇਹਨਾਂ ਦਾ ਕੋਈ ਭੈ ਆ ਹੂੰ ਕਦੇ ਵੀ ਨਹੀਂ ਸਰਕਾਰਾਂ ਐਂ ਕਰੇ ਬਣੀ ਸਕਦੀਆਂ ਹੁੰਦਾਂਗਾ ਕੁਛ ਬੰਦੇ ਨੂੰ ਮਾੜਾ ਮੋਟਾ ਹੀ ਪ੍ਰੈਸ਼ਰ ਦੇ ਸਕਦੀਆਂ ਹੁੰਦਾਂਗਾ ਐ ਕਿਨੋਟਲ ਬੰਦੇ ਤੇ ਥੋੜਾ ਬਹੁਤਾ ਹੀ ਕਰ ਸਕਦੀਆਂ ਹੁੰਦਾਂਗਾ ਬਾਲਾ ਨਹੀਂ ਕਰ ਸਕਦੀਆਂ ਹੁੰਦਾਂਗਾ ਜਿਹੜਾ ਹੁਣ ਅੱਜ ਕੱਲ ਮੰਨ ਲਓ ਆਪਾਂ ਬਹੁ ਫੈਸਲਿਆਂ ਨੂੰ ਆਪਾਂ ਬੁੱਧੂਪਨ ਦੇ ਵਿੱਚ ਮੰਨ ਲੈਨੇ ਆ ਵੀ ਇਹਨਾਂ ਦੇ ਬੁੱਧੂਆਂ ਵਰਗੇ ਫੈਸਲੇ ਆ ਜਿਵੇਂ ਮੈਂ ਮੋਟਾ ਜਿਹਾ ਹਿਸਾਬ ਲਾਉਣਾ ਹੁੰਦਾ ਵੀ ਜੇ ਸੱਚੀ ਮੈਂ ਮਤਲਬ ਰਾਜਨੀਤੀ ਦੇ ਵਿੱਚ ਹੋਮਾ ਮੈਂ ਫੈਸਲਾ ਕੋਈ ਕਰਨਾ ਹੁੰਦਾ ਜਿਵੇਂ ਇਹਨਾਂ ਨੇ ਪਿੱਛੇ ਜੇ ਫੈਸਲਾ ਕਰਤਾ ਬਈ ਉਹ ਜਿਹੜੇ ਜਗਾੜੂ ਰੇੜੇ ਆ ਉਹ ਬੰਦ ਕਰਨੇ ਆ ਹੂੰ ਸੱਚੀ ਮੈਂ ਹੁੰਦਾ ਯਾਰ ਮੈਂ ਕੀ ਕਰਦਾ ਹੂੰ ਮੈਂ ਕੀ ਕਰਨਾ ਹੀ ਮੈਂ ਕਰਨਾ ਸੀ ਵੀ ਜਿੰਨੇ ਵੀ ਵਹੀਕਲ ਭਾਟ ਹੁੰਦੇ ਆ ਤੇ ਟੈਕਸ ਟੁੱਟਿਆ ਵਾ ਹੂੰ ਸਾਰਾਂ ਦਾ ਟੈਕਸ ਮਾਫ ਆ ਹੂੰ ਤੇ ਪਰ ਅਗਲੇ ਸਾਲ ਤੋਂ ਅਸੀਂ ਟੈਕਸ ਤੋਂ ਬਿਨਾਂ ਵਾਲੇ ਬੰਦੇ ਨੂੰ ਬਾਹਰ ਨਹੀਂ ਢੋਣ ਦੇਣਾ ਹੂੰ ਇੱਕ ਧੀਰੀ ਨੂੰ ਕਰਾ ਲਓ ਤੇ ਪੁਰਾਣਾ ਮਾਫ ਹੁਣ ਜਿਹੜੇ ਪਰੁਗੇ ਦਾ 6 ਸਾਲਾਂ ਦਾ ਟੈਕਸ ਟੁੱਟਿਆ ਵਾ ਉਹ ਕੁਆੜ ਚ ਵਿਖਜੂ ਤੈਨੂੰ ਦੇਣ ਤਾਂ ਨਹੀਂ ਲੱਗਿਆ ਦਿੰਦਾ ਤਾਂ ਨਹੀਂ ਉਹ ਕਿੰਨਾ ਅਰਬਾਂ ਰੁਪਈਆ ਜਿਹੜਾ ਉਹ ਮਤਲਬ ਮਾਫ ਹੋ ਜਾਣਾ ਸੀ ਤੇ ਉਹ ਸਾਰੇ ਇਲੀਗਲ ਹੋ ਜਾਣੇ ਸੀ ਤੇ ਜਦੋਂ ਲੀਗਲ ਹੋ ਜਾਣੇ ਸੀ ਸਾਰੇ ਲੋਕਾਂ ਨੇ ਕੁਆੜ ਚੋਂ ਖਰੀਦ-ਖਰੀਦ ਕੇ ਲੀਗਲ ਕਰਾ ਲੈਣੇ ਸੀ ਉਹੋ ਹੀ ਤੇ ਜਦੋਂ ਲੀਗਲ ਹੋ ਜਾਣੇ ਸੀ ਤੇ ਜਗਾੜੂ ਬੰਦ ਹੋ ਜਾਣੇ ਸੀ ਆਪੇ ਇੱਕ ਪੁਲਿਸ ਵਾਲਾ ਵੀ ਕਿਸੇ ਨੂੰ ਨਾਕੇ ਤੇ ਰੋਕ ਕੇ ਕਹਿ ਸਕਦਾ ਸੀ ਵੀ ਇਦੋਂ ਤਾਂ ਆ 6 ਮਹੀਨਿਆਂ ਦਾ ਟਾਈਮ ਆ ਯਾਰ ਤੂੰ ਆ 30 40000 ਦਾ ਕੜੀ ਸੀ ਫਿਰਦਾ 30 40000 ਦਾ ਕੁਆਡ ਚੋਂ ਲੈ ਕੇ ਭਰ ਲਾ ਟੈਕਸ ਤੇ ਤੂੰ ਲੀਗਲ ਨਾਂ ਗੇ ਇਥੋਂ ਦੀ ਹਾਂ ਆ ਕੀ ਲਈ ਫਿਰਦਾ ਹਾਂ ਤੇ ਉਹ ਵੀ ਬੰਦ ਹੋ ਜਾਣੇ ਸੀ ਹਾਂ ਤੇ ਸਰਕਾਰ ਦਾ ਰੈਵਨਿਊ ਵੀ ਵੱਧ ਜਾਣਾ ਸੀ ਹੁਣ ਮੇਰਾ ਇੱਥੇ ਇੱਕ ਸਵਾਲ ਹੈ ਹੂੰ ਹੁਣ ਜਿਹੜੇ ਅਫਸਰ ਨੇ ਆਈਡੀਆ ਦਿੱਤਾ ਹੂ ਜਾਂ ਜਿਵੇਂ ਆਪਾਂ ਕਹਨੇ ਆ ਵੀ ਵੱਡੇ ਦਿਮਾਗ ਹੁੰਦੇ ਆ ਪਿੱਛੇ ਹੁਣ ਆਪਾਂ ਪਕੜ ਆਈਐਸ ਆਈਪੀਐਸ ਆਪਾਂ ਬੈਠੇ ਆ ਹਨ ਚਿੱਟੇ ਪਾਈ ਬੈਠਾ ਗਾ ਗੱਲਾਂ ਕਰੀ ਜਾਂਦਾ ਹੈ ਹਨ ਹੁਣ ਉਹ ਕਹਣਾ ਯਾਰ ਲਾਇ ਸੀ ਇਵੇਂ ਹੀ ਹੈ ਇਹੀ ਇਵੇਂ ਗਾਲ ਤੇ ਕਿਹੜਾ ਆਈਡੀਆ ਥੀ ਜਾਂਦੇ ਉਹ ਯਾਰ ਇਹ ਪੜਨ ਲਿਖਣ ਕਿ ਆਈਪੀਐਸ ਕੀ ਹੁੰਦਾ ਯਾਰ ਪੜਨ ਲਈ ਪੜਾਈ ਕਿ ਪੜਾਈ ਕੀ ਹੁੰਦੀ ਹੈ ਯਾਰ ਜਿਹੜਾ ਬੰਦਾ ਕਹਿੰਦਾ ਨਾ ਵੀ ਮੈਂ ਫੁਲਾਂ ਪੜਿਆ ਮੈਂ ਟੈਂਕਾ ਪੜਿਆ ਹੂੰ ਉਹ ਬੰਦਾ ਇਹਦਾ ਮਤਲਬ ਇਹ ਹੁੰਦਾ ਜਿਹੜਾ ਬੰਦਾ ਕਹਿੰਦਾ ਮੇਰੀ ਬੀਏ ਕੀਤੀ ਆ ਇਹਦਾ ਮਤਲਬ ਪਤਾ ਕੀ ਹੋਇਆ ਵੀ ਜਿੱਦੇ ਬੀਏ ਕਰਕੇ ਹਟ ਗਿਆ ਇਹ ਇਹ ਪੜਨੋਂ ਹਟ ਗਿਆ ਹਮ ਜਿਹੜਾ ਬੰਦਾ ਕਹਿੰਦਾ ਨਾ ਮੈਂ ਐਮਏ ਕੀਤੀ ਆ ਇਹਦਾ ਮਤਲਬ ਇਹ ਆ ਵੀ ਉਹ ਬੰਦਾ ਐਮਏ ਕਰਕੇ ਪੜਨੋਂ ਹਟ ਗਿਆ ਹਮ ਜਿਹੜਾ ਬੰਦਾ ਕਹਿੰਦਾ ਨਾ ਆਨ ਪੜਾ ਮੈਂ ਇਹਦਾ ਮਤਲਬ ਜਿੱਦਾਂ ਦਾ ਇਹ ਜੰਮਿਆ ਤੇ ਇਹ ਹਜੇ ਵੀ ਪੜਗੂ ਹੀ ਜਾਂਦਾ ਹੈ ਤੇ ਜਿਹੜਾ ਬੰਦਾ ਕਹਿੰਦਾ 11ਵੀਂ ਫੇਲ ਆ ਸਾਡਾ ਇੱਕ ਬੰਦਾ ਹੈ ਕਹਿੰਦਾ 11ਵੀਂ ਫੇਲ ਆ ਕਹਿੰਦਾ ਜਿਹੜਾ ਬੰਦਾ ਕਹਿੰਦਾ ਨਾ ਮੈਂ ਅਣਪੜ੍ਹ ਆ ਹੂੰ ਉਹ ਇਹਦਾ ਮਤਲਬ ਪੜ ਕੋਈ ਜਾਂਦਾ ਹੂੰ ਪੜ੍ਹਾਈ ਕਿਤਾਬਾਂ ਦੀ ਨਹੀਂ ਹੁੰਦੀ ਪੜ੍ਹਾਈ ਚਿਹਰਿਆਂ ਦੀ ਹੁੰਦੀ ਆ ਬਿਲਕੁਲ ਸਹੀ ਪੜ੍ਹਾਈ ਸਥਿਤੀਆਂ ਦੀ ਹੁੰਦੀ ਆ ਹੂੰ ਪੜ੍ਹਾਈ ਸਿਆਣਫਦੀ ਹੁੰਦੀ ਆ ਹੂੰ ਹੈ ਪੜਿਆ ਲਿਖੇ ਦਾ ਮਤਲਬ ਐ ਨਹੀਂ ਹੁੰਦਾ ਵੀ ਜੇ ਤੂੰ ਚਾਰ ਅੱਖਰਾਂ ਦਾ ਸੂਹਾ ਹੈ ਤੈਨੂੰ ਅੰਗਰੇਜ਼ੀ ਬੋਲਣੀ ਆਉਂਦੀ ਅੰਗਰੇਜ਼ੀ ਚ ਗੱਲ ਕਰਨੀ ਆਉਂਦੀ ਆ ਜਾਂ ਤੂੰ मतलब ਹੁਣ ਹੁਣ ਮੰਨ ਲੈ ਯਾਰ ਅ 13 ਬਾਪੂ ਆ ਹੂੰ ਉਹਨੇ ਸਬਦਾਨ ਤਾਂ ਨਹੀਂ ਪੜਿਆ ਹੂੰ ਪੜਿਆ ਨਹੀਂ ਨਾ ਤੂੰ ਕੋਈ ਵੀ ਗਲਤ ਕੰਮ ਕਰ ਤੈਨੂੰ ਕਹੂਗਾ ਪੱਤੇ ਗਲਤ ਆ ਜੀ ਤੇ ਤੂੰ ਉਹੀ ਕੰਮ ਕਿਸੇ ਬਹੁਤ ਪੜੇ ਲਿਖੇ ਵਕੀਲ ਕੋਲ ਉੜ ਜੀ ਤੇ ਉਹਨੂੰ ਕਹੀਂ ਵੀ ਮੈਂ ਯਾਰ ਆ ਗਲਤ ਕੀਤਾ ਸੀ ਵੀ ਇਹ ਵਾਕਈ ਸਬਦਾਨਕ ਤੌਰ ਤੇ ਗਲਤ ਆ ਮੇਰਾ ਬਾਪੂ ਕਹਿੰਦਾ ਸੀ ਇਹ ਗਲਤ ਆ ਤੇ ਉਹ ਸੰਵਿਧਾਨ ਦੀ ਕੋਈ ਨਾ ਕੋਈ ਧਾਰਾ ਤੇਰੇ ਤੇ ਲੱਗਦੀ ਹੋਊਗੀ। ਹੂੰ। ਤੇ ਫਿਰ ਇਹਦਾ ਮਤਲਬ ਯਾਰ ਬਾਪੂ ਨੇ ਸੰਵਿਧਾਨ ਬਾਰੇ ਬਾਪੂ ਨੂੰ ਪੂਰੇ ਹੀ ਜਾਣ ਹੂੰ। ਮੈਂ ਇੱਥੇ ਆਇਆ। ਹੂੰ। ਤੁਸੀਂ ਮੇਰਾ ਫੋਨ ਰੱਖ ਲੈਨੇ ਮੇਰਾ ਰਹਿ ਜਾਂਦਾ। ਹੂੰ। ਠੀਕ ਹੈ ਕਿ ਨਹੀਂ? ਤੇ ਤੂੰ ਬਾਪੂ ਨਾਲ ਰਹਿ ਕਰਦਾ ਜਦੋਂ ਲੋਪ ਵਾਲਾ ਸੀ ਉਹਦਾ ਫੋਨ ਰਹਿ ਗਿਆ ਸੀ। ਹੂੰ। ਬਾਪੂ ਹਲਤਾ ਹੈ। ਹੂੰ। ਜੇ ਤੂੰ ਕਾਨੂੰਨ ਵਾਲੇ ਕੋਲੇ ਜਾਵੇਂਗਾ ਤੇ ਕਾਨੂੰਨ ਵਾਲੇ ਦੱਸੇਗਾ ਉਹ ਵੀ ਕਹੂਗਾ ਬਈ ਇਹ ਕਾਨੂੰਨਨ ਤੌਰ ਤੇ ਗਲਤ ਆ ਇਹ ਇਹ ਤੇਰੇ ਫਲਾਨੀ ਧਾਰਾ ਲੱਗੇ। ਇਹ ਫਲਾਨੀ ਧਾਰਾ ਦਾ ਪਤਾ ਹੋਣਾ ਸੰਵਿਧਾਨ ਦਾ ਪਤਾ ਹੋਣਾ ਨਹੀਂ ਹੁੰਦਾ। ਹੈ ਇੱਕ ਅਨਪੜ੍ਹ ਬੰਦੇ ਨੂੰ ਵੀ ਸਾਰਾ ਹੀ ਪਤਾ ਹੁੰਦਾ ਵੀ ਬਿਜਲੀ ਵੀ ਚੋਰੀ ਕਰਾਂਗੇ ਇਹ ਅਪਰਾਧ ਹੈ। ਇਹ ਮਾੜੀ ਚੀਜ਼ ਹੈ। ਉਹਨੂੰ ਇਹ ਨਹੀਂ ਪਤਾ ਧਾਰਾ ਕਿਹੜੀ ਲੱਗਣੀ ਆ ਪਰ ਉਹ ਪਤਾ ਹੈ ਵੀ ਇਹ ਗਲਤ ਆ ਕੰਮ। ਪਰ ਇਹਦਾ ਮਤਲਬ ਐ ਥੋੜਾ ਵੀ ਜਿਹੜਾ ਬੰਦਾ ਫਿਰ ਵਕੀਲ ਹੀ ਆ ਹੂੰ ਤੇ ਬਸ ਉਹ ਹੀ ਕਾਨੂੰਨ ਜਾਣਦਾ ਤੇ ਤੂੰ ਇਹਨੂੰ ਦੂ ਮੁਲਕ 'ਚ ਜਿਹੜਾ ਦੂਆ ਬੰਦਾ ਤੁਰਿਆ ਪ੍ਰਧਾਨ ਪੜਾ ਉਹਨੂੰ ਪਤਾ ਨਹੀਂ ਤੁਸੀਂ ਜਿਹੜਾ ਮਰਜੀ ਗੈਰ ਕਾਨੂੰਨੀ ਕੰਮ ਕੋਈ ਵੀ ਕਿਸੇ ਬੰਦੇ ਨੂੰ ਕਹੋ ਕਿ ਤੂੰ ਆਹ ਕਰ ਦੇਗਾ ਉਹ ਕਹੋਗਾ ਨਹੀਂ ਅਰੇ ਤਾਂ ਗਲਤ ਆ ਹੂੰ ਉਹਨੂੰ ਕੀ ਪਤਾ ਵੀ ਸੰਵਿਧਾਨ ਦੀ ਕਿਹੜੀ ਧਾਰਾ ਜੇ ਗਲਤ ਆ ਪਰ ਉਹਨੂੰ ਪਤਾ ਹੈ ਫਿਰ ਵੀ ਗਲਤ ਆ ਕੋਈ ਵੀ ਕੰਮ ਕਹਿ ਕੇ ਦੇਖ ਲਈ ਵੀ ਤੂੰ ਕਮੇਗਾ ਯਾਰ ਵੀ ਆਹ ਕੂੜਾ ਏ ਮੈਂ ਕਿਸੇ ਨੂੰ ਇੱਥੇ ਕੰਮ ਕਰਨ ਵਾਲੀ ਨੂੰ ਕਹਾਂ ਵੀ ਭੈਣੇ ਆਏ ਕਰੀ ਵੀ ਆਪਣਾ ਜਿਹੜਾ ਕੂੜਾ ਏ ਗਵੰਡੀਆਂ ਦੇ ਘਰੇ ਕੰਧ ਦੇ ਉੱਤੋਂ ਦੀ ਮਾੜਾ ਇਹ ਪੜ ਦੇ ਨਾ ਸੱਡ ਦੇ ਹੂੰ ਹੋ ਗੀ ਨਹੀਂ ਬਈ ਇਹ ਗਲਤ ਆ ਹਾਂ ਹਾਲਾਂਕਿ ਉਹ ਕਾਨੂੰਨਨ ਤੌਰ ਤੇ ਗਲਤ ਆ ਤੇ ਫਿਰ ਉਹਨੂੰ ਕਿਹਨੇ ਦੱਸਿਆ ਵੀ ਇਹ ਗਲਤ ਆ ਇਹਦਾ ਮਤਲਬ ਇਹ ਇਹ ਆ ਬਈ ਪੜ੍ਹਾਈ ਲਿਖਾਈ ਕੱਲੀ ਐ ਨਹੀਂ ਹੁੰਦੀ ਵੀ ਪਲੱਸ 2 ਕਰਕੇ ਹਟ ਗਿਆ ਤੇ ਪੜ੍ਹਾਈ ਖਤਮ ਹੋ ਗਈ ਬਈ ਬੀਏ ਕਰਕੇ ਹਟ ਗਿਆ ਪੜ੍ਹਾਈ ਖਤਮ ਹੋ ਗਈ ਐਮਏ ਕਰਕੇ ਹਟ ਗਿਆ ਪੜ੍ਹਾਈ ਖਤਮ ਹੋ ਗਈ ਪੜ੍ਹਾਈ ਤਾਂ ਬੰਦੇ ਦੀ ਸਾਰੀ ਜ਼ਿੰਦਗੀ ਚੱਲ ਗੋਈ ਜਾਂਦੀ ਆ ਹਾਂ ਬੰਦਾ ਜ਼ਿੰਦਗੀ 'ਚ ਸਿੱਖਦਾ ਬੰਦਾ ਜ਼ਿੰਦਗੀ ਚ ਚੱਲ ਕੇ ਸਿੱਖਦਾ ਵੀ ਕੀ ਆ ਜਿਹੜੇ ਬੰਦੇ ਤੁਸੀਂ ਗੱਲ ਕਰਦੇ ਆ ਵੀ ਜਿਹੜੇ ਕਹਿੰਦੇ ਵੀ ਆਈਪੀਐਸ ਕਹਿਣਗੇ ਵੀ ਅਸੀਂ ਆਈ ਆ ਯਾਰ ਉਹਨਾਂ ਨੂੰ ਫਿਰ ਨਹੀਂ ਪਤਾ ਮੇਰੇ ਨਾਲ ਲੋਜੀਕਲੀ ਗੱਲ ਕਰ ਲੈਣਾ ਕਿ ਮੈਂ ਇਹ ਗੱਲ ਕਹਿਤੀ ਲੈ ਮੈਨੂੰ ਮੇਰੀ ਗੱਲ ਨੂੰ ਲੋਜੀਕਲੀ ਕੱਟ ਦੇਣ ਵੀ ਸਰਕਾਰ ਦਾ ਇੱਥੇ ਕਿੱਥੇ ਨੁਕਸਾਨ ਹੋਣ ਲੱਗਿਆ ਸੀ ਉਲਟਾ ਬੋਰਡ ਲੱਗਣੇ ਸੀ ਇਹ ਗੱਲ ਦੇ ਬਈ ਇੰਨੇ ਅਰਬ ਰੁਪਈਆ ਅਸੀਂ ਗਰੀਬਾਂ ਦਾ ਕਰਤਾ ਮਾਫ਼ ਤੇ ਹਾਲਾਂਕਿ ਮਿਲਣਾ ਉਹ ਹੈ ਨਹੀਂ ਸੀ ਬੋੜਾ ਨੇ ਤਾਂ ਅੱਗੇ ਵੱਟ ਤੇ ਉਹ ਨਹੀਂ ਫਿਰ ਇਹ ਚੰਗਾ ਬੋਰਡ ਹੋਣਾ ਸੀ ਹੂੰ ਹੂੰ ਇਹ ਚੰਗਾ ਬੋਰਡ ਹੋਣਾ ਸੀ ਹੂੰ ਫੈਸਾ ਕੋਈ ਨਹੀਂ ਸੀ ਲੱਗਦਾ ਹੂੰ ਯਾਰ ਮੈਂ ਕਹਿੰਨਾ ਮੈਂ ਮੈਂ ਮੇਰੇ ਮੇਰੇ ਕੋਲ ਤੂੰ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਪੁੱਛ ਵੀ ਤੂੰ ਫਲਾਨੀ ਸਮੱਸਿਆ ਦਾ ਹੱਲ ਕਿਵੇਂ ਕਰੇਗਾ ਮੈਂ ਕਹਿੰਦਾ ਆਹਾ ਜਿਹੜੀ ਮੰਨ ਲਾ ਬਿਜਲੀ ਦੀ ਚੋਰੀ ਹੁੰਦੀ ਆ ਹੂੰ ਤਾਂ ਮੈਂ ਕਹਿੰਦਾ ਮੇਰੇ ਅੱਖੇ ਲੱਗਣ ਲੈ ਮੈਂ ਇਹ ਦੋ ਦਿਨਾਂ ਚ ਹੀ ਖਤਮ ਕਰ ਦਿੰਦਾ ਪਰ ਇੱਕ ਕਦਮ ਸੀਐਮਓ ਜਾ ਕੇ ਹੀ ਦੇ ਆਉ ਸਾਰਾ ਕੁਝ ਜਦੋਂ ਆਪਾਂ ਤੂੰ ਮੇਰਾ ਸੀਐਮਓ ਹੀ ਆ ਤੂੰ ਪਹੁੰਚਦੀ ਕਰ ਹੀ ਦੇਣੀ ਹੈ ਤੈਨੂੰ ਸਾਰੇ ਸੁਣਦੇ ਆ ਹੂੰ ਮੈਨੂੰ ਪਤਾ ਸਾਰੇ ਹੀ ਸੁਣਦੇ ਤੈਨੂੰ ਕੋਈ ਆਏ ਤਾਂ ਹੈ ਨਹੀਂ ਗੱਲ ਕੋਈ ਪੜਦੇ ਨਾ ਸੁਣਦਾ ਉਹ ਜਿਵੇਂ ਉਹ ਗੀਤ ਨਹੀਂ ਹੁੰਦਾ ਚੋਰੀ ਚੋਰੀ ਜੱਟੀ ਖਮੀ ਕੀ ਕਹਿੰਦੇ ਕਿਹੜਾ ਚਮਕੀਲਾ ਸੁਣਦੇ ਹਾਂ ਹਾਂ ਜੋਰ ਜਿਹੜੀ ਜੱਟਾ ਚਮਕੀਲਾ ਸੁਣਦੇ ਸੁਣਦੇ ਤੈਨੂੰ ਸਾਰੇ ਆ ਮੈਂ ਬਸ ਸਮਝ ਲਾ ਵੀ ਮੇਰਾ ਮੁੱਖ ਮੰਤਰੀ ਤੂੰ ਹੀ ਹੈ ਮੈਂ ਸਾਰੀਆਂ ਗੱਲਾਂ ਮੁੱਖ ਮੰਤਰੀ ਨੂੰ ਹੀ ਕਹੀ ਜਾਂਦਾ ਹੂੰ ਸੋਣ ਗੱਲ ਹੁਣ ਮੰਨ ਲਾ ਵੀ ਬਿਜਲੀ ਚੋਰੀ ਹੁੰਦੀ ਆ ਯਾਰ ਹੂੰ ਵੀ ਆਪਾਂ ਬਿਜਲੀ ਚੋਰੀ ਬੰਦ ਕਰਨੀ ਹੈ ਫਰਾਂਜ ਹੋ ਕੇ ਬੈ ਜਾ ਮਾੜਾ ਹਾਂ ਮਾੜਾ ਜਾ ਉਹ ਲੱਤ ਤੇ ਬਕਾਰ ਜਾ ਬਣਾ ਲਾ ਜੀ ਮੈਂ ਵਾਹ ਵਾਹ ਵਾਲੀ ਗੱਲ ਕਰ ਲਈਏ ਟਾਲੀ ਵਾਲ ਸਾਹ ਫੀਲ ਚ ਆ ਜਾ ਹਾਂ ਫੀਲ ਚ ਆ ਜਾ ਮੈਂ ਨਾ ਤੈਨੂੰ ਦੱਸਦਾ ਰਤਨ ਮੰਨ ਲਾ ਚੋਰੀ ਬਿਜਲੀ ਚੋਰੀ ਹੁੰਦੀ ਆ ਲੈ ਮੈਂ ਕਹਿੰਦਾ ਮੈਂ ਨਾ ਅੱਜ ਮੈਂ ਬਹਿਣਾ ਉੱਥੇ ਤੇ ਦਸਵੇਂ ਦਿਨ ਪੰਜਾਬ ਚ ਇੱਕ ਵੀ ਝੁੰਟ ਚੋਰੀ ਨਹੀਂ ਹੋਣ ਦਿੰਦਾ ਹੂੰ ਇਹ ਕੰਮ ਕਿੰਨਾ ਸੌਖਾ ਇਹ ਸਾਰੇ ਪੰਜਾਬ ਦੇ ਲੋਕ ਇੱਕ ਦੂਜੇ ਤੇ ਲੱਗਦੇ ਆ ਇਹ ਸਾਰੇ ਗਵਾਂਢੀ ਦੇ ਓਕੇ ਸਾਰੇ ਗਵਾਂਢੀਆਂ ਦੀ ਜ਼ਿੰਮੇਵਾਰੀ ਲਾ ਦੇ ਰਤਨ ਕੇ ਘਰੇ ਚੋਰੀ ਫੜਾਉਣੀ ਤੇ ਤੇਰਾ ਬਿਜਲੀ ਦਾ ਬਿੱਲ ਮਾ ਉਹ ਤੈਨੂੰ ਕੋਈ ਬਿੱਲ ਨਹੀਂ ਆਉਣਾ ਓਏ ਰਤਨ ਨੇ ਭਰਨਾ ਹੂੰ ਤੇ ਪੜ ਗਾ ਉਹਦੀ ਮੂਵੀ ਬਣਾ ਕੇ ਭੇਜ ਦੋ ਨਾ ਵੀ ਭੇਜੋ ਯਾਰ ਰਤਨ ਕੇ ਆ ਦੇਖੋ ਜੀ ਲਾਈਟਾਂ ਜਗੀਆਂ ਜਾਂਦੀਆਂ ਮੀਟਰ ਬੰਦ ਹੈ ਹੈ ਹੂੰ ਜਿੰਨੇ ਵੱਡੇ ਲੈਵਲ ਦੀ ਫੜਾਉਂਗੇ ਓਨੇ ਸਾਲਾਂ ਦੀ ਜੇ 1 ਕਿਲੋਵਾਟ ਵਾਲੇ ਦੀ ਫੜਾਉਂਗੇ ਤੇ 1 ਸਾਲ ਦਾ ਤੇਰਾ ਮਾਫਾ ਜੇ 2 ਕਿਲੋਵਾਟ ਵਾਲੇ ਦੀ ਤਾਂ 2 ਸਾਲ ਦਾ ਜੇ 50 ਕਿਲੋਵਾਟ ਵਾਲੇ ਦੀ ਤਾਂ 50 ਸਾਲਾਂ ਦਾ ਹੋ ਸਕਦਾ ساری ਜ਼ਿੰਦਗੀ ਦਾ ਹੀ ਮਾਫਾ ਜੇ ਕੋਈ 500 ਵਾਲੇ ਦੀ ਹੋ ਸਕਦਾ ਤੈਨੂੰ 2 ਲੱਖ ਰੁਪਈਆ ਮੈਕਮਾ ਹੀ ਦੇ ਦੇ ਕੀ ਸਮਝਿਆ ਗੱਲ ਤੇ ਮੈਨੂੰ ਇੰਨਾ ਪਤਾ ਵੀ ਸਾਰਿਆਂ ਨੇ ਸਾਰਿਆਂ ਦੀਆਂ ਫੜਾ ਦੇਣੀਆਂ ਇਹ ਲੋਕਾਂ ਦੀ ਆਸ ਵਿੱਚ ਬਣਦੀ ਬਣਦੀ ਹੈ ਨਹੀਂ ਕਿ ਉਹ ਕਮੇਗਾ ਜੇ ਜੀਜਲ ਮੰਨ ਲਓ ਮਹੱਲੇ ਦੀ ਬਣਦੀ ਆ ਉਹ ਮਲਾਪ ਵਾਲਿਆਂ ਦਾ ਕਾਲਿਆਂ ਨੇ ਫੜਾ ਦੇਣੀਆਂ ਅਗਲਾ ਇਹਨਾਂ ਦੇ ਸਟicker ਵਾਲੇ ਸਟicker ਦੀ ਵੀਡੀਓ ਬਣਾਉਣਗੇ ਵੀ ਇਹਨਾਂ ਦੇ ਸਟicker ਦੇਖੋ ਆ ਲੱਗਿਆ ਵਾ ਤੇ ਆ ਵਾ ਦੇਹ ਚੋਰੀ ਕਰਦੇ ਆ ਨਰੇ ਕਹਣਗੇ ਜੀ ਵਾ ਦੇਲੇ ਲਾਈ ਸੀ ਹਸਕਵੀਰ ਕਾਲ ਕਾਲਿਆਂ ਨੇ ਕਾਂਗਰਸ ਵਾਲਿਆਂ ਦੇ ਫੜਾ ਦੇਣੇ ਕਾਂਗਰਸ ਵਾਲਿਆਂ ਦੇ ਕਾਲਿਆਂ ਦੇ ਪਾਸੇ ਸਾਰੇ ਪਿੰਡ ਨੇ ਇੱਕ ਦੂਜੇ ਦੀਆਂ ਕੁੰਡੀਆਂ ਫੜਾ ਦੇਣੀਆਂ ਹੈ ਸਾਰਾ ਪਿੰਡ ਫੜਾਉ ਹੂੰ ਤੇ ਕਦੇ ਇੱਕ ਗੱਲ ਇਹ ਆ ਇਹ ਜਦੋਂ ਜਦੋਂ ਮੰਨ ਲਾ ਹੁਣ ਕੀ ਹੁੰਦਾ ਜਦੋਂ ਮੀਟਰ ਮੁੱਠਰ ਕੱਟਣ ਲੱਗਦੇ ਆ ਸਾਰਾ ਪਿੰਡ ਕੱਟਾ ਹੋ ਜਾਂਦਾ ਹਾਂ ਅਗਲਾ ਆ ਪਾਸ਼ਣ ਪਤਾ ਕੀ ਦੰਦਾ ਅਗਲਾ ਅਗਲਾ ਆਂਦਾ ਨਾ ਅਗਲਾ ਆਂਦਾ ਪਾਸ਼ਣ ਉੱਥੇ ਹੁੰਦੇ ਆ ਜਿਹੜੇ ਜਦੋਂ ਆਇਆ ਮੀਟਰ ਮੁੱਠਰ ਵਾਲੇ ਮੀਟਰਾਂ ਦਾ ਬਹੁਤ ਰੋਣਾ ਪੈਂਦਾ ਹਾਂ ਜਦੋਂ ਚ ਹੁੰਦੇ ਆ ਪਾਸ਼ਣ ਕੀ ਹੁੰਦੇ ਆ ਅਗਲਾ ਕਹਿੰਦਾ ਇਹ ਆਪਾਂ ਕਾਂ ਲਈ ਕਾਂਗਰਸੀ ਬਾਤ ਚ ਬਣ ਜਾਗੇ ਇਹ ਮਸਲੇ ਤੇ ਘੱਟੇ ਹੋ ਜੋ ਅਹੀਂ ਹੁੰਦਾ ਨਾ ਅਹੀਂ ਹੁੰਦਾ ਜਮਾ ਅਹੀਂ ਹੁੰਦਾ ਨਾ ਵੀ ਮੈਨੂੰ ਇਹ ਲੱਗਦਾ ਜਿਦੋਂ ਕੋਈ ਇਕੱਲਾ ਕਲਾ ਫੜਿਆ ਗਿਆ ਹੋਇਆ ਹਮ ਸਾਰੇ ਪੜਾਏ ਹੋਣੇ ਸਾਰੇ ਪੜਾਉਣ ਵਾਲੇ ਹੋਣੇ ਇਲਾ ਤਾਂ ਫੜਾਇਆ ਤਾਂ ਮੈਂ ਆ ਹਮ ਉਹ ਤਾਂ ਨਹੀਂ ਜਾਂਦਾ ਮੇਰਾ ਤਾਂ ਇਕੱਲਾ ਤਾਂ ਉਹੀ ਮਾਪ ਹੋ ਜਾਣਾ ਮੇਰਾ ਤਾਂ ਭਾਵੇਂ ਬਾਹਰ ਵੀ ਨਿਕਲ ਜੇ ਹਮ ਮੇਰੀ ਤਾਂ ਫਲਾਨੇ ਵਾਲੇ ਦੀ ਰਿਪੋਰਟ ਭੇਜੀ ਵੀ ਹੈ ਮੇਰੀ ਧਮਕੇ ਵਾਲੇ ਦੀ ਭੇਜੀ ਵੀ ਹੈ ਹਮ ਮਤਲਬ ਯਾਰ ਕੁੱਲ ਮਿਲਾ ਕੇ ਛੇ ਕੋਈ ਮਸਲੇ ਤਾਂ ਹੱਲ ਕਰਨਾ ਹੋਵੇ ਨਾ ਸੱਚੀ ਕਰਨਾ ਹੋਵੇ ਵੀ ਆਪਾਂ ਨੂੰ ਲੱਗਦਾ ਹੋਵੇ ਵੀ ਆਪਾਂ ਕਰਨਾ ਹੈ ਹੂੰ ਤਾਂ ਸਰਕਾਰਾਂ ਵਾਸਤੇ ਬਿਨਾ ਖਰਚੇ ਤੋਂ ਵੀ ਬਹੁਤ ਕੁਝ ਹੁੰਦਾ ਕਰਨ ਹੂੰ ਬਹੁਤ ਸਮੱਸਿਆਵਾਂ ਦਾ ਹੱਲ ਪੈਸਾ ਕਰ ਤੇ ਯਾਰ ਸਰਕਾਰਾਂ ਨੇ ਸਰਕਾਰ ਕੀ ਹੁੰਦੀ ਆ ਯਾਰ ਸਰਕਾਰ ਕੀ ਹੁੰਦੀ ਆ ਰਤਨ ਹੂੰ ਸਰਕਾਰ ਕੀ ਹੁੰਦੀ ਆ ਸਰਕਾਰ ਕੀ ਆ ਬਹੁਤ ਲੋਕ ਕਹਿੰਦੇ ਸਰਕਾਰ ਕੁਝ ਦੇ ਦੂ ਹੂੰ ਸਰਕਾਰ ਪਤਾ ਕੀ ਚੀਜ਼ ਆ ਮੰਨ ਲਾ ਯਾਰ ਤੂੰ ਤੇ ਤੂੰ ਘਰ ਪਾਉਣ ਲੱਗਿਆ ਹੂੰ ਤੂੰ ਕੀ ਕੀਤਾ ਘਰੇ ਬੋਰ ਕਰਾ ਲਿਆ ਮੱਛੀ ਮੋਟਰ ਪਾ ਲਈ ਤੈਨੂੰ ਪਾਣੀ ਦੀ ਲੋੜ ਤੂੰ ਕੀ ਕੀਤਾ ਮੋਟਰ ਛੱਡੀ ਪਾਣੀ ਕੱਢਿਆ ਕੁਛ ਡੁੱਲਿਆ ਵਰਤਿਆ ਮੋਟਰ ਬੰਦ ਕੀਤੀ ਹੂੰ ਫੇਰ ਲੋੜ ਪਈ ਫੇਰ ਛੱਡੀ ਫੇਰ ਕੱਢਿਆ ਉੱਥੇ ਵਰਤ ਲਿਆ ਘੋੜਾ ਨਮਾਉਣਾ ਉਹਦੇ ਲਈ ਵਰਤ ਲਿਆ ਪਸ਼ੂ ਪਿਆਉਣੇ ਉਹਦੇ ਲਈ ਵਰਤ ਲਿਆ ਵਾਰ-ਵਾਰ ਛੱਡੀ ਵਾਰ-ਵਾਰ ਛੱਡੀ ਤੈਨੂੰ ਮੁਸ਼ਕਲ ਆਈ ਵੀ ਯਾਰ ਇਹਦਾ ਬਹੁਤ ਵੱਡੀ ਪ੍ਰੋਬਲਮ ਆ ਤਾਂ ਤੂੰ ਉਦੋਂ ਬਾਅਦ ਕੀ ਸੋਚਿਆ ਤੂੰ ਸੋਚਿਆ ਕਿ ਯਾਰ ਕਿਉਂ ਨਾ ਆਪਾਂ ਕੀ ਕਰੀਏ ਇੱਕ ਟੈਂਕੀ ਬਣਾਈਏ ਤਾਂ ਹੂੰ ਆਪਾਂ ਸਵੇਰੋਂ ਛੱਡਾਂਗੇ ਉਹਨੂੰ ਭਰਾਂਗੇ ਜਿੱਥੇ ਜਿੰਨਾ ਚਾਹੀਦਾ ਉੱਥੇ ਉੰਨੀ ਕੁ ਟੂਟੀ ਛੱਡਿਆ ਕਰਾਂਗੇ ਬਾਕੀ ਦੇ ਬੰਦ ਕਰ ਦੇ ਹੂੰ ਸਰਕਾਰ ਆ ਹੈ ਵੀ ਕੋਸ ਪੈਸਾ ਤਾਂ ਲੋਕਾਂ ਨੇ ਕਮਾਉਣਾ ਹੈ ਜਿਹੜਾ ਲੋਕਾਂ ਨੇ ਵਰਤਣਾ ਹੂੰ ਸਰਕਾਰ ਕੀ ਇੱਕ ਪਾਣੀ ਵਾਲੀ ਟੈਂਕੀ ਹੈ ਹੂੰ ਜਿਹਦੇ ਵਿੱਚ ਕੁਝ ਲੋਕਾਂ ਦਾ ਪਾਣੀ ਹੈ ਜਿਹੜਾ ਉੱਥੇ ਜਾ ਵੜਦਾ ਤੇ ਜਿੱਥੇ ਜਿਹਨੂੰ ਜਿੰਨਾ ਲੋੜ ਆ ਉਹਨਾਂ ਵਰਤ ਲੈਂਦਾ ਹੂੰ ਇਹ ਸਰਕਾਰ ਆ ਇਹ ਖਜ਼ਾਨਾ ਹੈ ਹੂੰ ਇਹਨੂੰ ਖਜ਼ਾਨਾ ਕਹਿੰਦੇ ਹੁਣ ਕੀ ਚੱਕਰ ਹੈ ਵੀ ਇੱਕ ਤਾਂ ਪਾਈਪਾਂ ਉਹ ਲੀਕ ਆ ਜਿਹੜੀਆਂ ਤਾਂ ਉਹ ਪਾਣੀ ਚੜਾਉਂਦੇ ਆ ਤਰਾਲਾਂ ਤਾਂ ਉਹ ਚ ਪੈਂਦੀਆਂ ਤੇ ਤਰਾਲਾਂ ਹੀ ਉਹ ਚ ਪਈ ਜਾਂਦੀਆਂ ਰਾਹ ਚ ਜਿਹੜੀਆਂ ਟੂਟੀਆਂ ਤੱਕ ਪਹੁੰਚਦੀਆਂ ਵੀ ਪਹਿਲਾਂ ਤਾਂ ਜਿਹੜਾ ਥੱਲੇੋਂ ਪਾਣ ਮੋਟਰ ਛੱਡਦਾ ਉਹ ਜਿੱਥੇ ਘੰਟੇ ਚ ਭਰਨਾ ਸੀ ਉਹ ਤਿੰਨਾਂ ਘੰਟਿਆਂ ਚ ਟੈਂਕੀ ਭਰਦੀ ਹੈ ਤੇ ਮੁੜ ਕੇ ਜਿਹੜੀ ਛੀਆਂ ਘੰਟੇ ਚ ਖਾਲੀ ਹੋਣੀ ਸੀ ਉਹ ਦੋ ਘੰਟਿਆਂ ਚ ਹੋ ਜਾਂਦੀ ਠੀਕ ਹੈ ਕਿ ਨਹੀਂ ਇਹ ਜੇ ਟੈਂਕੀ ਥਾਂ ਤੇ ਪੀਪਾ ਕਰੀਏ ਕਿ ਪੀਪਾ ਜਲਹੀ ਹਾਂ ਹਾਂ ਅਸਲ 'ਚ ਸਰਕਾਰ ਦੁਨੀਆ ਤੇ ਪੂਰੀ ਦੁਨੀਆ ਤੇ ਸਰਕਾਰ ਦੀ ਹੋਰ ਕੋਈ ਡੈਫੀਨੇਸ਼ਨ ਨਹੀਂ ਇਦੂ ਜ਼ੌਖੀ ਮੇਰੀ ਨਿਗਾ ਚ ਸਰਕਾਰ ਹੋਰ ਕੁਛ ਨਹੀਂ ਹੁੰਦੀ ਸਰਕਾਰ ਦੇ ਪੱਲੇ ਕੱਖ ਨਹੀਂ ਹੁੰਦਾ ਦੇਣ ਨੂੰ ਲੋਕਾਂ ਮੈਨੂੰ ਵੀ ਇਰ ਐ ਜੇ ਲਕੀ ਜਾਂਦਾਗਾ ਗੱਲਾਂ ਦਾ ਠੀਕ ਐ ਕਹਿਣ ਵਾਲੇ ਸੋਨਣ ਵਾਲੇ ਵੀ ਕਹਿਣਗੇ ਵੀ ਠੀਕ ਆਪਨੂੰ ਐ ਲੱਗਦਾ ਵੀ ਕੀੜਾ ਹਰੇ ਹੈਗਾਗਾ ਤੇਰੇ ਅੰਦਰ ਉਹ ਨਹੀਂ ਮਰਦਾ ਹੁੰਦਾ ਐ ਨਹੀਂ ਮਰਦਾ ਹੁੰਦਾ ਤੇ ਮਰਨਾ ਚਾਹੀਦਾ ਵੀ ਨਹੀਂ ਹੁੰਦਾ ਹਾਂ ਲੈਣਾ ਪੰਗਾ ਮੈਂ ਪੰਗਾ ਨਾਲ ਲਿਆ ਤਾਂ ਪੰਗਾ ਦਵਾਵਾਂਗੇ ਕਿਸੇ ਨੂੰ ਤੇਰੇ ਵਰਗੇ ਨੂੰ ਚੜਾਵਾਂਗੇ ਪੰਪ ਕਿਸੇ ਤੇ ਟੈਮੋ ਲਾ ਕੇ ਦੇਖ ਲਾਂਗੇ ਕਿਰਾ ਇੱਕ ਸਾਲ ਛੁੱਟੀ ਵੀ ਰਤਨ ਤੇਰੀ ਤੇਰਾ ਮੜੰਗਾ ਆ ਯਾਰ ਫਲਾਣੇ ਲੀਡਰ ਤੇ ਪੈਂਦਾ ਤੂੰ ਉਹਦੀ ਕਮੀ ਪੂਰੀ ਕਰ ਸਕਦਾ ਜਿਵੇਂ ਮੈਨੂੰ ਦਰਿਆਨਕਾ ਦੋ ਮੈਨੂੰ ਐਂ ਜਲਾ ਦਿੰਦਾ ਵੀ ਬਾਦਲ ਸਾਹਿਬ ਵਾਂਗੂ ਲਈ ਫਰਦਾ ਮਰਵਾ ਦੇਗਾ ਵੀ ਮੈਂ ਮੇ ਮੇਰੇ ਮੇਰਾ ਮਾਤਾ ਐਂ ਕਹਿੰਦਾ ਵੀ ਇੱਕ ਝੁੱਟੀ ਮੈਂ ਤੇਰੇ ਤੇ ਦੱਸਦੀ ਕਰ ਮੇਰੇ ਬਾਬੂ ਵੀ ਮੈਨੂੰ ਮੈਂ ਮੈਂ ਇੱਕ ਤੈਨੂੰ ਦੱਸਦਾ ਨਾ ਗੱਲ ਰਤਨ ਮੈਂ ਚੰਗਾ ਸਿਆਸੀ ਲੀਡਰ ਬਣਾ ਨਾ ਬਣਾ ਮੈਂ ਬਹੁਤ ਚੰਗਾ ਸਿਆਸੀ ਗੁਰੂ ਬਣ ਸਕਦਾ ਤੇ ਤੂੰ ਮੈਨੂੰ ਗੁਰੂ ਮੰਨ ਲਾ ਹੂੰ ਮੈਂ ਤੈਨੂੰ ਸ਼ਿਕਰ ਤੇ ਲੈ ਆਪਣੇ ਵੀ ਕੈਮਰੇ ਹੋਗੇ ਹੀ ਬੰਦੇ ਗਰਮ ਹੋ ਜਾਂਦੇ ਇਹ ਤੱਤੇ ਹੋ ਗਏ ਸੀ ਮਾੜੇ ਆ ਹਾਂ ਬੰਦਾ ਤਖੜਾ ਸਾਪ ਰਿਆ ਨਹੀਂ ਨਹੀਂ ਇਹ ਇਹ ਪਤਾ ਕੀ ਇਹ ਪਤਾ ਕੀ ਸਾਡਾ ਮਾਨ ਸਨਮਾਨ ਜਿਵੇਂ ਗੱਲ ਆਇਆ ਸੀ ਨਾ ਉਹਨੇ ਵੀ ਸਾਨੂੰ ਐਂ ਕਹਿਤਾ ਹਾਂ ਕਰਾ ਵੀ ਮਾਊ ਵੀ ਬੋਲੇਗਾ ਬੰਦ ਕਰ ਤੇ ਮੈਨੂੰ ਬਰਾਤ ਆਮ ਨੇ ਇਹ ਜਦੋਂ ਅਸੀਂ ਕਹੇ ਨੂੰ ਵੀ ਸੱਦਣਾ ਸੀ ਇਹਨਾਂ ਨੂੰ ਗੱਲ ਨੱਥੀ ਵੀ ਆ ਵੀ ਤੁਸੀਂ ਵੀ ਘੰਟੇ ਵਾਲਾ ਆਪਣੇ ਆਂ ਬੰਦ ਹੋ ਜਾਣਾ ਹਾਂ ਰਲੇ ਬ੍ਰੇਕਾਂ ਨਾਲੇ ਆਪਾਂ ਦੇਖੋ ਖਾਤੀ ਲਿਆ ਨਹੀਂ ਤੰਦ ਟੁੱਟਦੀ ਹੈ ਤੰਦ ਟੁੱਟਦੀ ਹੈ ਬਈ ਤੰਦ ਜੁੜੀ ਵੀ ਰਹਿੰਦੀ ਹੈ ਨਾ ਨਹੀਂ ਅਸਲ ਦੇ ਵਿੱਚ ਇਹ ਤੇਰੀ ਟੀਮ ਦੀ ਚਲਾਕੀ ਹੈ ਜਦੋਂ ਤੂੰ ਫਸਦਾ ਹੈ ਉਦੋਂ ਉਦੋਂ ਭਾਈ ਦਿਆ ਤੁਸੀਂ ਮਦਦ ਤੇ ਤੂੰ ਅੜਿਆਵਾ ਸੀਗਾ ਉਦੋਂ ਉੱਤੇ ਅਸਲ ਦੇ ਵਿੱਚ ਗੱਲ ਮੈਨੂੰ ਚੇਤੇ ਆ ਗਿਆ ਬਾਦਲ ਸਾਹਿਬ ਵਾਲੀ ਗੱਲ ਗੁਰੂ ਧਾਰਨਾ ਵਾਲੀ ਗੱਲ ਕਰਦਾ ਸੀ ਮੈਂ ਤੈਨੂੰ ਕਿਹਾ ਸੀ ਤੂੰ ਤੂੰ ਮੈਨੂੰ ਗੁਰੂ ਬਣਾ ਲਾ ਮੈਂ ਤੈਨੂੰ ਇਹ ਗੱਲ ਦੱਸਤੀ ਮੈਂ ਤੈਨੂੰ ਸਿਖਰ ਤੇ ਲੈ ਜਾਊਂ ਹਮ ਸਿਖ ਮੈਂ ਕੰਮ ਕੋਈ ਰੇੜਾ ਕੀਤਾ ਨਹੀਂ ਮੈਂ ਤੈਨੂੰ ਕਿਹੜਾ ਉਦੋਂ ਵੀ ਇੰਟਰਵਿਊ 'ਚ ਕਿਹਾ ਸੀ ਮੈਂ ਮਾੜੇ ਕੋਲੇ ਤੇ ਰੇਸ ਦਾ ਨਹੀਂ ਖੇਡਦਾ ਨਹੀਂ ਖੇਡਦਾ ਮੈਂ ਜੇ ਤੂੰ ਕੋਲੇ ਤੇ ਦਾਅ ਖੇਡਦਾ ਹੁਣਾਂ ਤੇ ਮੈਂ ਤੈਨੂੰ ਦੱਸਤੀ ਗੱਲ ਫਰ ਸਾਡਾ ਹਜੇ ਰਾਏ ਰੂਈ ਨੀਤੀ ਵਾਲਾ ਕੋਈ ਰਾਦਾ ਨਹੀਂ ਤੂੰ ਰਾਦਾ ਬਣਾ ਬਣ ਜਾਂਦੇ ਹੁੰਦੇ ਆ ਆਈ ਸਮਰਥਕਾਂ ਨੇ ਕਹਿ ਗੂ ਦੇਣਾ ਤੇਨੂੰ ਸਾਨੂੰ ਇੱਕ ਚੰਗੇ ਸਿੱਖ ਚਿਹਰੇ ਦੀ ਲੋੜ ਹੈ ਹਾਂ ਤੂੰ ਹੈਗਾ ਹਾਂ ਤੇਰੇ ਮਗਰਲੇ ਪਾਸੇ ਬਹੁਤ ਯਾਰ ਬੇਕਾਰ ਬੰਦਾ ਬੇਟਾ ਜਿਹੜਾ ਤੈਨੂੰ ਸਿਖਾ ਇਹ ਗੱਲ ਪਤਾ ਕੀ ਆ ਲੂਪਾ ਵਾਲਾ ਇਹ ਗੱਲ ਬੜੀ ਦੂਰ ਜਾਣੀ ਹੈ ਇਹ ਦੂਰ ਜਾਣੀ ਮਲੂਕਾ ਸਾਹਿਬ ਉਹਨਾਂ ਦੇ ਹੀ ਰਿਕੇ ਚ ਉਹਨਾਂ ਨੂੰ ਕਹਿੰਦੇ ਤਕੜੇ ਹੋ ਜੋ ਵੱਲੋਂ ਹਾਂ ਨਹੀਂ ਇਹ ਹੋਣਾ ਚਾਹੀਦਾ ਮੈਨੂੰ ਐ ਲੱਗਦਾ ਵੀ ਇਹ ਭੈਜਾ ਲੀਡਰਾਂ ਨੂੰ ਵੀ ਬਣਾ ਰਿਹਾ ਮੈਂ ਤਾਂ ਨਾ ਉਹੀ ਦੌਕਾ ਮਾਰੀ ਰੱਖਿਆ ਯਾਰ ਹਾਂ ਉਹੀ ਉਹੀ ਮਤਲਬ ਵਿਗਾੜੂ ਪੰਗਾ ਲਮਾ ਕੇ ਹੋ ਮੈਂ ਕੋਈ ਕੋਣ ਅਗਲਾ ਇਹਨੇ ਨਾਲ ਡਰਦਾ ਹੀ ਅਗਲਾ ਸਿਆਣਾ ਬਣਿਆ ਰਹਿੰਦਾ ਅਗਲਾ ਬੰਦੇ ਬਣ ਕੇ ਚੱਲ ਗਏ ਰਸਨ ਆਉਂਦਾ ਚੜਦਾ ਉੱਤੇ ਕਿ ਨਹੀਂ ਵੀ ਬੰਦੇ ਨੂੰ ਮੈਨੂੰ ਤਾਂ ਐ ਲੱਗਦਾ ਵੀ ਉਹੀ ਦੌਕਾ ਰੱਖ ਮੈਂ ਤਾਂ ਕਹਿੰਦਾ ਤੂੰ ਜਵਾਬ ਨਾ ਦੇ ਦੌਕਾ ਰੱਖ ਰੋਬ ਰੱਖ ਹਾਂ ਹੈ ਉਹ ਹੋਰ ਹੂਣਾ ਯਾਰ ਲੋਕ ਦੇਖਣ ਲੱਗੇ ਹਨ ਨਹੀਂ ਹੋਰੋਂ ਕਿਵੇਂ ਦੇਖਣੀ ਯਾਰ ਕਿੱਡੀ ਗੱਲ ਮੈਂ ਤਾਂ ਚੰਗੀ ਗੱਲ ਆ ਯਾਰ ਇਹ ਹੈ ਨਹੀਂ ਇਹ ਤਾਂ ਹੈਗਾ ਰਾਜਨੀਤੀ ਦੇਖ ਘਾਟਾ ਰਾਜਨੀਤੀ ਚ ਬਹੁਤ ਲੋਕਾਂ ਨੂੰ ਨਵੇਂ ਮੁੰਡਿਆਂ ਨੂੰ ਆਉਣਾ ਤਾਂ ਚਾਹੀਦਾ ਹੈ ਇਹ ਤਾਂ ਮੈਂ ਮੰਨਦਾ ਯਾਰ ਮਤਲਬ ਜੇ ਆਪਾਂ ਗੱਲ ਕਰੀਏ ਵੀ ਚੰਗੇ ਲੋਕ ਨਹੀਂ ਆਉਣਗੇ ਤਾਂ ਫਿਰ ਤੁਹਾਡੇ ਜਦੋਂ ਤੁਸੀਂ ਰਾਜਨੀਤੀ ਚ ਕੋਈ ਵੀ ਚੰਗਾ ਬੰਦਾ ਨਹੀਂ ਆਉਣਾ ਚਾਹੁੰਦਾ ਤੇ ਫਿਰ ਉਹਨੂੰ ਕੀ ਹੱਕ ਆ ਵੀ ਉਹ ਇਹ ਗੱਲ ਕਵੇ ਵੀ ਵੀ ਮਾੜੇ ਬੰਦੇ ਰਾਜਨੀਤੀ ਚ ਤੈਨੂੰ ਤਾਂ ਹੱਕ ਹੀ ਕੋਈ ਨਹੀਂ ਬਿਲਕੁਲ ਚੰਗੇ ਬੰਦੇ ਆਉਣਾ ਨਹੀਂ ਚਾਹੁੰਦੇ ਤੇ ਉਹਨੂੰ ਕੀ ਹੱਕ ਆ ਵੀ ਇਹ ਗੱਲ ਕਹਿਣ ਦਾ ਵੀ ਰਾਜਨੀਤੀ ਮਾੜੇ ਬੰਦੇ ਦੀ ਐ ਪਤਾ ਲੋਪੋ ਵਾਲਾ ਰਾਜਨੀਤੀ ਚ ਜੇ ਆਪਾਂ ਭਾਰਤ ਦੀ ਗੱਲ ਕਰਦੇ ਆਂ ਸਭ ਤੋਂ ਜ਼ਿਆਦਾ ਵਕੀਲ ਜਾਂ ਪੱਤਰਕਾਰ ਹੀ ਬਹੁ ਪੰਗੇ ਲੈਂਦੇ ਆ ਲੈਣੇ ਚਾਹੀਦੇ ਯਾਰ ਪੱਤਰਕਾਰ ਬੰਦੇ ਨੂੰ ਐ ਲੱਗਦਾ ਹੁੰਦਾ ਵੀ ਮੈਂ ਭਗਵੰਤ ਮਾਨ ਨੂੰ ਕਿਵੇਂ ਲੱਗਦਾ ਹੁੰਦਾ ਸੀ ਭਗਵੰਤ ਮਾਨ ਨੂੰ ਐ ਲੱਗਦਾ ਹੁੰਦਾ ਸੀਗਾ ਵੀ ਇਸ ਸਮੱਸਿਆਵਾਂ 'ਤੇ ਵੀ ਚੁਟਕਲੇ ਨੀਵਾ ਬਣਾਉਣੇ ਮੈਂ ਇਹਨਾਂ ਨੂੰ ਸਹੀ ਕਰ ਸਕਦਾ ਆ ਗਿਆ ਉਹ ਗੱਲ ਵੱਖਰੀ ਆ ਵੀ ਹੁਣ ਉਹਦੇ ਚੁਟਕਲੇ ਉੱਤੇ ਭਾਰੀ ਪੈਂਦੇ ਆ ਹੁਣ ਉਹਨੂੰ ਉਹਦੇ ਤੇ ਕੋਈ ਚੁਟਕਲਾ ਬਣਾਉਣ ਦੀ ਲੋੜ ਨਹੀਂ ਗਈ ਹੁਣ ਬਸ ਉਹਦੀ ਪ੍ਰਾਣੀਆਂ ਹੀ ਸੁਣ ਲੋ ਹੂੰ ਠੀਕ ਹੈ ਕਿ ਨਹੀਂ ਉਹ ਉਹ ਨਹੀਂ ਆਇਆ ਐ ਲੱਗਦਾ ਵੀ ਉਹ ਆਪ ਨੂੰ ਹੀ ਕਹੀ ਜਾਂਦਾ ਹੂੰ ਠੀਕ ਹੈ ਕਿ ਨਹੀਂ ਮੈਨੂੰ ਐ ਲੱਗਦਾ ਵੀ ਜਿਹੜੇ ਬੰਦਿਆਂ ਨੇ ਤੇਰੇ ਵਰਗੇ ਬੰਦਿਆਂ ਨੇ ਬਹੁਤ ਚੰਗਾ ਬੋਲਿਆ ਹੁੰਦਾ ਹੂੰ ਤੇ ਉਹ ਕਿਸੇ ਫੀਲਡ ਚ ਆ ਗਿਆ ਉਹਦੇ ਆਪ ਦੇ ਬੋਲ ਹੀ ਉਹਨੂੰ ਤੁਰ ਨਹੀਂ ਦਿੰਦੇ ਗਲਤ ਪਾਸੇ ਹੂੰ ਬੰਦਾ ਕਹਿੰਦਾ ਯਾਰ ਗਲਤ ਪਾਸੇ ਤੁਰੂੰਗਾ ਤੇ ਭਜੂ ਕਿੱਥੇ ਮੇਰੀ ਆਪ ਦੀ ਜ਼ਬਾਨ ਚੋਂ ਗੱਲ ਨਿਕਲੀ ਵੀ ਆ ਹੂੰ ਬੰਦੇ ਨੇ ਕਿਸੇ ਨੂੰ ਜ਼ਬਾਨ ਦਿੱਤੀ ਹੋਵੇ ਉਹ ਗੱਲ ਕੋ ਹੋਰ ਆ ਜਿਹੜੀ ਆਪਦੇ ਆਪ ਨੂੰ ਜ਼ਬਾਨ ਦਿੱਤੀ ਹੋਵੇ ਉਹ ਤੋਂ ਬੰਦਾ ਟਲਦਾ ਨਹੀਂ ਪਰ ਕਈ ਸ਼ਰਮ ਵਾਲੀ ਲੋਈ ਲਾ ਦਿੰਦੇ ਆ ਨਾ ਕਹਿ ਉਹ ਯਾਰ ਕਿੰਨੀ ਵੀ ਲਾ ਦੇ ਫੇਰ ਵੀ ਬਾਲੀ ਬੁੱਕਲ ਨਹੀਂ ਖੋਲਦਾ ਹੁੰਦਾ ਕੋਈ ਵੀ ਬੰਦਾ ਹੂੰ ਮਾੜੀ ਮੋਟੀ ਚਲੋ ਹੋ ਜਾਂਦੀ ਹੁੰਦੀ ਐ ਇਲਤ ਕੋਈ ਵੀ ਬੰਦਾ ਕਰਦਾ ਹੁੰਦਾ ਕਰਨੀ ਵੀ ਚਾਹੀਦੀ ਹੁੰਦੀ ਐ ਸਾਰੇ ਮੁਰਖਾਂ ਚ ਹੀ ਹੁੰਦੀ ਓਨਿਕ ਹੂੰ ਇਹ ਵੀ ਦੂਰ ਦੇ ਫੁੱਲ ਹੀ ਸੋਹਣੇ ਲੱਗਦੇ ਐ ਵੀ ਜੇ ਤੂੰ ਕਮੇਗਾ ਦੂਏ ਮੁਰਖਾਂ ਚ ਨਹੀਂ ਹੁੰਦੀ ਹਾਂ ਸਾਰੇ ਕਿਤੇ ਆ ਸਾਰੇ ਕਿਤੇ ਹੁੰਦੀ ਐ ਸਾਰੇ ਕਿਤੇ ਹੀ ਸ਼ਾਰਟਕਟ ਸਾਰੇ ਕਿਤੇ ਹੀ ਹੈਗੇ ਐ ਹੂੰ ਮਾੜਾ ਮੋਟਾ ਬੰਦੇ ਜਿਹੜੇ ਕਾਨੂੰ ਹੂੰ ਬੰਦਾ ਹੂੰ ਜੰਗਲ ਚੋਂ ਪੈਦਾ ਹੋਇਆ ਹੂੰ ਬੰਦਾ ਅੱਜ ਵੀ ਜੰਗਲ ਵਰਗਾ ਖੋਦ ਲਈ ਰਾਹ ਚਾਹੁੰਦਾ ਹੂੰ ਇਹ ਹਰੇਕ ਹਿਊਮਨ ਦੀ ਸਾਈਕੀ ਹੈ ਇਹ ਸੱਚ ਆ ਹੂੰ ਇਹ ਤਾਂ ਕੋਈ ਨਹੀਂ ਪਛ ਸਕਦਾ ਬੰਦਾ ਚਾਹੁੰਦਾ ਕਿ ਜਿੰਨੀ ਕਾਨੂੰਨ ਦੀ ਬੰਦਿਸ਼ ਹੋਵੇ ਉਹ ਦੂਜਿਆਂ ਲਈ ਹੋਵੇ ਤੇ ਮੇਰੇ ਲਈ ਖੋਲਾ ਹੋਵੇ ਹੂੰ ਤੇ ਇਹ ਇਹ ਹਿਊਮਨ ਸਾਈਕੀ ਆ ਤੇ ਕਿਸੇ ਵੀ ਮੁਲਕ ਚ ਹੋਊਗੀ ਫੀਰ ਕਿ ਨਹੀਂ ਕਿਸੇ ਨਾ ਕਿਸੇ ਰੂਪ ਚ ਹੋਊਗੀ ਬੰਤਾ ਅੱਜ ਵੀ ਜੰਗਲ ਚੋਂ ਹਜ਼ਾਰਾਂ ਸਾਲ ਪਹਿਲਾਂ ਆ ਕੇ ਬੀ ਖੋਦ ਜੰਗਲੀ ਬਣਨਾ ਚਾਹੁੰਦਾ ਪਰ ਉਹ ਕਹਿੰਦਾ ਵੀ ਮੈਨੂੰ ਕੋਈ ਨਾ ਡੱਕੇ ਜਿਆਦਾ ਪਾਵਰ ਹਾਸਲ ਕਰਨ ਦੀ ਜਿਹੜੀ ਸ਼ਕਤੀ ਇੱਛਾ ਹੈ ਉਹ ਕਿਤੇ ਨਾ ਕਿਤੇ ਕੋਲ ਜਿਆਦਾ ਕੰਮ ਕਰਨ ਦੇ ਮਤਲਬ ਆਪਦੇ ਆਪ ਨੂੰ ਆਜਾਦ ਕਰਨ ਦੇ ਚੱਕਰੀ ਆ ਹਰੇਕ ਬੰਦੇ ਦੇ ਕਾਨੂੰਨ ਨੇ ਕੀ ਕੀਤਾ ਕਿ 6 ਬਾਈ 6 ਦੀ ਜਿਵੇਂ ਚੱਕੀ ਹੁੰਦੀ ਆ ਚੱਕੀਆਂ ਚ ਬੰਦਾ ਬੰਦ ਕਰਦਾ ਕਾਨੂੰਨ ਨੇ ਉਹ ਓਡੇ ਓਡੇ ਡੱਬੇ ਬਣਾਤੇ ਬੰਦੇ ਦੇ ਅੜੇ ਵੀ ਬੰਦਾ ਬੰਦੇ ਨਾਲ ਟਕਰਾਵੇ ਨਾ ਤੇ ਹਰੇਕ ਬੰਦਾ 6 ਬਾਈ 6 ਵਾਲਾ ਚਾਹੁੰਦਾ 8 ਬਾਈ 8 ਦੀ ਹੋ ਜੇ 8 ਵਾਲਾ ਕਹਿੰਦਾ 16 ਫੁੱਟ ਦੀ ਹੋ ਜੇ 16 ਫੁੱਟ ਦਾ ਕਹਿੰਦਾ 32 ਫੁੱਟ ਦਾ ਹੋ ਜੇ ਮੇਰੀ ਡੈਰਾ ਮੇਰੀ ਪਾਵਰ ਵਾਜੇ ਮੈਂ ਮਰਜ਼ੀ ਨਾਲ ਕਮਾ ਹੁਣ ਹੁਣ ਮੇਰੇ ਅਰਕਾ ਬੰਦਾ ਕੀ ਕਹਿੰਦਾ ਮੂਰੇ ਥਾਣੇਦਾਰ ਨੂੰ ਫੋਨ ਲਾ ਕੇ ਬਾਈ ਸਾਸਰੀ ਕਾਲ ਹੂੰ ਤੇ ਮੇਰੀ ਸੋਚ ਇਹ ਆ ਵੀ ਮੈਨੂੰ ਇਹ ਫੋਨ ਲਾ ਕੇ ਕਵੇ ਬਾਈ ਸਾਸਰੀ ਕਾਲ ਹੂੰ ਤੇ ਉਹ ਕਿਤੇ ਨਾ ਕਿਤੇ ਹੈ ਤਾਂ ਯਾਦੀ ਦੀ ਸੋਚ ਹੀ ਐ ਜਿਹੜਾ ਬੰਦਾ ਗਾਂ ਜਾਣਾ ਚਾਹੁੰਦਾ ਉਹ ਉਹਦੀ ਸੋਚ ਕਿਤੇ ਨਾ ਕਿਤੇ ਇਹ ਇਨਾ ਚੀਜ਼ਾਂ ਦੇ ਬਿਜਦੀ ਨਾ ਕਿ ਗਾਂ ਲੀਡਰ ਬਣਾਉਂਦੀ ਆ ਹੂੰ ਸਮਝ ਗਿਆ ਨਾ ਤੇ ਆ ਜਿਹੜੀਆਂ ਜਵਾਨਾਂ ਕੀਤਾ ਹੁੰਦੀਆਂ ਹੁੰਦੀਆਂ ਜਿਹੜੇ ਪੱਤਰਕਾਰਾਂ ਨੇ ਜਾਂ ਹੋਰ ਆ ਇਹ ਉਹਨੂੰ ਬਾਲਾ ਗਲਤ ਕਰਨ ਤੋਂ ਰੋਕ ਲੈਂਦੀਆਂ ਫੇਰ ਵੀ ਫੇਰ ਵੀ ਘਿਰਦਾ ਰਹਿ ਜਾਂਦਾ ਬੰਦਾ ਹੂੰ ਤੇ ਜਦੋਂ ਹੁਣ ਕਿਸੇ ਨੂੰ ਜੇਲ੍ਹ ਚੋਂ ਹੀ ਚੱਕ ਕੇ ਬਣਾ ਦੇਣਾ ਤੇ ਫਿਰ ਭਈ ਫਿਰ ਉਹਦੇ ਤੋਂ ਭਲੇ ਦੀ ਉਮੀਦ ਕੀ ਕਰੇਗਾ ਜੇ ਸਿੱਧੇ ਕਿਸੇ ਬੰਦੇ ਨੂੰ ਜੇਲ੍ਹ ਚੋਂ ਹੀ ਲਿਆ ਕੇ ਤੇ ਕਹਿ ਦੇਣਾ ਕਿ ਤੂੰ ਹੁਣ ਭਾਈ ਤੂੰ ਸਾਡੇ ਤੇ ਇੱਧਰਲੇ ਪਾਸੇ ਦਰਾਜ ਕਰ ਫਿਰ ਉਹ ਤਾਂ ਆਪਦੇ ਵਾਲੇ ਪਾਸੇ ਵਾਲੇ ਰਾਹ ਹੀ ਖੋਲੂਗਾ ਹਾਂ ਉਹ ਤਾਂ ਉਵੇਂ ਹੀ ਕਰੂ ਜਿਵੇਂ ਕਰਦਾ ਉੱਤੇ ਵਾਲੇ ਪਾਸੇ ਹੀ ਖੋਲੂਗਾ ਨਾ ਵੀ ਮੈਨੂੰ ਐ ਲੱਗਦਾ ਹੁੰਦਾ ਵੀ ਰਤਨ ਜੇ ਤੇਰੇ ਵਰਗੇ ਮੁੰਡੇ ਆਉਂਦੇ ਸੱਚੀ ਗੱਲ ਆ ਚੰਗੀ ਗੱਲ ਆ ਆਉਣੇ ਚਾਹੀਦੇ ਹੁੰਦੇ ਆ ਪਰ ਮੈਨੂੰ ਇੱਕ ਗੱਲ ਦੱਸ ਯਾਰ ਤੁਹਾਡੇ ਪੱਤਰਕਾਰਾਂ ਬਾਰੇ ਮੈਨੂੰ ਸੱਚੀ ਗੱਲ ਹੁਣ ਪੁੱਛੇਗਾ ਉਹ ਚੱਲ ਬੈਂਟਰਮ ਇੰਟਰਵਲ ਤੋਂ ਚੱਲ ਉਹ ਮੇਰੇ ਮਨ ਚਾਈ ਜਾਂਦੀ ਸੀ ਕਿਉਂਕਿ ਪੱਤਰਕਾਰਾਂ ਨਾਲ ਗੱਲ ਕੀਤੀ ਤਾਂ ਉਹ ਮੈਨੂੰ ਉਹ ਗੱਲ ਪੁੱਛਣੀ ਬੀਰ ਤੁਹਾਡੇ ਸੂਤਰ ਹੁੰਦੇ ਆ ਨਹੀਂ ਹੁੰਦੇ ਆ ਝੂਠਾ ਯਾਰ ਐ ਉਹੀ ਮਤਲਬ ਮੈਨੂੰ ਪਤਾ ਕਿ ਮੈਨੂੰ ਮੈਨੂੰ ਤੁਹਾਡੇ ਸੂਤਰ ਬਾਰੇ ਇਹ ਚ ਦੋ ਗੱਲਾਂ ਗਿਆ ਪਤਾ ਕੀ ਆ ਜਿਹੜਾ ਸੂਤਰਾਂ ਵਾਲੀ ਗੱਲ ਹੈ ਨਾ ਜਿਹੜਾ ਹੁਣ ਬੈਠਾਗਾ ਬੰਦਾ ਉਹ ਦਫਤਰ ਦੇ ਵਿੱਚ ਏਸੀ ਵਾਲੇ ਦੇ ਵਿੱਚ ਜਿੱਥੋਂ ਹੈ ਨਾ ਸਿਸਟਮ ਨਾਲ ਉਹਦੇ ਸੂਤਰ ਉਹਦੇ ਹਿਸਾਬ ਨਾਲ ਨਹੀਂ ਹੁੰਦੇ ਉਹਨੂੰ ਤਾਂ ਥੱਲੜ ਲੈਣੇ ਉਹਨਾਂ ਨੂੰ ਹੀ ਦੱਸਣਾ ਹੁੰਦਾ ਵੀ ਆਏ ਆਏ ਕਰਕੇ ਕਿਉਂਕਿ ਜਿੱਥੇ ਚੱਲਦਾ ਏਜੰਡਾ ਉੱਥੇ ਤੁਹਾਡੇ ਸੂਤਰ ਨਹੀਂ ਜਿਹੜਾ ਸੂਤਰ ਸ਼ਬਦ ਆ ਜਿਹੜੇ ਬੰਦਾ ਗਰਾਊਂਡ ਤੇ ਕੰਮ ਕਰ ਰਿਹਾ ਹੈ ਨਾ ਜਿਵੇਂ ਫਰਜ਼ ਕਰੋ ਵੀ ਕਿਸੇ ਕਿਸੇ ਦੀ ਅੱਜ ਪੇਸ਼ੀ ਆ ਕਿੰਨੇ ਵਜੇ ਆ ਕੋਈ ਕਹਿ ਨਹੀਂ ਦਿੰਦੇ ਵੀ ਸਾਨੂੰ ਸਾਡੇ ਸੂਤਰਾਂ ਤੋਂ ਪਤਾ ਲੱਗਿਆ ਇੰਨੇ ਵਜੇ ਪੇਸ਼ ਹੋਵਾਂਗੇ ਹਨਾ ਉਹ ਕੌਣ ਹੈ ਉਹ ਉਹਨਾਂ ਦੀ ਹੀ ਡਰਾਈਵਰ ਕਨੈਕਟਰ ਜਾਂ ਵੱਡੇ ਅਫਸਰਾਂ ਦੇ ਓਵੇਂ ਓਵੇਂ ਤਾਂ ਦੇਖੋ ਗਰਾਊਂਡ ਵਾਲਿਆਂ ਨੂੰ ਤਾਂ ਗੱਲ ਪਤਾ ਹੁੰਦੀ ਹੈ ਜਿਹੜਾ ਤਾਂ ਅੰਦਰ ਦਫ਼ਤਰ 'ਚ ਬੈਠਾ ਉਹਨੂੰ ਉਹੋ ਜਿਹਾ ਕੁਝ ਨਹੀਂ ਹੁੰਦਾ ਐ ਐਨੀ ਕ ਗੱਲ ਹੈਗੀ ਆ ਐਨੀ ਕਹੀ ਜਿਵੇਂ ਜਿਵੇਂ ਹੁਣ ਉਹ ਵੋਟਾਂ ਪਈਆਂ ਸੀ ਜਦੋਂ ਚੰਨੀ ਮੁੱਖ ਚੰਨੀ ਆ ਹਾਂ ਉਦੋਂ ਤੁਹਾਡੇ ਸੂਤਰਾਂ ਦੀ ਇਹ ਦੁਰਦਸ਼ਾ ਹੋਈ ਚੈਨਲਾਂ ਵਾਲਿਆਂ ਦੀ ਹੂੰ ਵੀ ਉਹ ਕਮਲੇ ਹੋਏ ਫਿਰਨ ਕਿਤੇ ਉਹਨੇ ਕਿਹੜਾ ਬਣਾ ਤਾ ਕਿਤੇ ਕਈ ਘਰਾਂ ਚ ਮਠਿਆਈਆਂ ਪਕਾਤੀਆਂ ਸੂਤਰਾ ਨੇ ਹੂੰ ਹੂੰ ਬਣਿਆ ਚੰਨੀ ਵੀ ਉਹ ਅੰਦਰੋਂ ਕੋਈ ਬੰਦਾ ਦੱਸਦਾ ਸੀ ਵੀ ਮੂਰ ਕੀ ਲਕੀ ਉਹ ਸੱਚੀ ਹੁੰਦਾ ਸੀ ਸੁਣਵਾ ਦੱਸਦਾ ਚੰਨੀ ਵਾਲੇ ਦੀ ਅਸੀਂ ਆਪ ਗਵਾਹਾਂਗੇ ਸੀ ਉੱਥੇ ਸੀਗੇ ਅਸੀਂ ਉਹ ਸਾਰਾ ਕਵਰ ਕਰਿਆਗਾ ਅਸੀਂ ਇੱਕ ਨਵੇਂ ਬੰਦੇ ਨੂੰ ਆਹੀ ਕੈਮਰਾਮੈਨ ਦੀ ਥੋਣੂ ਗੱਲ ਦੱਸਦਾ ਇਹਨੂੰ ਉੱਥੇ ਲੈ ਗਏ ਹੈ ਇਹਨੂੰ ਅਸੀਂ ਕਹਾਣੀ ਹੈ ਇੱਕ ਇਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਜਿਹੜਾ ਕਾਂਗਰਸ ਭਵਨ ਇੱਥੇ ਬਾਹਰ ਖੜ੍ਹ ਜਾ ਜੇ ਕੋਈ ਲੀਡਰ ਆਇਆ ਗਿਆ ਸਾਨੂੰ ਦੱਸ ਦੀ ਹੂੰ ਠੀਕ ਹੈ ਅਹੀ ਗੱਡੀ ਚੱਕੀ ਸਾਨੂੰ ਕਹਿੰਦੇ ਬਈ ਹੁਣ ਕਹਿੰਦੇ ਵੀ ਮੁੱਖ ਮੰਤਰੀ ਬਣੂਗਾ ਸੁਖਜਿੰਦਰ ਰੰਦਾਵਾ ਬਣੂ ਅਸੀਂ ਪਾਇਆ ਗੇਰ ਗੱਡੀ ਨੂੰ ਅਹੀ ਬਜੇ ਰੰਦਾਵੇ ਦੀ ਕੋਠੀ ਚ ਉਦੋਂ ਮੰਤਰੀ ਸੀਗੇ ਉਹ ਸਾਰੇ ਹਨਾ ਉੱਥੇ ਹੋਰ ਵੀ ਫੁੱਲ ਫੁੱਲ ਲਈ ਖੜੇ ਲੈ ਵੀ ਹੀ ਪੱਕੇ ਉਥੋਂ ਚੱਲ ਪਈ ਉਹ ਗੱਲ ਵੀ ਰੰਦਾਵਾ ਹਾ ਰੰਦਾਵਾ ਹਾ ਰੰਦਾਵਾ ਹਾ ਹੁਣ ਪਹੁੰਚੇ ਪਤਨੀ ਕੁਲਵੀਰ ਜੀ ਦੇ ਘਰੇ ਪਤਨੀ ਕਿੱਥੇ ਕਿੱਥੇ ਕਿੱਥਿਆਂ ਚੱਲੀ ਗਿਆ ਕੰਮ ਐ ਬਾੜਾ ਕੁਛ ਚੱਲੀ ਗਿਆ ਤੇ ਫੁੱਲ ਫੁੱਲ ਵੀ ਲਿਆਏ ਹੋਰ ਵੀ ਹੈ ਫੇਰ ਆ ਵਜਦੀ ਖਬਰ ਆਈ ਖਣੇ ਵੀ ਸਿੱਧੂ ਸਾਹਿਬ ਰਸ ਗਏ ਹੂੰ ਉਹ ਤਾਂ ਕਹਿੰਦੇ ਜੇਡਬਲਯੂ ਮੈਰੀਟ ਹੋਟਲ ਆ ਉਥੇ ਵੀ ਉਥੇ ਆ ਉਥੇ ਉਥੇ ਮੀਟਿੰਗ ਚੱਲੀ ਜਾਂਦੀ ਆ ਉਥੇ ਇਹਨਾਂ ਦੇ ਜਿਹੜੇ ਪ੍ਰਭਾਰੀ ਆ ਉਹ ਆਏ ਆ ਹੋਰ ਆ ਵੱਡੇ ਵੱਡੇ ਲੀਡਰ ਅਸੀਂ ਪਾਇਆ ਗੇਰ ਹੂੰ ਅਸੀਂ ਬੱਜੇ ਉਥੇ ਉਥੇ ਗਾਂ ਰਾਜੇ ਬਡੰਗ ਦੀ ਗੱਡੀ ਆ ਗਈ ਦੋ ਤਿੰਨ ਲੀਡਰਾਂ ਦੀ ਹੋਰ ਗੱਡੀ ਆ ਗਈ ਕਹਿੰਦੇ ਇੱਥੋਂ ਬਣੂ ਆਏ ਹੁਣ ਪਰ ਬੇਦੀ ਸਿੱਧੂ ਦੀ ਵੀ ਗੱਲ ਚੱਲ ਪਈ ਵੀ ਹੁਣ ਇਹ ਬਣੂ ਜਾਉ ਹਾਂ ਜਾਖੜ ਦੀ ਵੀ ਚੱਲ ਪਈ ਉਹ ਜਾਖੜ ਦੀ ਤੁਹਾਨੂੰ ਦੱਸਦਾ ਉੱਥੀ ਜਾਖੜ ਵਾਲੀ ਤੇ ਵੀ ਆਉਣਾ ਮੁੜ ਕੇ ਕਹਿੰਦੇ ਵੀ ਉਥੋਂ ਗੱਲ ਨ ਕਹਿੰਦੇ ਵੀ ਜਾਖੜ ਨੂੰ ਵੀ ਕਹਿੰਦੇ ਕਿਸੇ ਨੇ ਫੁੱਲ ਭੇਜਤੇ ਪਤਾ ਨਹੀਂ ਫੁੱਲ ਫੁੱਲ ਆ ਕੇ ਗਲਦਾਤਾ ਆ ਗਯਾ ਹੈ ਉਹ ਹੱਟ ਗਿਆ ਦਾ ਮੈਂ ਯਾਰ ਉਹ ਆਪਾਂ ਇੱਕ ਬੰਦਾ ਮੈਂ ਕਿਹਾ ਉੱਥੇ ਖੜਾ ਕੇ ਆਏ ਸੀ ਉਹਨੂੰ ਦਾ ਫੋਨ ਲਾ ਲਓ ਜਿਹੜਾ ਕਾਂਗਰਸ ਭਵਨ ਦੇ ਬਾਹਰ ਬੰਦਾ ਖੜਾ ਵੀ ਕਾਂਗਰਸ ਭਵਨ ਚ ਕੀ ਹੋ ਰਿਹਾ ਵੀ ਉੱਥੋਂ ਪਤਾ ਲੱਗੂ ਪਰ ਅਹੀਂ ਆਏ ਪੁੱਲ ਗਏ ਜਿਹੜਾ ਬੰਦਾ ਲੈ ਕੇ ਗਿਆ ਪਹਿਲੇ ਤਾਂ ਨਹੀਂ ਲੈ ਕੇ ਗਏ ਸੀ ਉਹਨੂੰ ਨਾਂ ਦਾ ਬਈ ਆ ਹੀ ਖੜਾ ਹੁਣ ਨਾ ਤਾਂ ਕੇ ਲੀਡਰ ਦਾ ਪਤਾ ਨਾ ਚਕਲ ਜਾਦਾ ਉਹ ਕਹਿੰਦਾ ਲਾਲ ਜੀ ਪੰਗੜ ਦੇ ਸੁਭਾਵ ਨਾਲ ਮੈਂ ਕਿਹਾ ਲਾਈਵ ਹੀ ਮੈਂ ਹੁਣ ਉਹ ਮੈਂ ਫੜਾ ਮੈਂ ਦਿਖਾਉਣਾ ਕਹਿੰਦੇ ਕਿਵੇਂ ਉਹਨੂੰ ਕੋਈ ਨਹੀਂ ਪਤਾ ਸੀ ਮੈਂ ਕਿਹਾ ਉਹਨੂੰ ਕਿਹੜਾ ਪਤਾ ਹੈਗਾ ਵੀ ਆਪਾਂ ਕਿਹੜਾ ਲਾਈਵ ਕਰਦੇ ਆ ਪਤਾ ਰਿਕਾਰਡ ਕਰਕੇ ਫਿਰ ਭੇਜ ਕੇ ਫਿਰ ਫਿਰ ਭੇਜਦੇ ਆ ਪਿੱਛੇ ਬਠਿੰਡੇ ਹੂੰ ਉਹਨੂੰ ਇਹੀ ਫੋਨ ਤੇ ਲੈ ਲਿਆ ਹੂੰ ਮੈਂ ਮੈਨੂੰ ਉਹ ਬੰਦੇ ਦਾ ਹੁਣ ਤਾਈ ਬੱਬੂ ਬੱਬੂ ਇਹਦਾ ਕੱਚਾ ਨਾ ਬੱਬੂ ਦਾ ਪਤਾ ਪੱਕਾ ਨਾ ਨਹੀਂ ਪਤਾ ਮੈਂ ਆਪਣੀ ਸੁਖਜੰਦਰ ਆਪੇ ਸੁਖਵਿੰਦਰ ਮੈਂ ਉਹਨੂੰ ਕਿਹਾ ਮੈਂ ਸੁਖਵਿੰਦਰ ਜੀ ਤੁਸੀਂ ਲਾਈਵ ਜੁੜ ਚੁੱਕੇ ਹੋ ਹੈ ਕੀ ਹਾਲਾਤ ਆ ਮੈਂ ਕਾਂਗਰਸ ਭਵਨ ਲੈ ਪਰ ਬੰਦੇ ਨੇ ਗੱਲ ਸੰਭਾਲ ਲਈ ਉਹ ਗੱਲ ਦੇਖ ਉਸ ਦਿਨ ਬਈ ਆਈ ਸੀ ਕਦੇ ਗੁਲਦਸਤਾ ਕਿਸੇ ਨੂੰ ਦਿੱਤਾ ਨਹੀਂ ਕਦੇ ਕਿਸੇ ਨੂੰ ਦਿੱਤਾ ਨਹੀਂ ਉਵੇਂ ਹੀ ਚੱਲ ਰਿਹਾ ਹੈ ਜੀ ਉਹ ਤੇ ਸੂਤਰ ਥੋੜੇ ਫੇਲ ਸੀ ਹਾਂ ਉਹਦਾਂ ਸੂਤਰ ਫੇਲ ਸੀ ਉਦੋਂ ਸੂਤਰ ਜਮ੍ਹਾਂ ਹੀ ਫੇਲ ਸੀਗੇ ਪਰ ਪਰ ਉਹਵੇਂ ਫੇਰ ਨਹੀਂ ਆਪਾਂ ਕਹਾਂਦੇ ਗੱਲ ਹੋਈ ਸੀ ਜਿਵੇਂ ਜਿਵੇਂ ਲੋਕਾਂ ਨੇ ਦੱਸੀ ਪਰ ਉਹ ਅਨਾਉਂਸ ਕਰਤਾ ਇੱਕ ਉਹ ਇੱਕ ਇੱਕ ਜਿਹੜੀ ਖਤਰਨਾਕ ਗੱਲ ਮੈਨੂੰ ਉਦਾਂ ਲੱਗੀ ਨਾ ਜਦੋਂ ਇੱਕ ਵੱਡੇ ਚੈਨਲ ਦੇ ਉੱਤੇ ਅਨਾਉਂਸ ਹੋ ਜਾਂਦਾ ਨਾ ਵੀ ਅਸੀਂ ਸਾਡਾ ਚੈਨਲ ਮੋਹਰ ਲਾਉਂਦਾ ਸਭ ਤੋਂ ਪਹਿਲਾਂ ਵੀ ਅਸੀਂ ਦੱਸ ਰਹੇ ਹਾਂ ਵੀ ਹੁਣ ਪੰਜਾਬ ਦਾ ਮੁੱਖ ਮੰਤਰੀ ਜਾਂ ਫਲਾਨੀ ਜੀ ਫਲਾਨੇ ਬੰਦੇ ਨੂੰ ਦਿੱਤੀ ਜਾਣੀ ਆ ਉਹ ਉੱਥੋਂ ਵੀ ਗੱਲ ਫਿਰ ਐ ਬਾੜੀ ਚੱਕੀ ਹੁੰਦੇ ਦੂਜੇ ਨੂੰ ਦੇਖ ਕੇ ਕਿਉਂਕਿ ਸਾਰੇ ਇਹ ਖਬਰਾਂ ਵਾਲੇ ਕੀ ਕਰਦੇ ਆ ਜਾਂ ਖਾਰਾ ਸਿਸਟਮ ਕੀ ਆ ਚੈਨਲ ਇੱਕ ਅੱਧੇ ਆ ਪੰਜਾਬ 'ਚ ਬਾਕੀ ਹਰੇ ਉਥੋਂ ਕਾਪੀ ਕਰਦੇ ਆ ਮੈਂ ਮੈਂ ਮੈਨੂੰ ਤਾਂ ਇਹ ਲੱਗਦਾ ਹੁੰਦਾ ਮੈਂ ਤਾਂ ਮੈਂ ਮੈਂ ਤਾਂ ਉਹਦੇ ਤੋਂ ਹਿਸਾਬ ਲਾ ਲਿਆ ਸੀਗਾ ਵੀ ਜਿਹੜੇ ਇਹਨਾਂ ਦੇ ਸੂਤਰ ਹਨ ਇਹ ਕੀ ਕਰਦੇ ਆ ਵੀ ਇਹਨਾਂ ਦੇ ਕੋਈ ਬੰਦਾ ਭਾ ਜਿਹੜਾ ਅੱਕੜ ਟੁੱਕੜ ਪੰਪਾ 80 90 ਪੂਰਾ 100 ਆ ਜਾਂਦਾ ਉਹਨੂੰ ਕਰ ਦਿੰਦਾ ਜਾਂ ਇਹ ਕੀ ਕਰਦੇ ਆ ਵੀ ਇਹ ਪਰਚੀਆਂ ਪੁਰਚੀਆਂ ਪਾ ਕੇ ਜਿਵੇਂ ਕਾਂਗਰਸ ਦੇ ਇੱਕ ਮੰਤਰੀ ਨੇ ਟਾਸ ਕਰਕੇ ਬਦਲੀ ਕਰਤੀ ਸੀ ਹੂੰ ਧਰਮ ਸੂਤ ਨਹੀਂ ਕੀਤੀ ਸੀ ਧਰਮ ਸੂਤ ਨਹੀਂ ਕਰੀ ਸੀ ਹਾਂ ਧਰਮ ਸੂਤ ਨਹੀਂ ਕਰੀ ਸੀ ਸ਼ਾਇਦ ਹਾਂ ਧਰਮ ਸੂਤ ਨਹੀਂ ਕੀਤੀ ਨਾ ਧਰਮ ਸੂਤ ਨਹੀਂ ਕੀਤੀ ਮੈਨੂੰ ਮੈਨੂੰ ਸੱਚੀ ਮੈਨੂੰ ਉਦੋਂ ਚੈਨਣਾ ਤੋਂ ਲੱਗਣ ਲੱਗਾ ਵੀ ਇਹਨਾਂ ਦਾ ਨਾ ਟਾਸ ਟੂਸ ਵਾਲਾ ਸਾਹਿਬ ਹੀ ਆ ਮੈਂ ਪ੍ਰੀਤ ਨੂੰ ਵੀ ਆਖਿਆ ਮੈਂ ਕਿਹਾ ਪ੍ਰੀਤ ਮਲਾ ਜੀ ਆ ਟਾਸ ਜੀ ਵਾਲਾ ਸਾਹਿਬ ਆਪਸੇ ਸਿੱਖ ਰਿਹਾ ਆਪਣੂ ਆਪਾਂ ਕੰਮ ਵੀ ਪਿੱਟ ਸਕਦੇ ਹਾਂ ਬੱਤਰ ਬਣ ਜਾਗੇ ਮੇਗਾ ਬੀਆ ਟਾਸਜੀ ਵਾਲਾ ਕੰਮ ਸਿੱਖ ਲੀ ਗਏ ਆਪਾਂ ਵੀ ਪਰਚੀਆਂ ਪੰਜਾ ਸੱਤਾ ਨਾਮਾਂ ਦੀਆਂ ਪਾ ਕੇ ਤੇ ਚੱਕ ਕੇ ਕਹਿ ਦਾਂਗੇ ਵੀ ਹੁਣ ਸਾਡੇ ਸੂਤਰਦਸ ਤੇ ਆ ਬਣੂਗਾ ਫਿਰ ਪਰਚੀ ਦੂਏ ਦੀ ਚੱਕ ਲਿਆ ਕਰਾਂਗੇ ਬਲੋ ਆਪਾਂ ਵੱਜ ਗਏ ਮੈਨੂੰ ਐਂ ਸੀਵਾਗਾ ਪਤਾ ਨਹੀਂ ਕਿਹੜਾ ਔਖਾ ਯਾ ਜ਼ਵਾਲ ਕਰੂਗਾ ਮੈਨੂੰ ਪਤਾ ਨਹੀਂ ਇਹਨੇ ਕੀ ਕੱਢ ਮਾਰ ਉਹ ਔਖਾ ਤਾਂ ਨਹੀਂ ਉਹ ਠੀਕ ਸੀ ਉਹ ਠੀਕ ਸੀ ਪਤਾ ਚੱਕਰ ਗਿਆ ਹੁਣ ਸਾਡੇ ਵਾਲੇ ਚੈਨਲ ਆਣਾਂ ਤੇ ਜਾਂ ਪੱਤਰਕਾਰਾਂ ਬੜਾ ਭੰਬਲ ਭੂਸਾ ਚੱਲੀ ਜਾਂਦਾ ਹਣਾ ਕਈ ਚੈਨਲ ਜੁਨਲ ਵੀ ਹੁਣ ਸਰਕਾਰ ਨੇ ਬੰਦ ਕਰਤੇ ਹੋਰ ਵੀ ਬੜਾ ਗੋਸਾ ਉਹਦੇ ਅੱਦੇ ਹੁਣ ਇੱਕ ਹੋਰ ਵੀ ਗੱਲ ਨਿਕਲ ਕੇ ਆ ਰਹੀ ਹੈ ਕਈ ਆਪ ਦੀਆਂ ਗਲਤੀਆਂ ਕਰਕੇ ਹੀ ਬੰਦ ਹੋ ਜੇ। ਹੂੰ ਸਰਕਾਰ ਨਹੀਂ ਰਗੜੀ ਜਾਂਦੇ ਐਂ ਵੀ ਹੋਈ ਜਾਂਦਾ ਹੈ। ਅੱਛਾ ਐਂ ਵੀ ਹੁੰਦਾ? ਐਂ ਵੀ ਆ। ਐਂ ਵੀ ਕੋਹਨਾ ਕੋ ਸੋਹਰੇ। ਇਹ ਸੱਚੀ ਇਹ ਸੱਚੀ ਗੱਲ ਆ। ਹੁਣ ਮੇਰੇ ਇਹ ਗੱਲ ਦਾ ਸ਼ਾਇਦ ਮੇਰੀ ਦਾ ਵਿਰੋਧ ਹੋ ਜੇ ਥੋੜਾ ਆ। ਕਿਉਂਕਿ ਮੈਨੂੰ ਲੱਗਦਾ ਸਾਡੇ ਵਾਲੇ ਦਾ ਵੀ ਇੱਕ ਬੰਦਾ ਫੋਨ ਕਰਕੇ ਮੈਨੂੰ ਰੋਜ਼ ਦੱਸਦਾ ਕਹਿੰਦਾ ਓਡੇ ਵਾਲੇ ਦਾ ਕਹਿੰਦਾ ਦਿੱਲੀ ਵਗੈ ਨਾ। ਹੂੰ ਤੇ ਤੇਰੇ ਜੈਨ ਲਵਦਾ। ਕਹਿੰਦੇ ਦਿੱਲੀ ਬੱਕਾ ਕਹਿੰਦੇ ਹੋਊਗਾ ਬੰਦ ਮੈਂ ਚਲੋ ਹੁਣ ਫਿਰ ਵੀ ਬੰਦ ਹੋ ਜੂ ਹੁਣ ਕੀ ਕਰ ਕੀ ਕਰ ਸਕਦੇ ਨਹੀਂ ਐ ਐ ਐ ਸਰਕਾਰ ਬੰਦ ਕਰ ਸਕਦੀ ਕੋਈ ਪਾਵਰ ਹੈਗੀ ਸਰਕਾਰ ਕੋਲੇ ਜਿੱਥੇ ਮੰਨ ਕੇ ਚਲੋ ਵੀ ਤੁਸੀਂ ਦੇਸ਼ ਵਿਰੋਧੀ ਗਤੀਵਿਧੀ ਜਾਂ ਉਹ ਜਾ ਹਨਾ ਸਮਾਜ ਨੂੰ ਭੜਕਾਉਣ ਵਾਲੀ ਜਾਂ ਇੱਕ ਧਰਮ ਨੂੰ ਲੈ ਕੇ ਉਹ ਕਰ ਰਹੇ ਹੋ ਉੱਥੇ ਕਵਿਸ਼ਨ ਸ਼ਿਕਾਇਤਾਂ ਜਾਂਦੀਆਂ ਗੀਆਂ ਕਿਉਂ ਮਿਨਿਸਟਰੀ ਕੋਲੇ ਜਾਂਦੀਆਂ ਗੀਆਂ ਹਮ ਹਨਾ ਹਮ ਪੀ ਬ੍ਰਾਡਕਾਸਟਿੰਗ ਮਿਨਿਸਟਰੀ ਕੋਲ ਉੱਥੋਂ ਫਿਰ ਡਿਸੀਜਨ ਹੁੰਦਾਗਾ ਜੇ ਆਪਾਂ ਸੂਬੇ ਦੀ ਗੱਲ ਕਰਦੇ ਆਂ ਪਰ ਉਹ ਐਂ ਹਰ ਬਾਰ ਨਹੀਂ ਕਿੰਨੇ ਕਦੇ ਯਾਰ ਐਂ ਥੋੜੀ ਹੁੰਦਾਗਾ ਇਹ ਅਖਰਕਾਰ ਨੂੰ ਯਾਰ ਗੱਲ ਆ ਇਸ ਹਾਵ ਨਾਲ ਤਾਂ ਫਿਰ ਆਪਾਂ ਕਹਿ ਦਈਏ ਜੇ ਦੂਜੇ ਹਾਵ ਨਾਲ ਗੱਲ ਕਰਦੇ ਆਂ ਫਿਰ ਤਾਂ ਦੇਖਦਾ ਪ੍ਰਧਾਨ ਮੰਤਰੀ ਸਾਰੀ ਬੰਦ ਕਰਾ ਦੇ ਹੂੰ ਯੂਪੀ ਦੇ ਵਿੱਚ ਮੈਂ ਜਿਹੜੀ ਗੱਲ ਦਾ ਇਹ ਸੱਚੀ ਗੱਲ ਹੈ ਇੱਕ ਵਾਲਿਆਂ ਨੂੰ ਕੌੜੀ ਵੀ ਲੱਗਣ ਯੂਪੀ ਦੇ ਵਿੱਚ ਹੂੰ ਬਿਹਾਰ ਦੇ ਵਿੱਚ ਝਾਰਖੰਡ ਦੇ ਵਿੱਚ ਐਨੇ ਕ ਯੂਟਿਊਬਰ ਮੁੰਡੇ ਆ ਜਿਹੜੇ ਸਰਕਾਰ ਨੂੰ ਲੈ ਕੇ ਖਾਸ ਕਰਕੇ ਆਪਾਂ ਕਹਿੰਦੇ ਜੋਗੀ ਅਦਿੱਤਿਆਨਾਥ ਨੂੰ ਲੈ ਕੇ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਸਿੱਧਾ ਟਾਰਗੇਟ ਕਰਦੇ ਆ ਉਹ ਨੇ ਬਾਲੇ ਉਬਾਲੇ ਥਾਮਾਂ ਤੇ ਫਾਇਦਾ ਵੀ ਇਹ ਮੈਂ ਤੈਨੂੰ ਇੱਕ ਗੱਲ ਦੱਸਦਾ ਸੁਣ ਲੈ ਮੇਰੀ ਗੱਲ ਹੂੰ ਮੈਂ ਤੈਨੂੰ ਇੱਕ ਗੱਲ ਕਹਿ ਦੇਣਾ ਇਹ ਗੱਲ ਪੱਕੀ ਆ ਹੂੰ 75 ਸਾਲਾਂ ਤੋਂ ਹੂੰ ਕਾਲੀ ਕਾਂਗਰਸੀ ਰਲ ਕੇ ਹੂੰ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਈ ਗਏ ਹੂੰ ਬੁੱਧੂ ਬਣਾਈ ਗਏ ਬੁੱਧੂ ਬਣਾਈ ਗਏ ਬੁੱਧੂ ਬਣਾਈ ਗਏ ਹੂੰ ਬੁੱਧੂਆਂ ਦੀ ਗਿਣਤੀ ਬੜੀ ਵੱਧ ਗਈ ਹੂੰ ਡੈਮੋਕ੍ਰੇਸੀ ਹੈ ਹਾਂ ਠੀਕ ਹੈ ਕਿ ਨਹੀਂ ਲੋਕਾਂ ਨੇ ਇੱਕ ਸਰਕਾਰ ਹੋਰ ਚੁਣ ਲਈ ਹੂੰ ਠੀਕ ਹੈ ਕਿ ਨਹੀਂ ਉਹ ਬੁੱਧੂਆਂ ਵਰਗੀ ਸਰਕਾਰ ਆ ਹੂੰ ਐਵੇਂ ਵੀ ਹੋ ਸਕਦਾ ਵੀ ਉਹ ਰਾਜਨੀਤਿਕ ਤੌਰ ਤੇ ਹੋਰ ਸਾਹਮਣਾ ਚੱਲਦੇ ਹੋਣ ਨਹੀਂ ਨਹੀਂ ਸਾਡੇ ਵਾਲੇ ਇਹ ਨਵੇਂ ਆ ਹੁਣ ਆ ਗੱਲ ਨੂੰ ਲੈ ਕੇ ਹੁਣ ਕਈ ਬੰਦੇ ਸਾਡੇ ਸੁਰਤ ਜਾਨਾ ਗੱਲ ਉਹਨਾਂ ਨੇ ਮੈਨੂੰ ਕਿਹਾ ਨਹੀਂ ਇਹ ਨਵੇਂ ਆ ਤੂੰ ਸੁਣ ਲੈ ਮੇਰੀ ਗੱਲ ਵੀ ਉਹ ਐਨੇ ਵੀ ਡੈਮੋਕ੍ਰੇਸੀ ਆ ਹਾਂ ਬੁੱਧੂਆਂ ਨੇ ਆਪਦੀ ਸਰਕਾਰ ਬਣਾ ਲਈ ਹੂੰ ਹੁਣ ਇਹ ਇਹ ਕੰਮ ਬੁੱਧੂਆਂ ਵਾਲੇ ਕਰ ਸਕਦੇ ਆ ਹੂੰ ਵੀ ਇਹ ਗੱਲ ਤਾਂ ਸਾਰੇ ਮੰਨਦੇ ਆ ਨਾ ਵੀ 75 ਸਾਲਾਂ ਤੋਂ ਕਾਲੀ ਕਾਂਗਰਸੀ ਕਾਲੀ ਕਾਂਗਰਸੀ ਬੁੱਧੂ ਬਣਾਈ ਗਏ ਬੁੱਧੂ ਕੰ ਬਣਾਈ ਗਏ ਹੂੰ ਬੁੱਧੂਆਂ ਦੀ ਗਿਣਤੀ ਵਧ ਗਈ ਹੂੰ ਬੁੱਧੂਆਂ ਨੇ ਇਕੱਠੇ ਹੋ ਕੇ ਆਪਦੀ ਸਰਕਾਰ ਬਣਾ ਲਈ ਹੂੰ ਤੇ ਬੁੱਧੂ ਤਾਂ ਫਿਰ ਬੁੱਧੂਆਂ ਵਾਲਾ ਕੰਮ ਕਰ ਸਕਦੇ ਆ ਮੈਂ ਫਿਰ ਬੰਦ ਹੋਣ ਵਾਲੇ ਚੈਨਲਾਂ ਦੇ ਹੱਕ ਚ ਆਉਂਗਾ ਹੂੰ ਵੀ ਐ ਵੀ ਹੋ ਸਕਦਾ ਵੀ ਕਰ ਸਕਦੇ ਜਿੰਨੀ ਆਵਾਜ਼ ਨੂੰ ਦੱਬਾਂਗੇ ਆਵਾਜ਼ ਤਾਂ ਉਹ ਵੱਡੀ ਨਿਕਲੂ ਜਿਹੜੇ ਬੰਦੇ ਸਿਸਟਮ ਦੇ ਅੰਦਰ ਆ ਨਾ ਨਿਊਜ਼ ਵਾਲੇ ਸਿਸਟਮ ਦੇ ਅੰਦਰ ਕਈ ਥਾਂ ਦਾ ਦੇਖੋ ਛੋਟੇ ਨਾਲ ੱੱਕਾ ਹੋ ਰਿਹਾ ਪਰ ਕਈ ਥਾਂ ਪਿਛਲੇ ਥੋੜੇ ਆਪਾਂ ਕਹਿੰਦੀ ਹਫ਼ਤੇ ਸਾਨੂੰ ਇੱਕ ਦੋ ਰਿਪੋਰਟਾਂ ਆਇਆਂ ਪੱਕੀਆਂ ਰਿਪੋਰਟਾਂ ਇੱਥੇ ਬਣਾ ਵੀ ਦਿੱਤਾ ਗਿਆ ਇਹ ਵੀ ਗੱਲ ਹੁਣ ਕੋਈ ਕਿਸੇ ਨੇ ਕਿਸੇ ਨੇ ਐਂ ਵੀ ਗੱਲ ਚੱਕਣੀ ਉਹ ਵੀ ਰਤਨ ਸਰਕਾਰ ਦੇ ਹੱਕ ਜਪੁਕਤੀ ਜਾਂਦਾ ਐਂ ਗੱਲ ਨਹੀਂ ਹੱਕ ਔਕਾ ਵਾਲੀ ਕੋਈ ਗੱਲ ਨਹੀਂ ਉਹਨਾਂ ਨੂੰ ਪਤਾ ਆਪਾਂ ਜਿੱਥੇ ਗਲਤ ਆਪਾਂ ਠੋਕ ਕੇ ਕਹਨੇ ਆ ਪਰ ਕਈ ਗੱਲਾਂ ਹੋਣ ਆ ਗਈਆਂ ਕਿਤੇ ਨਾ ਕਿਤੇ ਉਹ ਕਹ ਹੂੰ ਇਕਣਾ ਬੰਦਾ ਮੈਂ ਅੱਜ ਹੀ ਬੋਲਦਾ ਸੁਣਿਆਗਾ ਹੋ ਸਕਦਾ ਉਹ ਬੰਦਾ ਵੀ ਮੇਰੀ ਗੱਲ ਸੁਣ ਲੇ ਹੂੰ ਉਹ ਕਹਿੰਦਾ ਵੀ ਤਰਸ ਦੇ ਆਧਾਰ ਤੇ ਚਲਾਇਆ ਵਾ ਬਿਜ਼ਨਸ ਕਦੇ ਕਾਮਯਾਬ ਨਹੀਂ ਹੁੰਦਾ ਹੂੰ ਪਰ ਸਾਡੇ ਵਾਲਿਆਂ ਨੇ ਤਰਸ ਦੇ ਆਧਾਰ ਤੇ ਬਹੁਤ ਕੁਸ਼ ਕਰ ਗਏ ਪਿਛਲੇ ਦਿਨਾਂ 'ਚ ਬਹੁਤ ਕੁਸ਼ ਕੀਤਾਗਾ ਜਿੱਦਾਂ ਸੱਚ ਦੱਸਦਾ ਇੱਕ ਗੱਲ ਹੂੰ ਹੁਣ ਮੂੰਹ ਮੱਥਾ ਰੱਖਣ ਨੂੰ ਆਪਾਂ ਸ਼ੇਅਰ ਦਾ ਬਹੁਤ ਕੁਸ਼ ਕਰ ਦਿੰਨੇ ਆ ਹੂੰ ਪਰ ਹੁਣ ਉੱਤੇ ਲਿਖਣ ਤੋਂ ਡਰ ਬਹੁਤ ਲੱਗਦਾਗਾ ਹੂੰ ਪੈਸੇ ਦੀ ਪੰਤਰੋਂ ਗਾਰੰਟੀ ਨਾ ਚੱਕ ਲਿਓ ਤੇ ਇਹ ਗਾਰੰਟੀ ਚੱਕ ਲਈ ਤਾਂ ਕਿਸੂਤੇ ਜੜਾਂਗੇ ਪੋਡਕਸਟ ਚੱਲੀ ਜਾਂਦਾ ਹੁਣ ਤੁਸੀਂ ਪੁਰਾਣੇ ਖਿਡਾਰੀਓ ਫੇਸਬੁੱਕ YouTube ਦੇ ਹੁਣ ਜੇ ਲੋਪੋ ਵਾਲਾ ਚਲਦੀ ਮੱਚਦੀ ਅੱਗ ਦਿਖਾਊਗਾ ਖੂਨ ਦਿਖਾਊਗਾ ਜਿਹੜੀਆਂ ਉਹਨਾਂ ਦੀ ਕਮਿਊਨਿਟੀ ਗਾਈਡਲਾਈਨਸ ਆ ਜੇ ਆਪਾਂ ਉਹਵੇਂ ਉਹਨਾਂ ਦੀ ਟੈਕਨੀਕਲ ਥਿਊਰਮ ਤੇ ਹੁੰਨੇ ਆ ਤਾਂ ਉੱਥੇ ਕੌਣ ਗਲਤ ਲੋਪੋ ਵਾਲਾ ਕਿ ਸਰਕਾਰ ਹਾਂ ਉੱਥੇ ਤਾਂ ਫਿਰ ਉਹ ਸਿੱਧਾ ਉਹਦੇ ਨਾਲ ਸਿੱਧਾ ਪੇਚਾ ਪੈ ਜਾਣਾ ਹਾਂ ਹਾਂ ਇਹ ਜ਼ਰੂਰ ਚੀਜ਼ ਆ ਵੀ ਕਈ ਜਿਹੜੇ ਹੁਣ ਕਹਿ ਰਹੇ ਆ ਵੀ ਸਾਨੂੰ ਰਿਪੋਰਟਾਂ ਮਰਵਾ ਰਹੇ ਆ ਫੇਕ ਆਈਟੀ ਵਾਲਿਆਂ ਤੋਂ ਜਾਂ ਉਹਵੇਂ ਉਹ ਠੀਕ ਆ ਪਰ ਰਿਪੋਰਟ ਵੀ ਉੱਥੀ ਵੱਜ ਰਹੀ ਆ ਜਿੱਥੇ ਕੁਝ ਬਹੁਤ ਖਤਰਨਾਕ ਹੋ ਰਿਹਾ ਹੈਗਾ ਇੱਕ ਸਾਡੇ ਸੋਨ ਦੇ ਵਿੱਚ ਹੁਣ ਲੇਟੈਸਟ ਗੱਲ ਆਈ ਆ ਵੀ ਜਿਹੜਾ ਆਯੁਰਵੈਦਿਕ ਵਾਲੀ ਆਪਾਂ ਇੰਟਰਵਿਊ ਕਰਦੇ ਆਂ ਹਾਂ ਹੈ ਉਹ ਕਹਿੰਦੇ ਵੀ ਉਹ ਇੱਕ ਨੰਬਰ 'ਚ ਨਹੀਂ ਹੁੰਦੀ ਇੰਟਰਵਿਊ ਉਹ ਫੇਸਬੁੱਕ ਇਹ ਮਾੜੀ ਗੱਲ ਆ ਫੇਸਬੁੱਕ ਕੋ ਨੂੰ ਉਹਨੂੰ ਕਮਿਊਨਿਟੀ ਗਾਈਡਲਾਈਨਸ ਦੇ ਵਿਰੁੱਧ ਮੰਗਦੀ ਆ ਉਹਨੂੰ ਆਪਦੇ ਸਟੈਂਡਰਡਾਂ ਦੇ ਵੀ ਇਹ ਗਲਤ ਚੀਜ਼ ਦਾ ਪ੍ਰਚਾਰ ਕਰੀ ਜਾਂਦੇ ਆ ਆਏ ਆਏ ਵੀ ਚੱਕਰਾ ਮੈਂ ਨਹੀਂ ਮੈਂ ਮੈਂ ਤੈਨੂੰ ਦੱਸਦਾ ਗੱਲ ਵੀ ਮੈਂ ਇੱਕ ਵੀ ਪਹਾੜੇ ਵਾਲਾ ਬੰਦਾ ਪਹਾੜੇ ਵਾਲਾ ਵੀ ਜਾ ਕੇ ਹਨਾ ਕਰਨੀ ਹੈ ਪੈਸੇ ਲੈ ਕੇ ਕਰਨੀ ਮੈਂ ਯਾਰ ਮੈਂ ਬੈਤਦੀ ਨਹੀਂ ਕਰਦਾ ਹਾਂ ਮੈਂ ਇੱਕ ਬੈਤਦੀ ਕਰਕੇ ਫਸ ਗਿਆ ਸੀ ਹੂੰ ਯਾਰ ਮੈਨੂੰ ਮੈਨੂੰ ਮਗਰੋਂ ਲੱਗਿਆ ਹੂੰ ਪਹਿਲਾਂ ਨਹੀਂ ਲੱਗਿਆ ਕਰਨ ਵੇਲੇ ਮੈਨੂੰ ਪੈਸੇ ਦੇ ਸੇ ਮੈਂ ਗੱਡੀ ਕੋਲ ਯਾਰ ਲੋਕ ਦਵਾਈ ਲੈ ਲੈਣਗੇ ਹਾਂ ਮੈਨੂੰ ਇੱਕ ਬੰਦੇ ਨੇ ਫੋਨ ਕੀਤਾ ਮੈਨੂੰ ਕਹਿੰਦਾ ਯਾਰ ਤੈਨੂੰ ਪੱਕਾ ਪਤਾ ਵੀ ਯਾਰ ਜੇ ਕੱਲ ਨੂੰ ਇੱਕ ਡਾਕਟਰ ਆ ਯਾਰ ਉਹ ਡਾਕਟਰ ਬਣਦਾ ਯਾਰ ਉਹ 20 ਕੁਛ ਦੇਖਦਾ ਲਿਵਰ ਦੇ ਇਧਰੋਂ ਉਹ ਫਰਕ ਨਾ ਪੈ ਜੇ ਉਧਰੋਂ ਉਹ ਨਾ ਪੈ ਜੇ ਫੈਕਟ ਦੇਖਦਾ 100 ਕੁਛ ਦੇਖਦਾ ਹੂੰ ਬੰਦੇ ਨੂੰ ਖੜਾ ਕਰਦਾ ਹੂੰ ਯਾਰ ਕਿਸੇ ਨੂੰ ਮੋਟੇ ਹੋਣ ਵਾਲੀ ਕਿਸੇ ਨੂੰ ਪਤਲੇ ਹੋਣ ਵਾਲੀ ਦਵਾਈ ਗਲਤ ਦੇਤੀ ਹੂੰ ਤੇ ਬੰਦਾ ਗਿਆ ਮਾਰ ਕੇ ਦਾਤੀ ਪੁੱਤ ਤੇ ਤੂੰ ਜ਼ਿੰਮੇਵਾਰ ਹੈਗਾ ਹੂੰ ਮੈਨੂੰ ਯਾਰ ਉਹ ਨਹੀਂ ਲੱਗਿਆ ਵੀ ਯਾਰ ਇਹ ਤਾਂ ਗੱਲ ਪੱਕੀ ਹੈ ਯਾਰ ਹੂੰ ਬਈ ਲੋਪੜਾ ਇਹਨੂੰ ਲਿਸਟ ਚੋਂ ਬਾਹਰ ਕਰ ਕੰਮ ਨੂੰ ਹੂੰ ਇਹ ਤਾਂ ਗੱਲ ਗੱਲ ਤੋਂ ਉਹ ਮੈਂ ਯਾ ਫੇਸਬੁਕ ਕੋਣੋਂ ਆਈ ਮੰਦਾ ਮੈਨੂੰ ਦੱਸਣ ਵਾਲੇ ਨੇ ਆਈ ਵੀ ਦੱਸਿਆ ਉਹ ਮੈਂ ਇੱਕ ਵਾਰ ਪੰਗਾ ਵੀ ਲਿਆ ਸੀ ਜਦੋਂ ਤੁਸੀਂ ਕਿਸੇ ਵੀ ਵੀਡੀਓ ਦੇ ਰਿਪੋਰਟ ਸੈਕਸ਼ਨ 'ਚ ਜਾਂਦੇ ਹੋ ਤਾਂ ਅੱਡ ਅੱਡ ਆਪਾਂ ਕੱਢਦੇ ਨੇ ਹਰਾਸਮੈਂਟ ਵਾਲਾ ਜਾਂ ਗਾਲੀ ਅਬਿਊਜ਼ ਵਾਲਾ ਆਪਾਂ ਕਹਿੰਦੇ ਨੇ ਗਾਲੀ ਗਲੋਚਲਾ ਉਹ ਜਦੋਂ ਇੱਕ ਹੋਰ ਆਪਸ਼ਨ ਦੇ ਵਿੱਚ ਆਉਂਦਾ ਏ ਚ ਡਰੱਗ ਵਾਲਾ ਆਪਸ਼ਨ ਆਉਂਦਾ ਤੇ ਇਹ ਡਰੱਗ ਵਾਲੀ ਦੇ ਵਿੱਚ ਵਜਦੀ ਆ ਇਹ ਸਿੱਧੀ ਕਿਹੜੀ ਆਯੁਰਵੇਦਿਕ ਵਾਲੀ ਆ ਇਹ ਵੀ ਭਲੇਖੇ 'ਚ ਨਾ ਕੋਈ ਬੰਦਾ ਰਹੇ ਤੇ ਇੱਕ ਵਾਰ ਹੁਣ ਹੋਰ ਗੱਲ ਦਾ ਜਿਹੜੇ ਹਿਸਾਬ ਨਾਲ ਹੁਣ ਮੈਂ ਬੋਲੀਏ ਜਾਂ ਨਹੀਂ ਮੈਂ ਤਾਂ ਬੋਲ ਰਿਹਾ ਮੈਂ ਇੱਕ ਇਕੱਠੇ ਦਾ ਭਾਵ ਹੈ ਪਹਿਲਾਂ ਇਹ ਪੱਤਰਕਾਰ ਇਕੱਠੇ ਹੋਏ ਆਵਾਜ਼ ਚੱਕੋ ਜੀ ਇਹ ਤਾਂ ਇਕੱਲੇ ਨਹੀਂ ਜੰਗ ਲੜਨੀ ਮੰਗੀ ਆ ਇੱਕ ਇਕੱਠੇ ਹੋਣਾ ਬਣੀ ਚਾਹੀਦਾ ਹੁੰਦਾ ਇਕੱਠੇ-ਕੁੱਠੇ ਨਾ ਕਦੇ ਹੋਏ ਆ ਜਿਵੇਂ ਜਿਹੜਾ ਆਪਣੇ ਕਹਿੰਦੇ ਨਾ ਕਿਰਾਂ ਮੰਡੀ ਦੇ ਵਿੱਚ ਕੋਈ ਬੰਦਾ ਪਿਆ ਮੱਛਰ ਬਾੜਾ ਤੇ ਉਹ ਕਹਿੰਦਾ ਵੀ ਯਾਰ ਜਿੰਨਾ ਇਹ ਮੱਛਰ ਆਣਾ ਤੇ ਕਿਤੇ ਏਕਾ ਕਰ ਲੈ ਤੇ ਮੈਨੂੰ ਚੱਕ ਕੇ ਲੈ ਜਾਣਾ ਸੀ ਵੀ ਜਿੰਨਾ ਇਹ ਹੈਗਾ ਗਣਤੀ ਚ ਉਹ ਦੂਜਾ ਬੰਦਾ ਕਹਿੰਦਾ ਵੀ ਇਹ ਨੇ ਪੰਜਾਬੀਆਂ ਦਾ ਖੂਨ ਪੀਤਾ ਹੋਇਆ ਇਹ ਕਦੇ ਵੀ ਕਦੇ ਕਹਾਣੀ ਕਰ ਸਕਦਾ ਇਹ ਬਹਿਮ ਚ ਨਾ ਰਹੀਂ ਹਾਂ ਇਹ ਜਮਾ ਏਕਾ ਓਕੇ ਵਾਲੀ ਤਾਂ ਗੱਲ ਹੀ ਛੱਡ ਦੇ ਹੂੰ ਏਕਾ ਤਾਂ ਕਿਸੇ ਟੱਬਰ ਚ ਇੱਕ ਚ ਰੱਖਣਾ ਓਖਾ ਹੂੰ ਠੀਕ ਹੈ ਕਿ ਨਹੀਂ ਇਹ ਇਹ ਤਾਂ ਗੱਲਾਂ ਹੁੰਦੀਆਂ ਹੂੰ ਕੁਸ ਮਸਲਿਆਂ ਤੇ ਇਕੱਠੇ ਹੋਣਾ ਵੀ ਪੈਂਦਾ ਹੁੰਦਾ ਕੁਸ ਮਸਲਿਆਂ ਤੇ ਪਰ ਮੈਨੂੰ ਐਂ ਲੱਗਦਾ ਹੁੰਦਾ ਜ਼ਿੰਦਗੀ ਚ ਵੀ ਯਾਰ ਕਿਸੇ ਦੇ ਇੰਨੇ ਵਿਰੋਧੀ ਨਾ ਬਣੋ ਹੂੰ ਕਿ ਉਹਦੇ ਕੀਤੇ ਕੰਮ ਚੰਗੇ ਨੂੰ ਚੰਗਾ ਕਹਿਣ ਵੇਲੇ ਤੈਨੂੰ ਸ਼ਰਮ ਆਵੇ ਹੂੰ ਤੇ ਕਦੇ ਕਿਸੇ ਦੇ ਇੰਨੇ ਹਮਾਇਤੀ ਨਾ ਬਣੋ ਵੀ ਉਹ ਮਾੜਾ ਕਵੇ ਤੇ ਤੈਨੂੰ ਮਾੜਾ ਕਹਿਣ ਲੱਗੇ ਸ਼ਰਮ ਆਵੇ ਹੂੰ ਸਹੀ ਹੈ ਵੀ ਇਹ ਇੰਨੀਆਂ ਦੋ ਗੱਲਾਂ ਦਾ ਧਿਆਨ ਰੱਖ ਲੈ ਬਾਲਾ ਏਕਾ ਊਕਾ ਵੀ ਮੈਂ ਫਲਾਣੇ ਦੇ ਮਗਰੀ ਚੱਲਣਾ ਮੈਂ ਫਲਾਣੇ ਦੇ ਧਮਕੇ ਦੇ ਮਗਰੀ ਇਹ ਇਹ ਗੱਲਾਂ ਇੰਨੀਆਂ ਘਾਤਕ ਹਨ ਇੰਨੀਆਂ ਘਾਤਕ ਹੂੰ ਇটস ਮਗਰ ਚੱਲਣ ਵਾਲੀਆਂ ਏਕੀ ਵਾਲੀਆਂ ਗੱਲਾਂ ਸਭ ਤੋਂ ਜ਼ਿਆਦਾ ਘਾਤਕ ਹੈ ਏਕਾਉਕਾ ਨਹੀਂ ਹੋਣਾ ਚਾਹੀਦਾ ਹੁੰਦਾ ਜਿਹੜਾ ਯਾਰ ਆਹਾ ਤੁਸੀਂ ਪਾਰਟੀਆਂ ਦਾ ਫਲਾਣੇ ਪਾਰਟੀ ਦੀ ਭਗਤ ਫਲਾਣੇ ਦੀ ਇਹ ਕੀ ਹੈ ਏਕਾ ਹੈ ਫਲਾਣੇ ਬਾਬੇ ਦੇ ਭਗਤ ਉਹ ਗਲਤ ਵੀ ਦੇਖ ਕੇ ਉਹ ਉਹਦਾ ਦੂਜਾ ਵੀ ਦੇਖ ਕੇ ਫੇਰ ਵੀ ਮਗਰ ਉਹ ਕੀ ਹੈ ਫਿਰ ਉਹ ਏਕਾ ਹੀ ਹੈ ਹਾਂ ਤੇ ਫਿਰ ਉਹ ਗਲਤੀ ਆ ਕਿ ਜੇ ਇਹੋ ਜਿਹਾ ਏਕਾ ਕਿ ਥੋਡੇ ਨੇਤਾ ਨੂੰ ਗਲਤ ਨੂੰ ਵੀ ਆਪਾਂ ਸਹੀ ਠਹਿਰਾਉਣਾ ਹੂੰ ਉਹ ਗਲਤ ਵੀ ਕਰੇ ਉਹਨੂੰ ਕਹਿਣਾ ਚੱਕ ਦੇ ਬਵਰੇ ਫੱਟੇ ਤੂੰ ਸਹੀ ਆ ਹੂੰ ਮੈਨੂੰ ਲੱਗਦਾ ਕਿ ਹੁਣੇ ਹੀ ਨਹੀਂ ਚਾਹੀਦਾ ਹੁੰਦਾ ਹੂੰ ਠੀਕ ਨਹੀਂ ਮੈਨੂੰ ਤਾਂ ਐਂ ਲੱਗਦਾ ਵੀ ਜੇ ਤੁਸੀਂ ਗਲਤ ਨੂੰ ਰੋਕਣਾ ਇਹ ਕਿ ਹੋ ਜਾ ਇੱਕ ਆ ਯਾਰ ਵੀ ਬੰਦਾ ਆਪਣਾ ਗਲਤ ਕਰ ਹੀ ਜਾਂਦਾ ਤੇ ਆਪਾਂ ਉਹਨੂੰ ਗਲਤ ਨਹੀਂ ਕਹਿਣਾ ਹੂੰ ਕੋਈ ਹੁਣ ਇੱਕ ਇੱਕ ਨਾ ਰੌਲਾ ਹੋਰ ਪੈਂਦਾ ਹੈਗਾ ਹੁਣ ਹੁਣ ਮੈਂ ਇੱਕ ਹੋਰ ਗੱਲ ਕਹ ਪਾਉਂਦਾ ਛੋਡੇ ਕੋਲੇ ਵੀ ਪ੍ਰੋਬਲਮ ਆਈ ਹੁਣ ਆਪਾਂ ਕਈ ਵਾਰੀ ਗੱਲ ਨਹੀਂ ਕਹਦੇ ਵੀ ਵਿਊਅਰਸ਼ਿਪ ਘਟ ਗਈ ਯਾਰ ਲੋਕ ਦੇਖਣਾ ਘਟ ਗਏ ਚਲੋ ਇੱਕ ਤਾਂ ਐ ਜੇ ਹੋ ਗਿਆ ਵੀ ਫੇਸਬੁੱਕ ਵਾਲਾ ਨੇ 12 13000 ਬੰਦਾ ਕੱਢਤਾ ਉਹਨਾਂ ਦਾ ਆਪ ਦਾ ਡਾਊਨਫਾਲ ਆ ਉਹਦਾ ਹੋ ਗਈ ਗੱਲ ਅੱਡ ਹਾਂ ਜਿਹੜਾ ਹੁਣ ਲੋਕਾਂ ਦੀ ਜਿਹੜੀ ਆ ਰੁਚੀ ਘਟੀ ਆ ਹੁਣ ਜਦੋਂ ਆਪਾਂ ਆਪ ਹੀ ਉਹੋ ਜੇ ਪੱਧਰ ਤੇ ਗੱਲਾਂ ਲਿਆਏ ਹੂੰ ਲੋਕਾਂ ਦੀ ਰੁਚੀ ਘਟਨੀ ਆ ਜਦੋਂ ਆਪਾਂ ਆਪ ਹੀ ਉਹ ਜੇ ਸਿਸਟਾ ਆਪਾਂ ਆਪਦੇ ਤੋਂ ਹੀ ਯਕੀਨ ਚੱਕਤਾ ਸਾਡੇ ਵਿਭਾਗ ਦੇ ਦੀ ਗੱਲ ਕਰਦਾਗਾ ਬਹੁਤ ਬੰਦਿਆਂ ਨੂੰ ਇਹ ਲੰਬਾਗਾ ਵੀ ਹੁਣ ਐਂ ਕਰਕੇ ਐਂ ਨਹੀਂ ਤਾਂ ਐਂ ਕਰ ਲਈਏ ਐਂ ਕਰਕੇ ਐਂ ਨਹੀਂ ਆਪਾਂ ਆਪਦੇ ਤੋਂ ਯਕੀਨ ਚੱਕਤਾ ਆਪਾਂ ਯਾਰ ਇੱਕ ਸਟੈਂਡਰਡ ਤੇ ਹੀ ਚੱਲੇ ਕੁੱਲ ਮਿਲਾ ਕੇ ਆਹ ਗੱਲ ਜੇ ਆਪਾਂ ਸਟੈਂਡਰਡ ਤੇ ਚੱਲਾਂਗੇ ਤਾਂ ਸਾਰਾ ਕੁਝ ਠੀਕ ਰਹੂਗਾ ਇਹ ਜਿਹੜੀ ਲੋਪੋਸਾਂ ਇੱਕ ਗੱਲ ਇਹ ਆ ਜਿਹੜਾ ਡਾਲਰਾਂ ਵਾਲਾ ਸਿਸਟਮ ਪਾਇਗਾ ਨਾ ਇਹਨੇ ਪੰਜਾਬੀ ਪੱਟ ਦੇ ਇੱਥੇ ਜਰੂਰ ਪੱਟ ਤੇ ਬਾਹਰ ਵਾਲਾ ਤਾਂ ਦੇਖੋ ਮੈਂ ਬਾਹਰ ਵਾਲਿਆਂ ਦਾ ਮੈਨੂੰ ਪਤਾ ਨਹੀਂ ਉੱਥੇ ਤਾਂ ਆਪਾਂ ਨੂੰ ਪਤਾ ਨਹੀਂ ਕੀ ਹੋ ਰਿਹਾ ਜਿਹੜਾ ਆ ਫੇਸਬੁੱਕ YouTube ਵਾਲਾ ਕੰਮ ਆ ਹਨਾ ਇਹਨੇ ਜਰੂਰ ਪੱਟ ਤੇ ਇਹਦੇ ਚ ਆਪਾਂ ਦੇਖਿਆ ਨਹੀਂ ਇਹਦੇ ਮੈਂ ਅੱਗੇ ਵੀ ਜ਼ਿਕਰ ਕਰਦਾ ਹੁਣ ਮੈਂ ਚਲੋ ਨਾਂ ਨਹੀਂ ਲਊਗਾ ਅਸੀਂ ਲੋਕਾਂ ਦੇ ਸੇਵੇ ਦਿਖਾਤੇ ਅਸੀਂ ਬਹੁਤ ਕੁਝ ਕਰਤਾ ਅਸੀਂ ਜੋਮੀ ਆਪਦਾ ਯਾਰ ਸਿਸਟਮ ਦੇਖਦਾ ਹਮ ਕਿਤੇ ਨਾ ਕਿਤੇ ਆ ਜੀ ਤ ਤ ਪੱਕੀ ਹੈ ਇਹਦੇ ਤੇ ਇਹਦੇ ਜੇ ਪਰ ਸਾਰੇ ਜਿਹੜੇ ਵਧੀਆ ਕਰ ਰਹੇ ਆ ਉਹ ਬੰਦੇ ਵੀ ਵਿਚਾਰੇ ਵਿੱਚ ਹੀ ਰਗੜੇ ਗਏ ਜਿਹੜਾ ਜੇ ਜੇ ਦੋ ਜਨਾਨੀਆਂ ਲੜੀ ਜਾਂਦੀਆਂ ਨਾ ਕੱਲ ਪਰਸੋਂ ਇੱਕ ਜਾਨੀ ਲੀਵਰ ਦੀ ਮੈਂ ਕਮੇਡੀ ਦੇਖਦਾ ਸੀ ਬਹੁਤ ਕਮਾਲ ਕਮੇਡੀਆ ਦਾ ਕਮਾਲ ਦਾ ਆਰਟਿਸਟ ਆ ਮਤਲਬ ਇੱਕ ਜਿਹੜਾ ਕਮੇਡੀਅਨ ਹੁੰਦਾ ਨਾ ਯਾਰ ਅਸਲ ਦੇ ਵਿੱਚ ਉਹਦੀ ਆਮ ਬੰਦੇ ਨਾਲੋਂ ਨਾ ਵਿਦਵਾਨ ਨਾਲੋਂ ਜ਼ਿਆਦਾ ਅਬਜ਼ਰਵੇਸ਼ਨ ਹੁੰਦੀ ਆ ਉਹ ਬਹੁਤ ਚੀਜ਼ਾਂ ਨੂੰ ਅਬਜ਼ਰਵ ਕਰਦਾ ਉਹ ਗੱਲ ਐਂ ਕਰਦਾ ਸੀਗਾ ਉਹ ਗੱਲ ਕਰਦਾ ਇਹ ਕਹਿੰਦਾ ਵੀ ਪਿਛਲੇ ਜ਼ਮਾਨੇ 'ਚ ਜੇ ਦੋ ਬੰਦੇ ਲੜ ਰਹੇ ਆ ਤਾਂ ਤੀਸਰਾ ਬੰਦਾ ਕਹਿੰਦਾ ਇੰਨਾ ਵਿਹਲਾ ਹੁੰਦਾ ਸੀ ਕਿ ਤੀਸਰੇ ਬੰਦੇ ਨੇ ਊਨਾ ਚਰ ਨਹੀਂ ਹਟਣਾ। ਹੂੰ ਬਈ ਜਿੰਨਾ ਚਰ ਇਹ ਦੋ ਬੰਦਿਆਂ ਦੀ ਲੜਾਈ ਨੂੰ ਮਕਾ ਨਹੀਂ ਦਿੰਦਾ। ਹੂੰ ਤੇ ਫੇਰ ਉਹਨੂੰ ਐਂ ਲੱਗਦਾ ਹੁੰਦਾ ਸੀ ਵੀ ਮੈਂ ਉਹ ਘੈਂਟ ਆ। ਹੂੰ ਯਾਰ ਮੈਂ ਆ ਬੰਦੇ ਲੜਨ ਨਹੀਂ ਦਿੱਤੇ। ਨੁਕਸਾਨ ਨਹੀਂ ਹੋਣ ਦਿੱਤਾ। ਹੂੰ ਕਹਿੰਦਾ ਜੇ ਹੁਣ ਦੋ ਬੰਦੇ ਲੜਦੇ ਆ ਤਾਂ ਸਾਡੇ ਕੋਲੇ ਇੰਨਾ ਟਾਈਮ ਬਿਲਕੁਲ ਨਹੀਂ ਇਹਨੂੰ ਛਡਾ ਦਗੇ। ਪਰ ਹਾਂ ਇਹ ਗੱਲ ਪੱਕੀ ਆ ਵੀ ਅਸੀਂ ਵੀਡੀਓ ਬਣਾਵਾਂਗੇ। ਹੂੰ ਤੇ ਲਾਠ ਤੇ ਇਹ ਜ਼ਰੂਰ ਕਵਾਂਗੇ। ਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਚਲਦੀ ਚਲਦੀ ਸ਼ੇਅਰ ਕਰ ਤਾਂ ਵੀ ਕਹਿੰਦੇ ਹੈਨਾ ਹਾਂ ਤੁਸੀਂ ਦੱਸੋ ਫੈਸਲਾ ਤੁਸੀਂ ਕਰਨਾ ਕਿ ਕੌਣ ਗਲਤ ਸੀਗਾ ਇਹਨਾਂ ਦੋਨਾਂ ਦੇ ਦੋਨਾਂ 'ਚ ਕੌਣ ਗਲਤ ਹੈ ਹੈ ਫੁਲਾਨੇ ਦੀ ਸਖ਼ੀਅਤ ਬਾਰੇ ਤੁਸੀਂ ਕੀ ਸੋਚਦੇ ਆ ਇੱਕ ਪਟੂਆ ਨੇ ਇਹ ਜਿਆ ਕਰਵਾਹ ਚਲਾ ਲਿਆ ਸਾਡੇ ਵਾਲਾ ਨਹੀਂ ਚਲਾਇਆ ਕਈ ادارے ਤਾਂ ਕਰ ਰਹੇ ਸਹੀ ਕਈ ਉਹਨਾਂ ਦਾ ਡਾਕ ਖਤਰਨਾਕ ਚਲਾ ਲਿਆ ਹੈ ਲੋਬੀ ਜਿਹੜੇ ਫਲਾਣਾ ਹਾਰਗਤ ਸੀ ਕੀ ਕਹਿਣਾ ਚਾਹੋਗੇ ਹਾਂ ਇਹ ਕੋ ਜਿਹੜਾ ਹਾਂ ਨਾ ਵਾਲਾ ਜਿਹੜਾ ਪੋਸਟਰ ਜਿਹਾ ਪਾ ਕੇ ਯਾਰ ਕਰਦਾ ਉਹ ਉਹ ਯਾਰ ਇਹ ਇਹ ਤਾਂ ਬੜਾ ਟੱਕਵਾਂਜ ਤੁਹਾਡੇ ਮੈਕਮੇਨੇ ਬੜਾ ਚਲਾਇਆ ਹੋਇਆ ਮੈ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਯਾਰ ਵੀ ਅਸੀਂ ਹਜੇ ਵੀ ਆਏ ਹਾਂ ਮੈਨੂੰ ਐ ਲੱਗਦਾ ਵੀ ਹੁਣ ਯਾਰ ਇਹੋ ਜਿਹੇ ਬੰਦਿਆਂ ਨੂੰ ਮੈਂ ਜਾਣਦਾ ਯਾਰ ਇਹੋ ਜਿਹੇ ਬੰਦਿਆਂ ਨੂੰ ਜਾਣਦਾ ਹੂੰ ਵੀ ਜਿਨ੍ਹਾਂ ਨੇ ਆਪਦੇ ਚੈਨਲ ਦੀ ਸ਼ੁਰੂਆਤ ਦੇ ਵਿੱਚ ਆਹ ਸ਼ਬਦ ਬੋਲੇ ਹੂੰ ਕਿ ਯਾਰ ਵੀ ਨੀਟੂ ਸ਼ਟਰਾਂ ਵਾਲੇ ਟੈਪ ਇੰਟਰਵਿਊ ਨਹੀਂ ਕਰਾਂਗੇ ਹੂੰ ਐਂ ਵੀ ਆਖਿਆ ਹੋਵੇ ਹੂੰ ਤੇ ਉਹ ਬੰਦਿਆਂ ਦਾ ਮੈਕ ਵੀ ਉਹਦੇ ਮੂਰੇ ਹੋਵੇ ਉਹ ਬਈ ਕਰਾਂਗਾ ਕਰਾਂਗਾ ਸਭ ਨਾਲ ਹੀ ਕਰਾਂਗੇ ਨੀਟੂ ਸ਼ਟਰਾਂ ਵਾਲੇ ਦੇ ਮੂਰੇ ਵੀ ਮੈਕ ਹੋਵੇ ਤੇ ਸ਼ੁਰੂ ਚ ਉਸੇ ਬੰਦੇ ਨੇ ਕਿਹਾ ਹੋਵੇ ਹੂੰ ਯਾਰ ਸਾਬ ਨੇ ਮਤਲਬ ਵੀ ਮਤਲਬ ਯਾਰ ਬੰਦਾ ਕੋਈ ਬੰਦਾ ਯਾਰ ਇਹ ਇਹ ਚੀਜ਼ ਹੀ ਭੁੱਲ ਜਾਂਦਾ ਯਾਰ ਵੀ ਯਾਰ ਐਡੀਟਰ ਹੋ ਕੇ ਆਪਾਂ ਚੀਫ ਐਡੀਟਰ ਕਹਿ ਦਿੰਦੇ ਆ ਮਾਲਕ ਨੂੰ ਹਨਾ ਮੈਂ ਮੈਂ ਉਹਨੂੰ ਇੱਕ ਅਦਾਰੇ ਦੀ ਗੱਲ ਦੱਸਦਾ ਹੁਣ ਥੋੜਾ ਜਿਹਾ ਘਾਟੇ 'ਚ ਡਾਊਨਫਾਲ ਚੱਲ ਰਿਹਾ ਸੀ ਸਿਸਟਮ ਸਾਡੀ ਥੋੜੀ ਉਹਨਾਂ ਨਾਲ ਮੰਨ ਕੇ ਚੱਲੋ ਵੀ ਵਿੰਗ ਟੇੜ ਵੀ ਆ ਮੇਰੀ ਥੋੜੀ ਜੀ ਹਨਾ ਤਾਂ ਘਾਟੇ ਚੱਲ ਰਿਹਾ ਸੀ ਸਿਸਟਮ ਆ ਹੁਣ ਵੋਟਾਂ ਦੇ ਵਿੱਚ ਨਿਊ ਟੂ ਸੈਟਰਾਂ ਵਾਲੇ ਨੂੰ 5000 ਵੋਟ ਪਈ ਗਈ ਹੂੰ ਤੇ ਉਹ 5000 ਵੋਟ ਪਈ ਤਾਂ ਉਹਨਾਂ ਨੇ ਉਦੋਂ ਉਹ ਦਿਖਾਇਆ ਬਈ ਪੂਰਾ ਦਿਖਾਇਆ ਹਾਲਾਂਕਿ ਉਹਨਾਂ ਦੀ ਪਾਲਿਸੀ ਸੀ ਵੀ ਉਹਨੂੰ ਨਹੀਂ ਦਿਖਾਉਣਾ ਹਾਂ ਹੈ ਉਹਦਾ ਪੋਸਟਰ ਵੀ ਉਹ ਕਰਿਆ ਤੇ ਦੂਜੂ ਵੀ ਕਰਿਆ ਤੇ ਦਿਖਾਇਆ ਹਾਈਲਾਈਟ ਕਰਿਆ ਵੇਚਿਆ ਹਾਂ ਵੀ ਜਦੋਂ ਤੁਸੀਂ ਆਵਦੀ ਪਾਲਿਸੀ ਦੇ ਉਲਟ ਜਾਂਦੇ ਹੋ ਕਾਦੇ ਲਈ ਉਹੀ ਡਾਲਰਾਂ ਵਾਲੀ ਗੱਲ ਹੈ ਹਾਂ ਬੈਨਸ ਆ ਗਿਆ ਨਾ ਤੁਸੀਂ ਤੁਸੀਂ ਆਪਦੇ ਕਾਨੂੰਨ ਨੂੰ ਪਾਸੇ ਕਰ ਰਹੇ ਹੋ ਜਿਹੜੇ ਜਿਹੜਾ ਜਿਹੜਾ ਕੂੜਾ ਛਾਣਿਆ ਉਹ ਕੂੜਾ ਵੀ ਵੇਚਿਆ ਹਾਂ ਵੀ ਮਤਲਬ ਕੁੱਲ ਮਿਲਾ ਕੇ ਆਪਾਂ ਐ ਕਹਿ ਸਕਦੇ ਹਾਂ ਵੀ ਜਦੋਂ ਸਾਡੇ ਵਾਲੇ ਪੈਸੇ ਵਾਲੇ ਚੱਕਰ 'ਚ ਪੈ ਜਾਂਦੇ ਆ ਫਿਰ ਇਹ ਛੱਡਣ ਲੱਗ ਜਾਂਦੇ ਆ ਤੇ ਫਿਰ ਸਾਨੂੰ ਰਾਜਨੇਤਾ ਨੂੰ ਇਹ ਗੱਲ ਕਹਿਣੀ ਕਿਉਂ 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 ਵੀ ਫਿਰ ਤੂੰ ਕਾਤੋਂ ਨਹੀਂ ਲੀਡਰ ਬਣ ਸਕਦਾ ਤੂੰ ਮੈਨੂੰ ਇਹ ਇਹ ਸਵਾਲ ਦੱਸ ਆਪਦੀ ਕਈ ਗੱਲਾਂ ਹੁੰਦੀਆਂ ਵੀ ਜੇ ਫਿਰ ਤੁਸੀਂ ਪੱਤਰਕਾਰ ਬਣ ਕੇ ਅਸੂਲ ਛੱਡਣੇ ਆ ਮੈਂ ਤੁਹਾਨੂੰ ਦੱਸ ਫਿਰ ਲੀਡਰ ਬਣ ਕੇ ਛੱਡਦੇ ਹੋ ਮੈਨੂੰ ਆਪ ਪਿਛਲੇ ਦਿਨੀ ਅਸੀਂ ਆਰਐਸਬੈਂਕ ਦੀ ਇੰਟਰਵਿਊ ਕਰੀ ਐਡਵੋਕੇਟ ਨੇ ਹਾਂ ਉਹਦੇ ਤੋਂ ਜ਼ਿਆਦਾ ਇੰਟਰਵਿਊ ਮੂਸੇ ਵਾਲੇ ਤੇ ਸੀ ਪਰ ਮੌਦਾ ਸੋਚ ਲਈ ਵੀ ਇਹੀ ਮੂਸੇ ਵਾਲਾ ਉਹ ਮੈਂ ਟਾਈਟਲ ਨਹੀਂ ਦੇਣਾ। ਹੂੰ ਤਾਂ ਹੀ ਨਹੀਂ ਦਿੱਤਾ। ਹੂੰ ਤਾਂ ਇਹ ਕਈ ਗੱਲਾਂ ਹੁੰਦੀਆਂ ਆਗੀਆਂ ਜਿਹੜੀਆਂ ਆਪਾਂ ਨੂੰ ਮਤਲਬ ਹੋਰ ਹਿਸਾਬ ਨਾਲ ਚਲਾਉਣੀਆਂ ਪੈਂਦੀਆਂ ਆਗੀਆਂ। ਕਿ ਮੈਨੂੰ ਲੱਗਿਆ ਵੀ ਉਹ ਯਾਰ ਵਕੀਲ ਹੋਰ ਹਿਸਾਬ ਨਾਲ ਆ ਤੇ ਉਹ ਲੋਕਾਂ ਨੇ ਯਾਰ ਸੁਣ ਨਹੀਂ ਆ। ਹੂੰ ਤੇ ਉਹਨੂੰ ਲੋਕਾਂ ਨੇ ਸੁਣਿਆ ਭਾਈ। ਨਹੀਂ ਸੁਣਿਆ ਮੈਂ ਤੈਨੂੰ ਇੱਕ ਗੱਲ ਦੱਸਦਾ ਨਾ ਵੀ ਜਿਹੜੀਆਂ ਗੱਲਾਂ ਆਹਾ ਕਰੀ ਜਾਂਦਾ ਇਹ ਅਸਟਾਮ ਹੀ ਹੋਈ ਜਾਂਦੇ ਆ ਤੇਰੇ ਖਿਲਾਫ। ਹੂੰ ਤੇ ਮੈਂ ਕਿਸੇ ਹੋਰ ਨਾਲ ਪੌਡਕਾਸਟ ਤੇ ਉਹ ਉਹ ਦੇ ਨਾ ਮੈਂ ਠੀਕ ਆ ਰਤਨੇ ਆ ਕਹਿੰਦੀ ਪਰ ਅੱਜ ਫਲਾਣਾ ਕੰਮ ਇਹ ਵੀ ਘਰੀ ਬੈਠਾ ਨਹੀਂ 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 ਦੇਖੋ ਮੈਂ ਉਹਨੂੰ ਦੱਸ ਦਾਂਗਾ ਜਦੋਂ ਦਾ ਮੈਂ ਇਹ ਕੰਮ 'ਚ ਆਇਆਗਾ ਕਿਤੇ ਮੈਂ ਵੀ ਬਹੁਤ ਗਲਤ ਕਰੇ ਹੋਣੇ ਆ ਪਰ ਮੈਂ ਤਾਂ ਹਮੇਸ਼ਾ ਪਤਾ ਕੀ ਕਹਣਾਗਾ ਪਹਿਲੀ ਵਾਰੀ ਗਲਤੀ ਕਰੀ ਅੱਜ ਆਪਾਂ ਨੂੰ ਕਹਿੰਦੇ ਦੱਸਤਾ ਵੀ ਤੂੰ ਗਲਤ ਆ ਨਾ ਮੰਨੋ ਅਗਲੇ ਦੇ ਸਾਹਮਣੇ ਨਾ ਮੰਨ ਉਹਨੂੰ ਅੰਦਰੋਂ ਦਾ ਅੰਦਰੋਂ ਦਾ ਪਤਾ ਚਲ ਠੀਕ ਦੂਜੀ ਵਾਰੀ ਕਰ ਲਈ ਦੂਜੀ ਵਾਰੀ ਉਹਨੇ ਵੀ ਆਖਤਾ ਤੇ ਦੋ ਤਿੰਨਾਂ ਨੇ ਹੋਰ ਵੀ ਆਖਤਾ ਵੀ ਕਮੈਂਟਰੀ ਦੱਸ ਦਿੰਦੇ ਆ ਹੂੰ 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 ਠੀਕ ਆ ਫਿਰ ਜੇ ਤੀਜੀ ਵਾਰੀ ਕਰਦੇ ਹੋ ਫਿਰ ਤੁਸੀਂ ਬਹੁਤ ਖਤਰਨਾਕ ਫਿਰ ਤਾਂ ਤੁਸੀਂ ਸਮਝ ਲਈ ਖਤਰਨਾਕ ਇਹ ਮੈਂ ਤਾਂ ਇੰਨੀ ਇੰਨੀ ਕੀ ਗੱਲ ਦੇ ਮੈਂ ਆਪਾਂ ਇਹ ਜੇਰ ਮੈਂ ਮੈਂ ਮੂਟਾ ਜਿਹਾ ਸਾਬ ਦੇਖਿਆ ਵੀ ਗਲਤੀ ਤੇ ਗਨਾਹ ਚ ਫਰਕ ਹੁੰਦਾ ਹੂੰ ਗਲਤੀ ਉਹ ਹੋ ਜਾਂਦੀ ਹੈ ਜਿਹੜੀ ਹੋ ਜਾਂਦੀ ਹੈ ਤੇ ਗਨਾਹ ਉਹ ਹੁੰਦਾ ਵੀ ਜਿਹੜਾ ਪਤਾ ਹੋਵੇ ਕਿ ਗਲਤੀ ਹੈ ਤੇ ਫਿਰ ਵੀ ਕਰਦੇ ਆ ਤਾਂ ਗਨਾਹ ਹੈ ਹਾਂ ਹੈ ਮੈਂ ਆਮ ਹੀ ਕਹਿੰਨ ਉਹਨੂੰ ਵੀ ਗਲਤੀ ਤੇ ਗਨਾਹ ਚ ਫਰਕ ਹੁੰਦਾ ਆਕੜ ਖੋਰ ਤੇ ਅਣਖੀ ਚ ਫਰਕ ਹੁੰਦਾ ਸ਼ਕੀਨ ਤੇ ਫੁਗਰੇ ਚ ਫਰਕ ਹੁੰਦਾ ਹੂੰ ਲੋਕਾਂ ਨੂੰ ਦੇਖਣ ਨੂੰ ਸਾਰੇ ਇੱਕੋ ਜਿਹੇ ਲੱਗਦੇ ਗਲਤੀ ਕਈ ਵਾਰੀ ਬੰਦੇ ਨੂੰ ਗੁਨਾਹ ਲੱਗਦੀ ਆ ਉਹ ਗਲਤੀ ਹੁੰਦੀ ਆ ਤੇ ਕਈ ਵਾਰੀ ਸ਼ਕੀਨ ਫੁਕਰਾ ਲੱਗਦਾ ਤੇ ਕਈ ਵਾਰੀ ਫੁਕਰੇ ਨੂੰ ਲੋਕ ਸ਼ਕੀਨ ਸਮਝ ਲੈਂਦੇ ਹੈ ਤੇ ਕਈ ਵਾਰੀ ਆਕੜ ਖੋਰ ਬੰਤਾ ਲੋਕਾਂ ਨੂੰ ਅਣਖ ਹੀ ਲੱਗੀ ਜਾਂਦਾ ਉਹ ਅਸਲ ਚ ਉਹਦੀ ਆਕੜ ਹੁੰਦੀ ਆ ਅਣਖ ਨਹੀਂ ਹੁੰਦੀ ਹੈ ਅਣਖ ਤਾਂ ਉਹ ਹੁੰਦੀ ਆ ਵੀ ਜੇ ਤੂੰ ਮੈਨੂੰ ਗਾਲ ਕੱਢਤੀ ਨਾ ਤੇ ਜੇ ਤਾਂ ਮੈਂ ਆਕੜ ਖੋਰ ਹਾਂ ਤਾਂ ਮੈਂ ਇਧਰੋਂ ਦੋ ਕੱਢ ਦੇਣੀ ਆ ਤੇ ਬੰਦਾ ਕੋਗਾ بڑا ਯਾਰ ਰੜਕਲਾ ਬੰਦਾ ਸੀ ਰਤਨ ਨੇ ਇੱਕ ਗੱਡੀ ਉਹਨੇ ਦੋ ਕੱਢੀਆਂ ਹੂੰ ਆ ਹਜੂਰ ਰੜਕ ਨਹੀਂ ਹੁੰਦੇ ਪਰ ਇੱਕ ਰੜਕ ਹੁੰਦੀ ਹੈ ਜੇ ਅੰਦਰ ਬੀਜਲੇ ਬੰਦਾ ਹੂੰ ਗੱਲ ਨੂੰ ਹੂੰ ਵੀ ਅੰਦਰ ਬੀਜਲੀ ਗੱਲ ਬੰਦਾ ਅੰਦਰ ਬੀਜ ਗਿਆ ਹੂੰ ਤੇ ਕਿਸੇ ਦਿਨ 40 ਮੋੜੂ ਹੂੰ 40 ਮੋੜੂਗਾ ਅੰਦਰ ਬੀਜ ਲਿਆ ਇੱਕ ਵਾਰੀ ਚੁੱਪ ਕਰ ਗਿਆ ਹੂੰ ਹੈ ਬਈ ਇਹ 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 ਗੱਲ ਆ ਵਾਕਈ ਤੇਰੀ ਗੱਲ ਸਹੀ ਆ ਪਰ ਦੂਜੀ ਗੱਲ ਮੇਰੀ ਸਲਾਹ ਵੀ ਆ ਜੇ ਕੋਈ ਬੰਦਾ ਸੁਣਤਾ ਹੋਵੇ ਭਾਈਚਾਰੇ ਵਾਲਾ ਮੈਨੂੰ ਐਂ ਲੱਗਦਾ ਹੁੰਦਾ ਬਈ ਨਾ ਜੰਗਲ ਦਾ ਵੀ ਕੋਈ ਉਸੂਲ ਆ ਹੂੰ ਜੇ ਜੰਗਲ ਚ ਨਾ ਤੁਸੀਂ ਦੇਖੋ ਤਾਂ ਇੱਕ ਸ਼ੇਰ ਇੱਕ ਹਿਰਨ ਦਾ ਸ਼ਿਕਾਰ ਕਰਦਾ ਹੂੰ ਤਾਂ ਉਹ ਦਾ ਮੋਟਾ ਮੋਟਾ ਗੋਸਟ ਖਾ ਲੈਂਦਾ ਉਸ ਤੋਂ ਬਾਅਦ ਉਹ ਉਹਦੇ ਚੋਂ ਕੁਝ ਛੱਡ ਦਿੰਦਾ ਛੱਡ ਦਿੰਦਾ ਉਹ ਆ ਕੇ ਗੱਦਣੀਆਂ ਲੂੰਬੜੀਆਂ ਖਾ ਲੈਂਦੀਆਂ ਹੂੰ ਫਿਰ ਉਹ ਛੱਡ ਦਿੰਦੀਆਂ ਕੁਛ ਹੂੰ ਫਿਰ ਉਹਦੇ ਵਿੱਚੋਂ ਪੰਛੀ ਛੋਟੇ ਛੋਟੇ ਖਾ ਲੈਂਦੇ ਆ ਹੂੰ ਉਹ ਵੀ ਛੱਡ ਦਿੰਦੇ ਆ ਉਸ ਤੋਂ ਬਾਅਦ ਨਿੱਕੇ ਮੋਟੇ ਕੰਵੀੜੇ ਮਕੋੜੇ ਖਾ ਲੈਂਦੇ ਆ ਹੂੰ ਫਿਰ ਉਸ ਤੋਂ ਬਾਅਦ ਉਹ ਧਰਤੀ ਦੇ ਵਿੱਚ ਰਲ ਜਾਂਦਾ ਹੂੰ ਉਹਦੀਆਂ ਹੱਟੀਆਂ ਵੀ ਉੱਥੇ ਲੱਕੜ ਬੱਗਿਆਂ ਦੇ ਕੰਮ ਆ ਜਾਂਦੀਆਂ ਹੂੰ ਤਾਂ ਬਹੁਤ ਸਾਰਾ ਸਰਕਲ ਉਸੇ ਸ਼ਿਕਾਰ ਚੋਂ ਹੀ ਹੂੰ ਚੱਲਦਾ ਚੱਲਦਾ ਮੈਨੂੰ ਆਇਆ ਲੱਗਦਾ ਵੀ ਜਿਹੜੇ ਵੱਡੇ ਸ਼ਿਕਾਰੀ ਆ ਨਾ ਉਹ ਸਾਡੇ ਵਰਗੇ ਨਿੱਕੇ ਚੈਨਲ ਵਾਲਿਆਂ ਵਾਸਤੇ ਕੁਝ ਨਾ ਕੁਝ ਛੱਡਦੇ ਆ। ਅਰੇ ਹੁਣ ਤੂੰ ਬਹਿ ਜਾਣਾ। ਤੁਸੀਂ ਨਾ ਬਾਈ ਬਣ ਕੇ ਨਾ ਤੁਸੀਂ ਛੋਟੇ ਛੱਡ ਦਿਆ ਕਰੋ ਸਾਡੇ ਵਰਗਿਆਂ ਵਾਸਤੇ ਨੀਟੂ ਨੂਟੂ ਹੁਣੀ ਛੱਡ ਦਿਆ ਕਰੋ ਵੱਡੇ ਚੈਨਲਾਂ ਵਾਲੇ। ਹਾਂ ਚਲੋ ਤੁਸੀਂ ਵੱਡਾ ਗੋਸਟ ਤੁਸੀਂ ਤੁਸੀਂ ਤਾਂ ਹੁਣ ਯਾਰ ਤੁਹਾਡੇ ਕੋਲੇ ਤਾਂ ਦੇਖ ਤੁਹਾਡੇ ਕੋਲ ਪਾਵਰ ਆ। ਤੁਸੀਂ ਤਾਂ ਜਦੋਂ ਜਾ ਕੇ ਕਹਿੰਦੇ ਵੀ ਮੈਂ ਰਤਨਾ ਮੈਂ ਸੁਖਵੀਰ ਸਾਡੇ ਕੋਲੇ ਤਾਂ ਨਹੀਂ। ਨਹੀਂ ਵੀ ਤੁਸੀਂ ਸੁਖਵੀਰ ਤੇ ਮੂਰੇ ਤੁਸੀਂ ਮੈਂ ਕਰਦੇ ਆ ਹਨਾ। ਬੀ ਤੁ ਤੁ ਨੂੰ ਤਾਂ ਸੁਖਵੀਰ ਵੀ ਇੰਟਰਵਿਊ ਦਿੰਦਾ ਹੁਣ ਜਿਹੜਾ ਮੇਰੇ ਅਰਕਾ ਉਹਨੇ ਤਾਂ ਸੁਖਵੀਰ ਦੇ ਘੋੜੇ ਹੀ ਦਿਖਾਉਣੇ ਆ ਵੀ ਉਹਨੂੰ ਘੋੜੇ ਜੇ ਦਿਖਾਉਣ ਜੋਗਾ ਤਾਂ ਛੱਡ ਦਿਓ ਇਹ ਕੀ ਕਰਦੇ ਇੱਕ ਇੱਕ ਸੁਖਵੀਰ ਵਾਲੇ ਪਾਸੇ ਬਾੜ ਦਿੰਦਾ ਦੂਜੇ ਨੂੰ ਘੋੜੇ ਵਾਲੇ ਪਾਸੇ ਬਾੜ ਦਿੰਦੇ ਤਾਂ ਸਾਡੇ ਵਾਸਤੇ ਕੁਝ ਨਹੀਂ ਛੱਡਦੇ ਕਿੰਨਾ ਬੜਿਆ ਫਿਰ ਹੈ ਹਾਂ ਦੂਜੇ ਨੂੰ ਨਿੱਕੇ ਨੂੰ ਕਹਿੰਦੇ ਤੂੰ ਇੱਧਰ ਬੈਕ ਲੈ ਕੇ ਹੋ ਜਾ ਕੈਮਰਾਮੈਨ ਵੀ ਮੈਨੂੰ ਐ ਲਾ ਦਿੰਦਾ ਵੀ ਜਿਹੜਾ ਕੰਮ ਹੁਣ ਮੈਂ ਮੈਂ ਵੀ ਐ ਕਰਦਾ ਹਣਾ ਬਿਕੋਸ ਕੰਮ ਆ ਜਿਹੜਾ ਵੀ ਮੈਂ ਆਪਦੇ ਭਾਈਚਾਰਾ ਜਿਹੜਾ ਥੱਲੇ ਗਰੋ ਹੁੰਦਾ ਉਹਦੇ ਲਈ ਛੱਡ ਦਿਆਂ ਮੈਂ ਕੁਛ ਨਾ ਕੁਛ ਛੱਡਦਾ ਨਾ ਮੈਂ ਇਹ ਨਹੀਂ ਵੀ ਮੈਂ ਕਿਸੇ ਕੱਲਾ ਮੰਗਦਾ ਹੀ ਆ ਵੀ ਚਲੋ ਮੈਂ ਥੋੜੇ ਤੁਸੀਂ ਵੱਡੇ ਸ਼ੇਰ ਆ ਵੀ ਚਲੋ ਮੈਨੂੰ ਲਕੜ ਭੱਗਾ ਸਮਝ ਲਓ ਵੀ ਮੇਰੇ ਬਾਤ ਚੜਦੋ ਪਰ ਮੈਂ ਚਿੜੀਆਂ ਜਨੌਰਾਂ ਜੋਗਾ ਮੈਂ ਵੀ ਮਾੜਾ ਮੋਟਾ ਛੱਡਦਾ ਥੱਲੇ ਪਰ ਮੈਂ ਐਂ ਕਹਿਣਾ ਵੀ ਯਾਰ ਸਾਰੇ ਕਈ ਰੀ ਸਾਣੇ ਖੱਲ ਖਾਂਦੇ ਆ ਵੀ ਉਹ ਸਾਣੇ ਖਾ ਲੈਣਾ ਖਾਇਆ ਕਰੋ ਤੋ ਇਹ ਦੇਖ ਲਾ ਆਪਾਂ ਗੱਲ ਕਿੱਥੋਂ ਤੋਰੀ ਸੀ ਹਾਂ ਗੱਲ ਕਤਰ-ਕੁਤਰ ਤੋਂ ਇੰਟਰਨੈਸ਼ਨਲ ਲੈਵਲ ਤੋ ਤੁਰੀ ਹੀ ਗੱਲ ਆ ਕਿੱਥੇ ਗਈ ਨਹੀਂ ਮੈਂ ਆਉਣੀ ਚਾਹੀਦੀ ਹੈ ਜਿਹੜਾ ਸਾਡਾ ਭਾਈਚਾਰਾ ਉਹ ਅਸੀਂ ਹੋਰ ਆ ਦੇਖ ਪੱਤਰਕਾਰੀ ਭਾਈਚਾਰਾ ਪਵਿੱਤਰ ਭਾਈਚਾਰਾ ਹੂੰ ਕੇ ਉੱਪਰੋਂ ਤੇਲ phੂਕ ਕੇ ਇੱਕ ਦਿਨ ਤੁਹਾਡੇ ਹੱਕ 'ਚ ਬਹੁਤ ਵਧੀਆ ਇੱਕ ਕਿਸੇ ਨੇ ਪੋਸਟ ਲਿਖੀ ਸੀ ਮੈਨੂੰ ਯਾਰ ਚਾਹ ਤਾਂ ਮੈਂ ਸਕਰੀਨਸ਼ਾਟ ਲੈਣਾ ਭੁੱਲ ਗਿਆ ਸਚਿਤਰਾ ਨਾਮ ਵੀ ਲਿਖਿਆ ਸੀ ਉਹ 'ਚ ਤੇ ਉਹਨਾਂ ਉਹ ਬੰਦੇ ਨੇ ਲਿਖੀ ਮੈਨੂੰ ਚੰਗੀ ਬਹੁਤ ਲੱਗੀ ਯਾਰ ਤੇ ਹਾਲਾਂਕਿ ਉਹ ਮੇਰੇ ਉਲਟ ਸੀ ਹੂੰ ਉਹ ਕਹਿੰਦਾ ਯਾਰ ਨਾ ਮੇਰੇ ਕੋਲੇ ਰਤਨ ਆਇਆ ਹੂੰ ਇੰਟਰਵਿਊ ਕਰਨ ਯਾਰ ਹੁਣ ਮੈਨੂੰ ਦਵਿੰਦਰ ਸਿੰਘ ਸਿੱਖ ਹੋਣੇ ਲਿਖੀ ਸੀ ਪਤਾ ਨਹੀਂ ਯਾਰ ਪਰ ਮੈਨੂੰ ਮੈਨੂੰ ਸੱਚੀ ਯਾਰ ਪਾਣੀਆਂ ਦੇ ਮੁੱਦੇ ਤੇ ਦਵਿੰਦਰ ਸਿੰਘ ਸੇਖੋਂ ਨੇ ਲਿਖੀ ਸੀਗੀ ਉਹ ਪੋਸਟ ਕਿਸੇ ਦੇ ਬਾਰੇ ਪਰ ਉਹ ਜ਼ਿਕਰ ਮੇਰਾ ਹੀ ਸੀ ਸਾਰਾ ਹਾਂ ਉਹ ਮੈਨੂੰ ਨਾ ਚੰਗੀ ਬਹੁਤ ਲੱਗੀ ਉਹ ਚ ਚੰਗੀ ਗੱਲ ਉਹਨੇ ਪਤਾ ਕੀ ਆਖੀ ਉਹ ਕਹਿੰਦਾ ਯਾਰ ਜਿਹੜੇ ਇਹ ਮੁੰਡੇ ਆ ਨਾ ਇਹ ਜਦੋਂ ਕਿਸੇ ਦੀ ਇੰਟਰਵਿਊ ਕਰਨ ਆਉਂਦੇ ਆ ਤੇ ਕਹਿੰਦਾ ਮੈਨੂੰ ਬਹਿਮ ਜਾ ਹੁੰਦਾ ਸੀ ਵੀ ਇਹਨੂੰ ਡਾਲਰ ਡੂਲਰ ਬਹੁਤ ਬਣਦੇ ਹੋਣਗੇ ਹੂੰ ਕਹਿੰਦਾ ਜਦੋਂ ਮੈਂ ਪੁੱਛਿਆ ਹਸਾਬ ਜੀ ਆ ਪਤਾ ਨਹੀਂ ਇਹ ਨਹੀਂ ਪਤਾ ਤੂੰ ਹੀ ਭਲਡ ਭਾਂਡਾ ਤੂੰ ਹੀ ਦਿਖਾਤਾ ਹੋਵੇ ਆਪਦਾ ਹਸਾਬ ਕਿਤਾਬ ਵੀ ਪੜਦਾ ਨਹੀਂ ਚੱਕੀਦਾ ਬਾਈ ਅਸੀਂ ਜੀਰੇ ਸੀ ਨਾ ਉਹ ਕਹਿੰਦੇ ਵੀ ਇੱਥੇ ਇੰਟਰਵਿਊ ਕਰਨੀ ਆ ਪਾਣੀਆਂ ਤੇ ਮੈਂ ਕਿਹਾ ਨਹੀਂ ਬਾਈ ਮੈਂ ਕਿਹਾ ਨਹਿਰਾਂ ਤੇ ਕਰਾਂਗੇ ਆਪਾਂ ਲੋਕਾਂ ਨੂੰ ਪਤਾ ਤਾਂ ਲੱਗੇ ਉਹ ਕਹਿੰਦਾ ਆਪਣੀ ਸਿਆਣੀ ਗੱਲ ਆ ਸੋਨੀ ਨੀ ਮੈਂ ਪਤਾ ਮੈਨੂੰ ਵੀ ਆ ਅਸੀਂ ਉੱਥੋਂ ਸਪੈਸ਼ਲ ਗਏ 30 40 ਕਿਲੋਮੀਟਰ ਗਏ ਫਿਰ ਆਏ ਉਹ ਐਂ ਕਹਾਣੀ ਬੜੀ ਨਾ ਹਰੀ ਮਾ ਨਾ ਬਾਈ ਮੈਂ ਉੱਥੇ ਹੀ ਕਰਾਂਗੇ ਉਹ ਮੈਨੂੰ ਕਹਿੰਦਾ ਵੀ ਉਹ ਉਹ ਨਹੀਂ ਲਿਖਦਾ ਉਹ ਕਹਿੰਦਾ ਵੀ ਇਹ ਰ ਵੀ ਉਹ ਜਾਣਦੇ ਆ ਤੇਲ phookde ਆ ਕਹਿੰਦਾ ਮੈਨੂੰ ਐ ਜੇ ਬਹਿਮ ਸੀ ਵੀ ਇਹਨੂੰ ਡਾਲਰ ਲੁਭਾਵਾ ਬਣਦੇ ਹੋਣੇ ਆ ਕਹਿੰਦਾ ਜਦੋਂ ਮੈਂ ਹਸਾਬ ਜਲਾ ਆ ਆ ਵੀ ਡਾਲਰ ਜੇ ਕਿੰਨੇ ਬਣਦੇ ਆ ਕਿਹਨੂੰ ਪਤਾ ਲੱਗਿਆ ਵੀ ਤਾਂ 3-4 ਕੀ ਬਣਦੇ ਆ ਵਾਲੇ ਨਹੀਂ ਬਣਦੇ ਕਹਿੰਦਾ ਮੈਂ ਕਿਹਾ ਉਹ ਮੇਰਾ ਰੱਬਾ ਇਹਨਾਂ ਦਾ ਤੇਲ ਵੀ ਨਹੀਂ ਮੁੜਦਾ ਹੋਣਾ ਮੁੰਡਿਆਂ ਦਾ ਤੇ ਯਾਰ ਜਿਹੜੇ ਕਹਿੰਦਾ ਲੋਕਾਂ ਦਾ ਰੁਪਈਏ ਲੈ ਕੇ ਵੀਡੀਓ ਬਣਾਉਂਦੇ ਆ ਉਹਨਾਂ ਦੀਆਂ ਵੀਡੀਓ ਤੁਸੀਂ ਦੇਖਦੇ ਆ ਯਾਰ ਇਹ ਜੇ ਮੁੰਡੇ ਦੀ ਵੀਡੀਓ ਸ਼ੇਅਰ ਕਰ ਦਿਆ ਕਰੂਗਾ ਯਾਰ ਮੈਨੂੰ ਗੱਲ ਬਹੁਤ ਜੱਜੀ ਯਾਰ ਮੇਰੇ ਮਨ ਨੂੰ ਲੱਗੀ ਗੱਲ ਵੀਰ ਹਾਂ ਯਾਰ ਵੀ ਇੱਕ ਇੱਕ ਸਾਡੇ ਸਮਾਜ ਦਾ ਹਿੱਸਾ ਇਹ ਲੋਕ ਵੀ ਆ ਜਿਹੜੇ ਬਹੁ ਘੈਂਟ ਆ ਯਾਰ ਸੱਚੇ ਜਿਹੜੇ ਪਵਿੱਤਰਤਾ ਨਾਲ ਕੰਮ ਕਰਦੇ ਆ ਜਿਹੜੇ ਯਾਰ ਪੈਸੇ ਲਈ ਕੰਮ ਨਹੀਂ ਕਰਦੇ ਵੀ ਉਹ ਲੋਕ ਘੈਂਟ ਹੁੰਦੇ ਆ ਫਿਰ ਉੱਥੋਂ ਮੇਰੇ ਮਨ ਚੋਂ ਖਿਆਲ ਆਇਆ ਜਿਹੜਾ ਮੈਂ ਇੱਕ ਇੰਟਰਵਿਊ ਦੇ ਵਿੱਚ ਪੱਤਰਕਾਰ ਨੂੰ ਆਖਿਆ ਕਿ ਯਾਰ ਵੀ ਸਾਨੂੰ ਚੈਨਲਾਂ ਵਾਲੇ ਨਾ ਕਹਾ ਕਰੋ ਸਾਨੂੰ ਪੱਤਰਕਾਰ ਨਾ ਆਖਿਆ ਕਰੋ ਵੀ ਪੱਤਰਕਾਰ ਵਾਲਾ ਜਿਹੜਾ ਉਹ ਬਹੁਤ ਪਵਿੱਤਰ ਕੰਮ ਅਸੀਂ ਪੱਤਰਕਾਰ ਨਹੀਂ ਅਸੀਂ ਤਾਂ ਵੀਡੀਓਗ੍ਰਾਫਰ ਹਾਂ ਉੱਥੇ ਮੇਰੇ ਗੱਲ ਮਨ ਚ ਆਈ ਵੀ ਐਂਕਰ ਤੇ ਐਕਟਰ ਚ ਫਰਕ ਹੁੰਦਾ ਹੂੰ ਤੇ ਕੈਮਰਾਮੈਨ ਤੇ ਵੀਡੀਓਗ੍ਰਾਫਰ ਚ ਫਰਕ ਹੁੰਦਾ ਹੂੰ ਵੀ ਮੈਂ ਐਂਕਰ ਨਹੀਂ ਮੈਂ ਐਕਟਰ ਹੂੰ ਹੂੰ ਤੇ ਸਾਡਾ ਜਿਹੜਾ ਜਿਹੜਾ ਕੈਮਰਾਮੈਨ ਉਹ ਕੈਮਰਾਮੈਨ ਨਹੀਂ ਉਹ ਵੀਡੀਓਗ੍ਰਾਫਰ ਹੈ ਹੂੰ ਠੀਕ ਹੈ ਕਿ ਨਹੀਂ ਵੀ ਸਾਡਾ ਤੇ ਫਰਕ ਇੰਨਾ ਵੀ ਉਹ ਪਵਿੱਤਰ ਕੰਮ ਆ ਬਈ ਉਹਨੂੰ ਸਤਿਕਾਰ ਉਹਨੂੰ ਤੁਰੇ ਜਾਂਦੇ ਨੂੰ ਸਲੂਟ ਮਾਰੀ ਪਰ ਇਹ ਗੱਲ ਗੱਲ ਜਮਾ ਸਹੀ ਆ ਪਰ ਪ੍ਰੋਬਲਮ ਪਤਾ ਬਈ ਸੁਖਜਿੰਦਰ ਕੀ ਆ ਗਈ ਉਹ ਆਪ ਹੀ ਆਪ ਦੇ ਬੰਦਿਆਂ ਨੇ ਉਹ ਕਹਿੰਦੇ ਨੇ ਵੀ ਆਪ ਦਾ ਝੱਗਾ ਚੱਕਾਂਗੇ ਆਪ ਦਾ ਢੱਡ ਨੰਗਾ ਹੋਊਗਾ ਉਹ ਜਦੋਂ ਗਰਾਫ ਡਿੱਗ ਪਏ ਨਾ ਉਹ ਪਰ ਸਾਰੇ ਹੀ ਇੱਕ ਚ ਆ ਗਏ ਉਹ ਤਾਂ ਹੀ ਹੁਣ ਸਾਰਿਆਂ ਨੂੰ ਤੁਸੀਂ ਦੇਖ ਲਓ ਕਿੰਨੇ ਮੁੰਡੇ ਬਲੌਗਰ ਆਏ ਕਿੰਨੇ ਉਹ ਆ ਹਨ ਤਾਂ ਸਾਰਿਆਂ ਨੂੰ ਹੀ ਉਹ ਪੱਤਰਕਾਰ ਵਾਲੀ ਕੈਟਾਗਰੀ ਚਾਉਣ ਲੱਗੇ ਉਹ ਫਿਰ ਸਾਰਾ ਹੀ ਸਿਸਟਮ ਆ ਹੀ ਗਿਆ ਪੱਤਰ ਨਹੀਂ ਜਦੋਂ ਦੇਖ ਇੱਕ ਗੱਲ ਹੈ ਜਦੋਂ ਕਊਆ ਕਹਿੰਦੇ ਕਊਆ ਚਲਾ ਹੰਸ ਕੀ ਚਾਲ ਆਪਣੇ ਵੀ ਗਵਾ ਬੈਠਾ ਜਿਹੜਾ ਤਾਂ ਹੁਣ ਮੇਰੇ ਵਰਗਾ ਐਕਟਰ ਬੰਦਾ ਜਿਉ ਪੱਤਰਕਾਰ ਬਣ ਦੇਖੋ ਸ਼ਕਾਉ ਉਹ 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 ਵੀ ਟੀਚਰਾਂ ਕਰਾਉ ਹੂੰ ਤੇ ਜਿਹੜਾ ਪੱਤਰਕਾਰ ਹੈ ਉਹ ਐਕਟਰ ਬਣਨ ਦੀ ਕੋਸ਼ਿਸ਼ ਕਰੂ ਉਹ ਵੀ ਜੁੱਤੀਆਂ ਖਾਉ ਹੂੰ ਠੀਕ ਹੈ ਕਿ ਉਹ ਉਹਨੂੰ ਵੀ ਉਹਨੂੰ ਆਪ ਨੂੰ ਵੀ ਸੁਆਦ ਨਹੀਂ ਆਉਣਾ ਜਿਹੜਾ ਦੂਜੇ ਦਾ ਕੰਮ ਆ ਦੂਰ ਦੇ ਫੁੱਲ ਸੋਹਣੇ ਲੱਗਦੇ ਆ ਹਰੇਕ ਬੰਦੇ ਨੂੰ ਦੂਏ ਦੀ ਥਾਲੀ 'ਚ ਲੱਡੂ ਵੱਡਾ ਦਿਖਤਾ ਹੁਣ ਮੈਨੂੰ ਐਂ ਜਿਹਾ ਲੱਗਦਾ ਹੁੰਦਾ ਵੀ ਯਾਰ ਜ਼ਿੰਦਗੀ 'ਚ ਆ ਕੰਮ ਐ ਕਰਨਾ ਸੀਗਾ ਵੀ ਐਂ ਜਿਹੇ ਘੈਂਟ ਵਾਲਾ ਹੂੰ ਵੀ ਜਿਵੇਂ ਵੀ ਕਿਸੇ ਬੰਦੇ ਨੂੰ ਸਿੱਧਾ ਹੀ ਕਿਸ ਲੀਡਰ ਨੂੰ ਕਹਿਣਾ ਵੀ ਭਾਈ ਤੂੰ ਆਏ ਨਹੀਂ ਆਏ ਕਰਦਾ ਓਏ ਹਨਾ ਤੇ ਤੂੰ ਬੰਦਾ ਬਣ ਉਹ ਸਵਾਦ ਜਿਹਾ ਬੜਾ ਹੁੰਦਾ ਨਾ ਜਦੋਂ ਤੁਸੀਂ ਐ ਸਵਾਲ ਜਿਹਾ ਪੁੱਛਦੇ ਆ ਮੂਰਲੇ ਬੰਦੇ ਨੂੰ ਵੀ ਮੈਂ ਸੁਣਿਆ ਯਾਰ ਵੀ ਜਿਵੇਂ ਰਾਜੇ ਬਣ ਗਨਾ ਸ਼ਾਇਦ ਥੋੜੀ ਵੀ ਮੈਂ ਸੁਣਿਆ ਯਾਰ ਤੂੰ ਬੱਸਾਂ ਪੁੱਸਾਂ ਵਾਲਾ ਮਹਲਾ ਦਵਾਉਣ ਦੇ ਮਾਰੇ ਨੇ ਐ ਕਰ ਲਿਆ ਉਹ ਹੁਣ ਸਾਡੇ ਵਰਗੇ ਕਿੱਥੇ ਆ ਯਾਰ ਐ ਜਿ ਸਵਾਦ ਉਹ ਤੇਰੇ ਵਾਲੇ ਨੂੰ ਦੇਖ ਕੇ ਮੈਨੂੰ ਸਵਾਦ ਜਿਹਾ ਆਉਂਦਾ ਆ ਵੀ ਯਾਰ ਕਿਤੇ ਮੈਂ ਐ ਜੇ ਪੁੱਛਣਾ ਉਹ ਬਾੜੋ ਬਾਡੀਆਂ ਕਿਹੋ ਜਿਹੀ ਲਵਾਨਾਂ ਜਾਏ ਫਰੋੰਗਾ ਵਾਲਾ ਉਹ ਐ ਲੱਗਦਾ ਨਹੀਂ ਕੀ ਯਾਰ ਇਹਨਾਂ ਦਾ ਸਾਰੇ ਮੁਲਕ ਤੇ ਰੋਵਾਂ ਤੇ ਆ ਬੰਦਾ ਯਾਰ ਆਪਣੇ ਵਾਲਾ ਏ ਤੇ ਰੋ ਮਰੀ ਜਾਂਦਾ ਵੀ ਸਾਡੇ ਵਾਲਾ ਉਦੋਂ ਵੀ ਘੈਂਟ ਆ ਹਨਾ ਵੀ ਮੈਨੂੰ ਮੈਨੂੰ ਉਹ ਫੁੱਲ ਵੱਡਾ ਲੱਗ ਜਾਂਦਾ ਥੋਡੇ ਵਾਲਾ ਤੇ ਇਧਰ ਜਿਹੜਾ ਹੈਗਾ ਤੁਹਾਨੂੰ ਉਹ ਸਾਡੇ ਵਾਲਾ ਵੱਡਾ ਲੱਗ ਜਾਂਦਾ ਵੀ ਯਾਰ ਤੁਰੇ ਦੇ ਨਾਲ ਏਡਾ ਉਡਾ ਬਾਲੇ ਅੰਗੇ ਪਤਾ ਨਹੀਂ ਕਿਵੇਂ ਹੈ ਆ ਵੀ ਸੂਤਾਂ ਨਾਲ ਦੇ ਕੰਮ ਆ ਇਹਨਾਂ ਨੂੰ ਮੰਗਣੀ ਨਹੀਂ ਆਉਂਦੀ ਲੈਣੀ ਨਹੀਂ ਆਉਂਦੀ ਹਾਂ ਲੈਣੀ ਨਹੀਂ ਆਉਂਦੀ ਤੁਹਾਨੂੰ ਕਮਰਸ਼ੀਅਲ ਕੰਮ ਕਰਨਾ ਸਾਨੂੰ ਪਤਾ ਨਹੀਂ ਵੀ ਹੋਈ ਕਿ ਜਾਂਦਾਗਾ ਹਾਂ ਪਰ ਉਹ ਗੱਲ ਕੀ ਆ ਵੀ ਉਹ ਮੈਨੂੰ ਦਾ ਭਰਾਵਾ ਬੜੇ ਬੰਦੇ ਫੋਨ ਕਰ ਕਰਕੇ ਪਹੁੰਚਦੇ ਆ ਹੂੰ ਮਾਣੂ ਕੰਦੇਤਰਾ ਚੱਲੀ ਕਿਵੇਂ ਜਾਂਦਾ ਢਾਂਜਾ ਕਹਿੰਦੇ ਇੰਟਰਵਿਊ ਵੀ 15 16 ਹੀ ਕਰਦਾ ਮਹੀਨੇ ਚੱਲੀ ਕਿਵੇਂ ਹੁਣ ਇੱਕ ਹੋਰ ਸਿਆਪਾ ਪੈ ਗਿਆ ਹੁਣ ਜਦੋਂ ਨਾ ਪੰਜਾਬੀ ਪੌਡਕਾਸਟ ਬਣਾਇਆ ਦਿਨ ਹੁਣ ਆਏ ਚੋਰਾ ਲੱਗ ਗਿਆ ਵੀ ਯਾਰ ਫੇਸਬੁੱਕ ਤੇ ਕਿਉਂ ਨਹੀਂ ਬਣਾਇਆ ਬੰਦੇ ਨੇ ਵੀ ਫੇਸਬੁੱਕ ਦੀ ਇਹਨੂੰ ਕਮਾਈ ਯਾਰ ਮੜੀ ਲੱਗਦੀ ਸੀ ਹੈ ਉਹ ਅੱਧਿਆਂ ਨੇ ਹੁਣ ਇੱਕ ਨਵੀਂ ਗੱਲ ਜਰ ਲੀ ਕਹਿੰਦੇ ਵੀ ਸਪੋਟੀਫਾਈ ਦੇ ਬੜੇ ਆਉਂਦੇ ਹੁਣ ਤਾਂ ਪੈਸੇ ਯਾਰ ਇਹ ਮੇਰੇ ਮਨਚ ਵੀ ਵਹਿਮ ਆ ਯਾਰ ਇਹ ਆਉਂਦੇ ਆ ਵਾਵਾ ਆਉਂਦੇ ਪੈਸੇ ਕੋਸੇ ਨਹੀਂ ਆਉਂਦਾ ਤੂੰ ਮੈਨੂੰ ਐ ਕਰਨ ਤਰੋਗਦਾ ਅਸਲ 'ਚ ਨਾ ਇਹ ਬਾਹਰਲੇ ਬਾਹਰਲੇ ਨਾ ਜਦੋਂ ਬਾਹਰੋਂ ਆਉਂਦੇ ਹੁੰਦੇ ਸੀ ਇਹ ਵੀ ਐਂ ਆਂਦੇ ਹੁੰਦੇ ਸੀ ਕੁਛ ਨਹੀਂ ਬਣਦਾ ਇਤਨੀ ਮਿਹਨਤ ਕਰੋ ਨਹੀਂ 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 ਇਹਦੇ ਤੈਨੂੰ ਟੈਕਨੀਕਲ ਇੱਕ ਗੱਲ ਦੱਸ ਦਿੰਨਾ ਆਪ ਘਰੇ ਜਾ ਕੇ ਮੱਥਾ ਮਾਰ ਲਈ ਜਿਹੜੇ ਬੰਦੇ ਸੁਣਦੇ ਆਏ ਖਾਸ ਕਰਕੇ ਕੈਨੇਡਾ ਅਮਰੀਕਾ ਵਾਲਿਆਂ ਨੇ ਬਹੁਤ ਸੁਣਨ ਆਪਣਾ ਉਹ ਵੀ ਸਹਿਮਤ ਹੋਣਗੇ ਜਿਹੜਾ ਸਪੋਟੀਫਾਈ ਵਾ ਅਸਲ 'ਚ ਗਾਣਾ ਗੁਣਾ ਵਾਸਤੇ ਆ ਹੂੰ ਜਿੰਨੇ ਪਲੇ ਹੁੰਦੇ ਆ ਗਾਣਾ ਰਿਪੀਟ ਹੁੰਦਾ ਤੈਨੂੰ ਵਧੀਆ ਲੱਗਿਆ ਤੂੰ ਪਲੇ ਕਰੇਂਗਾ ਦੁਬਾਰਾ ਦੁਬਾਰਾ ਗੱਡੀ ਇੰਟਰਵਿਊ ਰਿਪੀਟ ਤੇ ਨਹੀਂ ਹੁੰਦੀ ਹੂੰ ਸਮਝ ਗਿਆ ਜਿਹਨੇ ਜਿੰਨੇ ਜਿੰਨੇ ਪਲੇ ਹੋਣਗੇ ਉਸ ਹਿਸਾਬ ਨਾਲ ਰਾਇਲਟੀ ਆਉਂਦੀ ਹੈ 3 ਮਹੀਨਿਆਂ ਦੀ ਸਪੋਟੀਫਾਈ ਦੀ ਗੱਲ ਕਰ ਲਈਏ ਜਾਂ ਜਿਹਨੇ ਪਲੈਟਫਾਰਮ ਹੁੰਦੇ ਜਿਹੜੇ ਆਡੀਓ ਪਲੈਟਫਾਰਮ ਆ ਕਿਹੜੀ ਕਲਾਕਾਰਾਂ ਨੂੰ ਹਮੇਸ਼ਾ ਲਈ ਆਉਂਦੇ ਰਹਿੰਦੇ ਆ ਉਹ ਉਹ ਪਲੇਆਂ ਦੇ ਹਿਸਾਬ ਆ ਆਪਣੀ ਹੁਣ ਇੰਟਰਵਿਊ ਜਾਣੀ ਨਹੀਂ ਮਿਲੀਆਂ ਚ ਮੈਨੂੰ ਦੱਸ ਲਾ ਕਿਹੜੇ ਹਿਸਾਬ ਨਾਲ ਜੂ ਪਹਿਲੀ ਗੱਲ ਤਾਂ ਪਿਆਸੀ ਆਡੀਅנס ਨਹੀਂ ਹੁੰਨੀ ਤੇ ਦੂਜੀ ਵਾਰ ਤੂੰ ਇੱਕ ਵਾਰੀ ਇੰਟਰਵਿਊ ਸੁਣ ਲਈ ਤੂੰ ਦੂਜੀ ਵਾਰੀ ਕਿੰਨੇ ਵਾਰੀ ਸੁਣ ਲੇਗਾ ਦੱਸ ਮੈਨੂੰ ਉਹ ਗੱਲ ਗੱਲ ਨੂੰ ਕਿੰਨੇ ਵਾਰੀ ਸੁਣ ਜੇਕਾਰ ਚ ਹੁਣ ਤੁਸੀਂ ਪੰਜ ਬੰਦੇ ਬੈਠੇ ਹੋ ਤੇ ਤੁਸੀਂ ਤਾਂ ਸੁਣ ਲਿਆ ਹੂੰ ਗਾਣ ਅਜੇ ਦਾ ਇਹਦਾ ਮਤਲਬ ਇਹ ਹੈ ਵੀ ਇਹ ਮੇਰੀ ਆਤਮਾ ਹੀ ਭੜਕਦੀ ਹੈ ਠੀਕ ਹੈ ਇਹ ਇਹ ਤਾਂ ਤੂੰ ਸ਼ਾਂਤ ਹੋ ਜਾ ਟੈਨਸ਼ਨ ਫਰੀ ਹੋ ਕੇ ਸੌਂ ਜੀ ਉਹ ਯਾਰ ਮੈਂ ਤਾਂ ਰਹਿ ਬਹੁਤ ਕਰਦਾ ਵੀ ਮੈਂ ਤਾਂ ਲਬਰੇ ਲਾ ਦੂੰ ਇਧਰਲੇ ਪਾਸੋਂ ਮੇਰੇ ਨਾਲ ਬਾਹਰ ਮੇਰੇ ਜੇ ਤਨਵਾਏ ਲੱਗਦਾਗਾ ਆ ਹੱਡਿਆ ਇਹਨੂੰ ਬੱਬੂ ਨੂੰ ਕਹਿ ਦੰਗਾ ਜਿਹੜੀ ਬੋਰੀ ਪਈ ਇਹਨੂੰ ਚੁਕਾਦੀ ਯਾਰ ਨੋਟਾਂ ਵਾਲੀ ਘਰੇ ਜਾ ਕੇ ਦੇਖ ਲਈ ਵੀ ਬੋਟ ਵੀ ਨੋਟ ਨਿਕਲੇ ਕੇ ਪੁਰਾਣੇ ਅਖਬਾਰ ਨਿਕਲੇ ਘਰੇ ਜਾ ਕੇ ਆਪਾਂ ਚੈੱਕ ਕਰ ਇਹ ਇਹਦੇ ਮਾਦ ਲੋ ਵੀ ਵੀ ਹਾਂ ਟੱਕਰਾਏ ਇਹ ਇਹ ਤਾਂ ਪਤਾ ਕੀ ਯਾਰ ਮੈਂ ਤੁਹਾਨੂੰ ਇਹ ਸੱਚੀ ਗੱਲ ਦੱਸਾਂ ਜਿਆਦਾ ਖਲਾਸਾ ਪਾ ਕਰਦੇ ਨੇ ਸੰਸ ਨਹੀਂ ਖੇਜ ਖਲਾਸਾ ਕਰਦੇ ਨੇ ਹੱਡੀ ਪਾ ਸਾਡੇ ਸਾਡੇ ਚੈਨਲ ਤੇ ਪਹਿਲੀ ਯਾਰ ਸਾਡੇ ਚੈਨਲ ਤੇ ਪਹਿਲੀ ਯਾਰ ਹਾਂ ਮੈਂ ਇਹ ਚਰਾਲਿਆ ਬਈ ਟਾਕ ਬਦਰਾ ਤਾਂ ਮੈਨੂੰ ਤਿੰਨ ਇਹ ਮਹੀਨੇ ਮਤਲਬ 20 ਦਿਨ ਹੋਏ ਹੋਣਿਆ ਮੈਨੂੰ ਚਾਰ ਪੰਜ ਮੁੰਡੇ ਟ੍ਰੱਕਾਂ ਵਾਲੇ ਉਹਨਾਂ ਦੇ ਯਾਰ ਮੈਨੂੰ ਮੈਸੇਜ ਆਈ ਇੱਕ ਮੁੰਡਾ ਦਾ ਹੈ ਐਡ ਵੀ ਹੋਇਆ ਨਹੀਂ ਪਤਾ ਦੇਖ ਕੇ ਮੈਂ ਮੈਸੇਜ ਵੀ ਕਰਦੇ ਜੇ ਉਹਦਾ ਮੈਸੇਜ ਆ ਗਿਆ ਪਪਾ ਮਾਂਗੇ ਵੀ ਸਕਰੀਨ ਸ਼ਾਟ ਜਾ ਪਾ ਦੂ ਮੈਂ ਉਹ ਮੈਨੂੰ ਕਹਿੰਦਾ ਬਈ ਤੂੰ ਇਹਦੇ ਤੇ ਆ ਮੈਂ ਬਹੁਤ ਖਵਜਾ 20 25 ਦਿਨ ਫਿਰ ਉਹ ਕਰਕੇ ਕਿਵੇਂ ਨਾ ਕਿਵੇਂ ਕੈਨੇਡਾ ਤੋਂ ਆਈਡੀ ਜੀ ਬਣਵਾ ਕੇ ਦੇ ਹੀ ਤੇ ਪੰਗਾ ਲੈ ਲਿਆ ਉਹ ਹੁਣ ਵਿਚਾਰੇ ਉਹ ਸੁਣ ਆਪਾਂ ਉਹਨਾਂ ਲਈ ਕਰਿਆਗਾ ਇਹ ਉਵੇਂ ਨਹੀਂ ਆਏ ਤਾਂ ਮੈਨੂੰ ਇੱਕ ਬੰਦੇ ਨੇ ਫੋਨ ਕਰਕੇ ਪੁੱਛਿਆ ਸਪੈਸ਼ਲ ਮੈਨੂੰ ਕਹਿੰਦਾ ਕਿੰਨੇ ਪੈਸੇ ਆਉਂਦੇ ਆ ਮੈਂ ਕਿਹਾ ਵੀ ਆਉਂਦੇ ਆ ਹੂੰ ਬਹੁਤ ਆਉਂਦੇ ਆ ਉਹ ਗੱਲ ਮੈਨੂੰ ਪਤਾ ਹੀ ਉਹਦੀ ਸੋਚ ਦਾ ਮੈਂ ਕਿਹਨਾਂ ਮੈਂ ਕਹਿੰਦਾ ਇਹ ਇੰਡੀਆ ਚ ਆਉਂਦੇ ਨਹੀਂ ਇਹਦੇ ਤੈਨੂੰ ਇਹ ਵੀ ਦੱਸ ਦਿੰਦਾ ਇੰਡੀਆ ਦਾ ਸਿਸਟਮ ਹੋਰੂਗਾ ਥੋੜਾ ਜਿਹਾ ਬਾਹਰੋਂ ਆਉਂਦੇ ਆ ਟੈਂਸ਼ਨ ਤੇ ਪੈ ਗਿਆ ਉਹ ਟੈਂਸ਼ਨ ਤੇ ਪੈ ਗਿਆ ਤੂੰ ਬਣਵਾ ਦਾਂਗੇ ਤੇਰਾ ਕੋਈ ਨਾ ਕਰ ਦਾਂਗੇ ਭਲੇਖਾ ਦੂਰ ਮੈਂ ਕਹਿੰਦਾ ਵੀ ਤਿੰਨ ਮਹੀਨੇ ਬਾਅਦ ਆਉਂਦੇ ਆ ਮੈਨੂੰ ਉਹ ਬੰਦੇ ਦਾ ਪਤਾ ਕੀ ਜਵਾਬ ਸੀ ਕਹਿੰਦਾ ਜੇ ਤਾਂ 40 50000 ਰੁਪਏ ਆਉਂਦਾਂਗਾ ਫਿਰ ਤਾਂ ਬਣਾ ਲੈਂਦੇ ਆ ਲੋਕ ਤਾਂ ਕਹਿੰਦਾ ਸਾਡਾ ਚੈਨਲ ਬਹੁਤ ਦੇਖਦੇ ਆ ਲੋਕ ਕਹੀ ਬਹੁਤ ਜਾਂਦੇ ਆ ਕਹਿੰਦਾ 40 50000 ਆਉਂਦਾ ਬਣਾ ਲੈਂਦਾ ਕਹਿੰਦਾ ਸਾਡੀ ਤਨਖਾਹ ਤਨਖੂ ਜੀ ਨਿਕਲ ਜਾ ਕਰੂ ਵਰਕ ਨਹੀਂ ਮੈਂ ਅਹੀ ਹੋ ਰਿਹੇ ਦੇ ਘੋੜਿਆਂ ਮੈਂ ਤਾਂ ਉਹੀ ਚੱਕੀ ਮੈਂ ਤਾਂ ਹੁਣ ਇੱਕ ਹੋਰ ਆ ਚਲੋ ਆ ਨਾਂ ਤਾਂ ਲੈਣਾ ਨਹੀਂ ਚਾਹੀਦਾ ਤੇ ਧਿਆਣੀ ਦਾ ਮੈਂ ਇੱਕਣਾ ਮਤਲਬ ਕੋਈ ਬੰਦਾ ਲੱਭ ਰਿਆ ਸੀਗਾ ਜਿਹੜਾ ਮੈਨੂੰ ਰਾਈਟਰ ਮਿਲ ਜੇ ਵੀ ਮੇਰੀਆਂ ਇੰਟਰਵਿਊਆਂ ਦੇ ਆਰਟੀਕਲ ਲਿਖੇ ਹਾਂ ਤਾਂ ਮੈਂ ਮੇਰੀ ਸ਼ਰਤ ਇੱਕ ਹੋਰ ਸੀ ਕਸੂਤੀ ਮੈਂ ਕਿਹਾ ਵੀ ਉਹਨੂੰ ਅੰਗਰੇਜ਼ੀ ਵੀ ਘੈਂਟ ਆਉਂਦੀ ਹੋਵੇ ਪੰਜਾਬੀ ਵੀ ਘੈਂਟ ਆਉਂਦੀ ਹੋਵੇ ਪਰ ਮੈਂ ਕਿਹਾ ਬੰਦਾ ਵੀ ਲੋੜਵੰਦ ਵੀ ਹੋਵੇ ਉਹ ਮੈਨੂੰ ਇੱਕ ਗੁੱਡੀ ਮਿਲ ਗਈ ਮੈਂ ਉਹਨੂੰ ਕਦੇ ਮਿਲਿਆ ਨਹੀਂ ਕਦੇ ਹੋਣੀ ਹੋਇਆ ਫੂਨਤੀ ਗੱਲ ਆ ਤੇ ਉਹਨੇ ਅਮਰੀਕਾ 150 ਤੋਂ ਵੱਧ ਜਿਹੜੀਆਂ ਇੰਟਰਵਿਊ ਆ ਆਰਟੀਕਲ ਦੇ ਫਾਰਮ ਚ ਮੇਰੀ ਵੈਬਸਾਈਟ ਤੇ ਜਾ ਕੇ ਪੜ ਸਕਦਾ ਹਜੇ ਤੱਕ ਮੈਂ ਲੋਕਾਂ ਨੂੰ ਦੱਸਿਆ ਨਹੀਂ ਐ ਮੈਂ ਪਾਉਂਗਾ ਕਿਸੇ ਦਿਨ ਐ ਨਹੀਂ ਪਤਾ ਮੈਂ ਕੱਲ੍ਹ ਵਰਸੂ ਨਹੀਂ ਪਾਦਾ ਪਿਆਬੀ ਤੇ ਅੰਗਰੇਜ਼ੀ ਚ ਉਹਨੂੰ ਮੈਂ ਰੋਜ਼ਗਾਰ ਦਿੱਤਾਗਾ ਉਹ ਤੋਂ ਮੈਨੂੰ ਕਮਾਈ 1 ਰੁਪਈਆ ਨਹੀਂ ਹੋਣੀ ਪਰ ਉਹ ਮੇਰਾ ਸੁਪਨਾ ਸੀ ਕੁਝ ਗੱਲਾਂ ਆਪਾਂ ਨੂੰ ਆ ਆਪਦੀ ਉਹਦੇ ਲਈ ਓਵੇਂ ਮੈਨੂੰ ਲੱਗਦਾ ਵੀ ਜਿੱਦਣ ਦੁਨੀਆ ਤੋਂ ਜਾਈਏ ਵੀ ਇਹ ਪਤਾ ਲੱਗੇ ਯਾਰ ਆਹ ਕੋ ਕਰਿਆ ਇਹਨਾਂ ਨੇ ਮੇਰੇ ਦਿਮਾਗ 'ਚ ਇਹ ਕਿਹੜੀਆਂ ਹੁੰਦਾ ਸੀ ਜੇ ਕਿਤੇ ਮੈਂ ਚੌੜ ਵਾਲੀ ਗੱਲ ਨਹੀਂ ਹਾਂ ਜੇ ਕਿਤੇ ਮੈਂ ਹੁਣ ਇਹ ਕੰਮ ਚੱਲ ਪਿਆ ਬੜਾ ਰਵਾਜ ਹੋ ਗਿਆ ਸੱਚੀ ਮੇਰੇ ਮਨ ਚ ਬਹਿਮ ਸੀਗਾ 45 ਦਾ ਤੇ ਹਾਂ ਵੀ ਇਹ ਇਹ ਕਰਨਾ ਹੈ ਤੇ ਜੇ ਕਿਤੇ ਤੂੰ ਮਤਲਬ ਨਾ ਆਹ ਗੱਲ ਕਹਿੰਦਾ ਮੈਂ ਆ ਮੈਂ ਇੱਕ ਬਹੁਤ ਵੇਚ ਲੈਣੀ ਸੀ ਮੈਂ ਕਹਿੰਦਾ ਇਹ ਕਰ ਇਹ ਕਰਨਾ ਚਾਹੁੰਦਾ ਮੇਰੇ ਕੋਲੇ ਜ਼ਮਾਨ ਪਿਆ ਲਿਆ ਲੈ ਦੇਈ ਜਾਣੇ ਸੀ ਕੰਮ ਹੀ ਚਲਾਉਣਾ ਤੁਸੀਂ ਤੇ ਦੂਜਾ ਯਾਰ ਮੈਨੂੰ ਐਂ ਇਹ ਲੱਗਦਾ ਹੁੰਦਾ ਵੀ ਇਹ ਜਿਹੜੀ ਆਹ ਗੱਲ ਆ ਹੂੰ ਜਦੋਂ ਨਾ ਯਾਰ ਹੁਣ ਮੈਂ ਸਫਰ ਬਹੁਤ ਕਰਦਾ ਤੂੰ ਵੀ ਬਹੁਤ ਸਫਰ ਕਰਦਾ ਹੂੰ ਜੋ ਸਫਰ ਕਰਦੇ ਆ ਨਾ ਉਦੋਂ ਗੀਤ ਸੁਣ ਸੁਣ ਮੈਨੂੰ ਗੀਤਾਂ ਤੇ ਮੇਥੋਂ ਪੇਪਰ ਲੈ ਲੈਣਾ ਮੈਂ 70 80% ਨੰਬਰ ਲੈ ਦੂੰ ਹੂੰ ਵੀ ਫਲਾਨ ਨੇ ਗੀਤ ਦਾ ਕੇਂਦਰੀ ਭਾਵ ਕੀ ਆ ਮੈਂ ਤੈਨੂੰ ਦੱਸ ਦੂੰ ਹਾਂ ਕੋ ਗੀਤ ਇੰਨੇ ਸੁਣ ਤੇ ਗੀਤ ਸੁਣ ਸੁਣ ਅੱਕ ਗਏ ਹੂੰ ਮੈਂ ਕੀ ਕਰਦਾ ਹੂੰ ਨਾ ਮੈਂ ਕਿਸੇ ਵੀ ਚੈਨਲ ਤੇ ਜਾਣਾ ਹੂੰ ਜਿਹੜੇ ਇੰਟਰਵਿਊ 40 45 ਮਿੰਟ ਦੀ ਆ ਵੱਡੀ ਚਲਾ ਲੈ ਲੈਣੇ ਵੱਡੀ ਲਾ ਲੈਣੀ ਆ ਬਈ 40 45 ਮਿੰਟ ਦੀ ਇੰਟਰਵਿਊ ਹੂੰ ਖਾਨਣੋਂ ਤੁਰਿਆ ਬੰਦਾ ਜਗਰਾਉਂ ਆ ਜਾਂਦਾ ਹੂੰ ਠੀਕ ਹੈ ਕਿ ਨਹੀਂ ਸਹੀ ਹੈ ਤੇ ਮੈਂ ਕਿ ਮੈਨੂੰ ਐ ਲੱਗਦਾ ਵੀ ਜਿਹੜੇ ਆਹਾਂ ਟਰੱਕਾਂ ਵਾਲੇ ਮੁੰਡੇ ਨਾ ਹੂੰ ਚਲਾਉਂਦੇ ਆ ਟਰੱਕ ਜਿਹਨਾਂ ਨੇ 11 11 12 12 ਘੰਟੇ ਚਲਾਉਣਾ ਹਾਂ ਕੈਨੇਡਾ ਅਮਰੀਕਾ ਜਾਂਦੇ ਆ ਤੇ ਉਹਦੀਆਂ ਮੀਲਾਂ ਜ਼ਰੂਰ ਪਵਾ ਦਿਆ ਕਰੇਗਾ ਤੂੰ ਆਹਾਂ ਕੰਮ ਕਰਕੇ ਵੀ ਹੋਰ ਕੰਮ ਮੰਨ ਕੇ ਚੱਲ ਹੋਵੇ ਨਾ ਹੋਵੇ ਡਾਲਰ ਡੂਲਰਾਂ ਵਾਲੇ ਛੱਡ ਆਪਾਂ ਕੋਈ ਜਵਾਗ ਡਾਲਰ ਉਧਰ ਵਧਿਆ ਕਮਾ ਲੀ ਨੀ ਨੀ ਵਧੀਆ ਯਾਰ ਵਧੀਆ ਆਪਾਂ ਦਾ ਉਹਨਾਂ ਲਈ ਆਪਾਂ ਮੈਂ ਇਹ ਆਪਣਾ ਮੇਰੇ ਨਾਲ ਦੇ ਮੁੰਡਿਆਂ ਨੂੰ ਵੀ ਇਹ ਗੱਲ ਦਾ ਪਤਾ ਹੈਗਾ ਵੀ ਆਹ ਕੰਮ ਅਸੀਂ ਉਹਨਾਂ ਲਈ ਹੀ ਕਰਿਆ ਹਨੂ ਫੋਨ ਵੀ 2-3 ਐਵੇਂ ਅਸੀਂ ਕਹਿ ਦਿੱ ਗਏ ਵੀ 100 ਫੋਨ ਆ ਗਏ 500 ਆ ਗਏ ਕਈ ਐ ਕਹਿ ਰਹੇ ਆ ਬੜੇ ਕਮੈਂਟ ਬਹੁਤ ਫੋਨ ਆ ਰਹੇ ਏ ਹਾਂ ਜਿਵੇਂ ਹੀ ਤੈਨੂੰ ਲੈ ਵੀ ਉਹ ਫੋਨ ਆ ਰਹੇ ਲੋਪੋ ਵਾਲੇ ਮੈਂ ਸ਼ੁਰੂ ਚ ਕਾ ਬਤਰੇ ਰਿਹਾ ਮੈਂ ਕਿ ਪ੍ਰੀਤ ਫੋਨ ਵਾਲੇ ਆ ਰਹੇ ਆ ਤੇਰੇ ਲਈ ਆ ਰਹੇ ਆ ਤੇ ਮੈਂ ਸਕਰੀਨਸ਼ਾਟ ਪਏ ਵੀ ਆ ਦੋ ਤਿੰਨ ਤੈਨੂੰ ਹੋਰ ਵੀ ਕਲੱਬ ਕਿਤੇ ਆ ਰਹੇ ਸੀ ਕਿਉਂਕਿ ਉਹਨਾਂ ਪਤਾ ਨਾ ਵੀ ਕੀ ਗੱਲ ਸੀ ਸੁਣਾ ਚਾਹੁੰਦੇ ਕਿਉਂਕਿ ਉਹ ਆਏ ਨਹੀਂ ਜਿਹੜੀ ਅੱਜ ਆਪਾਂ ਗੱਲਬਾਤ ਕਰੀਏ ਨਾਲੇ ਤਾਂ ਹੁਣ ਉਹਨਾਂ ਲੋਪੋ ਵਾਲੇ ਦਾ ਐ ਪਤਾ ਲੱਗੇ ਵੀ ਇਹ ਕਤਰ ਵੀ ਜਾ ਕੇ ਆਇਆ ਨਾਲੇ ਇਹਨੂੰ ਵਰਲਡ ਇਕਨੋਮੀ ਬਾਰੇ ਵੀ ਪਤਾ ਵੀ ਕੋਹ ਨਾ ਕੁਝ ਹੈਗਾ ਕੋਈ ਸੱਪ ਹੈ ਗਿਆ ਹੈ ਫਿਰ ਦੂਜੀ ਗੱਲ ਇਹ ਆ ਵੀ ਉਹਨਾਂ ਨੂੰ ਐ ਲੱਗਦਾ ਵੀ ਇਹ ਆਪਦੇ ਪਿੰਡ ਫਿਰਦੇ ਆ ਯਾਰ ਹੂੰ ਜਿਹੜੀ ਗੱਲ ਆ ਅਸਲੀ ਜਿਹੜੀ ਕਹਾਣੀ ਸਾਰੀ ਗੱਲ ਦਾ ਆਪਾਂ ਨਿਚੋੜ ਕੱਢਦਾ ਵੀ ਪਿੰਡ ਫਿਰਦੇ ਆ ਪਿੰਡ ਫਿਰਦੇ ਆ ਸਾਥ ਚ ਬੈਠੇ ਆ ਸਾਥ ਚ ਬੈਠੇ ਕੋਈ ਦੋ ਸਿਆਣੇ ਬਜ਼ੁਰਗ ਗੱਲਾਂ ਕਰੀ ਜਾਂਦੇ ਆ ਤੇ ਮੈਂ ਕੰਨ ਲਾ ਕੇ ਸੁਣੀ ਜਾਂਦਾ ਹਾਂ ਹਾਂ ਬਸ ਕਿਵੇਂ ਵੀ ਲੜਾ ਮੈ ਮੈਨੂੰ ਆਏ ਲੱਗਦਾ ਹੁੰਦਾ ਰਤਨ ਚਲੋ ਬੰਦੇ ਦੇ ਨਾ ਬੰਦੇ ਨੇ ਯਾਰ ਜੀ ਜ਼ਿੰਦਗੀ ਸੱਚੀ ਕੁਝ ਕਰਨਾ ਸੱਚੀ ਹੂੰ ਵੀ ਇਹ ਦੋ ਗੱਲ ਕਰਦਾ ਪੜੇ ਲਿਖੇ ਦੀ ਹਨਾ ਬੰਦੇ ਦੇ ਨਾ ਪ੍ਰਮਾਤਮਾ ਨੇ ਇੱਕ ਮੂੰਹ ਲਾਇਆ ਹੂੰ ਤੇ ਦੋ ਕੰਨ ਲਾਇਆ ਹੂੰ ਮੂੰਹ ਇਕ ਲਾਇਆ ਕੰਨ ਤੋ ਲਾਇਆ ਇਹਦਾ ਮਤਲਬ ਇਹ ਹੀ ਆ ਵੀ ਬੋਲਣਾ ਅੱਧਾ ਚਾਹੀਦਾ ਹੂੰ ਤੇ ਸੁਣਨਾ ਧੋਗਣਾ ਚਾਹੀਦਾ ਹੂੰ ਹੂੰ ਤੇ ਸੱਚੀ ਜੇ ਮੈਂ ਘੰਟਾ ਬੋਲ ਪਿਆ ਹੁਣ ਲੈਣਾ ਕਹਿੰਦਾ ਵੀ ਘੰਟਾ ਜਿਵੇਂ ਮੈਂ ਇੱਕ ਬਾਬੇ ਬਾਰੇ ਲਿਖਿਆ ਸੀਗਾ ਮੈਂ ਕਵਤਾ ਲਿਖੀ ਸੀ ਹੂੰ ਉਹਨੇ ਨਾ ਡੇਢ ਦੋ ਘੰਟੇ ਕਵਤਾ ਕਰਨ ਮਤਲਬ ਕਥਾ ਕਰਨ ਤੋਂ ਬਾਅਦ ਹੂੰ ਲਾਸਟ ਤੇ ਉਹਦਾ ਸਾਰ ਕੱਢਿਆ ਕਿ ਜਿੰਨਾ ਬੰਦਾ ਮਤਲਬ ਘੱਟ ਬੋਲੇ ਹਾਂ ਉਨਾ ਹੀ ਵਧੀਆ ਡੇਢ ਦੋ ਘੰਟੇ ਕਥਾ ਕਰਨ ਤੋਂ ਬਾਅਦ ਹੈ ਉਹੀ ਕਥਾ ਦੇ ਮੈਂ ਆ ਗਿਆ ਉਸੇ ਗੱਲ ਤੇ ਮੈਂ ਆ ਗਿਆ ਤੇ ਮੈਂ ਤੁਹਾਨੂੰ ਦੱਸਦਾ ਵੀ ਮੈਂ ਸੁਣਦਾ ਮੈਂ ਵੀ ਬਹੁਤ ਆ ਗਿਆ ਮੈਂ ਮੈਂ ਅੱਜ ਕਹਿਦਾ ਨਾ ਕਿ ਮੈਂ 2 ਘੰਟੇ ਸੁਣਿਆ ਵੀ ਹੈ ਜਿਵੇਂ ਘੰਟਾ ਬੋਲਿਆ ਤੇ ਉਹਦੇ ਤੇ ਮੈਂ ਲਿਖਿਆ ਮੈਂ ਕਿਹਾ ਮੈਂ ਕਿਹਾ ਨਾ ਮੈਂ ਲਿਖਿਆ ਸੀ ਉਹਦੇ ਤੇ ਮੈਂ ਕਿਹਾ ਖਾ ਕੇ ਰੀਠੇ ਜਿੰਨਾ ਰਾਸ਼ਨ ਹੂੰ ਦਿੰਦਾ ਦੋ ਦੋ ਘੰਟੇ ਪਾਸ਼ਨ ਹੂੰ ਕਹਿੰਦਾ ਜਿੰਨਾ ਹੋ ਸਕਦਾ ਸੰਖੇਪ ਰਹੋ ਮੋ ਮਾਇਆ ਤੋਂ ਨਰਲੇ ਪਰੋ ਹੂੰ ਹੈ ਵੀ ਇਹ ਬਾਬੇ ਦੀ ਕਥਾ ਦਾ ਸਾਰ ਹੈ ਹੂੰ ਵੀ ਐ ਹੁਣ ਮੈਂ ਉਹ ਕਥਾ ਦਾ ਸਾਰ ਮੈਂ ਐ ਨਹੀਂ ਕੱਢ ਕੱਢਦਾ ਵੀ ਭਾਈ 2 ਘੰਟੇ ਬੋਲ ਕੇ ਮੈਂ ਕਹਿੰਦਾ ਘੱਟ ਬੋਲੋ ਪਰ ਸੱਚੀ ਬੋਲੋ ਪਾ ਮੇ ਜਿੰਨਾ ਮਰਜੀ ਪਰ ਸੁਣੋ ਉਦੋਂ ਦੁਖਣਾ ਸੁਣੋ ਦੁਖਣਾ ਸਹੀ ਹਾਂ ਵੀ ਤੁਸੀਂ ਸੁਣਨ ਦੀ ਸਮਰੱਥਾ ਜ਼ਿਆਦਾ ਰੱਖੋ ਵੀ ਤੁਸੀਂ ਜ਼ਿਆਦਾ ਸੁਣ ਸਕਦੇ ਹੋ ਬੋਲ ਜਿੰਨਾ ਮਰਜ਼ੀ ਸਕਦੇ ਬੋਲੋ ਜਿੰਨਾ ਮਰਜ਼ੀ ਮੈਂ ਨਹੀਂ ਕਹਿੰਦਾ ਕੱਟ ਬੋਲੋ ਪਰ ਮੈਨੂੰ ਐ ਲੱਗਦਾ ਵੀ ਜਿੰਨਾ ਬੋਲਦੇ ਉਹ ਤੋਂ ਦੁੱਗਣਾ ਸੁਣੋ ਜੇ ਤੁਸੀਂ ਦੁੱਗਣਾ ਸੁਣਤੇ ਆ ਨਾ ਤੁਹਾਨੂੰ ਬਹੁਤ ਯਾਰ ਬਹੁਤ ਚੀਜ਼ਾਂ ਮਿਲ ਜਾਂਦੀਆਂ ਯਾਰ ਕੋਈ ਵੀ ਬੰਦਾ ਯਾਰ ਕਿਸੇ ਵੀ ਥਾਂ ਬੋਲੀ ਜਾਂਦਾ ਨਾ ਉਹ ਦੇ ਬਹੁਤ ਕੁਝ ਦਿੰਦਾ ਉਹਦੇ ਜੋ ਨਿਕਲ ਬਹੁਤ ਕੁਛ ਆਉਂਦਾ ਬਹੁਤ ਕੁਛ ਕੱਢਣ ਵਾਲਾ ਬੰਦਾ ਹੋਵੇ ਬੰਦੇ ਦੀ ਜ਼ਿੰਦਗੀ ਦਾ ਜ਼ਰੂਰੀ ਨਹੀਂ ਹੁੰਦਾ ਯਾਰ ਸਿਆਣੇ ਨਹੀਂ ਹੁੰਦਾ ਸਿਆਣਾ ਉਹ ਨਹੀਂ ਹੁੰਦਾ ਜਿਹੜਾ ਜ਼ਿੰਦਗੀ ਦੇ ਵਿੱਚ ੱੱਕੇ ਖਾ ਕੇ ਭਈ ਜਿਹਨੂੰ ਅਕਲ ਆਉਂਦੀ ਆ ਉਹ ਉਹ ਸਿਆਣਾ ਨਹੀਂ ਹੁੰਦਾ ਸਿਆਣਾ ਉਹੀ ਹੁੰਦਾ ਜਿਹੜਾ ਕਿਸੇ ਦੇ ੱੱਕੇ ਖਾਦੇ ਤੋਂ ਸਿੱਖਦਾ ਹਮ ਲਓ ਵੀ ਹੁਣ ਮੈਨੂੰ ਐਂ ਜੇ ਲੱਗਦਾ ਹੈਗਾ ਹਮ ਮੈਂ ਜਾਦਾ 바ਵਾ ਹੋ ਗਿਆ ਪਰ ਇੱਕ ਟਾਲੀ ਵਾਲ ਸਾਹਿਬ ਇੱਕ ਗੱਲ ਕੁੱਛਣੀ ਆ ਉਹ ਰੀਠੇ ਵਾਲੀ ਜਿਹੜੀ ਤੂੰ ਗੱਲ ਕਰ ਗਏ ਇਹ ਮੈਂ ਥੋੜੀ ਪਹਿਲੀ ਇੰਟਰਵਿਊ ਕਰੀਆ ਸੀ ਉਹ ਟਾਈਟਲ ਕੱਢਿਆ ਸੀ ਸਾਡੇ ਬੰਦਿਆ ਨੇ ਉਹ ਰੀਠੇ ਵਾਲੀ ਗੱਲ ਵੀ ਸੱਚੀ ਆ ਤੇ ਵੀ ਰੀਠੇ ਜੀ ਨਹੀਂ ਖਾਂਦੇ ਹੋ ਕਿਵੇਂ ਆ ਗੱਲ ਉਹ ਮੈਂ ਇੱਕੋ ਹੀ ਗੱਲ ਦੀ ਲੀਲ ਲੈਣਾ ਹੁੰਦਾ ਵੀ ਮੈਂ ਕਹਿੰਨਾ ਵੀ ਮੈਂ ਉਹਨਾਂ ਖਾਨਾਂ ਜਿੰਨੀਆਂ ਖਾ ਕੇ ਕੋਈ ਮੇਰੇ ਜਿੰਨਾ ਗੱਲਾਂ ਕਰ ਸਕਦਾ ਜੇ ਬੰਦਾ ਜਿੰਨੀ ਸੋਚ ਲੇ ਉੰਨੀ ਖਾ ਲੇ ਤੇ ਮੇਰੇ ਨਾਲ ਗੱਲਾਂ ਨਹੀਂ ਕਰ ਸਕਦਾ ਹੂੰ ਤੇ ਇਹਦਾ ਮਤਲਬ ਉਹਨੂੰ ਫੇਰ ਮੰਨਣਾ ਤਾਂ ਪਊਗਾ ਹੂੰ ਵੀ ਇਹਦੇ 'ਚ ਕਲਾ ਹੈ ਕਲਾ ਹੂੰ ਹਨਾ ਵੀ ਗੱਲਬਾਤ ਕਲਾ ਨਾ ਆਉਂਦੀ ਆ ਹੂੰ ਤਾਂ ਜੇ ਉਹ ਇੰਨੀ ਖਾ ਕੇ ਜਿੰਨੀ ਉਹ ਇਮੇਜਿਨੇਸ਼ਨ ਕਰਦਾ ਹੂੰ ਉਹ ਫੇਰ ਮੰਨੂਗਾ ਹੂੰ ਤੇ ਫਿਰ ਪਹਿਲਾਂ ਹੀ ਮੰਨ ਲੇ ਹੂੰ ਸੋਫੀ ਖੜਾ ਹੀ ਮੰਨ ਲੇ ਹੂੰ ਕਿ ਵੀ ਇਹ ਕਲਾ ਹੈ ਹੂੰ ਗੱਲਬਾਤ ਖਾਣ ਨਾ ਨਹੀਂ ਆਉਂਦੀ ਗੱਲਬਾਤ ਕਲਾ ਨਹੀਂ ਹੁੰਦੀ। ਇਹ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਤਜਰਬਿਆਂ ਚੋਂ ਹੀ ਗੱਲਬਾਤ ਨਿਕਲਦੀ ਆ। ਕਿਸੇ ਨਸ਼ੇ 'ਚੋਂ ਗੱਲਬਾਤ ਨਹੀਂ ਨਿਕਲਦੀ ਹੁੰਦੀ। ਯਾਰ ਨਸ਼ੇ ਨਾਲ ਤੂੰ ਤੂੰ ਕਿਵੇਂ ਤੂੰ ਬਲਡ ਦੀ ਇਕਨੋਮੀ ਨੂੰ ਕਿਵੇਂ ਸਮਝੇਗਾ ਯਾਰ? ਹੂੰ। ਹੈਂ? ਨਸ਼ੇ ਨਾਲ ਕਿਵੇਂ ਸਮਝ ਲਏਗਾ? ਨਸ਼ੇ ਨਾਲ ਕਿਵੇਂ ਕਿਸੇ ਦਾ ਸਿਆਸੀ ਗੁਰੂ ਬਣੇਗਾ? ਨਸ਼ੇ ਐ ਨਹੀਂ ਹੁੰਦਾ। ਐ ਨਹੀਂ ਗੱਲ ਹੁੰਦੀ ਯਾਰ। ਨਸ਼ਾ ਨਸ਼ਾ ਤਾਂ ਮੈਨੂੰ ਐ ਲੱਗਦਾ ਵੀ ਕਿਤੇ ਨਾ ਕਿਤੇ ਬਈ ਕਿਸੇ ਬੰਦੇ ਨੂੰ ਅਕਾਂ ਗਰਤਾ ਕਰ ਸਕਦਾ ਹੂੰ ਧਿਆਨ ਖੰਡਾ ਨਹੀਂ ਸਕਦਾ ਅਸੀਂ ਤਾਂ ਖਿੰਡੇ ਬੇ ਧਿਆਨ ਦੇ ਮਾਲਕਾਂ ਵੀ ਮੇਰਾ ਧਿਆਨ ਦਾ ਜਿੰਨਾ ਤੇਰੇ ਨਾਲ ਗੱਲਬਾਤ ਕਰਨ ਚਾਹੁੰਨਾ ਕੈਮਰਿਆਂ ਚ ਵੀ ਆ ਉਹਦੇ ਚ ਵੀ ਆ ਉਹਨਾਂ ਇਥੋਂ ਕੁਝ ਹੋਰ ਲੈ ਕੇ ਜਾਣ ਚ ਵੀ ਆ ਤੁਹਾਡੇ ਸਿਸਟਮ ਨੂੰ ਵੀ ਸਮਝੀ ਜਾਣਾ ਵੀ ਜੇ ਇਹ ਹੈ ਜਾਂ ਮੈਂ ਘਰੇ ਬਣਾਉਣਾ ਹੋਇਆ ਤਾਂ ਕਿਵੇਂ ਬਣਾਉਣਾ ਤਾਂ ਮਤਲਬ ਖਿੰਡੇ ਬੇ ਧਿਆਨ ਵਾਲਾ ਬੰਦਾ ਸਿੱਖਦਾ ਹੁੰਦਾ ਜੀ ਦਾ ਧਿਆਨ ਆ ਜੇ ਕੋਡੀ ਖੇਡਦੇ ਹੁੰਨੇ ਆ ਤਾਂ ਉੱਥੇ ਮੂਰੇ ਚਾਰ ਜਾਫੀ ਖੜੇ ਆ ਤਾਂ ਜਿਹੜਾ ਬੰਦਾ ਇੱਕ ਚ ਧਿਆਨ ਰੱਖੂਗਾ ਨਿਗਾਹ ਜ ਰੱਖੂਗਾ ਉਹ ਜਫਾ ਖਾਂਦਾ ਜਿਹਦਾ ਚਾਰਾਂ ਚ ਇੱਕ ਹੋ ਜਾ ਧਿਆਨ ਆ ਉਹ ਬੰਦਾ ਨਹੀਂ ਖਾਂਦਾ ਹੁੰਦਾ ਵੀ ਚਾਰੇ ਕੀ ਹਰਕਤ ਕਰਦੇ ਆ ਹਾਂ ਤੇ ਉਹ ਨਸ਼ਾ ਯਾਰ ਨਸ਼ਾ ਕਿਤੇ ਵੀ ਕੁਛ ਵੀ ਆ ਨਸ਼ੇ ਦੀ ਸਾਈਕੀ ਕੀ ਆ ਨਸ਼ਾ ਕੀ ਹੁੰਦਾ ਯਾਰ ਇੱਕ ਤੈਨੂੰ ਹੋਰ ਕੰਮ ਦੀ ਗੱਲ ਦੱਸਾਂ ਯਾਰ ਨਸ਼ੇ ਤੋਂ ਗੱਲ ਚੱਲ ਪਈ ਰੀਠੇ ਜਨੇ ਤੋਂ ਗੱਲ ਚੱਲ ਪਈ ਹੈ ਨਾ ਨਸ਼ਾ ਕੀ ਚੀਜ਼ ਆ ਯਾਰ ਪਹਿਲਾਂ ਨਸ਼ੇ ਨੂੰ ਸਮਝਣ ਦੀ ਲੋੜ ਆ ਨਸ਼ਾ ਹੁੰਦਾ ਕੀ ਆ ਦੁਨੀਆ ਤੇ ਹਰ ਬੰਦੇ ਨੂੰ ਨਸ਼ੇ ਦੀ ਲੋੜ ਆ ਦੁਨੀਆ ਤੇ ਕੋਈ ਬੰਦਾ ਇਸ ਗੱਲ ਦਾ ਕਿਨਾਰਾ ਹੀ ਨਹੀਂ ਕਰ ਸਕਦਾ ਕਿ ਮੈਂ ਨਸ਼ਾ ਨਹੀਂ ਕਰਦਾ ਹੂੰ ਦੁਨੀਆ ਤੇ ਕੋਈ ਵੀ ਬੰਦਾ ਨਸ਼ੇ ਤੋਂ ਬਿਨਾ ਜਿਉਂਦਾ ਹੀ ਨਹੀਂ ਰਹਿ ਸਕਦਾ ਹੂੰ ਨਸ਼ਾ ਉਹ ਚੀਜ਼ ਆ ਜੋ ਤੁਹਾਨੂੰ ਸਵੇਰੋਂ ਉੱਠ ਕੇ ਕੰਮ ਕਰਨ ਵਾਸਤੇ ਪ੍ਰੇਰਦਾ ਹੂੰ ਠੀਕ ਹੈ ਕਿ ਨਹੀਂ ਤੇਰੇ ਅੰਦਰ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਿਹੜੇ ਬੰਦੇ ਚ ਅੰਦਰੋਂ ਜਿਹੜਾ ਗਵਾ ਲੈਂਦਾ ਉਹ ਉਹਨੂੰ ਬਾਹਰੋਂ ਪਾਉਣਾ ਸ਼ੁਰੂ ਕਰ ਦਿੰਦਾ ਨਸ਼ਾ ਤੇ ਜਿੰਨਾ ਬਾਹਰੋਂ ਪਾਉਂਦੇ ਜਾਂਦੇ ਆ ਉਹਨਾਂ ਅੰਦਰੋਂ ਖਤਮ ਹੋ ਜਾਂਦਾ ਹੁਣ ਜਿਹੜੇ ਬੰਦੇ ਨਸ਼ਾ ਕਰਨ ਲੱਗਦੇ ਆ ਉਹ ਬੰਦੇ ਕਾਹਤੋਂ ਨਸ਼ਾ ਕਰਨ ਲੱਗਦੇ ਆ ਕਿਹੜੀ ਉਮਰ ਚ ਨਸ਼ਾ ਕਰਨ ਲੱਗਦੇ ਆ ਕਿਹੜੀ ਅਵਸਥਾ 'ਚ ਨਸ਼ਾ ਕਰਨ ਲੱਗਦਾ ਕੋਈ ਬੰਦਾ ਕਿਹੜੀ ਅਵਸਥਾ 'ਚ ਨਸ਼ਾ ਕਰਨ ਲੱਗਦਾ ਪੜ੍ਹੇ ਲਿਖੇ ਮੁੰਡਾ 12 ਪਲੱਸ 2 ਤੱਕ ਨਹੀਂ ਨਸ਼ਾ ਕਰਨ ਲੱਗਦਾ ਪਲੱਸ 2 ਤੋਂ ਬਾਅਦ ਕਾਹਤੋਂ ਕਰਨ ਲੱਗਦਾ ਜਦੋਂ ਉਹ ਪੁਵਖ ਤੇ ਸੁਣ ਅੜ ਜਾਂਦਾ ਜਦੋਂ ਉਹ ਪੁਵਖ ਦਾ ਨਸ਼ਾ ਹੋਂ ਹਟ ਜਾਂਦਾ ਜਦੋਂ ਉਹ ਕਾਮਯਾਬੀ ਨਹੀਂ ਦਿਸਦੀ ਕਾਮਯਾਬੀ ਦਾ ਨਸ਼ਾ ਤਾਂ ਉਹ ਆਰਟੀਫੀਸ਼ੀਅਲ ਨਸ਼ਾ ਭਾਲਦਾ ਹੂੰ ਕੋਈ ਬੰਦਾ ਬਿਜ਼ਨਸ ਚ ਫੇਲ ਹੋ ਜਾਂਦਾ ਹੂੰ ਥੱਲੇ ਆ ਜਾਂਦਾ ਡਾਊਨਫਾਲ ਆ ਜਾਂਦਾ ਜਿਹੜੀ ਉਹਦੀ ਚੜ੍ਹਤ ਦਾ ਨਸ਼ਾ ਉਹ ਖਤਮ ਹੋ ਜਾਂਦਾ ਉਹ ਨਸ਼ਾ ਕਰਨ ਲੱਗ ਜਾਂਦਾ ਕਿਸੇ ਬੰਦੇ ਦਾ ਪਿਆਰ ਚ ਦਿਲ ਟੁੱਟ ਜਾਂਦਾ ਉਦੋਂ ਬਾਅਦ ਨਸ਼ਾ ਖਾਣ ਲੱਗ ਜਾਂਦਾ ਕਿਉਂ ਕਿਉਂਕਿ ਜਦੋਂ ਉਹ ਤਾਂ ਪਿਆਰ ਦਾ ਜਿਹੜਾ ਨਸ਼ਾ ਉਹ ਖਤਮ ਹੋ ਜਾਂਦਾ ਆ ਆਰਟੀਫਲ ਪਿਛਲ ਨਸ਼ਾ ਕਰਨ ਲੱਗ ਜਾਂਦਾ ਹਮ ਇੱਕ ਪਲੇਅਰ ਆ ਇੱਕ ਪਲੇਅਰ ਖੇਡਦਾ ਉਹਦੇ ਬਾਅਦ ਨਸ਼ਾ ਕਰਨ ਲੱਗ ਜਾਂਦਾ ਕਾਹ ਤੋਂ ਕਰਨ ਲੱਗ ਜਾਂਦਾ ਕਿਉਂਕਿ ਉਹਨੂੰ ਗੇਮ ਦਾ ਨਸ਼ਾ ਉਹਦੇ ਫੇਮ ਦਾ ਨਸ਼ਾ ਉਤਰ ਜਾਂਦਾ ਇੱਕ ਗਾਇਕ ਆ ਬਹੁਤ ਵਧੀਆ ਗਾਉਂਦਾ ਹੁੰਦਾ ਬੜੀਆਂ ਸਟੇਜਾਂ ਲਾਉਂਦਾ ਉਹਦੇ ਬਾਅਦ ਉਹ ਨਸ਼ਾ ਕਾਹ ਤੋਂ ਕਰਨ ਲੱਗ ਜਾਂਦਾ ਦਾਰੂ ਕਾਹ ਤੋਂ ਪਾਲੀ ਪੀਣ ਲੱਗ ਜਾਂਦਾ ਕਿਉਂਕਿ ਉਹਨੂੰ ਉਹਦੇ ਚੋਂ ਉਹ ਨਸ਼ਾ ਖਤਮ ਹੋ ਜਾਂਦਾ ਹਮ ਸਮਝ ਗਿਆ ਨਾ ਤੂੰ ਮੇਰੀ ਗੱਲ ਹਰੇਕ ਬੰਦੇ ਨੂੰ ਜ਼ਿੰਦਗੀ ਜਿਉਣ ਵਾਸਤੇ ਨਸ਼ੇ ਦੀ ਲੋੜ ਆ ਹਮ ਜਿਹੜੇ ਬੰਦੇ ਮੈਂ ਬੁڑے ਨਸ਼ਾ ਛਡਾਊ ਕੇਂਦਰ ਦੇਖਿਆ ਮੈਂ ਸ਼ਰਤ ਲਾ ਕੇ ਕਹਿੰਦਾ ਯਾਰ ਕੋਈ ਨਸ਼ਾ ਛਡਾਊ ਕੇਂਦਰ ਨਸ਼ਾ ਛੜਾ ਹੀ ਨਹੀਂ ਸਕਦਾ ਹੂੰ ਤੂੰ ਇੱਕ ਚੀਜ਼ ਦੀ ਲਤ ਛਡਾ ਸਕਦਾ ਯਾਰ ਤੂੰ ਉਹਦੀ ਲੋੜ ਕਿਵੇਂ ਖਤਮ ਕਰੇਗਾ ਯਾਰ ਹੂੰ ਜਿੰਨਾ ਚਿਰ ਉਹਨੂੰ ਕਿਸੇ ਚੀਜ਼ ਦਾ ਤੂੰ ਹੋਰ ਨਸ਼ਾ ਨਹੀਂ ਦਿੰਦਾ ਜਿੰਨਾ ਚਿਰ ਤੂੰ ਉਹ ਬੰਦੇ ਨੂੰ ਭਵੈਖਦਾ ਉਹਦੇ ਕੰਮ ਦਾ ਉਹਦੇ ਸ਼ੌਂਕ ਦਾ ਕੋਈ ਨਸ਼ਾ ਨਹੀਂ ਦਿੰਦਾ ਹੂੰ ਇੱਕ ਬੰਦੇ ਦੀ ਲਤ ਲੱਗੀ ਆ ਉਹਨੂੰ ਸਰੀਰ ਆਦੀ ਹੋਇਆ ਵਾ ਉਹਨੂੰ ਤੂੰ ਠੀਕ ਆ ਬੰਦਿਸ਼ ਰੱਖਿਆ ਕਮਰੇ ਦੇ ਵਿੱਚ ਬੰਦ ਕਰਦੇ ਉਹਦੀ ਮਜਬੂਰੀ ਆ ਉਹਨੇ ਹਟੇ ਜਾਣਾ ਪਰ ਜਦੋਂ ਉਹ ਬਾਹਰ ਨਿਕਲੂਗਾ ਉਹਨੂੰ ਭੇਖ ਲਈ ਕੀ ਨਸ਼ਾ ਦਿੰਨਾ ਤੂੰ ਤੂੰ ਆ ਵੀ ਦੇਖੇਗਾ ਜਿਹੜਾ ਨਸ਼ਾ ਛਡਾਊ ਕੇਂਦਰਾਂ ਦੇ ਵਿੱਚੋਂ ਬੰਦੇ ਨਿਕਲਦੇ ਉਹ ਫੇਰ ਨਸ਼ਾ ਕਰਨ ਲੱਗ ਜਾਂਦੇ ਕਾਹਤੋਂ ਲੱਗ ਜਾਂਦੇ ਆ ਕਿਉਂਕਿ ਉਹਨਾਂ ਨੂੰ ਕੋਈ ਮੋਟਿਵ ਹੀ ਨਹੀਂ ਮਿਲਦਾ ਜਿਹੜੇ ਨੂੰ ਮਿਲ ਜਾਂਦਾ ਉਹ ਜਿਹੜੇ ਨੂੰ ਮੋਟਿਵ ਮਿਲ ਜਾਂਦਾ ਉਹ ਹਟ ਜਾਂਦਾ ਹੁਣ ਉਹ ਮੁੰਡਾ ਇੱਕ ਫੇਸਬੁੱਕ ਤੇ ਕਾਫੀ ਵਾਇਰਲ ਆ ਜਿਹੜਾ ਉਹ ਪਤਾ ਨਹੀਂ ਕਿਹੜੀ ਗੇਮ ਕਹਿੰਦੇ ਆਂ ਡੰਡ ਡੁੰਡ ਜੇ ਲਾਉਂਦਾ ਬਾਵਾ ਘੁੰਮ ਘਮ ਕੇ ਛਾਲਾਂ ਜ ਮਤਲ ਉਹ ਹੁਣ ਉਹ ਨਸ਼ਾ ਛੱਡ ਕੇ ਹੁਣ ਕਾ ਤੂੰ ਐ ਆ ਨਸ਼ਿਆਂ ਵਾਲਿਆਂ ਗੁਈਆਂ ਹੁਣ ਹੁਣ ਵੀ ਬੰਦਾ ਕਹਿੰਦਾ ਹੋਊਗਾ ਵੀ ਇਹ ਤਾਂ ਕੋਈ ਨਸ਼ਾ ਖਾਂਦਾ ਅਸਲ ਦੇ ਵਿੱਚ ਹੁਣ ਉਹਦੀ ਚੜਤ ਦਾ ਫੇਮ ਦਾ ਘੈਂਟ ਸਰੀਰ ਦਾ ਨਸ਼ਾ ਹੈ ਨਸ਼ਾ ਹੈ ਉਹਨੂੰ ਉਹਦੇ ਕੋਲੇ ਨਸ਼ਾ ਆਲਰੇਡੀ ਹੈਗਾ ਨਸ਼ਾ ਸਾਡੇ ਸਰੀਰ ਦੇ ਵਿੱਚ ਦੁਨੀਆ ਤੇ ਯਾਰ ਦੁਨੀਆ ਤੇ ਜਿਹੜੀ ਵੀ ਚੀਜ਼ ਪੈਦਾ ਹੋਈ ਹੈ ਨਾ ਉਹ ਤੇਰੇ ਪਹਿਲਾਂ ਅੰਦਰ ਪੈਦਾ ਹੋਈ ਆ ਯਾਰ ਆ ਮਾਇਕ ਬਣੇ ਕਿਸੇ ਦੇ ਦਿਮਾਗ ਚ ਬਣੇ ਪਹਿਲਾਂ ਫਿਰ ਬਾਹਰ ਬਣ ਕੇ ਡਿਜ਼ਾਈਨ ਬਣ ਗਿਆ ਆ ਕੈਮਰਾ ਏ ਪਹਿਲਾਂ ਇਹ ਦਿਮਾਗ ਚ ਬਣਿਆ ਫਿਰ ਇਹ ਬਾਹਰ ਬਣ ਗਿਆ ਜਹਾਜ ਆ ਯਾਰ ਪਹਿਲਾਂ ਦਿਮਾਗ ਚ ਬਣਿਆ ਫਿਰ ਬਾਹਰ ਬਣ ਗਿਆ ਦੁਨੀਆ ਦੇ ਤਾਂ ਹੀ ਤਾਂ ਬਾਪੇ ਨੇ ਲਿਖਿਆ ਯਾਰ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜੋ ਵੀ ਦੁਨੀਆ ਦੇ ਬ੍ਰਹਿਮੰਡ ਦੇ ਵਿੱਚ ਦੁਨੀਆ 'ਚ ਕੋਈ ਵੀ ਚੀਜ਼ ਆ ਉਹ ਤੇਰੇ ਅੰਦਰ ਆ ਤੁਸੀਂ ਕਿੰਨੀ ਵਧੀਆ ਉਦਾਹਰਣ ਸੁਣੀ ਹੋਊਗੀ ਵੀ ਕਹਿੰਦੇ ਕਿਸੇ ਬੰਦੇ ਨੂੰ ਮਾਰਨਾ ਸੀ ਫਾਂਸੀ ਦੇਣੀ ਸੀ ਤੇ ਉਹ ਕਹਿੰਦੇ ਵੀ ਤੇਰੇ ਕੋਬਰਾ ਲੜਾਉਣਾ ਵੀ ਤੈਨੂੰ ਤਾਂ ਮਾਰਨਾ ਹੀ ਆ ਉਹ ਕਹਿੰਦਾ ਵੀ ਠੀਕ ਆ ਕਹਿੰਦੇ ਉਹਨਾਂ ਨੇ ਉਹਦੇ ਸੇਫਟੀ ਪਨਖ ਬੋਤੇ ਤੇ ਉਹ ਬੰਦਾ 5-10 ਮਿੰਟਾਂ ਚ ਮਰ ਗਿਆ ਤੇ ਹੈਰਾਨੀ ਦੀ ਗੱਲ ਇਹ ਸੀ ਵੀ ਉਹਦੇ ਜਦੋਂ ਬਲੱਡ ਸੈਂਪਲ ਲੈ ਗਏ ਤਾਂ ਉਹ ਤੇ ਉਹਦੇ ਸਰੀਰ ਚੋਂ ਕੋਬਰੇ ਦਾ ਜ਼ਹਿਰ ਨਿਕਲਿਆ ਜ਼ਹਿਰ ਨਿਕਲਿਆ ਉਹਦੇ ਸਰੀਰ ਚੋਂ ਜ਼ਹਿਰ ਨਿਕਲਿਆ ਤਾਂ ਜ਼ਹਿਰ ਕਿੱਥੋਂ ਆਇਆ ਉਹਦੇ ਸਰੀਰ ਨਹੀਂ ਪੈਦਾ ਕਰਦਾ ਉਦੇ ਸਰੀਰ ਨਹੀਂ ਪੈਦਾ ਕਰਦਾ ਤੁਸੀਂ ਵਿਆਹ ਜਾਓਗੇ ਤੁਸੀਂ ਕਿਸੇ ਬਹੁਤ ਹੀ ਯਾਰ ਮਿੱਤਰ ਦੇ ਵਿਆਹ ਚ ਗਏ ਆ ਤੁਸੀਂ ਥੋੜਾ ਆਪਦੀ ਆਪੈਰ ਉੱਠੂਗਾ ਯਾਰ ਤੁਸੀਂ ਨੱਚ ਰਹੇ ਆ ਉਹ ਨਸ਼ਾ ਤੁਹਾਨੂੰ ਇੱਕ ਆਮ ਬੰਦੇ ਨੂੰ ਨੇ ਨਸ਼ਾ ਲਿਆਉਣ ਦੀ ਸ਼ਰਾਬੀ ਬੰਦਾ ਉਹ ਕਹਿੰਦਾ ਮੈਨੂੰ ਤਾਂ ਦੋ ਪੈਗ ਲਵਾਓ ਯਾਰ ਮੈਂ ਤਾਂ ਫੇਰ ਨੱਚੂ ਇੱਕ ਮੇਰੇ ਵਰਗਾ ਸੋਫੀ ਬੰਦਾ ਉਹੀ ਨੱਚੀ ਜਾਂਦਾ ਤੇ ਜੇ ਤੁਸੀਂ ਦੋਨਾਂ ਦੇ ਬਲੱਡ ਸੈਂਪਲ ਲਓਗੇ ਦੋਨਾਂ ਦੇ ਸਰੀਰ ਦੇ ਵਿੱਚ ਜਿਹੜਾ ਹਾਰਮੋਨ ਨਸ਼ੇ ਵਾਲਾ ਏ ਉਹ ਸੇਮ ਮਿਲੂਗਾ ਸੇਮੇ ਮਿਲੂਗਾ ਦੋਨਾਂ ਦੇ ਸਰੀਰ ਚ ਇੱਕੋ ਜਿਹਾ ਮਿਲੂਗਾ ਜੋ ਹਾਰਮੋਨ ਉਹਨੇ ਸ਼ਰਾਬ ਤੋਂ ਲਿਆ ਉਹ ਉਹ ਮੇਰੇ ਦਿਮਾਗ ਨੇ ਉਦਾਂ ਰਿਲੀਜ਼ ਕਰਤਾ ਜਿਹੜਾ ਤੁਸੀਂ ਬਾਹਰੋਂ ਲੈਨੇ ਆ ਨਾ ਬਾਈ ਉਹ ਅੰਦਰਲੇ ਨੂੰ ਮਾਰਦੇ ਆ ਤੁਸੀਂ ਤੇ ਜਿਹਦੇ ਅੰਦਰ ਲਾਇਓ ਉਹਨੂੰ ਬਾਹਰ ਲਾ ਲੈਣ ਦੀ ਲੋੜ ਨੇ ਸਹੀ ਆ ਠੀਕ ਹੈ ਕਿ ਨਹੀਂ ਜਿਹੜਾ ਇਹ ਆਪਣੇ ਵਾਲਾ ਆ ਕਨਸੈਪਟ ਆ ਕਿਵੇਂ ਲੱਗਿਆ ਉਹਨੂੰ ਗੱਲਾਂ ਬਾਤਾਂ ਵਾਲਾ ਸੀ ਆ ਠੀਕ ਮੈਂ ਕਿਹਨੂੰ ਪੜਾਅਸ ਨਿਕਲਦੀ ਆ ਯਾਰ ਮੈਂ ਨਾ ਇਹ ਆ ਜਿਹੜਾ ਮੈਕ ਤੇ ਬੋਲਣ ਵਾਲਾ ਪੋਸਾ ਇਹ ਇਹ ਬਹੁਤ ਪਹਿਣਾ ਹੈ ਮੈਨੂੰ ਲੀਡਰੀ ਵੇਲੇ ਪੋਸ ਪੈ ਗਿਆ ਹੂੰ ਤੇ ਜਦੋਂ ਵੋਟਾਂ ਲੰਘੀਆਂ ਮੈਨੂੰ ਇਹ ਗੱਲ ਦੀ ਬਹੁਤ ਤੰਗੀ ਰਹਾ ਕਰੇ ਕਿ ਮੈਂ ਆਕ ਮਿਲਿਆ ਯਾਰ ਮੈਂਕ ਤੇ ਬੋਲਣਾ ਯਾਰ ਵੀ ਬੜਾ ਕਿਰਾਂ ਬਾਵਾ ਟਾਈਮ ਲੰਘੇ 6-7 ਮਹੀਨੇ ਲੰਘੇ ਤੇ ਮੇਰਾ ਮਿੱਤਰ ਆ ਕੋ ਉਹਨੇ ਸਬਜ਼ੀ ਦਾ ਕੰਮ ਕੀਤਾ ਤੇ ਉਹ ਮਤਲਬ ਮੈਨੂੰ ਮਿਲ ਗਿਆ ਉਹ ਸਬਜ਼ੀ ਵੇਚਦਾ ਫਿਰੇ ਉਹ ਵਿਚਾਰਾ ਪਹਿਲਾਂ ਉੱਥੇ ਟਰੈਕਟਰ ਹੱਕਿਆ ਕਰੇ ਫਿਰ ਉਹ ਇੱਧਰ ਦਿਆ ਕਰੇ ਉੱਤੇ ਬੈਠਾ ਉਹ ਢੋਲਿਆ ਕਰੇ ਮੈਂ ਉਹਨੂੰ ਕਹੇ ਯਾਰ ਮੈਂ ਨਾਲੇ ਤਾਂ ਤੇਰਾ ਟਰੈਕਟਰ ਹੱਕਦਾ ਨਾਲੇ ਮੈਂ ਮੈਕ ਤੇ ਬੋਲਦਾ ਤੇ ਮੈਂ ਕਿਹਨਾਂ ਆਪਦੀ ਪੜਾਸ ਮੈਕ ਦੀ ਵਾਲੀ ਐ ਵੀ ਕੱਢੀ ਸੀਗੀ ਸਬਜੀ ਵੇਚ ਕੇ ਵੀ ਸਬਜੀ ਦਾ ਹੋਕਾ ਕਦੇ ਗਿਆ ਨਾਲ ਹੀ ਵਿੱਚ ਇੱਕ ਵਾਰੀ ਮੈਥੋਂ ਐ ਵੀ ਸੱਤ ਚ ਕਿਹਾ ਗਿਆ ਮੈਂ ਕਿਹਾ ਭਾਈ ਜਦੋਂ ਜ਼ਿੰਮੇਦਾਰਾਂ ਦੇ ਗਾਂ ਬੁੜੀਆਂ ਸਬਜੀ ਖਰੀਦਦੀਆਂ ਹੈ ਗਲਤੰਗੀ ਵਾਲ ਕੋਈ ਤੁਸੀਂ ਆਪ ਬੀਜ ਬੂਜ ਲਿਆ ਕਰੋ ਮੈਂ ਬਹੁਤ ਹੈਵੀ ਕਿਹਾ ਕਿ ਉਹ ਭਾਈ ਮੈਨੂੰ ਕਹਿੰਦਾ ਯਾਰ ਮੈਂ ਕੱਲਾ ਹੀ ਚਲਾ ਲੀਨਾ ਤੋੜ ਜਾ ਤੂੰ ਐ ਜੀ ਬਿਲਕੁਲ ਮਰੀ ਜਾਣਾ ਹਾਂ ਤੂੰ ਐ ਜੀ ਸਿਆਣ ਫਨਾਰ ਦੇ ਜਾਏਗਾ ਅਮਰੀਕਾ ਤੁਰਕਾ ਮੇਰਾ ਸਰ ਤਾਂ ਇਹ ਪੜਾਅ ਨਿਕਲਦੀ ਆ ਮੈਨੂੰ ਆ ਲੱਗਾ ਮੇਰੀ ਪੜਾਅ ਨਿਕਲ ਗਈ ਮੈਂ ਤਾਂ ਇਹ ਤਾਂ ਹੀ ਅਸੀਂ ਰੱਖ ਲੈ ਤੇ ਬਹੁਤ ਬੰਦੇ ਸਿੱਧ ਨੇ ਹਾਂ ਜੀ ਮੈਨੂੰ ਇੱਕ ਦੋ ਮਾਸਟਰ ਆ ਜਾਂਦੇ ਫੋਨ ਆਈ ਜਾਂਦੇ ਕਹਿੰਦੇ ਭਾਈ ਬਹੁਤ ਪੁੜੇ ਦੇ ਕੇ ਬਾਡੇ ਮੇਰੇ ਸਾਰੇ ਟਾਈਮ ਮਿਲੂਏ ਤੇ ਟੈਨਸ਼ਨ ਹੋ ਬਾਰੀ ਹਰ ਲਿਸਟ ਬਣੀ ਜਾਂਦੀ ਆ ਨਹੀਂ ਆਉਣਾ ਚਾਹੀਦਾ ਮੈਨੂੰ ਇਹ ਭਰਾਸ ਬਹੁਤ ਅੰਦਰ ਨਹੀਂ ਰਹਿਣੀ ਚਾਹੀਦੀ ਕਿਸੇ ਵੀ ਬੰਦੇ ਦੇ ਹੋਰ ਵੀ ਬੰਦਿਆਂ ਨੇ ਬਹੁਤ ਚਲਾਉਣਾ ਇਹ ਦੇਖੀਏ ਤੂੰ ਸਿਸਟਮ ਇਹ ਨਹੀਂ ਚਲਾਉਣਾ ਮੈਂ ਤਾਂ ਵਿੱਡੂਗਾ ਭਾਵੇਂ ਹੁਣ ਚਲੋ ਦਿਲ ਮੇਰਾ ਟੁੱਟਿਆ ਬਈ ਅਗਰ ਮੈਂ ਟੁੱਗੀ ਮੰਨਣਾ ਹੀ ਚਲਾਉਂਗਾ ਇਹ ਕਿਹੜੀ ਚੁੱਕੋ ਫਸਦਾ ਨਹੀਂ ਓ ਆਇਆ ਰਪਾ ਫਿਰ ਤੇ ਮੈਂ ਹਮ ਜਰੂਰ ਕਿਰਾਏ ਵਿੱਡਣ ਵਿੱਡੂਏ ਨਹੀਂ ਨਹੀਂ ਚਲੋ ਅੱਜ ਦਾ ਜਿਹੜਾ ਇਹ ਪੌਡਕਾਸਟ ਸੀ ਆਪਾਂ ਕੋਸ਼ਿਸ਼ ਅਸੀਂ ਕਰਾਂਗੇ ਵੀ ਇਕੱਠੇ ਹੀ ਪਾਦਗੇ ਇਹ ਕਿ ਦੋਚ ਪਾਈਗੇ ਇਹ ਮੈਂ ਤਾਂ ਇਕੱਠਾ ਹੀ ਪਾ ਦੋ ਇਕੱਠੇ ਹੀ ਪਾਦਾਂਗੇ ਯਾਰ ਕੁਝ ਨਹੀਂ ਹੁੰਦਾ ਜਿਹੜੇ ਨੂੰ ਸੁਨਣਾ ਹੋਊ ਸਮਝ ਲੂ ਇਕੱਠੇ ਪਾਦੇ ਜਿਹੜਾ ਦਿਲੋਂ ਤੁਰਿਆ ਹੋਵੇ ਪੰਜਾਬ ਤਾਂ ਬੜੇ ਆ ਕੇ ਹਾਂ ਸਹੀ ਗੱਲ ਹੈ ਕਦੇ ਸਹੀ ਵੀ ਇੰਨਾ ਨਹੀਂ ਸਿਰੇ ਲਾਤਾ ਆਪਾਂ ਹਾਂ ਹਾਂ ਤੇ ਚਲੋ ਇਹ ਅੱਜ ਦਾ ਪੋਡਕਾਸਟ ਸੀ ਸੁਖਜਿੰਦਰ ਸਿੰਘ ਲੋਪੋ ਤੇ ਲੋਪੋ ਬਾਈ ਤੁਸੀਂ ਸਾਡੇ ਕੋਲੇ ਤੁਹਾਡਾ ਧੰਨਵਾਦ ਤੇ ਜੇ ਤੁਸੀਂ ਸ਼ੁਰੂ ਕਰਿਆ ਹੀ ਸਾਡੇ ਕੋਲੇ ਆ ਰੰਗਾ ਆਪ ਆਪ ਹੀ ਕਹਿ ਦਿੰਦੇ ਆ ਬੀੜੀ ਹੋ ਗਈ ਆਪ ਆਪ ਹੀ ਕਹਿ ਦਿੰਦੇ ਬੀੜੀ ਬੀੜੀ ਹੋ ਗਈ ਅੱਗੇ ਵੀ ਬੀੜੀਆਂ ਕਰਦੇ ਹੁੰਦੇ ਸੀ ਲੋਕ ਬੀੜੀ ਹੋ ਗਈ ਤੇਰੇ ਜਿਵੇਂ ਬੀੜੀ ਹੋ ਗਈ ਹਣਾ ਬੀੜੀ ਹੋ ਗਈ ਤੇ ਅਗਲਾ ਪੌਡਕਾਸਟ ਲੈ ਕੇ ਜਲਦੀ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਜਾਂ ਮੈਂ ਤੇ ਸਿਮਰ ਜਾਂ ਫਿਰ ਕੋਈ ਸੇ ਨਵੀਂ ਸ਼ਖਸੀਅਤ ਦੇ ਨਾਲ ਆਹੀ ਖੁੱਲੀਆਂ ਗੱਲਾਂ ਬਾਤਾਂ ਜਿਵੇਂ ਬਾਈ ਨੇ ਕਿਹਾ ਵੀ ਪੜਾਸ ਆ ਪੜਾਸ ਕੱਢਾਂਗੇ ਤੇ ਤੁਸੀਂ ਜਿਉਂਦੇ ਰਹੋ ਵਸਦੇ ਰਹੋ ਤੇ ਆਪਣੀ ਟਿੱਪਣੀ ਕਰਕੇ ਜ਼ਰੂਰ ਦੱਸਣਾ ਅੱਜ ਦਾ ਜਿਹੜਾ ਪੌਡਕਾਸਟ ਆ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਆਪਣਾ ਸਮਾਂ ਦਿੱਤਾ ਜੀ ਮੈਨੂੰ ਤੇ ਹੁਣ ਸੁਖਜਿੰਦਰ ਲੋਪ ਨੂੰ ਦਿਓ ਜਦਾ ਧੰਨਵਾਦ ਚੰਦ ਰਹੋ